ਓ ਭਾਈ ਜਵਾਖੋ ਹਾਂਜੀ ਤਾਏ ਜੀ ਓ ਤਰਵੇਬੇ ਕਿਧਰੋਂ ਜਿਹੜੀ ਭਾਈ ਦੀਂਦੀ ਨਹੀਂ ਹੈਗੀ ਹੋਰੇ ਕਿੱਧਰ ਲੰਘ ਗਈ ਹੁਣ ਉਹ ਉਹ ਤਾਂ ਤਾਏ ਜੀ ਪਿੰਡ 'ਚ ਮਰਗਤ ਹੋ ਗਈ ਬੈਠਣ ਗਈ ਆ ਕਿਸੇ ਦੇ ਉਹ ਮੰਨ ਲਓ ਉਹ ਨਹੀਂ ਹੜਦੀ 20 ਵਾਰੀ ਉਹਨੂੰ ਵਰਜਿਆ ਮੈਂ ਵੀ ਆਪਾਂ 15-20 ਘਰ ਹੈਗੇ ਆ ਤੂੰ ਆਪਣੇ ਵਰਤ ਲੈ ਦੱਸ ਹੋਰ ਧੱਕੇ ਖਾਣ ਜਾਂਦੀ ਉਹਨਾਂ ਦੇ ਪਿੰਡ 'ਚ ਤੂੰ ਦੱਸ ਮੈਂ ਤਾਂ ਕਿਹਾ ਸੀ ਤਾਇਆ ਜੀ ਵੀ ਨਾ ਜਾ ਤਿਰਤ ਜਾ ਵੱਧ ਮੇਰੀ ਕਿੱਥੇ ਸੁਣਦੀ ਆ ਉਹ ਵੀ ਬਿਮਾਰ ਹੋ ਕੇ ਬੈਠ ਜਾਏਗੀ ਓਏ ਉਹੀ ਤਾਂ ਗੱਲ ਆ ਭਾਈ ਇਹਨੂੰ ਤਾਂ ਬਹਾਨਾ ਮਿਲ ਜਾਂਦਾ ਜਾਣ ਦਾ ਦੱਸ ਹੈ ਫਿਰ ਜਾ ਕੇ ਰੰਮਣ ਲੱਗ ਜਾਂਦੀ ਆ ਉਹ ਪਿੰਡ ਦੇ ਪਹਿਲੇ ਪਾਸੇ ਤੱਕ ਨਹੀਂ ਛੱਡਦੀ ਕਿਸੇ ਦੀ ਵੀ ਚਲੋ ਤੁਸੀਂ ਕਾਤੋਂ ਆਪਦਾ ਖੂਨ ਮਚਾਇਆ ਤਾਏ ਜੀ ਆ ਜੂਗੀ ਆਪੇ ਬਥੇਰੀ ਵਾਰ ਕਿਹਾ ਮੈਂ ਤਾਂ ਵੀ ਨਾ ਜਾਇਆ ਕਰ ਕਾਹਨੂੰ ਸੁਣਦੀ ਆ ਕਿਸੇ ਦੀ ਉਹ ਜਵਾਖੋ ਆ ਤਾਂ ਜਾਊਗੀ ਭਾਈ ਤੁਸੀਂ ਦੇਖ ਲਿਓ ਆਉਣ ਸਾਰ ਲਿਟੂਗੀ ਥੋੜਾ ਦਿੜਬੇ ਦਾ ਗੇੜਾ ਲਾਜ਼ਮੀ ਲਵਾਉਗੀ ਦੇਖ ਲਿਓ 500-400 ਰੁਪਿਆ ਰੜਕਦਾ ਉਹਦੇ ਹੁਣ ਚਲੋ ਤਾਏ ਜੀ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਵਾਸਤੇ ਦਲੀਆ ਕਰਦੀ ਆ ਤੁਸੀਂ ਜ਼ਾਹਰ ਕਢਾਈ ਸੀ ਨਾ ਆਪਦੀ ਹੁਣ 2-3 ਦਿਨ ਰੋਟੀ ਨਾ ਖਾਇਓ ਠੀਕ ਹੈ ਠੀਕ ਆ ਵੀ ਕੋਈ ਨਾ ਕਰ ਦੋ ਭਾਈ ਹੋਰ ਬਣਾ ਦਿੰਨੀ ਆ ਮੈਂ ਡਾਕਟਰ ਨੇ ਕਿਹਾ ਸੀ ਕਹਿੰਦਾ ਬਾਪੂ ਰੋਟੀ ਨਾ ਖਾਈ 2 ਦਿਨ ਕਹਿੰਦਾ ਹਾਏ ਹਾਏ ਨਹੀਂ ਭੈਣੇ ਬਲਾਈ ਟਾਈਮ ਲੱਗ ਗਿਆ ਆਪਾਂ ਨੂੰ ਤਾਂ ਨਹੀਂ ਟਾਈਮ ਤਾਂ ਟਾਈਮ ਹਾਂ ਹੁਣ ਇੱਕ ਗੱਲ ਤਾਂ ਹੈਗੀ ਆ ਬਹੂ ਤਾਂ ਉਹਨਾਂ ਦੀ ਖਾਸੀ ਨਰਮ ਹੈ ਸਵਾਹ ਨਰਮ ਨਹੀਂ ਮੈਨੂੰ ਤਾਂ ਭੋਰਾ ਨਹੀਂ ਵਧੀਆ ਲੱਗੀ ਕੌਣੀ ਕੌਡੀ ਦੀ ਬਹੂ ਨਹੀਂ ਤੀ ਦੇਖੀ ਇੰਨੀ ਕੁ ਤਾਂ ਉਹਦੀ ਗੁੱਤਣੀ ਤੀਗੀ ਨਹੀਂ ਭੈਣੇ ਕਾਹਨੂੰ ਗੁੱਤਣੀ ਦੀ ਗੱਲ ਕਰਦੀ ਅੱਜ ਕੱਲ੍ਹ ਰਿਵਾਜ ਹੈ ਰਿਵਾਜ ਰਿਵਾਜ ਸਵਾਹ ਦਾ ਰਿਵਾਜ ਹੈ ਇਹ ਨਹੀਂ ਆ ਸਾਡੇ ਵੇਲੇ ਦੇਖ ਲਾ ਬੱਬੂ ਅੱਡੇ ਨੇ ਤਾਂ ਡੋਰੀਆਂ ਪਾਇਆ ਕਰਦੀਆਂ ਜਾ ਕਰ ਲੈਂਦੀਆਂ ਐਡਾ ਜਲੇਬੀ ਜੂੜਾ ਹਾਂ ਫੇਰ ਤੁਰਿਆ ਕਰਦੀਆਂ ਮਹੀਨਾ ਮਹੀਨਾ ਸਿਰ ਨਹੀਂ ਖੋਲਦੀਆਂ ਤੀਗੀਆਂ ਭੈਣੇ ਆਹ ਮਿੱਡੀਆਂ ਗੁੰਦ ਲੈਂਦੀਆਂ ਜੂਆਂ ਪੈ ਜਾਂਦੀਆਂ ਸਾਡੇ ਤਾਂ ਕਦੇ ਕਦੇ ਮੇਰੇ ਵੀ ਜੂਆਂ ਪੈ ਸਾਡੀ ਬੁੜੀ ਕੱਢਦੀ ਬੁਲਾਈ ਜੂਆਂ ਨਹੀਂ ਸਹੀ ਗੱਲ ਆ ਭੈਣੇ ਕਹਿੰਦੇ ਇਹ ਪੁਰਾਣੇ ਰਿਵਾਜ ਦਾ ਉਦੋਂ ਸਿਰ ਖੋਲਦੀਆਂ ਸੀ ਜਦੋਂ ਆਖੇ ਹਫਤੇ ਦੀ ਹਫਤੇ ਸਿਰ ਧੋਣਾ ਹੁੰਦਾ ਸੀ ਹਾਂ ਇਹੀ ਗੱਲ ਨਹੀਂ ਮੈਂ ਤਾਂ ਥੱਕ ਗਈ ਨਹੀਂ ਕਿਤੇ ਸੌਂ ਜੀ ਵੀ ਨਹੀਂ ਹੈਗੀ 2 ਮਿੰਟ ਪੈ ਜਾਂਦੀਆਂ ਖੜ ਜਾਂਦੀ ਮੇਰੀ ਗੱਲ ਸੁਣ ਉਹਦੇ ਸ਼ੌਂ ਬਥੇਰੀ ਆ ਉੱਥੇ ਖੜ ਜਾਂਦੇ ਹਾਂ ਚਲੋ ਉੱਥੇ ਆ ਜਾ ਸਾਹ ਚੜ ਗਿਆ ਮੇਰੇ ਤਾਂ ਗੱਲਾਂ ਕਰਦੀ ਦਾ ਵੀ ਤਾਏ ਜੀ ਹਾਂ ਭਾਈ ਮੈਂ ਕਹਿੰਦੀ ਸੀ ਹਾਂ ਮੱਲਾ ਵੀ ਨਾ ਤੁਹਾਨੂੰ ਮੈਂ ਸ਼ਾਮ ਨੂੰ ਫਿਰ ਖਿਚੜੀ ਬਣਾ ਕੇ ਦੇ ਦਿੰਦੀ ਚੌਕ ਟਾਏ ਪਏ ਨੇ ਚੱਕੀ ਤੇ ਚੱਕ ਲੈਂਦੇ ਤੁਸੀਂ ਜਾ ਕੇ ਕੋਈ ਨਾ ਭਾਈ ਚੱਕ ਲੈਣਾ ਜਵਾਖੋ ਚੱਕ ਲੈਣਾ ਮੈਂ ਤੁਸੀਂ ਐਂ ਦੱਸੋ ਮੱਲਾ ਹਲੇ ਮੈਨੂੰ ਆਪਣਾ ਮੰਗਾ ਕਿੱਥੇ ਜਾ ਰਿਹਾ ਗੱਡੀ ਲੈ ਕੇ ਹੋਣਾ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਹਲੇ ਗੁਜਰਾਤ ਦੇ ਵਿੱਚ ਹੀ ਆ ਜੀ 10 ਕੁ ਦਿਨ ਹਲੇ ਹੋਰ ਲੱਗ ਜਾਣਗੇ ਅੱਛਾ ਭਾਈ ਗੱਡੀ ਵੇਲੀ ਨਹੀਂ ਹੋਈ ਜੀ ਉਹ ਭਾਈ ਮੈਂ ਤਾਂ ਤੁਸੀਂ ਐਂ ਕਹਿੰਦਾ ਸੀ ਉਹਨੂੰ ਤੁਸੀਂ ਕਹੋ ਮਾੜਾ ਮੋਟਾ ਕਹਿੰਦੇ ਗੱਡੀ ਤੇ ਰੱਖ ਲਾ ਡਰਾਈਵਰ ਕੋਈ ਹੈ ਤੂੰ ਆਪਦਾ ਘਰੇ ਕੰਮ ਕਰਿਆ ਕਰ ਮੇਰਾ ਸਿਆਣਾ ਸਰੀਰ ਹੋ ਰਿਹਾ ਮੇਰੇ ਤੋਂ ਹੁਣ ਕੰਮ ਬਣਦਾ ਨਹੀਂ ਹੈਗਾ ਮਤਲਬ ਕੋਈ ਗੱਲ ਨਹੀਂ ਤਾਇਆ ਜੀ ਮੈਂ ਫੋਨ ਕਰ ਦੂੰਗੀ ਕਹਿ ਦੂੰਗੀ ਮੈਂ ਹੋਰ ਪਹਿਲਾਂ ਤਾਂ ਥੋੜਾ ਬਾਪੂ ਹੁੰਦਾ ਸੀ ਉਹ ਕਰੀ ਜਾਂਦਾ ਸੀ ਹਾਂਜੀ ਹਾਂਜੀ ਕੋਈ ਨਾ ਮੈਂ ਕਹਿ ਦੂੰਗੀ ਜੀ ਕੋਈ ਨਾ ਭਾਈ ਚੌਲ ਤਾਂ ਮੈਂ ਚੱਕ ਲੈਣਾ ਜਾ ਕੇ ਲੈ ਐਂ ਕਰਦੀਆਂ ਭੱਜ ਕੇ ਚਾਚੀ ਨੂੰ ਪੈਸੇ ਫੜਾਏ ਆਉਂਦੀ ਆ ਫਿਰ ਕਹਿ ਦੂੰਗੀ 2 ਦਿਨਾਂ ਦਾ ਕਹਿ ਕੇ ਲੈ ਕੇ ਗਈ ਸੀ ਮੁੜ ਕੇ ਦੇਖ ਐਂ ਲੱਗਦਾ ਜਿਵੇਂ ਮੈਨੂੰ ਤਾਇਆ ਜੀ ਆਉਂਦੇ ਹੁਣ ਤੁਰੇ ਪੁੱਛਦੀਆਂ ਵੀ ਚਾਚੀ ਜੀ ਘਰੀ ਹੈਗੀ ਤਾਇਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜਵਾਖੋ ਜਾਂਦੇ ਰਹੋ ਚਾਚੀ ਘਰੀ ਹੈ ਨਾ ਚਾਚੀ ਤਾਂ ਭਾਈ ਗਈ ਹੋਈ ਆ ਪਿੰਡੇ ਚੜੀ ਹੋਈ ਆ ਪਤਾ ਨਹੀਂ ਕਿੱਧਰ ਉੱਜੜ ਗਈ ਅੱਛਾ ਦੱਸ ਕੇ ਨਹੀਂ ਗਈ ਵੀ ਕਦੋਂ ਕਾਊਗੀ ਨਾ ਕੋਈ ਪਤਾ ਨਹੀਂ ਵੀ ਕਦ ਆਊਗੀ ਹਾਂ ਦੱਸ ਕੇ ਨਹੀਂ ਗਿਆ ਭਾਈ ਮੈਨੂੰ ਤਾਂ ਉਹ ਅੱਛਾ ਮੈਂ ਤਾਂ ਕੰਮ ਆਈ ਦੀ ਥੋੜਾ ਜਿਹਾ ਕੀ ਗੱਲ ਕੀ ਕੰਮ ਦੀ ਭਾਈ ਆ 500-100 ਰੁਪਇਆ ਲੈ ਗਈ ਦੀ ਚਾਚੀ ਤੋਂ ਪਰਸੋਂ ਸੋ ਉੱਥੇ ਅੱਛਾ ਵੀ ਉਹ ਪੈਸੇ ਜੇ ਫੜਾਉਣ ਆਈ ਦੀ ਮੈਂ ਤਾਂ ਚੱਲ ਭਾਈ ਜਵਾਹ ਘਰੇ ਹੈਗੇ ਨੇ ਫੜਾ ਦੋ ਕੋਈ ਨਾ ਅੱਛਾ ਜੀ ਬਹੂ ਕਰੀ ਆਈ ਹਾਂ ਕਰੀ ਆ ਭਾਈ ਉਹ ਹਾਂ ਚਲੋ ਠੀਕ ਹੈ ਹਾਂ ਕੋਈ ਨਾ ਠੀਕ ਦੇਖ ਲੈ ਕਿਵੇਂ ਤਾਂਸ ਦੇ ਪੱਤਿਆਂ 'ਚੋਂ ਪੈਸੇ ਵੰਡੀ ਜਾਂਦੀ ਆ ਹਨਾ ਜੇ 10 ਰੁਪਏ ਪੁੱਛ ਲੈ ਰੋਣਾ ਪੈਂਦਾ ਰੋਣਾ ਨਹੀਂ ਪੈਂਦਾ ਮੇਰੇ ਵਾਰੀ ਤਾਂ ਹੈ ਦੇਖ ਲੈ ਪਤਾ ਨਹੀਂ ਹੋਰ ਖਾਰਾ ਕਿਹਨੂੰ ਕਿਹਨੂੰ ਦਿੱਤੇ ਨੇ ਉਹਨੇ ਪੈਸੇ ਲੈ ਪ੍ਰੀਤ ਕੁੜੇ ਮੈਂ ਵੀ ਕਿੱਡੀ ਪਾਗਲ ਹਾਂ ਜੇ ਹੁਣ ਮੈਂ ਬਹੂ ਨੂੰ ਪੈਸੇ ਫੜਾਏ ਜੇ ਬਹੂ ਨੂੰ ਚਾਚੀ ਨੂੰ ਨਾ ਪੈਸੇ ਦਿੱਤੇ ਚਾਚੀ ਫਿਰ ਕਾਂ ਕਰੂਗੀ ਨਾਲੇ ਜਨਾਨੀਆਂ ਦਾ 100 ਪਰਦਾ ਰੱਖਿਆ ਹੁੰਦਾ ਜ਼ਰੂਰੀ ਤਾਂ ਨਹੀਂ ਭੇਤ ਦੇਣਾ ਹੈਗਾ ਵੀ ਮੈਂ ਚਾਚੀ ਤੋਂ ਪੈਸੇ ਲੈ ਕੇ ਗਈ ਸੀ ਐਂ ਕਰਦੀ ਹਾਂ ਜਦੋਂ ਚਾਚੀ ਆ ਗਈ ਨਾ ਫਿਰ ਇਹ ਪੈਸੇ ਫੜਾ ਜੂੰਗੀ ਸਾਡੀ ਸੇ ਤਾਂ ਕਿਹੜਾ ਪੈਸੇ ਭੱਜੇ ਜਾਂਦੇ ਨੇਗੇ ਹਾਂ ਐਂ ਕਰੂੰਗੀ ਕਾਹਦੇ ਵਾਸਤੇ ਫੜਾ ਕੇ ਜਾਣੇ ਨੇ ਬਹੂ ਨੂੰ ਜੇ ਨਾ ਦਿੱਤੇ ਫਿਰ ਐਵੇਂ ਵਾਧੂ ਇਹ ਤੂੰ ਮੇਰੀ ਗੱਲ ਸੁਣ ਹਾਂ ਉੱਥੇ ਭੋਰਾ ਰੋਈ ਰੂਈ ਨਹੀਂ ਹੈਗੀ ਨਹੀਂ ਰੋਣ ਵਾਲੀ ਗੱਲ ਸੁਣ ਲੈ ਹਾਂ ਭੈਣੇ ਉਰੇ ਜਾ ਜਾ ਸੌਂ ਜੀ ਜੇ ਖੜ ਜਾ ਖੜ ਜਾ 2 ਮਿੰਟ ਮੱਚ ਗਈਆਂ ਤੂੰ ਹਾਂ ਹਾਏ ਹਾਏ ਨਾ ਮੈਂ ਤੈਨੂੰ ਐਂ ਕਹਿ ਰਹੀ ਸੀ ਵੀ ਤੂੰ ਉੱਥੇ ਕੋੜੇ ਕੋਈ ਬਾਜ਼ ਹੀ ਨਹੀਂ ਕੱਢੀ ਨਹੀਂ ਬਾਜ਼ ਨਹੀਂ ਕੱਢੀ ਕਹਿੰਦੀ ਮੈਂ ਤੈਨੂੰ ਕੀ ਹੋਇਆ ਕਿ ਇੰਨਾ ਰੋਣ ਜਾਂਦੀ ਏ ਲਾ ਕੀ ਲਲਕਾਰੇ ਛੱਡਣਾ ਮੈਂ ਤੇ ਦੋ ਦਿਨ ਹੋਰ ਨਹੀਂ ਭੈਣੇ ਗੱਲ ਸੁਣ ਮੇਰੀ ਲਲਕਾਰੇ ਤਾਂ ਛੱਡਣੇ ਹੀ ਸੀਗੇ ਨਾ ਹੁਣ ਉੱਥੇ ਜਾ ਕੇ ਤੂੰ ਚੁੱਪ ਕਰ ਗਈ ਜੇ ਮੈਂ ਵੀ ਚੁੱਪ ਕਰ ਜਾਂਦੀ ਅਗਲੇ ਨੇ ਕਹਿਣਾ ਸੀ ਇੱਥੇ ਮੂੰਹ ਦੇਖਣ ਆਈਆਂ ਭਲਾ ਰੋਈਆਂ ਨਹੀਂ ਪਰ ਮਾਇਰੇ ਦਿਮਾਗ ਜੇ ਚ ਆ ਗਿਆ ਮੈਂ ਕਿਹਾ ਭੈਣ ਨੇ ਤਾਂ ਮੈਨੂੰ ਲੱਗਦਾ ਸੀਗਨਲ ਜਾਂ ਛੱਡਿਆ ਨਹੀਂ ਮੈਂ ਤਾਂ ਫਿਰ ਮੈਂ ਇਹੋ ਚੱਲ ਆਉਣ ਦੇ ਹੁਣ ਵਾਹ ਤੂੰ ਤਾਂ
सारे अगले पिछले बुढ़े ठेरे सारे रोपे नहीं भाने मैं तो सच्ची की पसंद मैं तो रोया नहीं आता मैं तो फिर होर तो मैं औड़ी नहीं मैं तो बस चुन्नी जी दब के बैठ गई बस गल सुन मेरी हूँ गड़ापा कोई सुनता गा अगे तो जो कोई यह जी गलबात हो जाती है तू मड़ी जी कुड़ी जी ला दिया कर मैं तो आप ही रो पाया करू रोड मैं पूरी एक्सपर्ट हाँ हाँ तो मैं पता गा चक दें फटे रोन च चल कोई गल नहीं एक गल हो जाए खाने घर तो खेत पा रखे भी लवे लाने कितने घर पा लो है भी दस पहला कोई दुख सुख च बंदा आंदा जाता रहा नहीं मेरी सौकड़े तू भी हो जाएगी इधर हाथ करी ना आप इधरों आया आ जा रोंदी रोंदी बंगल की नहीं गर्मी वाली है रोन दे जोर लग गया मगर जवाक लगते ने देख ला कि चौड़िया हुई आउंदिया ने ना जे खेत कह दे ना रोटी लेके जाना सूल पैंदा सूल नहीं पैंदा ना हाय हाय नहीं भैने नहीं ओही आ पता नहीं किधरों निकल सारा दिन गलियां च फिरदा रहिंदा साडा तां इह कम तां करदा नहीं कोई चल आ जा राज कुरे मैनू ऐ दस तू घरे नी खड़े आंदा है एक दंदियां बढ़दा घरे तेरे कोई है घरे जवाह कले ने दस ना मेरा केड़ा जे जी करदा गा बाहर फिरन नू ओ तां बुढ़ा मर गया थी उन्होंने बैठन गईयां तीगियां दस फिर मैं ना जाया करा आहो नाले आए आ हुण सौ बंदे दे मुंह मत्थे लगना जाना तां पैंदा ही आ नी राज कुरे भगत आया तू अपने सरीके दे 15 घर ने तू उन्हां नाल वरत ला दस है तू उधर की धक्के खान जानी है गाह नवी लकड़ लाई जानी है दस लै भाई साहब सारे पिंड जफा पार के हो खेतां तक दस है कल अपने कुछ हो गया तू किनू किनू बुलामी किथे बिठावेगी तू अगली दस गल चल कोई ना जी तुसी आपदा काम करो चल नहीं आपां चलीए आहो सानू साडा काम करन दे ना जे इह जे लक्षण करदे आ तां ही तां लोक गल्लां करदे ने ना मेरी गल सुनो जी मैं की लसन कर दी है लसन तो तुम कर दे सियाने बयाने गली च खड़ के जलूस कट रखे साडा घरे जाके भी कह सकते जेड़ा कुछ कहना तीगा नहीं तेरा ना जलूस अही निकलना चाहिए पर तू सुधर दी नहीं जे तेरे नाल इनी के ना बने आहो जे ही जी करदूत दा मालक आ ताही दा डोला नहीं होया फिरदा सड़ा ताही ਇਹ ਡੋਲੇ ਤਾਂ ਬਥੇਰੇ ਹੋ ਜਾਂਦੇ ਤੂੰ ਬਹਿ ਗਈ ਜੜਾਂ ਚ ਪਹਿਲੀ ਭਾਨੀ ਮਾਰ ਦਿੰਦੀ ਆਹੋ ਮੁੰਡਾ ਲੰਗ ਮਾਰਦਾ ਹਾਂ ਚੰਗਾ ਚੰਗਾ ਮੈਂ ਮਾਰ ਦਿੱਤੀ ਭਾਨੀ ਤੇਰੇ ਲੱਛਣ ਤੀ ਗਏ ਲੱਛਣ ਤੀ ਮਾਰ ਦਿਆ ਗੱਲਾਂ ਨੀ ਗੱਲ ਸੁਣ ਭੈਣੇ ਤੂੰ ਵੀ ਐਵੇਂ ਬੀਹੀ ਦੇ ਵਿੱਚ ਲੜਨ ਬੈਗੀ ਇਹਦੇ ਨਾਲ ਹੈ ਆ ਜਾ ਘਰੇ ਚਲਦੇ ਆ ਬਥੇਰੇ ਭੈਣੇ ਆ ਜਾ ਇਹਦੇ ਤਾਂ ਰੋਜ਼ ਦਾ ਇਹੀ ਕੰਮ ਆਗਾ ਕੁੱਤ ਕਲੇਸ਼ ਘਰੇ ਵੀ ਇਹੀ ਰੱਖਦਾ ਤਾਂ ਮੇਰੇ ਨਾਲ ਨਹੀਂ ਮੈਨੂੰ ਤਾਂ ਪਤਾ ਹੀ ਆ ਸਾਰਾ ਹੁਣ ਮੈਨੂੰ ਕੀ ਦੱਸਦੀ ਆ ਮੈਂ ਇੱਕ ਤੇਰੇ ਨੂੰ ਜਾਣਦੇ ਨਹੀਂ ਦੱਸ ਨਹੀਂ ਮੈਂ ਤਾਂ ਸਿਆਣੇ ਬੈਣੇ ਦੀ ਦਾੜੀ ਨੂੰ ਲਿਹਾਜ਼ ਕਰਦੇ ਮੈਂ ਚਿੱਟੀ ਦਾੜੀ ਹੋ ਰਹੀ ਆ ਵੀ ਚੱਲ ਕਾਨੂੰ ਨਹੀਂ ਛੜਾ ਤਾਂ ਕਿਸੇ ਦੇ ਘਰ ਹੀ ਨਾ ਹੋਵੇ ਨਹੀਂ ਮੇਰੀ ਗੱਲ ਸੁਣ ਛੜਾ ਤਾਂ ਛੜਾ ਦੇਖ ਲੈ ਸਿਆਣੇ ਕਹਿੰਦੇ ਨੇ ਵੀ ਭਾਈ ਨੂੰਹਾਂ ਧੀਆਂ ਨੂੰ ਕਹਿੰਦੇ ਨੇ ਤੂੰ ਇੱਥੇ ਜਾਇਆ ਬੈਠਿਆ ਕਰੋ ਹੈ ਆਉਣ ਜਾਣ ਨਾਲ ਹੀ ਕਿਸੇ ਦੀ ਜਾਣ ਪਛਾਣ ਹੁੰਦੀ ਹੈ ਨਹੀਂ ਇਹਦੇ ਤਾਂ ਕੰਜਰ ਤੇ ਮਿਰਚਾਂ ਲੱਗ ਜਾਂਦੀਆਂ ਜਿਵੇਂ ਕਿਸੇ ਦੇ ਵਗ ਜਾਂਦੀਆਂ ਛੜੇ ਤੇ ਤਾਂ ਮਿਰਚਾਂ ਲੱਗ ਗਈਆਂ ਹੁੰਦੀਆਂ ਕਿਹੜਾ ਵੇੜਾ ਹੋ ਗਿਆ ਹਲ ਤੱਕ ਨਹੀਂ ਆਏ ਮੰਮੀ ਜੀ ਪਤਾ ਨਹੀਂ ਕਿੱਥੇ ਰਹਿ ਗਏ ਹੈਂ ਜਿੰਦਾ ਠੋਕਿਆ ਪਿਆ ਕੋਈ ਇਹ ਕਿੱਧਰ ਚੜੀ ਹੋਈ ਆ ਹੁਣ ਮੈਨੂੰ ਤਾਂ ਮਾੜਾ ਜਿਹਾ ਨਹੀਂ ਕਿਤੇ ਜਾਣ ਦੀ ਤੂੰ ਲੰਘ ਜਾਂਦੇ ਕਿਸੇ ਪਾਸੇ ਇਹ ਗੱਲ ਸੁਣ ਮੇਰੀ ਆ ਛੋੜਾ ਆਏ ਮੈਂ ਸਿਰ ਚੜਾ ਰੱਖਿਆ ਵੇਖ ਤਾਂ ਸਹੀ ਕਿ ਮੈਂ ਅੱਡਗਾਂ ਚੱਕ ਚੱਕ ਬੋਲਦਾ ਸੀ ਨਹੀਂ ਤੈਨੂੰ ਕੀ ਦੱਸਾਂ ਆ ਦੋ ਖੁੱਡਾਂ ਦੀ ਗਾਂ ਮਾਰਦੀ ਆ ਨਹੀਂ ਮੈਂ ਤਾਂ ਖੰਗਣ ਨਾ ਦੇਵਾਂ ਤਾਂ ਹੀ ਨਹੀਂ ਬੋਲਦੀ ਹੈਗੀ ਆਹੋ ਚੱਲ ਆ ਜਾ ਬੱਬੂ ਚਾਹ ਪੀ ਕੇ ਵਗ ਜੀ ਨਹੀਂ 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 ਭੈਣੇ ਹਾਂ ਬਸ ਜਾਨੀ ਆ ਮੈਂ ਮੁੜ ਕੇ ਜੇ ਉਹ ਆ ਗਿਆ ਮੈਂ ਬੜਬੜ ਕਰੂਗਾ ਲੈ ਦੱਸ ਨਹੀਂ ਮੇਰੀ ਗੱਲ ਸੁਣ ਉਹਨਾਂ ਨੂੰ ਹੋਰ ਨਹੀਂ ਮੈਂ ਸੁਣਿਆ ਆ ਚੌਲ ਖਾਣੇ ਦੇ ਮੁੰਡਿਆਂ ਨੇ ਦੋ ਵਿਆਹ ਕਰਾ ਰੱਖੇ ਨੇ ਨਹੀਂ ਸੱਚੀ ਹੋਰ ਲੈ ਦੱਸ ਲੋਕ ਪਤਾ ਨਹੀਂ ਕਿਵੇਂ ਦੋ ਦੋ ਕਰਾ ਲੈਂਦੇ ਨੇ ਆ ਸਾਡਾ ਇੱਕ ਨਹੀਂ ਸੂਤ ਆਉਂਦਾ ਕਦੇ ਆਏ ਨੂੰ ਵਗ ਜਾਂਦਾ ਕਦੇ ਆਏ ਨੂੰ ਵਗ ਜਾਂਦਾ ਹੈ ਧੰਨਾ ਦੋਨੂੰਆਂ ਭਾਈ ਬਹੂਆਂ ਦੋ ਲਿਆ ਰੱਖੀਆਂ ਨੇ ਪਰ ਚੱਲ ਦੋ ਲੈਂਦੇ ਹੋਏ ਇਹ ਚੱਲ ਕੋਈ ਨਹੀਂ ਕੋਈ ਨਹੀਂ ਗਰਮੀਆਂ ਕਦੇ ਕਦੇ ਦਿਮਾਗ ਉਲਟ ਜਾਂਦਾ ਲੈ ਉਹ ਆ ਗਈ ਉਹ ਫੇਰ ਕਰ ਲਈ ਚੁਗਲੀਆਂ ਖੋਲ ਦੇ ਆ ਕੇ ਮੈਨੂੰ ਬਾਹਰ ਆ ਖੜਾ ਮੈਂ ਧੁੱਪ ਚੁਰੇ ਆ ਜਾ ਹੁਣ ਨਹੀਂ ਚੰਗਾ ਭੈਣੇ ਮੈਂ ਜਾਂਦੀ ਹਾਂ ਬੇ ਆਉਨੀ ਆਉਨੀ ਆ ਕਰੂ ਰਵਾ ਪਾਉਣ ਲੱਗਿਆ ਮੈਂ ਕੋਈ ਦਿੱਲੀ ਦੱਖਣ ਗਈ ਆ ਆ ਤਾਂ ਖੜੀ ਆ ਗੁਆਢੀਆਂ ਦੇ ਗੇਟ ਤੇ ਨਹੀਂ ਕਾਨੂੰ ਉੱਚੀ ਬੋਲਦੀਆਂ ਵਗ ਜਾ ਭੈਣੇ ਹੋਰ ਨਹੀਂ ਚੱਲ ਚੰਗਾ ਚੰਗਾ ਨਾ ਕੀ ਗੱਲ ਕਾਹਦਾ ਰੌਲਾ ਪਾਇਆ ਖੜ ਕੇ ਮੈਂ ਕਿੱਥੇ ਉੱਜੜੀ ਤੂੰ ਲੈ ਦੱਸ ਬੇ ਉੱਜੜਨਾ ਮੈਂ ਦੱਸ ਖੂਹ ਚ ਛਾਲ ਮਾਰਨ ਗਈ ਆ ਬੇ ਮੈਂ ਤਾਂ ਉਹਨਾਂ ਦੇ ਬੈਠਣ ਗਈ ਸੀ ਤੈਨੂੰ ਦੱਸਿਆ ਤਾਂ ਸੀਗਾ ਮੈਂ ਨਹੀਂ ਕੋਈ ਘਰ ਤਾਂ ਛੱਡ ਦਿਆ ਕਰੋ ਸਾਰੇ ਪਿੰਡ ਜੋ ਉੱਥੇ ਤੱਕ ਜਾਂਦੀਆਂ ਪਰਲੇ ਪਾਸੇ ਤੱਕ ਬੇ ਕੋਈ ਗੱਲ ਨਹੀਂ ਛੱਡ ਦਿੰਨੇ ਆ ਫਿਰ ਐ ਕਰ ਤੂੰ ਵੀ ਸਾਰਿਆਂ ਨੂੰ ਹੋਕਰੇ ਦੇ ਦੇ ਵੀ ਸਾਡੇ ਘਰ ਕੋਈ ਨਾ ਆਇਓ ਨਾ ਤੇਰਾ ਕੋਈ ਆਵੇ ਨਾ ਮੇਰਾ ਕੋਈ ਆਵੇ ਆਉਣੀ ਕਿਨੇ ਆ ਜਿੰਦਾ ਲੱਗਿਆ ਪਿਆ ਖੋਲ ਪਹਿਲਾਂ ਖੋਲ ਦਿੰਨੀ ਆ ਉਹੀ ਲੱਗ ਗਿਆ ਰੌਲਾ ਪਣ ਹਰ ਪਿੱਛੇ ਅਹਿਮਦ
मेनू तो आई साडे वाली बोलदा गा ਇਹ ਤਾਂ ਸਾਰੇ ਭੱਠੀ ਚ ਪੈਣ ਜੋਗਰੇ ਨੇ ਕਿਵੇਂ ਸਿੰਘ ਮਿੱਟੀ ਚੱਕਰ ਖੇ ਦੇਖ ਲਾ ਕਿਵੇਂ ਬੋਲਦਾ ਗਾ ਨਾ ਅੰਦਰ ਜਾ ਕੇ ਵੀ ਨਹੀਂ ਬੋਲਦਾ ਕੰਜਰ ਚੱਲ ਮੈਨੂੰ ਕੀ ਲੈਣਾ ਕਿਸੇ ਦੀ ਲੜਾਈ ਚ ਕਾਹਨੂੰ ਫਸਦੀ ਆ ਆਪਦੀ ਫਸੀ ਨਮੇੜ ਮੈਂ ਤਾਂ ਜਾਂਦੀ ਅੰਦਰ ਪਾਪਾ ਤੇ ਮਿੱਟੀ ਚੱਕੀ ਫਿਰਦਾ ਦੋ ਘੜੀ ਕਿਸੇ ਨਾਲ ਗੱਲ ਵੀ ਕਰ ਲੈਣ ਦੇ ਕਰ ਅੱਛਾ ਮੈਂ ਨਹੀਂ ਗੱਲ ਕਰਨ ਦਾ ਨਾ ਤੂੰ ਮੈਨੂੰ ਐਂ ਦੱਸ ਛੋਟੀਆਂ ਗੱਲਾਂ ਪੂਰੀਆਂ ਕਦੋਂ ਹੁੰਦੀਆਂ ਨੇ ਨਾ ਛੋਟੀਆਂ ਗੱਲਾਂ ਘਰੇ ਪੂਰੀਆਂ ਹੋਣ ਨਾ ਹੁਣ ਕਿਸੇ ਦੇ ਭੋਗ ਤੇ ਨਾ ਬੱਸਾਂ ਚ ਨਾ ਬਾੜੇ ਚ ਕੋਈ ਕੰਮ ਕਰਦੀ ਵੀ ਕੋਈ ਆਹੋ ਮੇਰੇ ਕੰਮ ਤਾਂ ਸਾਰੇ ਤੂੰ ਹੀ ਕਰਦਾ ਆ ਜਿਹੜੀ ਗੱਲ ਤੂੰ ਬੱਸਾਂ ਵਾਲੀ ਕਰਦਾ ਨਾ ਵੀ ਉੱਥੇ ਵੀ ਰਾਜ ਚਲਾ ਰਿਆ ਤਾਂ ਆਧਾਰ ਕਾਰਡ ਦੀ ਚੱਕ ਦਾ ਕੰਮ ਉਹ ਵੀ ਪਗਦਾ ਹੋਰ ਨਾ ਵੀ ਉਤਨੀ ਸਿੱਧੇ ਵੀ ਕਿਤੇ ਹੋਣਾ ਆਹੋ ਮੇਰੇ ਕੰਮ ਹੱਥ ਲੱਗੇ ਚਾਚੀ ਜੀ ਆਜਾ ਆਜਾ ਕਰੀ ਆ ਪ੍ਰੀਤ ਸ਼ੁਕਰ ਹੈ ਅੱਜ ਤਾਂ ਮਿਲ ਗਈ ਤੂੰ ਵੀ ਨਹੀਂ ਕਰੇ ਪੜਦੀ ਪਤਾ ਨਹੀਂ ਸਾਰਾ ਦਿਨ ਕਿੱਧਰ ਫਿਰਦੀ ਰਹਿਣੀ ਹੈ ਨੀ ਕੀ ਕਰੀਏ ਜਾਏ ਬਿਨਾ ਸਰਦਾ ਦੁੱਖ ਸੁੱਖ ਚ ਤਾਂ ਤੂੰ ਦੱਸ ਕੀ ਕੰਮ ਆਈ ਸੀਗੀ ਮੈਂ ਤਾਂ ਪਹਿਲਾਂ ਵੀ ਆਈ ਸੀ ਤੂੰ ਕਿਹੜਾ ਮਿਲਦੀ ਆ ਘਰੇ ਖੜਦੀ ਤਾਂ ਹੈ ਨੀ ਕਿ ਮੈਂ ਤਾਂ ਹੁਣੀ ਆਈਆਂ ਹਜੇ ਹਾਂ ਮੈਨੂੰ ਤਾਂ ਆਏ ਜੀ ਨੇ ਦੱਸਿਆ ਸੀ ਕਹਿੰਦਾ ਭਾਈ ਪਿੰਡ ਚ ਗਈ ਹੋਈ ਆ ਪਤਾ ਨਹੀਂ ਕਿਹਦੇ ਗਈ ਹੋਈ ਆ ਮੈਂ ਤਾਂ ਪੈਸੇ ਜੇ ਦੇਣ ਆਈ ਸੀ ਤੇਰਾ 500 ਰੁਪਏ ਲੈ ਫੜ ਓਹੋ ਜਾਂ 500 ਨੂੰ ਕੀ ਪਤਾ ਮੈਂ ਜਾਂਦੀ ਸੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਫਿਰ ਆ ਜਾਂਦੀ ਨਾ ਫਿਰ ਕਦੇ ਲੋੜ ਹੁੰਦੀ ਆ ਫਿਰ ਗਰਦਨੀ ਚੀਜ਼ ਫੜੀ ਜਾਂਦੀ ਹੁੰਦੀ ਆ ਉਹ ਤਾਂ ਠੀਕ ਆ ਆ ਜਾ ਚਾਹ ਬਣਾ ਲਈਏ ਚਾਹ ਨਹੀਂ ਚਾਚੀ ਜੀ ਮੈਂ ਤਾਂ ਐਂ ਕਹਿੰਦੀ ਸੀ ਆਪਾਂ ਇਹ ਸੂਦੀ ਕਹਿੰਦੇ ਬੇਬੇ ਜ਼ਿਆਦੇ ਬਿਮਾਰ ਹੋ ਰਹੀ ਹੈ ਜਮੀ ਸਾਹਾਂ ਤੇ ਪਈ ਆ ਮੈਂ ਕਿਹਾ ਆਪਾਂ ਜਾ ਕੇ ਮਾੜਾ ਜਿਹਾ ਪਤਾ ਨਾ ਲੈ ਆਉਂਦੇ ਨਾ ਪ੍ਰੀਤ ਕੱਲ ਨੂੰ ਚੱਲਾਂਗੇ ਨਾਲੇ ਅਗਲੇ ਦੇ ਘੰਟਾ ਲਾ ਕੇ ਆਵਾਂਗੇ ਨਹੀਂ ਮੈਂ ਤਾਂ ਹੁਣੇ ਆਈ ਇੱਕ ਘੰਟੇ ਬਾਅਦ ਆਈ ਹੈਗੀ ਨਾਲੇ ਧੁੱਪ ਦੇ ਲੱਗ ਇੰਨੀ ਹੋ ਰਹੀ ਆ ਕੱਲ ਨੂੰ ਆਪਣੇ ਬੱਬੂ ਨੂੰ ਲੈ ਕੇ ਚੱਲਾਂਗੇ ਨਾਲ ਤਿੰਨੇ ਚਣੀਆਂ ਚੱਲਾਂਗੇ ਬੱਬੂ ਕਿ ਤਾਂ ਹੁਣ ਵੀ ਜ਼ਿਆਦੇ ਮੇਰਾ ਖੜਕਾ ਦੜਕਾ ਜਿਹਾ ਹੋ ਰਿਹਾ ਸੀਗਾ ਮੰਮਾ ਮਰ ਜਾ ਤੈਂ ਵੀ ਸੁਣ ਲਈ ਲੜਾਈ ਨਾ ਕੀ ਹੋ ਗਿਆ ਨਹੀਂ ਅਸੀਂ ਦੋਨੀ ਨਿੱਜੀਆਂ ਸੀਗੇ ਦੋਨੀ ਗਈਆਂ ਤੇ ਉਹਨਾਂ ਦੇ ਗੋਡਾਂ ਨੂੰ ਮੈਂ ਆਉਣਾ ਬੋਲਾ ਮਰ ਰਿਹਾ ਹੈਗਾ ਉਹਨਾਂ ਦਾ ਕੰਡੇ ਦਾ ਚਾਚੀ ਸਾਰੇ ਤੂੰ ਹੀ ਬੀਜਦੀ ਆ ਤੈਨੂੰ ਪਤਾ ਪ੍ਰੀਤ ਸਰਦਾ ਨਹੀਂ ਆ ਦੇਖ ਹੁਣ ਤੂੰ ਆ ਕੇ ਕਹੇ ਤਾਂ ਆ ਜਾ ਚੱਲੀਏ ਚਾਚੀ ਹੁਣ ਤੇਰੇ ਨੂੰ ਜਵਾਬ ਦੇ ਤਾਂ ਫਿਰ ਕਿਹੜਾ ਤੂੰ ਤੁਰਪੀ ਮੇਰੇ ਨਾਲ ਮੈਨੂੰ ਤਾਂ ਆਪ ਕੱਲ੍ਹ ਦਾ ਲਾਰਾ ਲਾਤਾ ਵੀ ਕੱਲ੍ਹ ਨੂੰ ਚੱਲਾਂਗੇ ਨਹੀਂ ਮੇਰਾ ਤਾਂ ਸਿਰ ਦੁਖਣ ਲੱਗ ਰਿਹਾ ਬੱਬੂ ਨੇੜੇ ਨੇੜੇ ਨਲਕਾਰੇ ਦਿੱਤੇ ਮੇਰੇ ਤਾਂ ਸਿਰ 'ਚ ਵੱਜਦੇ ਬੇਬਾ ਹੁਣ ਵੀ ਚੱਲ ਕੋਈ ਨਾ ਕੱਲ੍ਹ ਨੂੰ ਵਗ ਚੱਲਾਂਗੇ ਆਪਾਂ ਟਕੇਈ ਨਾਲ ਚੱਲ ਮੇਰੀ ਗੱਲ ਸੁਣੋ ਕੱਲ੍ਹ ਨੂੰ ਟਾਈਮ ਨਾਲ ਨਿਬੇੜ ਦੀ ਕੰਮ ਕਿਤੇ ਫਿਰ ਕਹਦੇ ਮੇਰਾ ਕੰਮ ਪਿਆ ਸਾਰਾ ਮਾੜਾ ਜਿਹਾ ਸੁਨੇਹਾ ਆ ਜੀ ਨਾਲੇ ਤਾਂ ਠੀਕ ਆ ਨਾਲੇ ਸਾਡੇ ਵੱਡੇ ਨੂੰ ਦੇਖ ਕੇ ਬੋਚ ਕਿਤੇ ਨੇ ਬੋਲ ਮਾਰੀ ਮੇਰੀ ਗੱਲ ਤਾਂ ਸੁਣੋ ਮੈਂ ਤਾਂ ਤੈਨੂੰ ਤਾਂ ਹੀ ਕਹਿੰਦੀ ਮੈਂ ਅੱਜ ਵਗ ਚੱਲ ਨਹੀਂ ਮਹਾ ਕਿਤੇ ਬੁੜੀ ਰਾਤ ਕੱਟੂਗੀ ਪਤਾ ਨਹੀਂ ਨਾ ਕੱਟੂਗੀ ਫਿਰ ਅਗਲਾ ਭੈਣ ਭਾਈ ਆਏਗਾ ਕਹਿੰਦਾ ਵੀ ਜਦੋਂ ਬਿਮਾਰ ਤੇ ਉਹ ਤਾਂ ਕੋਈ ਆ ਕੇ ਖੜਿਆ ਨਹੀਂ ਹੈਗਾ ਨਹੀਂ ਆਪਾਂ ਤਾਂ ਪਤਾ ਲੈਣ ਵੀ ਜਾਣਾ ਗੋਡਾਂ ਦੇ ਮਿਆਉਣ ਵੀ ਜਾਣਾ ਜਾਣਾ ਹੀ ਜਾਣਾ ਚੱਲ ਚੰਗਾ ਭੈਣ ਜੇ ਚਾਹ ਪੀਣਾ ਤਾਂ ਆ ਜਾ ਮੈਂ ਤਾਂ ਅੱਕੀ ਪਈ ਆਂ ਨਾ ਚਾਚੀ ਜੀ ਚਾਹ ਨਹੀਂ ਮੈਂ ਪੀਂਦੀ ਹੈਗੀ ਤੇਜ਼ਾਬ ਜਾ ਬਣਿਆ ਪਿਆ ਚੱਲ ਤਿਆਰ ਰਹੀ ਫਿਰ ਚੰਗਾ ਠੀਕ ਆ ਤਿਆਰ ਰਹੂੰਗੀ ਚੱਲ ਨਹੀਂ ਮੈਂ ਮਰ ਜਾਂ ਆਹ ਮੇਰੀਆਂ ਦਾਦੀਆਂ ਮੈਨੂੰ ਗਾਲਾਂ ਦਵਾਉਣ ਨੂੰ ਦੇਖਣਾ ਨਾਲ ਤਾਂ ਮੂਹਰੇ ਕਰ ਲੈਂਦੇ ਨੇ ਚੱਲ ਉਹ ਵੱਡਾ ਦਿਲ ਕਿਵੇਂ ਭੜਕਦਾ ਸੀਗਾ ਉੱਥੇ ਚੌੜੀ ਹੋ ਕੇ ਵਗ ਜਾਂਦੀ ਆ ਜੇ ਆਪਾਂ ਹੁਣ ਜਦ ਆ ਜਾਂਦੀ ਅਗਲੀ ਨਾ ਜਾਵਾਂ ਜਾਣ ਤਾਂ ਪੈਂਦੀ ਆ ਗਾ ਹਾਏ ਹਾਏ ਲੈ ਕੁੜੇ ਖੜੀ ਹੋ ਪਾਣੀ ਦੀ ਘੁੱਟ ਲਿਆ ਕੇ ਦੇ ਭੱਜ ਕੇ ਕੀ ਲੱਗ ਰਿਹਾ ਮੇਰਾ ਤਾਂ ਮੂੰਹ ਸੁੱਕਿਆ ਪਿਆ ਗਾ ਲਿਆਉਣੀ ਆ ਜੀ ਓਹੋ ਪਤਾ ਨਹੀਂ ਐਡੀ ਦੂਰ ਤੱਕ ਘਰ ਅਸੀਂ ਖਿਲਾਉਣਾ ਲੱਤਾਂ ਰਹਿ ਗਈਆਂ ਮੇਰੀਆਂ ਤਾਂ ਪਤਾ ਨਹੀਂ ਬੰਦਿਆਂ ਨੂੰ ਘਰੇ ਬੈਠ ਕੇ ਕਿਵੇਂ ਸਰ ਜਾਂਦਾ ਗਾ ਇਹ ਤਾਂ ਪੋਰਾ ਨਹੀਂ ਸਰਦਾ ਹੈਗਾ ਆ ਲੈ ਮੰਮੀ ਜੀ ਪਾਣੀ ਲਿਆ ਪੁੱਤ ਕੀ ਗੱਲ ਬੜਾ ਟਾਈਮ ਲਾਤਾ ਤੁਸੀਂ ਕੁੜੇ ਪੁੱਤ ਘਰ ਦੂਰ ਤੀਗਾ ਉਹ ਪਿੰਡ ਦੇ ਪਹਿਲੇ ਪਾਸੇ ਤੀਗਾ ਕੁਛ ਤਾਂ ਘਰ ਦੂਰ ਤੀ ਉਹ ਇੱਕ ਤੇਰਾ ਤਾਇਆ ਮਿਲ ਗਿਆ ਰਾਹ 'ਚ ਉਹ ਤੈਨੂੰ ਪਤਾ ਗਾ ਉਵੇਂ ਬੋਲੀ ਗਿਆ ਰਸਤੇ 'ਚ ਉੱਥੇ ਜਲੂਸ ਕੱਢਤਾ ਮੇਰਾ ਤਾਂ ਉਹਨੇ ਲੈ ਕਰ ਪੁੱਤ ਤੂੰ ਕੰਮ ਕਰ ਲੈ ਮੈਨੂੰ ਦੋ ਕੁ ਮਿੰਟ ਆਰਾਮ ਕਰ ਲੈਣ ਦੇ ਚਲੋ ਪੈ ਜਾ ਤੁਸੀਂ ਮੈਂ ਤਾਂ ਅੰਦਰ ਕੰਮ ਕਰ ਲੈਣਾ ਹਾਂ ਇਹਨੇ ਕੰਮ ਕਰ ਲੈ ਕੋਈ ਹਾਏ ਹਾਏ ਲੈ ਦੱਸ ਇਹ ਵੀ ਪੁੱਛਣ ਲੱਗ ਗਈ ਖਾਸੀ ਦੂਰ ਤੀਗਾ ਘਰ ਦੱਸ ਮੈਂ ਕਿਹੜਾ ਮਸ਼ੀਨ ਆ ਨਾਲੇ ਜਾਨੀ ਆਉਂਦੀ ਹਾਂ ਨਾਲੇ ਸਰਦਾ ਨਹੀਂ ਹੈਗਾ ਆਪ ਉਹ ਕੰਜਰ ਫਿਰੀ ਜਾਂਦਾ ਗਲੀਆਂ ਗਲੀਆਂ ਐਂ ਨਹੀਂ ਵੀ ਆਪ ਜਾਇਆ ਵਾਂ ਕਿਸੇ ਦੇ ਬੁੜਾ ਮਰੇ ਤੋਂ ਤਾਂ ਜਾ ਸਕਦਾ ਗਾ ਓਹੋ ਦਿਲ ਤਾਂ ਕਿਵੇਂ ਗਿਰੀ ਆ ਮਰੇ ਹੋਏ ਕੁੱਤੇ ਵਾਂਗੂ ਨਾ ਕੋਈ ਕੰਮ ਦੀ ਨਾ ਧੰਦੇ ਦੀ ਕਿਤੇ ਕਰ ਲੈ ਕੰਮ ਬੈਠਾ ਜਾਂਦਾ ਵੀ ਘਰੇ ਬੈਠਾ ਜਾਂਦਾ ਦੱਸ
ਆਪਦੇ ਸਰੀਰ ਤੋਂ ਵੀ ਚੰਗੀ ਚੀਜ਼ ਆ ਹੈ ਤੂੰ ਜਾਣੀ ਆ ਧੱਕੇ ਖਾਣੀ ਆ ਉਹਨਾਂ ਨੇ ਉਹ ਜਵਾਕੋ ਆ ਫੜੋ ਭਾਈ ਚੌਲ ਤੁਹਾਡੇ ਉਹ ਦੇਖ ਲਓ ਭਾਈ ਭਈਆ ਰੇਟੀ ਤੁਹਾਨੂੰ ਕਿਹਾ ਸੀ ਜਿਹੜੇ ਉਹੀ ਗੱਲ ਹੋ ਗਈ ਹੈ ਨਾ ਮੈਨੂੰ ਤਾਂ ਐ ਲੱਗਦਾ ਤਾਇਆ ਜੀ ਵੀ ਤੇਜ਼ਾਬ ਵੱਧ ਗਿਆ ਹੋਊਗਾ ਜਿਵੇਂ ਤਾਂ ਹੀ ਪੈ ਗਿਆ ਕੇ ਕੋਈ ਨਾ ਭਾਈ ਤੇਜ਼ਾਬ ਦਾ ਤਾਂ ਮੈਂ ਠੀਕ ਕਰੂੰ ਤੋ ਕੋਈ ਲੋਟ ਨਹੀਂ ਕੋਈ ਨਾ ਇਹ ਲੱਕ ਨਹੀਂ ਹੋਈ ਹੈ ਲੱਕ ਨਹੀਂ ਹੋਈ ਹੈਗੀ ਇਹ ਹੋਰ ਭੈਣੇ ਬੱਬੂ ਕੀ ਹਾਲ ਚਾਲ ਹੈ ਵੀ ਵਧੀਆ ਮੇਰਾ ਤਾਂ ਤੂੰ ਸੁਣਾ ਕਿਵੇਂ ਆ ਵਧੀਆ ਭੈਣੇ ਠੀਕ ਠਾਕ ਤੇ ਗੱਲ ਸੁਣ ਮੇਰੀ ਹਾਂ ਆ ਬੜਾ ਸੋਹਣਾ ਰੰਗ ਜਿਹਾ ਪਾਈ ਫਿਰਦੀਆਂ ਕੋਣੇ ਪ੍ਰਿੰਟਡ ਸੂਟ ਕਿੱਥੋਂ ਲਈਆਂ ਇਹ ਨਹੀਂ ਸੋਹਣਾ ਲੱਗਦਾ ਤੈਨੂੰ ਲੋ ਬਲਾਈ ਸੋਹਣਾ ਲੱਗਦਾ ਨਹੀਂ ਚਿੱਟੀ ਚਿੱਟੀ ਲੱਗਦੀਆਂ ਜਾਵਾਂ ਲੈ ਹੋਰ ਨਹੀਂ ਇਹ ਤਾਂ ਆਪਣੇ ਪਿੰਡ ਸੇਲ ਨਹੀਂ ਲੱਗਦੀ ਹਾਂ ਉਹ ਮੰਗਲਵਾਰ ਵਾਲਿਆਂ ਦੇ ਆਹੋ ਉੱਥੋਂ ਲਈਆਂ ਉਹਨਾਂ ਨੇ ਸੇਲ ਲਾ ਰੱਖੀ ਹੈ ਊਂ ਤਾਂ ਹੈਗਾ ਤੀ ਸੂਟ ਇਹ 2000 ਦਾ ਅੱਛਾ ਪਰ 750 ਦਾ ਦੇਤਾ ਉਹਨਾਂ ਨੇ ਲਿਓ ਖੜੀ ਆ ਓਏ ਆ ਜਾ ਹੁਣ ਮੈਂ ਖੇਤ ਵੀ ਜਾਣਾ ਫਿਰ ਬੇ ਆਉਨੀ ਆ ਖਰਚਾ 2 ਮਿੰਟ ਨਹੀਂ ਭੈਣੇ ਹਾਂ ਅੱਜ ਕੀ ਦਿਨ ਆ ਭਲਾ ਨਹੀਂ ਅੱਜ ਦਿਨ ਮੰਗਲਵਾਰ ਤਾਂ ਹੈਗਾ ਨਹੀਂ ਹਾਂ ਲੈ ਫਿਰ ਅੱਜ ਤਾਂ ਮੰਗਲਵਾਰ ਆ ਅੱਜ ਤਾਂ ਸੇਲ ਲੱਗੀ ਹੋਣੀ ਆ ਮੈਂ ਵੀ ਲਿਆਉਨੀ ਆ ਉਤੋਂ ਨਾ ਸਵੇਰੇ ਲੌਸਮੈਂਟ ਤਾਂ ਕੀਤੀ ਤੀ ਵੀ ਭਾਈ ਅੱਜ ਸੇਲ ਲੱਗੀ ਆ ਨਹੀਂ ਉਹਨਾਂ ਨੇ ਤਾਂ ਕੀਤੀ ਹੋਣੀ ਆ ਲੌਸਮੈਂਟ ਆ ਕੰਮਾਂ ਕਾਰਾਂ 'ਚ ਟਹਿ ਜਾਣਾ ਧਿਆਨ ਹੀ ਨਹੀਂ ਜਾਂਦਾ ਚੱਲ ਕੋਈ ਨਹੀਂ ਚੱਲ ਠੀਕ ਹੈ ਲਿਆਈ ਜਾ ਕੇ ਲਿਆਉਂਗੀ ਲਿਆਉਂਗੀ ਚੰਗਾ ਹਾਂ ਇਹ ਕਰਦੀ ਆ ਇੱਥੇ ਹੀ ਸੈੱਟ ਗੋਹਾ ਤਾਂ ਜੈ ਖਾਣੇ ਦਾ ਸੂਟ ਲੈ ਕੇ ਆਉਣੀ ਆ ਕੀ ਪਤਾ ਲੱਗਦਾ ਕਦੋਂ ਮਰੂਤੀ 'ਚ ਲੈ ਕੇ ਭਾਜਣ ਚੱਲ ਓਏ ਘੱਟੋ ਘੱਟ ਐ ਤਾਂ ਦੇਖ ਲਾ ਵੀ ਸਿਰ ਤੇ ਤੇਰੇ ਵਜਣਾ ਲੱਗੇ ਉੱਥੇ ਗੱਲਾਂ ਮਾਰਨ ਖੜੀ ਬੇ ਤੈਨੂੰ ਤਾਂ ਮੇਰੀਆਂ ਗੱਲਾਂ ਰੜਕਦੀਆਂ ਉਹ ਮੈਂ ਖੇਤ ਜਾਣਾ ਮੈਂ ਤੈਨੂੰ ਤਾਂ ਕਹਿਣਾ ਚੱਕ ਲੈ ਜਿਹੜਾ ਇੱਕ ਟੋਕਰਾ ਰਹਿ ਗਿਆ ਤੇ ਖੇਤ ਜਾ ਕੇ ਕਿਹੜਾ ਤੂੰ ਨੱਕਾ ਤੋੜਨਾ ਹੈ ਲਿਟਣਾ ਹੀ ਆ 10 ਮਿੰਟ ਲੇਟ ਲੇਟ ਜੀ ਢਿੱਡ ਤਾਂ ਵੇਖ ਲੈ ਕਿਵੇਂ ਬੀਨ ਵਾਂਗੂ ਕੱਢਿਆ ਗੱਲਾਂ ਕਰਦਾ ਉਹ ਤੈਂ ਮੇਰੇ ਢਿੱਡ ਤੋਂ ਡੋਕੇ ਲੈਣੇ ਤੂੰ ਕੰਮ ਕਰਾ ਜੇ ਕੋਹਾ ਚੱਕ ਲੈ ਜਿਹੜਾ ਚੱਕਣਾ ਤਾਂ ਅੱਗ ਲਾਉਣੀ ਰੇਲ ਦਾ ਟਾਈਮ ਮਿਸ ਹੋ ਜਾਂਦਾ ਪਰ ਇਹਦਾ ਟਾਈਮ ਨਹੀਂ ਮਿਸ ਹੁੰਦਾ ਬੜਾ ਮਾੜਾ ਐਵ ਲੱਗ ਗਿਆ ਵੀ ਨਾ ਮੰਗਾ ਕੰਜਰ ਕਿਧਰੋਂ ਵੋੜਦਾ ਛੇਤੀ ਵੀ ਆ ਜਾ ਜਾਣ ਪੈ ਜੇ ਮਾੜੀ ਮੋਟੀ ਉਹ ਭਾਈ ਜਵਾਕੋ ਹਾਂਜੀ ਤਾਏ ਜੀ ਮੰਗਾ ਨਹੀਂ ਪੁੱਛਿਆ ਕਦ ਕਹੂਗਾ ਆਪਣਾ ਤਾਏ ਜੀ ਕਰਿਆ ਸੀ ਕੱਲ ਫੋਨ ਉਹਨਾਂ ਨੂੰ ਮੈਨੇ ਅੱਛਾ ਉਹ ਕਹਿੰਦੇ ਹਲੇ ਹਫ਼ਤਾ ਤੱਕ ਹੋਰ ਲੱਗ ਜੂਗਾ ਸਾਨੂੰ ਬੜਾ ਔਖਾ ਹੋ ਗਿਆ ਭਾਈ ਫਿਰ ਤਾਂ ਹੈ ਹਾਂਜੀ ਪੱਤਿਆ ਹੋਇਆ ਉਹ ਵੀ ਨਹੀਂ ਆਉਂਦਾ ਹੈਗਾ ਛੇਤੀ ਹੁਣ ਨਹੀਂ ਅੱਗੇ ਛੇਤੀ ਆ ਜਾਂਦਾ ਤੀ 15 ਦਿਨਾਂ ਬਾਅਦ ਗੇੜਾ ਮਾਰ ਜਾਂਦਾ ਤੀ ਜਦੋਂ ਮਾਲ ਘੱਟ ਜੇ ਫਿਰ ਤਾਂ ਇਹ ਵੀ ਚੜ੍ਹਨੋਂ ਹਟ ਜਾਂਦਾ ਮੇਰੀ ਗੱਲ ਸੁਣ ਮੈਂ ਜਾਣਾ ਖੇਤ ਘਰੇ ਨਿਗਾ ਰੱਖੀ ਕਿਤੇ ਬਾਹਰ ਨਿਕਲ ਜੇ ਮੈਂ ਸੂਣ ਵਾਲੀ ਆਪਣੀ ਬੇ ਕੋਈ ਨਾ ਮੈਂ ਧਿਆਨ ਰੱਖੂਗੀ ਬੇ ਆਏ ਮੈਂ ਕਿਹੜਾ ਗੋਲੀ ਆ ਵੀ ਉਹੀ ਤੁਰੀ ਫਿਰਦੀ ਆ ਚੁੰਨੀ ਚੱਕ ਕੇ ਉਹ ਬਹੁਤ ਸਿਆਣੀ ਆ ਤੂੰ ਫਿਰ ਨਹੀਂ ਮੈਂ ਕਿਹੜਾ ਗੋਲੀ ਆ ਗੱਲਾਂ ਦੇ ਫਿਰ ਪੁਆਇਆ ਸ਼ੁਰੂ ਹੁੰਦੇ ਵੀ ਚਰਮਾਂ ਨੂੰ ਕਿਤੇ ਦੇਖਾਂ ਪਾਣੀ ਬਾਹਰ ਹੀ ਮਿਲ ਗਈ ਮੈਨੂੰ ਮਾਤਾ ਤੇਰੇ ਘਰੇ ਆਉਂਦੀ ਸੀ ਨੀ ਖੈਰ ਵੀ ਆ ਨੀ ਸਾਰੀ ਖੈਰ ਆ ਮੇਰੀ ਗੱਲ ਤਾਂ ਸੁਣ ਲਾ ਪੂਰੀ ਨੀ ਕਹਿੰਦੇ ਡੀਪੂ ਦੇ ਵਿੱਚ ਲੀੜੇ ਆਏ ਹੋਏ ਨੇ ਉਹ ਵੀ ਬੁਲਾਈ ਸੋਹਣੇ ਸੋਹਣੇ ਤੇ 500 ਦੇ ਬਿਮਾਰ ਹੋ ਗਿਆ ਕਿਸੇ ਦੀ ਬੁੜੀ ਬਿਮਾਰ ਹੋ ਗਈ ਸਾਰਾ ਦਿਨ ਫਿਰ ਚੱਜ ਦਾ ਕੱਪੜਾ ਹੋਣਾ ਜਿੰਨਾ ਕੱਲ ਤੈਨੂਂ ਪਤਾ ਕੱਪੜਾ ਲੀੜੀ ਦੇਖਦਾ ਚੱਲ ਆ ਜਾ ਬੜਾ ਟਾਈਮ ਮੇਰੀ ਗੱਲ ਸੁਣ ਲੀੜੇ ਦਾ ਤਾਂ ਮੇਰੇ ਤੋਂ ਚੇਤਾ ਆਇਆ ਵੀ ਮੈਂ ਲੈ ਆਵਾਂ ਕਹਿੰਦੇ ਉਹ ਖੇਤ ਵਾਲਿਆਂ ਦੀ ਬੁੜੀ ਮਰਨ ਵਾਲੀ ਪਈ ਆ ਜਾਂਦੀ ਤੇ ਹੋਰ ਮੈਂ ਕਿਹਾ ਪਹਿਲਾਂ ਸਾਰੇ ਸੂਟ ਵਾਹ ਖੁਸ਼ੀ ਗਮੀ ਚ ਪਾਏ ਹੋਏ ਨੇ ਨੀ ਆ ਤਾਂ ਠੀਕ ਆ ਤੈਂ ਮੈਨੂੰ ਪਹਿਲੀ ਦੱਸਦਾ ਮੈਂ ਤਾਂ ਆਉਣ ਸਾਰ ਨਾ ਸਾਡੀ ਬਹੁਤ ਹੋਰ ਦੀ ਸਮਿਆ ਲੂੰਗੀ ਕੀ ਪਤਾ ਆਪਣੇ ਕਿਹੜੇ ਵੇਲੇ ਪਾ ਕੇ ਜਾਣਾ ਪੈ ਜੀ ਨੀ ਆਹੋ ਤੂੰ ਬਹੂ ਤਾਂ ਸੰਭਾਲੀ ਮੈਂ ਆਪ ਬਣਾ ਲੂੰਗੀ ਦਬਾ ਦਬਾ ਹੋਰ ਨਾ ਮੈਨੂੰ ਤਾਂ ਸੂਟ ਚੱਕ ਨਹੀਂ ਤਾਂ ਸਾਡਾ ਬਹੂ ਸੁੱਕਣਾ ਆਪੇ ਸਿਉਂ ਦਿੰਦੀ ਹੈਗੀ ਆਹੋ ਘੰਟ ਮਾਰੂਗੀ ਨੀ ਨਾਲੇ ਗੱਲ ਸੁਣ ਮੇਰੀ ਆਪਣਾ ਆਉਣਾ ਜਾਣਾ ਲੱਗਿਆ ਰਹਿੰਦਾ ਆਪਾਂ ਤਾਂ ਸੂਟ ਵੀ 5-5, 4-4 ਸੌ ਵਾਲੀ ਚਾਹੀਦੇ ਨੇ ਹੋਰ ਧੋਵੇ ਪਾ ਲੈ ਧੋਲੇ ਪਾ ਹੋਰ ਹਾਏ ਹਾਏ ਨੀ ਭੈਣੇ ਕੀ ਹੋ ਗਿਆ ਹੁਣ ਮੇਰੇ ਤਾਂ ਇੱਥੇ ਆ ਕੇ ਯਾਦ ਆਇਆ ਨੀ ਮੈਂ ਤਾਂ ਮੱਗਰ ਤੋਂ ਪੈਸੇ ਲਿਆਉਣੇ ਭੁੱਲ ਗਈ
ਹੁਣ ਉਹ ਵੀ ਖੇਤ ਵਗ ਗਿਆ ਨਹੀਂ ਕੋਈ ਨਾ ਤੂੰ ਸੋਚ ਨਾ ਕਰ ਪੈਸੇ ਮੇਰੇ ਲਵੇ ਹੈਗੇ ਨੇ ਮੈਂ ਤਾਂ ਐਨੀ ਪਤਾ ਹੈਗਾ ਕਿਹੜੇ ਵੇਲੇ ਲੋੜ ਪੈ ਜੇ ਪੰਜ ਸੱਤ ਹਜ਼ਾਰ ਰੁਪਏ ਜੇਬ 'ਚ ਹੀ ਰੱਖਦੀ ਨਹੀਂ ਚੱਲ ਆ ਜਾ ਹੈਗੇ ਤੂੰ ਕੋ ਪੈਸਿਆਂ ਦੀ ਕਿਉਂ ਚਿੰਤਾ ਕਰਦੀ ਹੈ ਨਹੀਂ ਨਹੀਂ ਮੈਂ ਕਿਹਾ ਜ਼ਿਆਦਾ ਮੰਗਣੇ ਪਿੱਪੜ ਲੱਗਦੇ ਨੇ ਬਦੀਨ ਕਰ ਲਿਆ ਪਤਾ ਨੀ ਕਾਹਤੋਂ ਕਰਦੀ ਉਹ ਦੱਸ ਹੈ ਕੱਲਾ ਕੋਈ ਸਾਡੀ ਤਾਂ ਮਨ ਦੀ ਨੀ ਹੈਗੀ ਤਾਇਆ ਜੀ ਹੁਣ ਤੁਸੀਂ ਉਹ ਕੁਛ ਕਰੋ ਤੁਸੀਂ ਉਹ ਕਹਿ ਕੇ ਦੇਖ ਲੋ ਕੀ ਪਤਾ ਤੁਹਾਡੀ ਮਨ ਜਾਵੇ ਚੱਲ ਕੋਈ ਨਾ ਭਾਈ ਮੈਂ ਹੀ ਕਰਦਾ ਗੱਲ ਉਹਦੇ ਨਾਲ ਐਂ ਨਹੀਂ ਲੋਟ ਆਉਂਦੀ ਇੱਕ ਆਹ ਮੱਗਰ ਵਾਲੀ ਰਲਗੀ ਚਾਪੜ ਜੀ ਦੱਸ ਹੈ ਨਾ ਉਹ ਢਿੱਡ ਜਾ ਉਹ ਕਹੇ ਮਾੜਾ ਮੋਟਾ ਸਮਝਾਵੇ ਵੀ ਤੂੰ ਤਾਂ ਘਰੇ ਖੜ ਜਾ ਉਹ ਤਾਂ ਜਿਹੀ ਜੀ ਹੈਗੀ ਜੀ ਉਹ ਹੋਰ ਚੱਲ ਕੋਈ ਨਾ ਮੈਂ ਕਰਦਾ ਗੱਲ ਨਹੀਂ ਹੈ ਭਾਣੇ ਹੂੰ ਆਏ ਹਾਂ ਡੀਪੂ ਦੇ ਵਿੱਚ ਲੀੜਾ ਤਾਂ ਚੜ੍ਹਦੇ ਤਾਂ ਚੜ੍ਹਦਾ ਸੀਗਾ ਨਹੀਂ ਲੀੜੇ ਬਥੇਰੇ ਸੋਹਣੇ ਸੀਗੇ ਮੇਰੇ ਤਾਂ ਬਲਾਈ ਸੋਹਣੇ ਪਸੰਦ ਆਈ ਮੈਂ ਤਾਂ ਹੁਣ ਡੀਪੂ 'ਚ ਲਿਆ ਕਰੂੰਗੀ ਉਹੀ ਪਰ ਸਾਰਾ ਦਿਨ ਦੜਬੇ ਕੱਪੜੇ ਲੈਂਦੀ ਨਹੀਂ ਉਹੀ ਤਾਂ ਠੀਕ ਹੈ ਪਰ ਇੱਕ ਗੱਲ ਆ ਭੈਣੇ ਮੇਰੇ ਤਾਂ ਰੀਝ ਹੀ ਵਿੱਚ ਰਹੇਗੀ ਆਹ ਤਾਂ ਬਸ ਆਏ ਆ ਵੀ ਹੁਣ ਗੰਗਾ ਸੀ ਤਾਂ ਲਿਆਈਆਂ ਨਹੀਂ ਮੈਂ ਤਾਂ ਗਾਜਰੀ ਚ ਰੰਗ ਦਾ ਸੂਟ ਲਿਆਉਣਾ ਸੀਗਾ ਮੈਂ ਕਿਹਾ ਚਲ ਆਇਆਗਾ ਗਾਜਰੀ ਕਿਤੇ ਮਰਜ਼ੀ ਪਾਲਾ ਚੱਲ ਜਾਂਦਾ ਚੰਗਾ ਬਸ ਉਈ ਲੀਲਕ ਸੜਦੀ ਨਹੀਂ ਗਾਜਰੀ ਗਾਜਰੀ ਫੇਰ ਲਿਆਊਗਾ ਭਾਈ ਇੱਕ ਦਿਨ ਹੀ ਪਾਉਣੇ ਨੇ ਸਾਰੇ ਸੂਟ ਨਹੀਂ ਚੱਲ ਚੰਗਾ ਆਹੋ ਬਦਲਵੇਂ ਰੰਗ ਪਾਇਆ ਕਰਦੇ ਨੇ ਨੀ ਬਦਲ ਮੈਂ ਤਾਂ ਪਾ ਲਾਂਗੇ ਆ ਡੁੱਬ ਜਾਣੀਆਂ ਲੋਕਾਂ ਦੀਆਂ ਨਜ਼ਰਾਂ ਮਾੜੀਆਂ ਨੇ ਲੋਕਾਂ ਦਾ ਕੀ ਹੈਗਾ ਲੋਕ ਤਾਂ ਭੌਂਕਦੇ ਹੁੰਦੇ ਨਾਲੇ ਸਹੀ ਗੱਲ ਹੈ ਹੋਰ ਨੀ ਚਾਚੀ ਕਿੱਧਰ ਜਾਨੀ ਹੈ ਟਾਪ ਲਾਈ ਨੀ ਡਿਪੂ ਚ ਗਈਆਂ ਤੇ ਪ੍ਰੀਤ ਟਾਈਮ ਲੱਗ ਗਿਆ ਸੰਤਾ ਧੁੱਪ ਚੜ ਗਈ ਅੱਛਾ ਸੁਣ ਆ ਦੇ ਆਈਆਂ ਮਾਇਆ ਕਾ ਚੱਕ ਤੇ ਫੁੱਟੇ ਟਲੀ ਨਹੀਂ ਫੇਰ ਹਨਾ ਹੋਰ ਤੇਰੇ ਵਰਗੀ ਠੂਸ ਲਾ ਦਿੰਦੀ ਆ ਫਿਰ ਸੱਟ ਤੋਂ ਕਿਤੇ ਖੜਿਆ ਜਾਂਦਾ ਹੈਗਾ ਨੀ ਵਧੀਆ ਹੰਡਾ ਹੋਣਾ ਚਾਹੀਦਾ ਕੱਪੜਾ ਲੀੜਾ ਰਵਾਜ ਮੁਜਮੀ ਨਾ ਕੱਪੜਾ ਤੈਨੂੰ ਪਤਾ ਹੈਗਾ ਮਾੜਾ ਨਹੀਂ ਪਾਉਂਦੀ ਮੈਂ ਹਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮੈਂ ਕਿਹਾ ਮੱਕੜ ਕੇ ਬੁੜੇ ਦਾ ਭੋਗ ਅੱਜ ਜਾਂਦੀ ਨਹੀਂ ਭੋਗਤੇ ਤੂੰ ਮੈਂ ਮਰ ਜਾ ਮੈਂ ਤਾਂ ਭੁੱਲੇ ਗਈ ਮੇਰੇ ਤਾਂ ਚੇਤੀ ਨਹੀਂ ਹੈਗਾ ਗੱਲਾਂ ਗੱਲਾਂ 'ਚ ਦੇਖ ਲੈ ਚੱਲ ਤੂੰ ਐਂ ਕਰ ਹਾਂ ਮਿੰਟ ਮਾਰ ਕੇ ਰਾਂ ਅਸੀਂ ਕੱਪੜੇ ਬਦਲਦੇ ਛੇਤੀ ਆ ਜੀ ਕੱਪੜੇ ਬਦਲਦੇ ਨਾਲੇ ਲੀੜੇ ਤਾਂ ਲੀੜੇ ਜਾਵਾਂਗੇ ਕਿਉਂ ਨਹੀਂ ਅਗਲੇ ਦੀਆਂ ਜਦੋਂ ਬੁੜੀਆਂ ਮਿਲਦੀਆਂ ਨੇ ਨਹੀਂ ਆਏ ਮਿਲਦੀਆਂ ਨੇ ਇੰਨਾ ਤਾਂ ਕੋਈ ਭੱਜ ਕੇ ਰਿਸ਼ਤੇਦਾਰ ਨਹੀਂ ਮਿਲਦਾ ਨਹੀਂ ਜੇ ਭੱਜ ਕੇ ਮਿਲਦੀਆਂ ਨੇ ਤਾਂ ਹੀ ਕਹਿੰਦੀਆਂ ਵੀ ਜਾਵਾਂਗੇ ਬਾਬਾ ਤਾਂ ਲੱਗ ਰਿਹਾ ਬੋਲਣ ਭੋਗ ਪੈ ਨਾਲ ਬਸ ਇੱਕ ਮਿੰਟ ਲਾਉਂਗੀ ਮੈਂ ਤਾਂ ਕੱਪੜੇ ਹੀ ਬਦਲਨੇ ਨੇ ਬਸ ਆ ਗਈਆਂ ਸੀ ਆ ਜਾ ਕੇ ਦੇਖ ਲੈ ਲੈ ਦੇਖ ਲੈ ਨਹੀਂ ਆਪਾਂ ਤਾਂ ਉਈ ਨਹੀਂ ਕੁਛ ਭੁੱਲੀਆਂ ਅੱਜ ਭੋਗ ਕਿਵੇਂ ਭੁੱਲ ਗਈਆਂ ਆਪਾਂ ਹਾਂ ਸੂਟਾਂ ਦੇ ਚਾਉ ਚ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਭੈਣੇ ਗੱਲ ਸੁਣ ਮੇਰੀ ਆ ਸੂਟ ਵੀ ਤੂੰ ਆਪਦੇ ਘਰੇ ਲੈ ਜਾ ਮੇਰੇ ਕੋਲੋਂ ਤਾਂ ਟਾਈਮ ਨਹੀਂ ਲੱਗਣਾ ਸੁੱਖ ਨਾ ਪਤਾ ਹੀ ਨਹੀਂ ਲੱਗਦਾ ਕਦੋਂ ਕੋ ਭੋਗ ਛੋਗਾ ਜੇ ਹਨਾ ਚੱਲ ਕੋਈ ਨਾ ਮੈਂ ਸਾਡੀ ਬਹੁਤ ਸਮਿਆ ਦੂੰਗੀ ਭੈਣੇ ਆ ਤੇ ਮੈਂ ਨਾ ਪੜਾ ਸੂਟ ਦੇ ਜੂੰਗੀ ਚੰਗਾ ਸੇਤੀ ਆ ਦੀ ਟਾਈਮ ਨਾ ਲਾਈ ਨਹੀਂ ਆ ਗਿਆ ਕਿ ਤਾਂ ਲੱਗਦਾ ਮੈਂ ਟਾਈਮ ਲਾਉਂਗੀ ਲੈ ਵੱਲਾ ਵੇਖ ਲੋ ਇਹ ਆ ਗਈ ਫੇਰੜੀ ਹੋਣਾ ਕਿੱਥੇ ਭੌਂਕ ਗਈ ਆ ਪਹਿਲਾਂ ਮੈਨੂੰ ਐਂ ਦੱਸ ਤੂੰ ਨਾ ਤੇਰੇ ਦੱਸ ਕੀ ਸਲ ਪੈਂਦਾ ਗਾ ਦੋ ਮਿੰਟ ਬਾਅਦ ਭਾਗੀ ਜੇ ਮੈਂ ਨਹੀਂ ਛਲ ਮੇਰੇ ਕਾਹਨੂੰ ਪੈਂਦਾ ਛਲ ਤਾਂ ਲੋਕਾਂ ਦੇ ਪੈਂਦਾ ਜਿਹੜੇ ਗੱਲਾਂ ਬਣਾਉਂਦੇ ਨੇ ਕਹਿੰਦੇ ਸਾਰਾ ਦਿਨ ਨਹੀਂ ਖੜਦੀ ਹੈਗੀ ਉਹ ਨਾ ਲੋਕਾਂ ਨੇ ਮੇਰੇ ਤੋਂ ਦੱਸ ਕੀ ਲੈਣਾ ਗਾ ਪਹਿਲਾਂ ਮੈਨੂੰ ਐਂ ਦੱਸ ਲੋਕਾਂ ਦੀਆਂ ਕੀ ਫਿਰਦੀਆਂ ਨੀ ਹੈਗੀਆਂ ਆਪਦੀਆਂ ਕਣੀ ਤਾਂ ਨਿਗਾਹ ਨਹੀਂ ਰੱਖ ਸਕਦੇ ਮੇਰੇ ਕਣੀ ਝਾਕਦੇ ਰਹਿੰਦੇ ਨੇ ਚੋਰੇ ਸਾਰਾ ਦਿਨ ਨਹੀਂ ਮੈਂ ਕੀ ਕਰਾਂ ਸਾਰਾ ਦਿਨ ਖੁੰਡਾਂ ਤੇ ਖੜ ਨਹੀਂ ਦਿੰਦੇ ਮੈਨੂੰ ਮੇਰੀ ਬੇਇੱਜ਼ਤੀ ਹੁੰਦੀ ਆ ਮੈਂ ਤੈਨੂੰ ਤਾਂ ਕਹਿਣਾ ਉਹ ਘੇਰ ਲਈ ਤਾਏ ਨੇ ਅਸੀਂ ਪੈਣੇ ਤਾਂ ਛੋਲੇ ਤਾਂ ਹੀ ਲੋਟ ਆਊਗੀ ਇਹ ਚੱਕਦੀ ਆ ਮੂੰਹ ਉੱਧਰ ਨੂੰ ਚੱਕਦੀ ਆ ਮੂੰਹ ਉੱਧਰ ਨੂੰ ਘਰੇ ਤਾਂ ਇਹਦੀ ਅੱਡੀ ਨਹੀਂ ਲੱਗਦੀ ਹੈਗੀ ਇਹ ਵੀ ਤਾਏ ਤੋਂ ਹੀ ਲੋਟ ਆਉਂਦੀ ਹੈ ਨਾ ਉਦੋਂ ਤੇਰੀ ਬੇਇੱਜ਼ਤੀ ਹੋਈ ਨਹੀਂ ਜਾਂ ਤੇਰੀ ਭੁੱਕੀ ਫੜੀ ਗਈ ਤੀ ਕੌੜੀ ਲੈ ਗਈ ਤੀ ਚੌਂਕੀ 'ਚ ਫਿਰਦਾ ਤੀ ਉਦੋਂ ਬੱਕਰੀਆਂ ਜਾਂ ਬੰਨਦਾ ਚੰਗਾ ਤੂੰ ਤਾਂ ਪੁਰਾਣੀਆਂ ਗੱਲਾਂ ਚੱਕ ਕੇ ਖੜ ਗਈ ਹੋਰ ਤਾਂ ਤੇਰੇ ਗੱਲ ਨਹੀਂ ਕੋਈ ਹੈਗੀ ਵੀ ਗੱਲ ਆ ਲੈ ਆਇਆ ਮੈਨੂੰ ਰੋਕਣ ਵਾਲਾ ਵੱਡਾ ਖੱਬੀ ਖਾਨ ਲੈ ਦੇਖ ਲੈ ਕਿੰਨਾ ਟਾਈਮ ਹੋ ਗਿਆ ਇਹ ਵੀ ਨਹੀਂ ਹਲੇ ਤਿਆਰ ਹੋ ਕੇ ਆਈ ਨਹੀਂ ਵੀ ਆਵਾਜ਼ ਮਾਰ ਲਈਏ ਸੰਦੇਹਾਂ ਵਗ ਜਾਵਾਂਗੇ ਇੰਨੇ ਭੋਗ ਪੈ ਜੂਗਾ ਫਿਰ ਅਗਲਾ ਕਹੂਗਾ ਵੀ ਖਾਣ ਦੇ ਟਾਈਮ ਆ ਗਈਆਂ ਮੈਨੂੰ ਹੀ ਆਵਾਜ਼ ਮਾਰਨੀ ਪਊਗੀ ਵੀ ਛੇਤੀ ਵਗ ਜਾਵਾਂਗੇ ਦੱਸ ਨਹੀਂ ਬੱਬੂ ਬੱਬੂ ਦੇਖੀ ਕਿੰਨਾ ਟਾਈਮ ਹੋ ਰਿਹਾ ਆ ਜਾ ਤਾਂ ਹੁਣ ਮੈਨੂੰ ਤਾਂ ਪਤਾ ਸੀ ਤੂੰ ਆਉਣ ਵਾਲੀ ਆ ਬਸ ਆ ਜਿੰਦਾ ਲਾ ਦਾਂ ਤੈਨੂੰ ਪਤਾ ਹੀ ਅੱਜ ਕੱਲ ਮਾਹੌਲ ਖਰਾਬ ਆ ਨਾਲੇ ਸਾਡੇ ਵਾਲਾ ਖੇਤ ਗਿਆ ਵਾ ਅੱਛਾ ਖੇਤ ਵਗ ਗਿਆ ਬਾਈ ਹੋਰ ਚੱਲ ਤੂੰ ਜਿੰਦਾ ਲਾ ਛੇਤੀ ਆ ਜਾ ਚੱਲ ਚੱਲ ਲੇਟ ਹੋ ਰਿਹਾ ਭੋਗ ਤਾਂ ਪੈਣ ਵਾਲਾ ਹੈ ਨਹੀਂ ਚੱਲ ਚੱਲ ਮੁੜ ਕੇ ਐਂ ਕਹਿੰਦੇ ਹੁੰਦੇ ਜੇ ਜਲੇਬੀਆਂ ਜੇ ਰੋਟੀ ਪਾਣੀ ਵੀ ਨਾ ਖਾਧਾ ਤਾਂ ਫਿਰ ਵੀ ਕੀ ਗੱਲ ਹੋਰ ਔਖਾ ਹੈ ਨਾਲੇ ਫਿਰ ਅਗਲਾ ਐਂ ਵੀ ਕਹੂਗਾ ਵੀ ਖਾਣ ਦੇ ਟਾਈਮ ਆ ਗਈ ਹੁਣ ਮੇਰੀ ਗੱਲ ਸੁਣ ਹਾਂਜੀ ਐਂ ਕਰੀ ਮੈਂ ਭੋਗ ਤੇ ਜਾਂਦੀ ਹਾਂ ਆਹ ਤੇਰੇ ਤਾਇਆ ਜਦੋਂ ਚਾਹ ਪਾਣੀ ਮੰਗੂਗਾ ਨਾ ਧਿਆਨ ਨਾਲ ਦੇ ਦੀ ਕੋਈ ਨਾ ਮੈਂ ਆਪ ਹੀ ਦੇ ਦੂੰਗੀ ਹਾਂ ਨਾਲੇ ਇੱਕੋ ਗੱਲ ਹੋਰ ਮੇਰੇ ਤਾਂ ਨਾ ਉੱਥੇ ਸਿਰ ਉੱਠ ਖੜਦਾ ਇੱਕ ਸਿਰ ਦੁਖਦੇ ਦੀ ਗੋਲੀ ਦੇ ਦੇ ਜੇ ਹੈਗੀ ਆ ਤੈਨੂੰ ਪਤਾ ਭੋਗ ਤੇ ਤਾਂ ਜਾਊਂਗੀ ਦਿੰਨੀ ਆ ਲਿਆ ਕੇ ਲਿਆ ਦੇ ਹੌਲੀ ਤਾਂ ਬੋਲਣਾ ਹੀ ਨਹੀਂ ਆਉਂਦਾ ਹੈਗਾ ਜੇ ਆਖਣ ਦਾ ਅੱਡੀ ਚੀਕਾਂ ਮਾਰ ਮਾਰ ਕੇ ਬੋਲਣ ਨੂੰ ਦੱਸ ਕੀ ਹੁੰਦਾ ਫਿਰ ਸਿਰ ਦੁਖਦਾ
ਨੀ ਆ ਜਾ ਆ ਜਾ ਚੱਲ ਨੀ ਚੱਲ ਚਾਚੀ ਨੂੰ ਮਾਰ ਬਾਜ ਮਾਰ ਕੇ ਨੀ ਭੈਣੇ ਆ ਜਾ ਓਹੋ ਉਹ ਵੀ ਬਾਜ ਲੱਗ ਰਹੀ ਮੈਂ ਨਹੀਂ ਆਉਂ ਨਹੀਂ ਆ ਖਰਚਾ 2 ਮਿੰਟ ਬਸ ਗੋਲੀ ਲੈ ਆ ਮੈਂ ਲੈ ਲਿਆ ਤੇ ਗੋਲੀ ਸੇਤੀ ਹੈਂ ਇਹ ਕਿੱਧਰ ਤਿਆਰ ਹੋਈਆਂ ਫਿਰਦੀਆਂ ਨੇ ਜਾ ਪਤਾ ਨਹੀਂ ਕਿਹੜੇ ਪਾਸੇ ਜਾਣ ਗਈਆਂ ਕੋੜੇ ਲਿਆ ਹੋਣਾ ਅੰਦਰੇ ਫੜ ਲਈ ਕਿਸੇ ਨੇ ਆ ਗਈ ਆ ਗਈ ਆ ਜਾ ਸੇਤੀ ਆ ਲੋ ਇੰਨਾ ਟਾਈਮ ਹੁੰਦਾ ਕਿਤੇ ਚੁੰਨੀ ਲੜ ਲੈ ਜਾਣੀ ਬੰਨ ਕੇ ਉੱਥੇ ਖਾ ਲੂੰਗੀ ਗੋਲੀ ਤਾਂ ਮੈਂ ਦੇਖ ਦੇਖ ਕਿੰਨੀ ਮੱਛਰੀ ਫਿਰਦੀ ਆ ਮੈਂ ਤਾਂ ਕਹਿੰਦੀ ਜੇ ਤਾਇਆ ਜੀ ਘੇਰ ਲੈਣਾ ਤਾਂ ਸਵਾਦ ਹੀ ਆ ਜਾਵੇ ਨਹੀਂ ਆ ਗਈ ਖਰਚੋ ਮਾੜਾ ਜਾ ਹੁਣ ਆ ਜਾਂਦੀ ਆ ਲੇਟ ਹੋ ਗਈ ਮੇਰੀ ਗੱਲ ਸੁਣ ਪਤਾ ਤਾਇਆ ਜੀ ਨੇ ਘੇਰ ਲਈ ਚਾਚੀ ਜੀ ਤਾਂ ਮਾੜਾ ਜਾ ਪਿੱਛੇ ਹੋ ਜਾ ਕਿਤੇ ਦੇਖ ਲੈ ਆਹੋ ਕੀ ਪਤਾ ਲੱਗਦਾ ਡਾਂਗ ਜੀ ਇੱਧਰ ਨੂੰ ਪਕਾ ਦੇ ਇਹ ਖੁੰਡਾ ਜਿਹਾ ਜਾ ਘੁਮਾਊਗਾ ਪਿੱਛੇ ਹੋ ਜਾ ਆਪੇ ਆਜੂਗੀ ਪਿੱਛੇ ਹੋ ਜਾ ਪਿੱਛੇ ਬੇ ਤੈਨੂੰ ਤਾਂ ਗੱਲਾਂ ਉੜਦੀਆਂ ਨੇ ਭੋਗਦੇ ਜਾਂਦੇ ਅਸੀਂ ਮੱਕੜਕਾ ਬੁੜਾ ਮਰ ਗਿਆ ਤੈਨੂੰ ਤਾਂ ਸਰ ਜਾਂਦਾ ਕਹਿ ਕੇ ਆਈ ਆਹੋ ਮੈਨੂੰ ਤਾਂ ਗੱਲਾਂ ਆਪੇ ਉੜਨੀਆਂ ਦੀਆਂ ਪਾ ਕੇ ਭਾਂਦ ਪਤੇਲੇ ਕੱਪੜੇ ਸੋਤੀ ਕਿਤੇ ਭੋਗਦੇ ਉੱਡ ਲੀਆਂ ਕਿਤੇ ਸੇਲ ਚ ਉੱਡ ਲੀਆਂ ਪੁੱਛਣਾ ਨੀ ਗਿਣਨਾ ਨੀ ਕਿਸੇ ਨੂੰ ਨਾ ਭੋਗਤੇ ਮੈਂ ਜਾਂਦੀ ਆ ਸੂਟ ਮੈਂ ਪਾਉਂਦੀ ਆ ਤੇਰਾ ਦੱਸ ਕੀ ਹੱਡ ਵੱਢਦਾ ਗਾ ਆਹੋ ਮੇਰਾ ਤਾਂ ਹੱਡ ਆਪੀ ਵੱਢਦਾ ਹੱਡਦਾ ਸੋਡਾ ਵੱਢਦਾ ਭੋਗਤੇ ਜਾ ਕੇ ਵੀ ਨਹੀਂ ਚੁੱਪ ਕਰਦੀ ਆ ਭਾਈ ਜੀ ਵੀ ਰੌਲਾ ਪਾ ਪਾ ਖੜ ਜਾਂਦਾ ਭਾਈ ਚੁੱਪ ਕਰ ਜੋ ਤੁਸੀਂ ਨੀ ਚੁੱਪ ਕਰਕੇ ਦਿੰਦੀ ਆ ਬੈਠੀਆਂ ਚੁਰ ਚੁਰ ਕਰੀ ਜਾਣੀ ਆ ਕਿਸੇ ਦੀ ਲਾਤੀ ਕਿਸੇ ਦੀ ਬੁਝਾਤੀ ਹੋਰ ਤੁਹਾਨੂੰ ਕੋਈ ਕੰਮ ਨੀ ਹੈਗਾ ਤੇਰੇ ਕੰਮਾਂ ਦਾ ਤਾਂ ਕੋਈ ਅੰਤ ਨੀ ਹੈਗਾ ਤੂੰ ਤਾਂ ਪਹਾੜੋਂ ਪੱਥਰ ਤੋੜ ਦਾਂਗਾ ਕੋਈ ਨਾ ਫੇਰ ਪਈ ਤੂੰ ਆ ਕੇ ਪੁੱਛੂਗਾ ਇਹ ਆ ਗਈ ਖੜ ਜਾ ਫੇਰ ਨਾ ਪਈ ਆ ਕੇ ਮੂੰਹ ਢੱਡ ਕੇ ਪੈ ਜਾਂਦੀਆਂ ਨਾਲੇ ਹਾਂ ਦੇਖ ਲੈ ਭੈਣੇ ਨੀ ਚੱਲ ਆ ਜੋ ਨੀ ਚਾਚੀ ਇੰਨਾ ਟਾਈਮ ਹੁੰਦਾ ਨੀ ਉਤਨੋਂ ਅੱਗੇ ਨੇ ਘੇਰ ਲਈ ਰਾਹ ਚ ਮੈਂ ਤਾਂ ਕਰਦੀ ਆਉਂਦੀ ਤੀਗੀ ਲੈ ਦੱਸ ਭਲਾ ਮੇਰੀ ਗੱਲ ਸੁਣ ਤੈਨੂੰ ਤਾਂ ਪਤਾ ਵੀ ਭੋਗਤੇ ਜਾਣਾ ਹੁਣ ਉਦੋਂ ਜਾਏਗੀ ਜੋ ਜਲੇਬੀਆਂ ਤੇ ਪਾਣੀ ਪੈ ਗਿਆ ਨੀ ਕਿਧਰੇ ਨੀ ਪੈਂਦਾ ਆ ਚੱਲੀਏ ਮੀਂਹ ਆਉਣਾ ਹੋ ਰਿਹਾ ਉੱਤੋਂ ਆ ਜਾ ਉੱਤੋਂ ਭੁੱਖ ਨੀ ਲੱਗੀ ਪਈ ਆ ਨੀ ਮੈਂ ਮਰ ਜਾਵਾਂ ਕਦੇ ਤਾਂ ਰੋਟੀ ਵੀ ਨਹੀਂ ਖਾ ਕੇ ਆਈ ਹੱਦ ਹੀ ਨਹੀਂ ਰੋਟੀ ਨੀ ਕਿਧਰੇ ਨੀ ਬੁੰਦੀ ਚ ਪਾਣੀ ਪੈਂਦਾ ਹੈਗਾ ਗਾੜੀ ਗਾੜੀ ਬੁੰਦੀ ਹੋ ਗਈ ਤਾਂ ਤੜਕੀ ਤੜਕੀ ਤਾਂ ਉਹਦੇ ਬਾਅਦ ਚ ਪਾਣੀ ਪਾ ਦਿੰਦੇ ਨੇ ਪਤਲੀਆਂ ਲਾ ਜਾ ਕਿਤੇ ਹੋਰ ਨਾ ਅਗਲੇ ਦੇ ਭਾਂਡੇ ਚੱਕਣੇ ਪੈ ਜਾਣ ਰਾਜੂ ਨੀ ਰਾਜ ਹੈ ਕੋਈ ਘਰੀ ਨਹੀਂ ਜੰਪਦਾ ਨੀਰਾਜ ਕਿੱਧਰ ਭੱਗ ਗਏ ਸਾਰੀ ਕੌਣ ਆ ਗਿਆ ਦੁਪਹਿਰੇ ਦੁਪਹਿਰੇ ਵੀ ਨਹੀਂ ਖੜਦੀਆਂ ਹੈਗੀਆਂ ਪਤਾ ਨਹੀਂ ਕੀ ਕੰਮੇ ਨਹੀਂ ਹੈਗੇ ਇਹਨਾਂ ਨੂੰ ਕੋਈ ਹੈ ਓਏ ਆ ਗਿਆ ਭਈ ਆ ਗਿਆ ਬੂ ਨਹੀਂ ਛੜਾ ਮੱਥੇ ਲਾ ਕੇ ਟੁੱਟ ਪੈਣਾ ਐ ਤਾਂ ਸੀਬੋ ਲੱਗਦੀ ਆ ਲੈ ਇਹਦੀ ਘਾਟਦੀ ਹੋਣਾ ਨੀ ਸੀਬੋ ਮੈਨੂੰ ਐਂ ਦੱਸ ਹੈ ਕੁੰਡ ਦਾ ਦੇਖ ਲਾ ਕਿਵੇਂ ਗਿੱਠਦਾ ਮਾਰਿਆ ਕੱਢ ਕੇ ਨਾ ਛੜੇ ਕੀ ਬੰਦੇ ਨਹੀਂ ਹੁੰਦੇ ਸਾਡੇ ਤਾਂ ਮੁਸ਼ਕ ਆਉਂਦੀ ਆ ਐਂ ਦੱਸ ਪਹਿਲਾਂ ਮੈਨੂੰ ਤੂੰ ਨਹੀਂ ਜੀ ਮੈਂ ਤਾਂ ਉਹੀ ਕੁੰਡ ਕੱਢ ਲਿਆ ਮੈਂ ਕਿਹਾ ਬਾਈ ਜੀ ਫਿਰਦਾ ਫਿਰ ਵੀ ਵੱਡਿਆਂ ਥੋਂ ਲੱਗਦਾ ਹੈਗਾ ਨਹੀਂ ਉਹਦਾ ਤਾਂ ਨਿਭਾਗ ਤੇਰਾ ਵੱਡੇ ਥੋਂ ਲੱਗਦਾ ਮੈਂ ਪਰ ਮੈਨੂੰ ਪਤਾ ਤੂੰ ਜਾਣ ਕੇ ਟੇਡੀਆਂ ਮਾਰਦੀ ਆ ਪੰਗੇ ਲੈਂਦੀ ਆ ਜਾਣ ਕੇ ਤੂੰ ਮੇਰੇ ਨਾਲ ਲੈ ਦੇਖ ਲੈ ਪੰਗੇ ਲੈਣ ਨੂੰ ਕਿ ਮੈਂ ਤੇਰੇ ਮੁਰਗੇ ਚੋਰੀ ਕਰ ਲਏ ਮੈਨੂੰ ਐਂ ਦੱਸ ਹੈ ਤੂੰ ਐਵੇਂ ਲੋਹਾ ਲੱਖਾਂ ਹੋਈ ਜਾਂਦਾ ਹੈ ਬਿਨਾਂ ਗੱਲ ਤੋਂ ਤਾਇਆ ਜੀ ਪਤਾ ਨਹੀਂ ਕਿਹਦੇ ਨਾਲ ਜੀਦੀ ਜਾਂਦੇ ਨੇ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਚੱਲ ਮੈਂ ਕੀ ਲੈਣਾ ਨਾ ਮੁਰਗੇ ਕੀ ਹਲੇ ਅੜੀ ਰਹਿ ਗਏ ਮੁਰਗੇ ਦਾ ਚੋਰੀ ਕਰਨ ਦੀ ਮੈਨੂੰ ਅੱਧਾ ਦੁਖਤੀ ਤੇਰੀ ਭੈਣ ਦਾ ਸਾਕ ਹੁੰਦਾ ਦੀ ਚੰਗਾ ਭਲਾ ਮੈਨੂੰ ਆਹ ਲਾ ਕੇ ਸਾਡੇ ਲਈ ਦੈਗਣ ਜੀ ਦੇ ਗਿਆ ਲੱਗਣਾ ਤੈਂ ਜਾਣ ਕੇ ਮੁਕਰਾਇਆ ਹਲੇ ਕਹਿੰਦੀ ਮੈਂ ਟੇਡੀਆਂ ਨਹੀਂ ਮਾਰਦੀ ਪਹਿਲਾਂ ਹੋਰ ਟੇਡੀਆਂ ਨੇ ਹੋਈਆਂ ਹੋਰ ਕੀ ਨੇ ਇਹ ਲੈ ਦੇਖ ਲੈ ਗੱਲਾਂ ਕਿਹੜੀਆਂ ਕਰਦਾ ਵੀ ਉਦੋਂ ਤਾਂ ਤੂੰ ਵੀ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਸੀ ਕਹਿੰਦਾ ਮਾਏ ਕੁੜੀ ਪੜ੍ਹੀ ਲਿਖੀ ਲਊਗਾ ਲੈ ਦੇਖ ਲੈ ਪੜ੍ਹੀ ਲਿਖ ਨੂੰ ਜਾਣੀ ਤੂੰ ਆਪ ਪਟਵਾਰੀ ਲੱਗਿਆ ਹੋਇਆ ਸੀਗਾ ਨੀ ਬੋਲੀਏ ਪਟਵਾਰੀ ਮੇਰੀ ਕੀ ਰੀਸ ਕਰੂਗਾ ਉਹ ਟਾਈਮ ਅੱਜ 8 ਪੜੇ ਹਾਂ ਮੈਂ ਅੱਜ ਦੀਆਂ 16 ਬਰਾਬਰ ਨੇ ਉਗਲਾਂ ਤੇ ਗਿਣਦਾ ਨਾ ਸਾਰਾ ਕੁਝ ਮੈਂ ਤਾਂ ਮਾਰਦੀਆਂ ਗੱਲਾਂ ਤੂੰ ਦੇਗਾ ਤਾਂ ਹੀ ਤਾਂ ਸਾਕਾਂ ਦੀ ਲੈਣੀ ਟੁੱਟਦੀ ਸੀ ਕਹਿੰਦਾ ਮੈਂ 8 ਪੜਿਆ ਹੋਇਆ ਆ ਫਿਰਦਾ ਹੁਣ ਖੁਰਲੀਆਂ 'ਚ ਹੱਥ ਮਾਰਦਾ ਡੰਡੇ ਵਜਾਉਂਦਾ ਨਹੀਂ ਇਹ ਤਾਂ ਛੋਡੇ ਵਰਗੀਆਂ ਦਾ ਬੇੜਾ ਪੈ ਗਿਆ ਸਾਕ ਤਾਂ ਮੈਨੂੰ ਖੱਬੀ ਖਾਣਾ ਉੱਤੇ ਪੂਰੇ ਇਹ ਤਾਂ ਮੈਂ ਨਹੀਂ ਹਾਂ ਕਰੀ ਛੇਤੀ ਲੈ ਮੈਂ ਜਾ ਕੇ ਦੇਖਦੀ ਹਾਂ ਪਤਾ ਨਹੀਂ ਕੀ ਰੌਲਾ ਪਾ ਰੱਖਿਆ ਪਤਾ ਨਹੀਂ ਕਿਹਨੂੰ ਘੇਰ ਕੇ ਖੜ ਗਏ ਹੁਣ ਬਈ ਚੱਲ ਚੰਗਾ ਹੋਰ ਹੀ ਗੱਲਾਂ ਲੈ ਕੇ ਬਹਿ ਗਿਆ ਉਹੀ ਘੇਰ ਕੇ ਖੜ ਜੂ ਤੁਰ ਜਾਂਦਿਆਂ ਨੂੰ ਮੈਨੂੰ ਐਂ ਦੱਸ ਰਾਜ ਘਰੇ ਹੈਗੀ ਹੈ ਕਿ ਨਾ ਨੀ ਰਾਜ ਇਹੀ ਜੀ ਹੋਵੇ ਰੱਜ ਕੇ ਨਾ ਖਾ ਲਿਓ ਉਹ ਤਾਂ ਡਾਕ ਚੌਂਕੀਆਂ ਨਹੀਂ ਪੂਰੀਆਂ ਹੁੰਦੀਆਂ ਸਾਰਾ ਦਿਨ ਘਰੇ ਕਿੱਥੇ ਖੜ ਜੂਗੀ ਉਹ ਹਾਂ ਚੰਗਾ ਮੈਂ ਤਾਂ ਰਾਜ ਨੂੰ ਮਿਲਣ ਆਈ ਸੀ ਚਲ ਆਓ ਨੂੰ ਆ ਗਈ ਉਹਦੇ ਨਾਲ ਗੱਲਬਾਤ ਕਰ ਲੈਣੀ ਆਹੋ ਕਰ ਲਾ ਨੂੰ ਨਾਲ ਗੱਲਬਾਤ ਤੂੰ ਪੈਰੀ ਪੈਣੀ ਤਾਈ ਜੀ ਜਿਉਂ ਦੀ ਬਸਦੇ ਰਹਿ ਪੁੱਤ ਬੁੱਢਾ ਸੁਹਾਗਣ ਹੋ ਤੇਰੇ ਵੀਰ ਜਿਉਂਦੇ ਰਹਿਣ ਹੋਰ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਮੈਂ ਤੁਸੀਂ ਦੱਸੋ ਹਾਂ ਠੀਕ ਹੈ ਬੇਟਾ ਆਜੋ ਬਹਿ ਜਾ ਮੰਜੇ ਤੇ ਅੰਦਰ ਆਜੋ ਚਲ ਇਹਨੂੰ ਕਾਹਨੂੰ ਬਿਠਾ ਲਿਆ ਜਵਾਕਾਂ ਨੇ ਮੈਂ ਤਾਂ ਇਹਨੂੰ ਬਾਹਰ ਚੋਂ ਮੋੜਨ ਲੱਗਿਆ ਸੀ ਇਹੀ ਜਨਾਨੀ ਹੈ ਘਾਂਟਾ ਨਹੀਂ ਹਿੱਲਣੀ ਹੋਰ ਉੱਗਦਿਆਂ ਬਦਲਾਂ ਮਾਰੀ ਜੂ ਦੇਖ ਲਈ ਉਰੇ ਨਾ ਮਾਰੇ ਜੀ ਅੱਜ ਤਾਈ ਜੀ ਲੈ ਤੁਸੀਂ ਬੈਠੋ ਮੈਂ ਚਾਹ ਕਰਦੀ ਨੇ ਨਹੀਂ ਪੁੱਤ ਮੇਰੀ ਗੱਲ ਸੁਣ ਉਹ ਤਾਂ ਪੁੱਤ ਮੈਂ ਚਾਹ ਪੀ ਕੇ ਆਈ ਹਾਂ ਮਾੜੀ ਮੋਟੀ ਜਿੰਨੀ ਕੁ ਪੀਨੀ ਆ ਹੈ ਜੇ ਤੂੰ ਨਹੀਂ ਡਰਦੀ ਤਾਂ ਦੁੱਧ ਦੀ ਘੁੱਟ ਕਰ ਲੈ
ਮੇਰੇ ਤਾਂ ਅੱਗ ਲਾਉਣਾ ਤੇਜ਼ਾਬ ਬਣਦਾ 100 ਸਿਆਪੇ ਨੇ ਚਾਹ ਪੀ ਕੇ ਤਾਂ ਮੇਰੀ ਜਾਨ ਨੂੰ ਮੈਂ ਤਾਂ ਘੱਟੇ ਪੀਣੀ ਆ ਚਾਹ ਚਲੋ ਠੀਕ ਹੈ ਤਾਈ ਜੀ ਮੈਂ ਲਿਆਉਣੀ ਹੈ ਬਣਾ ਕੇ ਫਿਰ ਤੁਸੀਂ ਬੈਠੋ ਬੈਠੀ ਹਾਂ ਪੁੱਤ ਮੈਂ ਤਾਂ ਲੈ ਦੱਸ ਤੇਜ਼ਾਬ ਵਾਲਾ ਤਾਂ ਸਾਰੀਆਂ ਬੁੜੀਆਂ ਦਾ ਇੱਕੇ ਹਾਲ ਹੈ ਸਹੀ ਕਹਿੰਦੇ ਨੇ ਤਾਇਆ ਜੀ ਘਰੇ ਤਾਂ ਟਿੱਕੇ ਨਹੀਂ ਬੈਠਦੀਆਂ ਫਿਰ ਤੇਜ਼ਾਬ ਬਣਨ ਲੱਗ ਜਾਂਦੇ ਨੇ ਹੋਰ ਤਾਂ ਗੱਲਾਂ ਨਹੀਂ ਗੱਲਾਂ ਆ ਬੱਗੋ ਜੀ ਨੂੰ ਨੂੰਹ ਇੰਨੇ ਵਧੀਆ ਮਿਲ ਗਈ ਜਦੋਂ ਬੋਲਦੀ ਹੈ ਮੂੰਹ 'ਚੋਂ ਫੁੱਲ ਕਰਦੇ ਨੇ ਇੰਨਾ ਅਗਲੇ ਦਾ ਪਿਆਰ ਲੈਂਦੀ ਹੈ ਪਤਾ ਨਹੀਂ ਇਹਨੇ ਬੱਗੋ ਜੀ ਨੇ ਕੀ ਪਿਛਲੇ ਯੁੱਗ 'ਚ ਮੋਤੀਪੁੰਨ ਕਰੇ ਹੋਏ ਨੇ ਇੱਕ ਉਹ ਨਹੀਂ ਆਈ ਉੱਜੜੀ ਉੱਖੜੀ 2 ਘੰਟੇ ਹੋ ਗਏ ਘਰੋਂ ਇਹਨੂੰ ਗਈ ਨੂੰ ਮੇਰਾ ਤਾਂ ਬਸ ਨਹੀਂ ਚੱਲਦਾ ਲੱਲੇ ਪਾਵਾਂ ਕੁੱਟ ਕੁੱਟ ਕੇ ਘਰਦੀ ਤਾਂ ਇਹਨੂੰ ਸੋਚ ਹੀ ਨਹੀਂ ਹੈਗੀ ਵੀ ਮੈਂ ਘਰੇ ਜਾਣਾ ਉੱਥੇ ਧਰਨਾ ਮੱਲ ਕੇ ਬਹਿ ਜੂ ਵੀ ਘਰੇ ਜਵਾਕ ਇਕੱਲੇ ਨੇ ਉਹਨਾਂ ਲੋ ਬਾਜਾ ਘਰੇ ਕੰਮ ਧੰਦਾ ਕਰਨਾ ਕੋਈ ਨਾ ਕੋਈ ਬਸ ਕੰਮ ਵਾਰੀ ਤਾਂ ਇਹਨੂੰ ਰੋਣਾ ਪੈਂਦਾ ਇਹਨੂੰ ਤਾਂ ਬਹਾਨਾ ਉੱਥੇ ਆ ਜਾਂਦਾ ਇਹੋ ਜਿਹਾ ਭੋਗ ਤਾਂ ਮਸਾਂ ਮਿਲਦੇ ਹੋ ਰਿਹਾ ਵੀ ਛੇਤੀ ਆ ਜੀ ਇੱਕ ਧੁੱਪ ਸੀਕ ਲਾਉਣੀ ਰੱਬ ਨੇ ਜਿਵੇਂ ਕੜਾਕਾ ਚੜ ਕਾਲਾ ਨਹੀਂ ਆਉਂਦਾ ਤੁਰੇ ਪੈਰੀ ਪੈਣਾ ਚਾਚੀ ਵੀ ਜਿਉਂਦਾ ਵੱਸਦਾ ਰਹਿ ਕਾਲੇ ਹੋਰ ਕਿਵੇਂ ਠੀਕ ਹਾਂ ਚਾਚੀ ਵਧੀਆ ਵਾ ਕਿੱਧਰ ਨਹੀਂ ਚਾਚੀ ਵੀ ਕਾਲੇ ਮੈਂ ਤਾਂ ਭੋਗ ਤੋਂ ਆਈ ਸੀਗੀ ਅੱਛਾ ਫਿਰ ਆ ਵੀ ਗਈ ਛੇਤੀ ਉਹ ਭੋਗ ਤਾਂ ਹਜੇ ਪਿਆ ਨਹੀਂ ਹੈਗਿਆ ਮੈਂ ਤਾਂ ਭਾਈ ਚੌਲ ਖਾ ਲਏ ਜ਼ਿਆਦੇ ਮੇਰੇ ਤਾਂ ਡਿੱਕੀ ਜਮਣੀ ਪਈ ਆ ਕਾਲਜੇ ਤੇ ਸਵਾਦ ਦੀ ਸੀਕ ਲਾਉਣੇ ਵਾਲੇ ਇੰਨਾ ਅੱਗ ਸਵਾਹ ਜਾ ਬਲਾਈ ਕੁਛ ਪਾਰਖਾ ਦੀ ਚੌਲਾਂ 'ਚ ਹਾਂ ਹੋ ਜਾਣ ਖਾਈ ਜਾ ਖਾਈ ਜਾ ਹਾਂ ਕੁਛ ਉਹ ਪਾਲੀ ਮਸਾਲੇ ਵਾਲੀ ਦਾਲ ਵਿੱਚ ਮੈਂ ਚੌਲਾਂ ਔਰ ਉਹ ਇੱਕ ਬੁੜੀ ਜਿਹੀ ਪਾਉਣ ਲੱਗ ਰਹੀ ਤੇ ਕੋਲੇ ਮੈਨੂੰ ਵੀ ਰੀਸ ਹੋ ਗਈ ਮਤਲਬ ਸਵਾਦ ਲੱਗਦੇ ਹੋਣੇ ਆਏ ਹੋਰ ਭਾਈ ਔਖੀ ਹੋ ਰਹੀਆਂ ਹੁਣ ਮੈਂ ਤਾਂ ਹੀ ਮੁੜਿਆ ਹੀ ਚਾਚੀ ਸਮਾਨ ਮਾੜਾ ਜਿਹਾ ਘੱਟ ਖਾ ਕਰ ਭੋਗ ਤੇ ਜਾ ਕੇ ਤੁਸੀਂ ਐਂ ਕਰਦੇ ਹੋ ਵੇ ਭਾਈ ਮੈਂ ਤਾਂ ਰੋਟੀ ਨਹੀਂ ਖਾ ਕੇ ਤੈਨੂੰ ਪਤਾ ਤਾਂ ਹੈਗਾ ਬੁੜੀਆਂ ਦਾ ਜੇ ਕਿਸੇ ਦਾ ਭੋਗ ਹੋਵੇ ਰੋਟੀ ਘਰੇ ਖਾਂਦੀਆਂ ਨਹੀਂ ਹੁੰਦੀਆਂ ਤਾਂ ਮੇਰੀ ਮਾਂ ਵੀ ਐਂ ਕਰਦੀ ਆ ਹੋਰ ਇੱਕ ਉਹ ਨਾ ਤਾਂ ਬਣਾ ਵੀ ਕਾਲੇ ਇੰਨਾ ਕੁਛ ਰੱਖਿਆ ਦੀ ਭਾਈ ਬਾਹਲਾ ਕੁਛ ਬਣਾ ਰੱਖਿਆ ਸੀਗਾ ਆਏ ਹੋ ਰਿਹਾ ਤੀ ਵੀ ਕੀ ਖਾਈਏ ਕੀ ਛੱਡੀਏ ਫਿਰ ਇੱਕ ਉਹ ਬਣਾ ਰੱਖੇ ਤੇ ਪਾਣੀ ਜਾ ਕੇ ਆਹਦਾ ਹੁੰਦਾ ਉਹ ਕਰਾਰਾ ਜਾ ਉਹ ਆਪਣਾ ਮਸਾਲੇ ਵਾਲਾ ਜਲਜੀਰਾ ਹੋਣਾ ਹਾਂ ਹਾਂ ਉਹੀ ਮੈਂ ਤਾਂ 3-4 ਗਲਾਸ ਉਹਦੇ ਪੀ ਗਈ ਹੁਣ ਆਹ ਢਿੱਡ ਨੂੰ ਦੇਖ ਲਾ ਫਾਰਾ ਆਇਆ ਪਿਆ ਗਾ ਜ਼ਹਿਰ ਉਹਦਾ ਚਾਚੀ ਕੱਲੀ ਗਈ ਸੀ ਫਿਰ ਨਾ ਉਹ ਗਈਆਂ ਤੀ ਇੱਕ ਤਾਂ ਪ੍ਰੀਤ ਤੀ ਮੇਰੇ ਨਾਲ ਇੱਕ ਬੱਬੂ ਸੀਗੀ ਉਹ ਕਹਿੰਦੀ ਅਸੀਂ ਤਾਂ ਚਾਹ ਪਾਣੀ ਪੀ ਕੇ ਆਵਾਂਗੇ ਤੂੰ ਵਗ ਜਾ ਚੱਲ ਮੈਨੂੰ ਤਾਂ ਬੈਠਣਾ ਔਖਾ ਹੋ ਗਿਆ ਕਾਲੇ ਉੱਥੇ ਹੋਰ ਹੈਲੋ ਤਾਈ ਜੀ ਬਹਿ ਜਾ ਪੁੱਤ ਹੋਰ ਤੇਰੀ ਬੀਬੀ ਨਹੀਂ ਅੱਜ ਕਿੱਥੇ ਗਈ ਹੋਈ ਹੈ ਉਹ ਤਾਂ ਤਾਈ ਜੀ ਅੱਜ ਭੋਗ ਤੇ ਗਏ ਹੋਏ ਨੇ ਨੀ ਧੀਏ ਤੂੰ ਤਾਂ ਵਾਲੀ ਚੰਗੀ ਹੈ ਦੇਖ ਲਾ ਸੱਸ ਤਾਂ ਭੋਗ ਤੇ ਭੇਜ ਰੱਖੀ ਹੈ ਤੂੰ ਘਰੇ ਸਾਰਾ ਘਰ ਦਾ ਕੰਮ ਸਾਂਭ ਰੱਖਿਆ ਇੱਕ ਉਹ ਸਾਡੇ ਵਾਲੀ ਨੇ ਪੁੱਤੀ ਮੈਨੂੰ ਕਿਤੇ ਨਹੀਂ ਜਾਣ ਦਿੰਦੀ ਆਪ ਮੂਹਰੇ ਰਹਿੰਦੀ ਹੈ ਬਾਹਰ ਫਿਰਨ ਨੂੰ ਇਹ ਤਾਂ ਤਾਈ ਜੀ ਵੱਡਿਆਂ ਦਾ ਹੀ ਕੰਮ ਹੁੰਦਾ ਭੋਗ ਤੇ ਜਾਣਾ ਜਾਂ ਕਿਤੇ ਹੋਰ ਇਹ ਤਾਂ ਪੁੱਤ ਜਵਾਕ ਨੂੰ ਲਿਆਕਤ ਹੁੰਦੀ ਹੈ ਮੈਂ ਤੈਨੂੰ ਦੱਸਾਂ ਹੈ ਸਿਆਣੇ ਬੰਦੇ ਦਾ ਬਾਹਰੋਂ ਕੰਮ ਕਰਨਾ ਹੁੰਦਾ ਤੈਨੂੰ ਪਤਾ ਨਿਆਣੇ ਤਾਂ ਘਰੇ ਰਹਿੰਦੇ ਹੁੰਦੇ ਨੇ ਇੱਕ ਉਹ ਸਾਡੇ ਵਾਲੀ ਹੈ ਉਹਦੀ ਮਾਂ ਨੇ ਉਹਨੂੰ ਭੋਰਾ ਲੱਖਣ ਦਿੱਤਾ ਵੀ ਹਾਂ ਵੱਡੇ ਬਾਹਰ ਜਾਂਦੇ ਹੁੰਦੇ ਨੇ ਕਿ ਘਰੇ ਰਹਿੰਦੇ ਹੁੰਦੇ ਨੇ ਕਹੂਗੀ ਮੈਂ ਬਾਹਰ ਜਾਣਾ ਛੇਤੀ ਮਾਂ ਤੂੰ ਘਰੇ ਕੰਮ ਕਰ ਲੈ ਗੋਲੀ ਲਾ ਕੇ ਆਪ ਬਾਹਰ ਜਾਂਦੀ ਹੈ ਆਹ ਦੇਖ ਲਾ ਕਾਦੀ ਬੈਠੀ ਹੈ ਹਨਾ ਹਿੱਲਣ ਦਾ ਨਾਂ ਹੀ ਨਹੀਂ ਲੈਂਦੀ ਪਤਾ ਨਹੀਂ ਕੀ ਜਵਾਕਾਂ ਨੂੰ ਪਾੜਤਾ ਪੜਾਈ ਜਾਂਦੀ ਹੈ ਨਾ ਸਾਰੇ ਉਹ ਕਹਿਣ ਵੀ ਬੇਬੇ ਵਗ ਜਾ ਘਰ ਨੂੰ ਤੂੰ ਬਹੁਤ ਟਾਈਮ ਹੋ ਗਿਆ ਇਹ ਤਾਂ ਇਹੀ ਜਿਹੀ ਚੰਦਰੀ ਤੀਮੀ ਆ ਸਾਰੇ ਪਿੰਡ ਦੀ ਗੌਰ ਰੱਖਦੀ ਹੈ ਕਿੱਥੇ ਕੀ ਹੁੰਦਾ ਕਿੱਥੇ ਕੀ ਨਹੀਂ ਹੁੰਦਾ ਉਹੀ ਉਰੇ ਜਵਾਕਾਂ ਦੇ ਕੰਨ ਭਰੀ ਜਾਂਦੀ ਹੋਊਗੀ ਨਾ ਸਾਡੇ ਵਾਲੀ ਆ ਕਿਹੜੇ ਵਕਤ ਦੀ ਗਈ ਹੋਈ ਆ ਉੱਜੜੀ ਉੱਖੜੀ ਵੀ ਮੈਂ ਹੁਣ ਤਾਂ ਘਰੇ ਵਗ ਜਾਂ ਵੀ ਘਰੇ ਸੋਚ ਹੀ ਨਹੀਂ ਹੈਗੀ ਮੈਨੂੰ ਕਿਸੇ ਦੀ ਵਿਹਲੀ ਆ ਵਿਹਲੀ ਨਹੀਂ ਹੈਗੀ ਹੋਰ ਇਹਨੂੰ ਕੰਮ ਨਹੀਂ ਹੈਗਾ ਕੋਈ ਵੀ ਕੰਮ ਆ ਭੈ ਜਾ ਕਾਹਨੂੰ ਬੇ ਸੱਸ ਕਾਲੇ ਮੈਂ ਤਾਂ ਗੱਲਾਂ 'ਚ ਭੁੱਲੇ ਗਈ ਤੇਰੀ ਮਾਂ ਠੀਕ ਰਹਿੰਦੀ ਆ ਨਾਲੇ ਮੈਂ ਸੁਣਿਆ ਤੇਰੀ ਬਹੂ ਨੇ ਤੇਰੀ ਮਾਂ ਅੱਡ ਰੱਖੀ ਹੈਗੀ ਭਾਈ ਨਾਲੇ ਮਾਂ ਬਾਪ ਨਾਲ ਤਾਂ ਪੁੱਤ ਬਣਾ ਕੇ ਰੱਖਣੀ ਚਾਹੀਦੀ ਹੈਗੀ ਚਾਚੀ ਹੁਣ ਮੈਂ ਕੀ ਕਰਾਂ ਨਾ ਤਾਂ ਮੇਰੀ ਮਾਂ ਘੱਟ ਆ ਨਾ ਮੇਰੀ ਬਹੂ ਘੱਟ ਆ ਮੈਂ ਤਾਂ ਕਿਹਦੀ ਮੰਨਾਂ ਕਿਹਦੀ ਛੱਡਾਂ ਦੱਸ ਚੱਲ ਕੋਈ ਨਾ ਪੁੱਤ ਦੋਨਾਂ ਧਿਰਾਂ ਨੂੰ ਕਹਿ ਦਿਆ ਕਰ ਉਈ ਲੱਗਦਾ ਇੱਕ ਮੈਨੂੰ ਨਹੀਂ ਟਾਈਮ ਲੱਗਦਾ ਦੇਖੂੰਗੀ ਇੱਕ ਦਿਨ ਮੈਂ ਆ ਕੇ ਜਾਊਂਗੀ ਚੰਗਾ ਕਰੇ ਹੋਰ ਟਾਈਮ ਹੀ ਲੱਗਦਾ ਸੀਖ ਲਾਉਣਾ ਕਦੇ ਕਿਸੇ ਦਾ ਭੋਗ ਆ ਗਿਆ ਕਦੇ ਕਿਸੇ ਦੀ ਬੁੜੀ ਦਾ ਪਤਾ ਲੈਣਾ ਬਾਕੀ ਕਦੇ ਬੁੜੇ ਦਾ ਸਾਰਾ ਦਿਨ ਟਾਈਮ ਲੱਗਦਾ ਮੈਨੂੰ ਤਾਂ ਘਰੋਂ ਨਿਕਲ ਹੀ ਨਹੀਂ ਜਾਂਦਾ ਹੈਗਾ ਦੇਖ ਲਿਓ ਚਾਚੀ ਕੋਈ ਨਹੀਂ ਹਾਂ ਕੋਈ ਨਾ ਮਾਰੂੰਗੀ ਮੈਂ ਗੇੜਾ ਕੋਈ ਨਹੀਂ ਕੋਈ ਨਹੀਂ ਹਾਂ ਕਹਿ ਦੀ ਤੇਰੀ ਮਾਂ ਨੂੰ ਕਹਿੰਦੇ ਮੇਰੀ ਚਾਚੀ ਮਿਲੀ ਤੇ ਪੁੱਛਦੀ ਖੈਰ ਸੁੱਖ ਕਹਿ ਦੂੰਗਾ ਚਾਚੀ ਕੋਈ ਨਹੀਂ ਮੈਂ ਚੰਗਾ ਠੀਕ ਆ ਚੰਗਾ ਕਹਿ ਦੂੰਗਾ ਕੋਈ ਲੈ ਹੁਣ ਤਾਂ ਕਾਲੇ ਨਾਲ ਗੱਲਾਂ ਜਿਹਾ ਕਰਕੇ ਢਿੱਡ ਹੌਲਾ ਜਿਹਾ ਹੋ ਗਿਆ ਨਾਲੇ ਗੱਲਾਂ ਵੀ ਬਾਲੀਆਂ ਸੋਹਣੀਆਂ ਕਰਦਾ ਸਿਆਣਿਆਂ ਵਾਂਗੂ ਕੀ ਕਰੇ ਊਂ ਤਾਂ ਨਰਮ ਆ ਗਾ ਢਹਿ ਜਾਣਾ ਇਹ ਤਾਂ ਆਹ ਤੀਮੀਆਂ ਹੁੰਦੇ ਨਾ ਜਦ ਘਰਾਂ 'ਚ ਦੋ ਉਹ ਤਾਂ ਆਪ 'ਚ ਖੜਕਦੀਆਂ ਰਹਿੰਦੀਆਂ ਨੇ ਚੱਲ ਦੇਖੂੰਗੀ ਇੱਕ ਦਿਨ ਪਤਾ ਲੈ ਕੇ ਆਊਂਗੀ ਘਰੇ ਜਾ ਕੇ ਆਊਂਗੀ ਨਾਲੇ ਐਂ ਕਹਿ ਦੂਗਾ ਕਾਲਾ ਜਦ ਮੇਰੀ ਚਾਚੀ ਨੂੰ ਪਤਾ ਲੱਗ ਗਿਆ ਸੀਗਾ ਲੈ ਫਿਰ ਵੀ ਨਹੀਂ ਆਈ ਹੈਗੀ ਲੈ ਹੁਣ ਤੂੰ ਵੀ ਉਰੀ ਗੱਲਾਂ ਲਾ ਕੇ ਕਰਨਾ ਚੌਲ ਚੂਲ ਤਾਂ ਮੇਰੇ ਹਾਜ਼ਮੀ ਹੋ ਗਏ ਕਾਲੇ ਨਾਲ ਗੱਲਾਂ ਕਰਕੇ ਜੇ ਉੱਥੇ ਮਿਲ ਜਾਂਦਾ
ਕੰਜਰਮਾ ਗੁਰਦੁਆਰੇ ਚ ਦੁਬਾਰੇ ਨਾ ਵਗ ਜਾਂਦੀ ਚਾਹ ਪਾਣੀ ਪੀ ਕੇ ਆ ਜਾਂਦੀ। ਉਹ ਤਾਂ ਮੇਰੀ ਗੱਲ ਸੁਣ, ਤੇਰੇ ਤਾਏ ਨੂੰ ਕੰਮ ਕੁੰਮ ਘੱਟ ਲਾਇਆ ਕਰੋ, ਉਹਦੀ ਸੇਵਾ ਰੱਖਿਆ ਕਰੋ। ਸਾਡਾ ਤਾਂ ਨਾਲੇ ਤੈਨੂੰ ਪਤਾ ਹੀ ਹੈ ਕਿ ਵਡਿਆਈ ਦਾ ਤੇ ਮੋਹ ਆਦਰ ਦਾ ਭੁੱਖਾ ਹੀ ਹੁੰਦਾ ਹੈ, ਹੈ ਖਾਣ ਪੀਣ ਦੇ ਇਹਨਾਂ ਨੂੰ ਜ਼ਿਆਦਾ ਰਾਲ ਲਾਲਚ ਰਹਿੰਦਾ ਹੈ। ਮੈਂ ਤੈਨੂੰ ਦੱਸਾਂ ਨਾ, ਉਹ ਤਾਂ ਤਾਈ ਜੀ ਅਸੀਂ ਸੇਵਾ ਤਾਂ ਰੱਖਦੇ ਹਾਂ ਤਾਇਆ ਜੀ ਦੀ। ਚੱਲ ਫਿਰ ਤਾਂ ਠੀਕ ਹੈ, ਨਾਲੇ ਸਿਆਣੀ ਬੁੜੀਆਂ ਕਹਿੰਦੇ ਹੁੰਦੇ ਸੀ ਪਹਿਲਾਂ, ਜੇ ਕਹਿੰਦੀ ਸੜਾ ਆਕੜ ਜੇ ਤਾਂ ਕਹਿੰਦੀ 25 ਪਿੰਡਾਂ ਤੋਂ ਲੋਟ ਨਹੀਂ ਆਉਂਦਾ। ਮੈਂ ਤੈਨੂੰ ਦੱਸਾਂ ਨਾ, ਸੋਡਾ ਤਾਂ ਊਈਂ ਕੱਬਾ ਹੈ, ਹਾਲੇ ਸਵਾਹ ਦਾ ਇਹ ਤਾਂ ਚੂੰਡੀ ਨਹੀਂ ਫੜਾਉਂਦਾ ਕਿਸੇ ਤੋਂ, ਊਂ ਇਹ ਤੋਂ ਪਿਆਰ ਨਾਲ ਜਿੰਨੀ ਮਰਜ਼ੀ ਚੀਜ਼ ਲੈ ਜਾ। ਨਾ ਤਾਈ ਜੀ, ਮੈਂ ਤੁਹਾਨੂੰ ਐਂ ਕਹਾਂ ਤਾਂ ਪਿੱਠ ਪਿੱਛਾ ਸੁਣਦਾ ਹੈ, ਤਾਇਆ ਜੀ ਦਾ ਸੁਭਾਅ ਤਾਂ ਬਹੁਤ ਵਧੀਆ, ਮੈਨੂੰ ਤਾਂ ਕਦੇ ਊਈਂ ਪੁੱਤ ਤੋਂ ਬਿਨਾਂ ਨਹੀਂ ਬੋਲਦੇ ਹੈਗੇ। ਨਹੀਂ ਆਏ ਤਾਂ ਬਥੇਰਾ ਚੰਗਾ ਹੈ, ਜੇ ਆਕੜ ਜੇ ਬਹਿ ਜਾਣਾ ਫੇਰ ਹੀ ਮਾੜਾ ਹੈ। ਬੈਠੀ ਆ ਕੋਈ ਹਾਲੇ ਤੱਕ ਦਿਖ ਲਾ, ਹੈ ਨਾ, ਮੈਂ ਕਹਿੰਦਾ ਘਰੋਂ ਜਮੀ ਵਿਹਲੀ ਆ ਇਹ, ਇਹਨੂੰ ਸ਼ਰਮ ਹੀ ਨਹੀਂ ਆਉਂਦੀ ਕੋਈ ਮਾੜਾ ਮੋਟਾ। ਮੈਂ ਕਰਦਾ ਗੱਲ, ਮੈਂ ਕਹਿੰਦਾ ਕਾਹਨੂੰ ਇਹਦੀ ਝਾੜ ਕੰਡ ਕਰਨੀ ਆ, ਹੈ ਇਹ ਕਰਾ ਕੇ ਹਟੂਗੀ। ਉਹ ਭਾਈ ਜਵਾਖੋ, ਤੇਰਾ ਤਾਇਆ ਬੋਲ ਮਾਰਦਾ। ਹਾਂਜੀ ਤਾਇਆ ਜੀ, ਕੀ ਕਹਿੰਦੇ ਹੋ? ਉਹ ਭਾਈ ਮਾਲਾ ਅੰਦਰ ਆ ਕਾਂਸ ਦੇ ਗੋਲੀ ਪਈ ਆ ਪੀਲੇ ਜਿਹੇ ਰੰਗ ਦੀ, ਲਿਆ ਕੇ ਦੋ ਮੜੀ ਜੀ, ਪਾਣੀ ਦਾ ਗਲਾਸ ਲਿਆ ਦੇ ਨਾਲੇ, ਔਰ ਸਿਰ ਜਿਹਾ ਦੁਖੀ ਜਾਂਦਾ ਸਾਰਾ ਪਤਾ ਨਹੀਂ ਕਾਹ ਤੋਂ। ਲਿਆਉਣੀ ਆ ਤਾਇਆ ਜੀ? ਤਾਇਆ ਜੀ ਤੁਸੀਂ ਮੜੇ ਦੇ ਬੈਠੋ, ਮੈਂ ਨਾ ਤਾਇਆ ਜੀ ਨੂੰ ਦਵਾਈ ਦੇ ਆਵਾਂ। ਕੋਈ ਨਾ ਪੁੱਤ ਦੇ ਆ। ਹੋਰ ਤਾਇਆ ਜੀ ਲਿਓ ਭਾਈ। ਉਹ ਜਵਾਖੋ ਭਾਈ, ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਇਹਨੂੰ ਜ਼ਿਆਦਾ ਮੂੰਹ ਨਾ ਲਾਓ, ਇਹ ਤਾਂ ਹੈ ਨਹੀਂ, ਬਹੁਤ ਜਨਾਨੀ ਖਰਾਬ ਆ, ਹੈ ਨਾਲੇ ਇਹਦੇ ਚੱਕਰ ਵਧੇ ਹੋਏ ਨੇ, ਐਵੇਂ ਕਿ ਉਹਦੇ ਨਾਲ ਗੱਲਾਂ 'ਚ ਆਈ ਜਾਂਦੇ ਤੁਸੀਂ ਇਹਦੇ 'ਚ। ਉਹ ਚਲੋ ਕੋਈ ਨਾ ਤਾਇਆ ਜੀ, ਹੁਣ ਜਦੋਂ ਆ ਕੇ ਬੈਠ ਗਏ ਹੁਣ ਦੱਸੋ ਮੈਂ ਕੀ ਕਹਾਂ। ਉਹ ਭਾਈ ਆ ਕੇ ਤਾਂ ਬਹਿ ਗਈ ਠੀਕ ਆ, ਖਰ ਉਹ ਤਾਂ ਤੁਸੀਂ ਮਾੜਾ ਮੋਟਾ ਉਰਾਂ ਪਰਾਂ ਗੇੜੇ ਦਿੰਦੇ ਫਿਰੀ ਜਾਓ, ਇਹਦੇ ਲੋ ਬੈਠੋ ਹੀ ਨਾ, ਆਪੇ ਬੋਝ ਉੱਠ ਗਏ। ਹੋਰ ਠੀਕ ਆ ਜੀ, ਕੋਈ ਨਾ। ਹਾਂ ਮੈਂ ਫੜਾ ਲੈਂਦਾ, ਉੱਥੇ ਰੱਖ ਦਿਓ ਭਾਈ, ਫਿਰ ਕੰਮ ਆ ਜਾਂਦਾ ਕਿਤੇ, ਕੋਈ ਨਾ ਆਪੇ ਲੰਘ ਜੂਗੀ। ਹਾਂ ਇਹ ਤਾਂ ਹੋਰ ਤਾਂ ਇਹਨੂੰ ਕੰਮ ਨਹੀਂ ਹੈਗਾ ਕੋਈ, ਤਾਂ ਕਿਤੇ ਕਿਸੇ 'ਤੇ ਜਾ ਵੜੀ, ਕਿਤੇ ਕਿਸੇ 'ਤੇ ਜਾ ਵੜੀ, ਹੱਥ ਨੇ ਰੋਟੀ ਵੇਲੇ ਘਰੇ ਵਗ ਜੂਗੀ। ਹਾਂ ਆਊਗੀ ਇਹ ਵਿਹਲੇ ਟਾਈਮ 'ਚ, ਹੈ ਨਾ। ਨਹੀਂ ਕੁੜੇ ਪੁੱਤ, ਆ ਪੱਖਾ ਲਾ ਮਾੜਾ ਜਾ, ਗਰਮੀ ਸੁਕਾ ਕੇ ਫਿਰ ਘਰੇ ਜਾਊਂਗੀ, ਗਰਮੀ ਹੈ ਵਾਲੀ ਹੈ। ਲਾਉਣੀ ਹੈ ਤਾਈ ਜੀ, ਮੈਂ ਬੜੇ ਗਲਾਸ ਰੱਖਦਾ ਅੰਦਰ। ਹੋਰ ਧੀਏ ਗਰਮੀ ਹੈ ਵਾਲੀ ਹੈ, ਕੀ ਕਰੀਏ, ਪਿੱਛੇ ਜਾਈਏ, ਰੱਬ ਨੇ ਜੰਮੀ ਆਏ ਨਾ, ਨਾਸੀ ਧੂੰਆਂ ਲਿਆ ਰੱਖਿਆ, ਹਾਏ ਸਾਰੇ ਕੱਪੜੇ ਗਿੱਲੇ ਹੋ ਗਏ ਗਰਮੀ ਨਾਲ। ਲੈ ਦੇਖ ਲੈ, ਬਿੱਲੀ ਨੇ ਹੁਣ ਪੱਖਾ ਲਵਾ ਲਿਆ ਨਾ, ਮੈਂ ਲਵਾਉਣਾ ਪੱਖਾ ਤੈਨੂੰ ਖੜ ਜਾ। ਬਹਿ ਜੀ ਪੱਖੇ ਦੀ ਹਵਾ 'ਚ ਕੋਈ ਨਾ, ਚੰਗਾ। ਓਹੋ ਤਾਈ ਜੀ, ਲੈਟ ਹੀ ਬਾਗੀ, ਲੈਟ ਹੀ ਹੈ ਨਹੀਂ। ਨਹੀਂ ਮੈਂ ਮਰ ਜਾ, ਇਹਨੇ ਵੀ ਹੁਣੇ ਜਾਣਾ ਤੀ, ਕੀ ਕਰੀਏ ਭਣ ਕੇ, ਤਾਂ ਲਾਈਟ ਵਾਲਿਆਂ ਨੇ ਵੀ ਲਹੂ ਪੀ ਰੱਖਿਆ, ਜਦੋਂ ਬਿੰਦ ਪੈਣ ਬੈਠਣ ਦਾ ਟਾਈਮ ਹੋਊਗਾ ਉਦੋਂ ਹੀ ਲਾਈਟ ਕੱਟ ਦਿੰਦੇ ਨੇ। ਹੋਰ ਤਾਈ ਜੀ ਕਰਦੇ ਨੇ, ਹੋਰ ਪਤਾ ਨਹੀਂ ਕੀ ਮਿਲਦਾ ਇਹਨਾਂ ਨੂੰ ਕੀ ਨਹੀਂ ਮਿਲਦਾ। ਨੀਤੀਏ ਤੇਰੀ ਬੇਬੇ ਪਿੰਡ 'ਚ ਗਈ ਹੈ ਕਿਤੇ ਬਾਹਰ ਅੰਦਰ ਗਈ ਹੈ? ਪਿੰਡ 'ਚ ਗਏ ਨੇ ਜੀ। ਮੈਂ ਐਡੀ ਚੰਦਰੀ ਬੁੜੀ ਨਹੀਂ ਦੇਖਣੀ ਹੋਏ, ਹੈ ਕਿਵੇਂ ਲੰਬੀਆਂ ਤਾਣੀ ਪਈ ਆ ਨਾ, ਭਲੇ ਮਾਨਸੀ ਤੂੰ ਐਂ ਤਾਂ ਦੇਖ ਲਾ ਪੱਖਾ ਬੰਦ ਪਿਆ, ਤੂੰ ਪੰਜਾਂ ਇੱਥੇ ਲੇਡੀ ਸੋਤੀ ਗਧੇ ਮੰਗੂ ਹੈ, ਅਤੇ ਤੂੰ ਆਪਦੇ ਘਰ ਨਹੀਂ ਪਿਆ ਜਾਂਦਾ ਹੈ, ਸਾਡੇ ਬਿੱਲ ਨਹੀਂ ਆਉਂਦਾ, ਬਿੱਲ ਤੇਰਾ ਬਾਪ ਭਰੂਗਾ, ਆਪਦੇ ਤੂੰ ਪੱਖੇ ਬੰਦ ਕਰੇ ਆਈ, ਉਰੇ ਆ ਕੇ ਪੈ ਗਈ ਸੋਤੀ, ਕਿੱਡੀ ਲਾਹ ਚੜੀ ਹੋਈ ਤੀਵੀਂ ਆ, ਮੈਂ ਨਹੀਂ ਦੇਖਣੀ ਇਹਦੇ ਵਰਗੀ ਕੋਈ, ਵੀ ਮੈਂ ਦੇਖਣੀ ਇਹਦੇ ਵਰਗੀ ਕੋਈ, ਇਕੱਲਾ ਕੋਈ ਇਹ ਦੱਸ ਵੀ ਅਸੀਂ ਬੋਲਦੇ ਨਹੀਂ ਹੈਗੇ, ਤੂੰ ਤਾਂ ਉਰੇ ਧੀਏ ਦੇ ਨਾਂ ਬਹਿੰਦੀ ਆ ਸਾਡੇ ਘਰੇ, ਵੀ ਅਸੀਂ ਬੋਲਦੇ ਹਾਂ ਨੇ। ਲੈ ਮੈਂ ਵੀ ਜਾਣੀ ਆ ਨੀ ਧੀਏ, ਛੋਟਾ ਤਾਂ ਬੁੜਾ ਕਦੋਂ ਦਾ ਬੁੜਬੁੜ ਕਰਨ ਲੱਗ ਰਿਹਾ ਹੈਗਾ। ਲੈ ਕੋਈ ਗੱਲ ਨਹੀਂ ਤਾਈ ਜੀ, ਬਹਿ ਜਾਂਦੇ ਹੁਣ। ਐਵੇਂ ਲੱਗਦਾ ਇਹਦਾ ਨਹੀਂ ਪਤਾ ਕੀ ਕਹਿੰਦੇ, ਬੜਾ ਸੁੱਟਾ ਮਾਰਦਾ ਇਹਦਾ। ਪਰਮਾਤਮਾ ਸ਼ੁਕਰ ਆ, ਵਧੀਆ ਘੱਟੀ ਰਾਂ ਦੀਦੀ, ਸਿਖਰ ਦੁਪਹਿਰੇ ਆ ਕੇ ਬੈਠ ਜੂਗੀ, ਜਿਵੇਂ ਕੋਈ ਕੰਮ ਧੰਦਾ ਹੀ ਨਹੀਂ ਹੁੰਦਾ, ਸਾਰਾ ਦਿਨ ਬਹੂ ਦੀਆਂ ਚੁਗਲੀਆਂ ਕਰਾ ਲਾ ਦੀ ਨੂੰ ਦੀਆਂ। ਉਹ ਆੜੀਆ ਦੇਖ ਲਾ, ਮਸਾਂ ਉੱਠਣ ਨੂੰ ਜੀ ਕਰਿਆ, ਠੰਡੇ ਰਿਹਾ ਕਰੋ ਜੀ ਮਾੜਾ ਮੋਟਾ, ਉਈ ਨਾ ਖੂਨ ਮਚਾਈ ਜਾਇਆ ਕਰੋ, ਚੰਗੀ ਜਵਾਕ ਤੁਹਾਡੀ ਸੇਵਾ ਕਰਦੇ ਨੇ, ਕਿਉਂ ਬੁੜਬੁੜ ਕਰੀ ਜਾਂਦਾ ਰਹੇ ਸਾਰਾ ਦਿਨ? ਉਹ ਤੂੰ ਵਗ ਜਾ ਕਿਉਂ ਸਾਰਾ ਦਿਨ ਕੋਲੇ ਲੱਗਦੀ ਫਿਰੀ ਜਾਂਦੀ ਆ, ਗੱਲਾਂ ਕੋਈ ਚਬਰੀਕੀਆਂ ਕਰਦੀ ਆ, ਹਲੇ ਪਰੋਂ ਹੱਦ ਹੋ ਰਹੀ ਆ, ਕਰਦੀ ਕਮੇਟੀ ਇੰਡਰਾ ਬੈਠਾ ਹੈ ਉਹ, ਵਧੀਆ ਪਰਾਂ ਟਲੀ ਬਲਾ। ਹਾਂ ਜੇ ਉਹ ਪ੍ਰਧਾਨ ਹੁੰਦੀ ਉਰੇ ਹੱਥ ਤੱਕ ਨਹੀਂ ਹਿਲਦੀ ਉਹਦੇ ਨਾਲ ਗੱਲਾਂ ਮਾਰਨ, ਉਹੀ ਜੀ ਉਹ ਆ, ਉਹੀ ਜੀ ਆਪ ਆ, ਦੋ ਇੱਕੋ ਜੀਆਂ ਨੇ, ਗੱਲਾਂ ਕੋਈ ਦੇਖ ਲੈ ਕਿਵੇਂ ਹਰਖਿਆ ਬੈਠਾ, ਮਰ ਜਾਣਾ ਤਾਂ ਛੇੜੇ ਹੀ ਮਾੜਾ ਹੈ, ਅੱਗ ਵਾਂਗੂ ਮੱਚਦਾ ਹੈ ਜੇ ਕੋਈ ਆ ਜਾਂਦਾ ਇਹਨਾਂ ਦੇ ਘਰੇ। ਲੈ ਮੈਂ ਤਾਂ ਮਿਸਤਰੀਆਂ ਦੇ ਘੰਟਾ ਲਾ ਕੇ ਆਉਂਦੀ ਹਾਂ, ਹੈ ਹੁਣ ਤਾਂ ਹੱਥਣੀ ਘਰੇ ਜਾਊਂਗੀ, ਦੁਪਹਿਰਾਂ ਤਾਂ ਹੋਇਆ ਹੀ ਪਿਆ ਹੈਗਾ। ਲੈ
ਚੱਕਵੇਂ ਜੇ ਪੈਰ ਹੋ ਜਾ ਘਰੇ ਕੰਜਰ ਉਹ ਸੜਾ ਭੁਸਰਿਆ ਬੈਠਾ ਹੋਣਾ ਉਹ ਕਿਹੜਾ ਘੱਟਾ ਸਾਰਾ ਦਿਨ ਬੁੜ 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 ਕਰੀਏ ਜਾਂਦਾ ਪਤਾ ਨਹੀਂ ਕੀ ਕੰਜਰ ਦੇ ਕੁੱਤੇ ਦੀ ਹੱਡੀ ਲੱਗੀ ਹੈਗੀ ਬੇ ਮੱਗਰ ਹਾਂਜੀ ਹਾਂਜੀ ਬੇ ਆ ਚਾਬੀ ਲੈ ਜਾ ਲੈ ਜਿੰਦੇ ਦੀ ਅੱਛਾ ਬੱਬੂ ਨੇ ਫੜਾਈ ਆ ਬੱਬੂ ਨੇ ਫੜਾਈ ਆ ਉਹ ਭੋਗਤੀ ਹੈਗੀ ਹਜੇ ਉਹ ਠਹਿਰ ਕੇ ਆਊਗੀ ਟਲਦੀ ਨੀ ਹੈਗੀ ਉਹ ਕਰਾਊ ਮੇਰੇ ਤੋਂ ਖਰਖਰਾ ਗੱਲ ਨੀ ਬਾਤ ਨੀ ਬੇ ਕੋਈ ਨਾ ਉਈ ਨੀ ਭਖਿਆ ਕਰਦੇ ਦੁੱਖ ਸੁੱਖ ਤਾਂ ਜਾਣੀ ਪੈਂਦਾ ਗਾ ਉਹ ਮੰਨਦਾ ਦੁੱਖ ਸੁੱਖ ਜਾਣਾ ਪੈਂਦਾ ਜਦੋਂ ਕਹਿੰਦੇ ਗੁਰਦੁਆਰੇ ਸੰਗਰਾਂਦ ਆ ਉਹ ਤਾਂ ਜਾਂਦੀ ਨੀ ਹੈਗੀ ਜੇ ਕਹਿੰਦੇ ਕਿਸੇ ਦਾ ਬੁੜਾ ਮਰ ਗਿਆ ਬੁੜੀ ਮਰ ਗਈ ਭੱਜ ਕੇ ਜਾਊ ਫਿਰ ਉੱਥੇ ਬੇ ਕੋਈ ਨਾ ਜਦ ਤੁਸੀਂ ਆਪ ਤਾਂ ਜਾਂਦੇ ਨੀ ਨਿਕਲਦੇ ਨੀ ਹੈਗੇ ਹੁਣ ਸਾਨੂੰ ਤਾਂ ਜਾਣਾ ਹੀ ਪੈਂਦਾ ਗਾ ਅਸੀਂ ਕਾਹਨੂੰ ਨਿਕਲਦੇ ਨੀ ਹਾਂ ਕੋਈ ਨੀ ਕਲੇਸ਼ ਦੀ ਜੜ ਤਾਂ ਤੂੰ ਹੀ ਆ ਤੇਰਾ ਵੀ ਕਰਾਉਂ ਤਾਂ ਇਹ ਤੋਂ ਰੁੜ ਜਾਣਾ ਲੈ ਦੇਖ ਲੈ ਕਿਵੇਂ ਬੋਲਦਾ ਗਾ ਭਾਸੜ 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 ਲੈ ਦੱਸ ਤੇਰੇ ਕੀ ਮਿਰਚਾਂ ਲੜਦੀਆਂ ਨੇ ਜਾਂਦੀਆਂ ਅਸੀਂ ਜਾਂਦੀਆਂ ਭੋਗ ਤੇ ਆਪ ਤਾਂ ਕੰਜਰ ਜਾਂਦਾ ਨੀ ਕਿਤੇ ਉਹ ਸਾਡੇ ਨਾਲ ਇਹ ਕਿਹੜਾ ਘੱਟ ਆ ਇਹ ਤਾਂ ਆਪ ਕਿਵੇਂ ਬੋਲਦਾ ਗਾ ਹਾਏ ਹਾਏ ਚੱਲ ਲੈ ਦੇਖਦੇ ਹਾਂ ਭਲਾ ਘਰੇ ਤਾਂ ਲੈ ਰੁੜ ਜਾਣਾ ਆ ਰੁੜਦਾ ਮੂਹਰੇ ਤਾਂ ਇਹ ਕਿਹੜਾ ਕਿਸੇ ਪਾਸੇ ਉੱਜੜਦਾ ਗਾ ਐਂ ਨਹੀਂ ਵੀ ਖੇਤ ਵਗ ਜਾਂ ਸਿਆਣਾ ਬੰਦਾ ਖੇਤ 'ਚ ਬਹਿ ਜਾਂਦਾ ਹੁੰਦਾ ਗਾ ਪੰਗਾ ਤਾਂ ਇਹ ਲਊਗੀ ਪੱਕਾ ਚੱਲ ਲੰਘ ਚੱਲ ਜਾ ਹੀ ਭੋਗ ਤੇ ਤੂੰ ਫਿਰਦੀਆਂ ਹੜ ਹੜ ਕਰਦੀ ਹੁਣ ਤਾਂ ਮੋਟੀ ਹੋ ਗਈ ਹੋਵੇਗੀ ਹੈ ਐਂ ਦੱਸ ਪਹਿਲਾਂ ਮੈਨੂੰ ਤੂੰ ਨਾ ਮੈਨੂੰ ਐਂ ਦੱਸ ਤੈਂ ਲੜਾਈ ਦਾ ਠੇਕਾ ਲੈ ਰੱਖਿਆ ਕਦ ਮਰਜ਼ੀ ਦੇਖ ਲਾ ਪੂਸ ਨੂੰ ਅੱਗ ਲਾਈਏ ਰੱਖਦਾ ਗਾ ਨਹੀਂ ਅੱਗ ਵਾਲੀ ਗੱਲ ਨਹੀਂ ਤੈਂ ਭੋਗਾਂ ਦਾ ਠੇਕਾ ਲੈ ਰੱਖਿਆ ਛੱਡ ਵੀ ਦਿਆ ਕਰ ਕਿਸੇ ਦਾ ਭੋਗ ਆ ਹੈ ਕਿਤੇ ਪਰਮਿਟ ਲੈ ਰੱਖਿਆ ਦੱਸ ਪਹਿਲਾਂ ਮੈਨੂੰ ਮਾਰਦੀਆਂ ਗੱਲਾਂ ਬੇ ਤੈਨੂੰ ਕੀ ਪਤਾ ਲੜਾਈ ਦੇ ਗੱਡੇ ਨੂੰ ਜਾਣਾ ਪੈਂਦਾ ਗਾ ਦੁੱਖ ਸੁੱਖ ਚ ਤੈਨੂੰ ਤਾਂ ਸਰ ਜਾਂਦਾ ਘਰੇ ਬਹਿ ਕੇ ਆਹੋ ਜਾਣਾ ਤਾਂ ਪੈਂਦੀ ਹੈ ਤੈਨੂੰ ਪੰਜ ਚਾਰ ਖਬਰਾਂ ਲਿਆਈ ਹੋਵੇਗੀ ਗੱਲ ਨਹੀਂ ਬਾਤ ਨਹੀਂ ਤੈਨੂੰ ਫਲਾਣੇ ਦੇ ਮੁੰਡੇ ਨੇ ਐ ਕਰ ਲਿਆ ਫਲਾਣੇ ਦੀ ਕੁੜੀ ਨੇ ਐ ਕਰ ਲਿਆ ਫਲਾਣੇ ਦੇ ਘਰੇ ਲੜਾਈ ਹੋਊਗੀ ਹੋਰ ਗੱਲ ਨਹੀਂ ਹੈਗੀ ਛੋੜ ਲਵੇ ਤੂੰ ਬਿਨਾਂ ਕੋਈ ਗੱਲ ਵੀ ਇਹ ਆ ਬੰਨੇ ਤੇਰੇ ਮੂਹਰੇ ਹੱਥ ਮੇਤੋਂ ਨਹੀਂ ਤੇਰੇ ਨਾਲ ਮਗਜ ਮਾਰਿਆ ਜਾਂਦਾ ਤੇਰੇ ਦਾ ਕੁੱਤੇ ਦਾ ਹੱਟ ਲੱਗਿਆ ਹੋਇਆਗਾ ਤੇਤੋਂ ਕਾਹਨੂੰ ਮਗਜ ਮਾਰਿਆ ਜਾਂਦਾ ਬਾਹਰ ਮਗਜ ਮਾਰਨ ਜਾਣਦਿਆਂ ਤੂੰ ਘਰੇ ਤਾਂ ਤੇਰੇ ਛੱਕਲਾ ਪੈ ਜਾਂਦਾ ਹਾਂ ਛੱਕਲਾ ਨਹੀਂ ਪੈ ਜਾਂਦਾ ਕੰਮ ਨੂੰ ਕਹਿੰਦੇ ਰੋਣਾ ਪੈ ਜਾਂਦਾ ਰੋਣਾ ਨਹੀਂ ਪੈ ਜਾਂਦਾ ਜੇ ਹੁਣ ਕਹਿੰਦੇ ਚਾਹ ਦੀ ਕੁੱਟ ਬਣਾ ਦੇ ਮੈਨੂੰ ਬਸ ਗੋਲਾ ਲੱਗ ਜਾਂਦਾ ਗੋਲਾ ਹੀ ਲੱਗ ਜਾਂਦਾ ਬੇ ਬਸ ਕਰ ਹੁਣ ਦੇ ਦੂੰਗੀ ਤੈਨੂੰ ਜਲੂਆ ਕਰਕੇ ਨਿਚਲਾ ਬਹਿ ਜਾ ਲੈ ਕਰਦੀ ਆ ਨਹਾ ਕੇ ਪਿੰਡਾ ਸੁੱਚਾ ਕਰ ਲੈਨੇ ਫੇਰ ਅੰਦਰ ਜਾਊਂਗੀ ਗਾਗਨਾ ਲੈ ਕੱਪੜੇ ਲਿਆਈ ਮਾੜਾ ਜਿਹਾ ਮੈਂ ਨਹਾ ਲਾ ਲਿਆਉਣੀ ਆ ਜੀ ਹਾਂ ਲਿਆ ਪੁੱਤ ਮੈਂ ਨਹਾਉਣੀਆਂ ਨੇ ਹਾਏ ਹਾਏ ਇਹ ਤਾਂ ਦਬਣ ਦਾ ਨਾਂ ਹੀ ਲੈਂਦਾ ਦਰਦ ਸੀਖ ਲਾਉਣਾ ਨਹੀਂ ਗਾਗਨਾ ਉਰੇ ਆ ਪੁੱਤ ਮੇਰੇ ਕੋਲ ਮਾੜਾ ਜਿਹਾ ਹਾਏ ਹਾਏ ਹਾਂਜੀ ਕੋਲ ਪੁੱਤ ਆਪਣੇ ਫੱਕੀ ਹੈ ਜੇ ਮੈਨੂੰ ਫੱਕੀ ਦੇ ਦੇ ਪੁਰ ਮੇਰੇ ਤਾਂ ਦਰਦ ਹੋ ਜਾਂਦਾ ਕਿਹੜਾ ਜਿਹਾ ਉੱਠੀ ਜਾਂਦਾ ਢਿੱਡ 'ਚ ਫੱਕੀ ਤਾਂ ਖਤਮ ਹੋ ਰਹੀ ਆ ਮੰਮੀ ਮੈਂ ਇਹ ਕਰਦੀ ਹਾਂ ਮੈਂ ਤਾਇਆ ਜੀ ਨੂੰ ਪੁੱਛ ਕੇ ਆਉਂਦੀ ਹਾਂ ਨਹੀਂ ਉਹਨੂੰ ਕਾਹਨੂੰ ਸੇੜਦੀ ਹਾਂ ਉਹ ਤਾਂ ਕੰਜਰ ਪਹਿਲੀ ਤਾਪਿਆ ਬੈਠਿਆ ਹੋਣਾ ਹਾਏ ਹਾਏ ਚੱਲ ਪਏ ਜਾ ਓਹੋ ਤਾਇਆ ਜੀ ਤਾਇਆ ਜੀ ਓਏ ਹਾਂ ਭਾਈ ਉਹ ਮੰਮੀ ਜੀ ਦੇ ਨਾ ਮਾੜਾ ਢਿੱਡ 'ਚ ਦਰਦ ਹੋਈ ਜਾਂਦਾ ਕਿਹੜਾ ਜਿਹਾ ਉੱਠ ਰਿਹਾ ਡਾਕਟਰ ਤਾਂ ਫੱਕੀ ਲਿਆ ਦਿੰਦੇ ਉਹ ਕਾਹਨੂੰ ਭਾਈ ਉੱਠਣ ਤੇ ਕਿਹੜਾ ਸਮਾਰ ਕੇ ਹੋਣ ਦੇ ਬਦੀਨ ਹੈ ਪਤਾ ਕਿ ਉੱਥੇ ਆ ਕੇ ਪਲੇਟਾਂ ਡੱਕ ਲਾਉਂਦੀਆਂ ਨੇ ਆਏ ਨਹੀਂ ਵੀ ਅਸੀਂ ਥੋੜ੍ਹਾ ਖਾ ਲਈਏ ਮਾੜਾ ਮੋਟਾ ਉੱਥੇ ਤਾਂ ਹਲਕੇ ਹੋਏ ਜੋ ਪੈਂਦੀਆਂ ਨੇ ਜਾ ਕੇ ਭੋਗ ਤੇ ਹੁਣ ਦੇ ਬਦੀਨ ਕੁਛ ਨਹੀਂ ਹੁੰਦਾ ਭਾਈ ਕੋਈ ਨਾ ਤਾਇਆ ਜੀ ਔਖੇ ਹੋ ਰਹੇ ਨੇ ਤੁਸੀਂ ਲਿਆ ਦਿਓ ਉਹ ਜਵਾਕੋ ਭਾਈ ਤੁਹਾਡੇ 'ਚ ਵੀ ਬਹੁਤ ਵੱਡੀ ਘਾਟ ਆ ਇਹ ਤੁਸੀਂ ਮਾੜਾ ਮੋਟਾ ਉਹਨੂੰ ਵਰਜਦੇ ਨਹੀਂ ਉਹਨੂੰ ਕਹੋ ਮਾੜਾ ਮੋਟਾ ਬੇਬੇ ਭੋਗ ਤੇ ਨਾ ਜਾਇਆ ਕਰ ਤੂੰ ਘਰੇ ਰਾਮ ਰਾਮ ਕਰ ਲਾ ਕਾਹਨੂੰ ਕਿਹੜਾ ਉੱਠੇ ਉਹ ਤਾਂ ਦੱਸਾਂ ਲੈ ਦੇਖ ਲੈਣਾ ਮੇਰੇ ਲੋ ਹੈਗੀ ਆ ਭਾਈ ਆ ਫੱਕੀ ਜੀ ਕੋਈ ਨਾ ਦੇ ਦਿਓ ਭੋਰਾ ਇਹਨੂੰ ਚਮਚਾ ਲੈ ਜੇ ਹੋ ਜੀ ਲੋਟ ਹੋਰ ਜ਼ਿਆਦਾ ਔਖੀ ਹੋ ਜਾਂਦੀ ਹੈ ਫਿਰ ਬਦੀਨ ਕਰਦੇ ਆ ਬਦੀਨ ਨਹੀਂ ਕਰਦੀ ਜੇ ਘਰੇ ਕਹਿੰਦੇ ਕੰਮ ਆ ਕੋਈ ਨਾ ਰੋਣਾ ਪੈ ਜਾਂਦਾ ਰੋਣਾ ਨਹੀਂ ਪੈ ਜਾਂਦਾ ਹੋਰ ਪਿੰਡ 'ਚ ਸਾਰੇ ਪਿੰਡ ਦੇ ਭਗਾ ਦੇ ਉੱਥੇ ਵੀ ਜਾਊਗੀ ਕੁੜ ਲਿਆਈ ਹਾਂਜੀ ਮੰਮੀ ਲਿਆਈ ਤਾਇਆ ਜੀ ਕੋਲ ਪਈ ਸੀ ਪਰ ਦਿੱਤੀ ਬਹੁਤ ਔਖੀ ਉਹਨਾਂ ਨੇ ਅੱਛਾ ਲਿਆ ਦੇ ਚੰਗਾ ਦੇਖ ਕੇ ਮੈਂ ਮਸਰਿਆ ਬੈਠਿਆ ਗਾ ਕੰਜਰ ਸਾਰਾ ਦਿਨ ਐਂ ਭੀਸਰਿਆ ਰਹਿੰਦਾ ਗਾ ਚੱਲ ਫੱਕੀ ਤਾਂ ਦੇ ਤੀ ਇੰਨਾ ਸੁੱਕਰ ਮੈਨੂੰ ਤਾਂ ਮਿਆਦ ਹੈ ਨਹੀਂ ਤੀ ਵੀ ਫੱਕੀ ਦੇ ਦੂਗਾ ਕੁੜੇ ਲਿਆ ਦੇ ਸੇ ਤੀ ਮੈਂ ਤਾਂ ਔਖੀ ਹੋ ਰਹੀ ਹਾਂ ਆ ਗਈ ਜੀ ਆ ਗਈ ਹਾਏ 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 ਬੀੜਾ ਜਿਹਾ ਬਾਲ ਹੀ ਉੱਠਿਆ ਜਾਂਦਾ ਮੇਰੇ ਤਾਂ ਢਿੱਡ 'ਚ ਹਲੋ ਹਾਏ ਗੁਦਗੁਦੀਆਂ ਕਰੀ ਜਾਂਦਾ ਜੈਰਾ ਢਿੱਡ ਸਾਰੇ ਢਿੱਡ 'ਚ ਓਹੋ ਹੋ ਹੋ ਹਾਏ ਚਮਚਾ ਭਰ ਕੇ ਲੈਣਾ ਕੱਦਾਂ ਲੈਣਾ ਦੇਖ ਲਓ ਜਿੰਨਾ ਕੁ ਚਮਚਾ ਹੀ ਲੈਂਦਾ ਹੁੰਦਾ ਆਇਆ ਜੀ ਵੀ ਲੋ ਹੁਣ ਉਹ ਤਾਂ ਸੌ ਅੱਗ ਸਵਾਹ ਖਾਂਦਾ ਦੇਖਦਾ ਸਹੀ ਕੰਜਰ ਚੌੜਾ ਹੋ ਕੇ ਕਹਿ ਦੂਗਾ ਲਿਆ ਮੰਗੇ ਭੁੱਕੀ ਲਿਆ ਦੇ ਭੁੱਕੀ ਲਿਆ ਦੇ ਕੋਈ ਨਾ ਮੰਗਾਉਣ ਦੇ ਭੁੱਕੀ ਕੰਜਰ ਨੂੰ ਮੈਂ ਮੰਗਾ ਕੇ ਦੇ ਉਹਦਾ ਭੁੱਕੀ ਹੁਣ ਉਹ ਮੰਗਾ ਨਹੀਂ ਯਾਰ ਉਹ ਮੰਗੇ
कपड़े लीड़े तवा लिया ना नाले मिलिया ना ओ कपड़े दे मार गोली तू ऐ दस मेरा समान लिया करना तैं तेरे समान हां हाँ। ਉਹਦਾ ਤਾਇਆ ਹੁਣ ਬੰਦ ਹੋ ਗਿਆ ਸਖਤਾਈ ਬਹੁਤ ਹੋ ਗਈ ਰਸਤੇ ਚ ਤੁਰ ਫਿੱਟੇ ਬੁੱਤਰੇ ਅੱਛਾ ਜੀ ਹੋਰ ਬੜਾ ਸਾਲਾ ਔਖਾ ਹੋ ਗਿਆ ਫਿਰ ਤਾਂ ਹੈ ਹੋਰ ਤਦਾ ਗੱਡਾ ਘਰ ਚ ਕੱਟਦਾ ਜਮੀ ਓਏ ਉਹ ਫਿਰ ਮੈਂ ਹੁਣ ਕੀ ਕਰਾਂ ਚੱਲ ਐ ਕਰਾਂਗੇ ਤੇਰਾ ਗੱਡਾ ਤਾਂ ਕੱਢਾਂਗੀ ਹਾਂ ਉਹ ਕਾਲੇ ਨੂੰ ਮਿਲਦੇ ਆ ਉੱਪਰ ਉਹ ਕੀ ਪਤਾ ਹੁਣ ਦੂਏ ਬੰਦੇ ਲੋਕ ਕਦ ਗਏ ਕਦ ਨਾ ਗਏ ਮਰਦਾ ਮੈਜ ਰਹਿੰਦੇ ਆਪਣੇ ਦੱਸੋ ਉਹ ਮਿਲ ਜੂਗਾ ਉਹਦੇ ਕੋਲ ਅੜੇ ਥੋੜੇ ਕੱਢਦਾ ਉਹ ਇਹ ਜਿਹਾ ਕੰਮ ਆ ਜਿਹੜਾ ਮੇਰਾ ਪਹਿਲਾ ਰਹਿੰਦਾ ਤੇ ਉਹ ਵੀ ਚੜਨੋਂ ਹਟ ਗਿਆ ਪੂਰਾ ਹੈ ਲੈ ਹੋਰ ਫੇਰ ਤੇਰਾ ਤਾਂ ਬਾਲੀ ਔਖਾ ਹੋ ਗਿਆ ਪਰ ਕਰ ਹਿੱਲਾ ਕਿਸੇ ਪਾਸੇ ਤੂੰ ਮੈਂ ਤੈਨੂੰ ਕੋਈ ਨਾ ਮੈਂ ਜਾਉਂ ਕਾਲੇ ਕੋਲ ਮੇਰਾ ਤਾਂ ਤੇਰੀ ਦੀ ਉਮੀਦ ਲਈ ਹੋਈ ਸੀ ਮੈਂ ਨਹੀਂ ਗਾਗਨਾ ਹਾਂਜੀ ਆ ਬੱਬੂ ਦਾ ਸੂਟ ਆਇਆ ਸੀਗਾ ਪਰਸੋਂ ਲਿਆਈ ਸੀ ਸਿਉਂ ਤਾਂ ਆ ਬਣਿਆ ਪਿਆ ਤਾਂ ਲੈ ਫਿਰ ਮੈਂ ਫੜਾਏ ਆਉਂਦੀ ਆ ਹੁਣ ਲੈ ਤੁਸੀਂ ਕਦੋਂ ਜਾਓਗੇ ਆਪ ਹੀ ਲੈ ਜੂਗੀ ਆ ਕੇ ਹੁਣ ਉਹ ਨਹੀਂ ਉਹ ਕਿੱਥੇ ਆਊਗੀ ਨਾਲੇ ਐਂ ਕਰੂੰਗੀ ਨਾਲੇ ਤਾਂ ਭੈਂਸੂ ਕਾ ਬੂੜਾ ਢਿੱਲਾ ਹੋ ਰਿਹਾ ਹੈਗਾ ਉਹਦਾ ਪਤਾ ਲੈ ਆਉਂਗੀ ਕੱਲ੍ਹ ਜਾਣਾ ਸੀ ਕੱਲ੍ਹ ਮੈਂ ਬਿਮਾਰ ਹੋ ਗਈ ਜਾਈ ਨਹੀਂ ਗਿਆ ਹੈਗਾ ਚਲੋ ਹੋਰ ਨਾ ਮੈਂ ਫੜਾ ਆਉਂਦੀ ਹਾਂ ਧਿਆਨ ਰੱਖੀ ਕਰਦਾ ਚੰਗਾ ਕੋਈ ਨਾ ਹੋਰ ਹਾਏ ਲੈ ਦੇਖ ਲਾ ਹੁਣ ਮਾੜੀ ਜੀ ਸੈੱਟ ਹੋਈ ਦੀ ਤੁਰਨ ਜੋਗਰੀ ਹੁਣ ਫੇਰ ਲੰਘ ਲਈ ਸਾਰਾ ਦਿਨ ਡਾਕ ਚੌਂਕੀਆਂ 'ਤੇ ਹੀ ਰਹਿੰਦੀ ਆ ਇਹ ਵੀ ਤਾਏ ਤੋਂ ਹੀ ਲੋਟ ਆਉਂਦੀ ਆ ਜਦੋਂ ਬੋਲਦਾ ਫਿਰ ਉਹ ਲੈ ਤਾਇਆ ਤੂੰ ਤਾਂ ਉਹੀ ਕਿਣੇ ਜੇ ਪਾਈ ਜਾਂਦਾ ਕੇਲੇ ਖਾਣੇ ਨੇ ਤਾਂ ਗੱਲ ਕਰ ਉਹ ਕੇਲਿਆਂ ਦੇ ਮਾਰ ਮਲ ਗੋਲੀ ਕੇਲੇ ਕਿੱਥੇ ਲੰਘਦੇ ਨੇ ਹੁਣ ਹੋਰ ਉਹ ਖਾ ਲੇਗਾ ਕਿੱਥੇ ਨਾਦਰੀਆਂ ਜਾੜਾ ਜੁੜਾਈਆਂ ਘੱਟ ਕੰਮ ਕਰਦੀਆਂ ਨੇ ਉਹ ਤਾਂ ਠੀਕ ਆ ਮੈਂ ਤਾਂ ਵਿਆਹ ਜਨਾ ਚਾਉ ਚੜ ਗਿਆ ਸੀ ਤੈਨੂੰ ਦੇਖ ਕੇ ਲੈ ਆ ਕਿੱਧਰੋਂ ਆ ਗਿਆ ਪਟਮੇਲੀ ਮੈਂ ਕਿਵੇਂ ਕਰੂੰ ਮਲ ਬਣਾ ਨਹੀਂ ਮੈਂ ਸਦਕੇ ਜਾਵਾਂ ਲੈ ਮੇਰਾ ਪੁੱਤ ਆ ਗਿਆ ਹੋਰ ਠੀਕ ਆ ਪੁੱਤ ਸਤਿ ਸ੍ਰੀ ਅਕਾਲ ਮਾਤਾ ਸਤਿ ਸ੍ਰੀ ਅਕਾਲ ਪੁੱਤ ਆ ਜਾ ਉਹ ਮੰਗੇ ਤੂੰ ਇਹਦੇ ਰੱਸਾ ਪਾ ਓਏ ਜਮੀਨ ਹੀ ਕਰੇ ਖੜਦੀ ਹੈਗੀ ਮਾਂ ਦੀ ਧੀ ਆ ਝੋਲਾ ਫੇਰ ਚੱਕੀ ਖੜੀ ਆ ਦੱਸ ਨਾ ਆਉਂਦੀ ਕੀ ਅਰਲੇ ਮੁੰਡਾ ਹੋਰ ਤਾਂ ਤੇਰੇ ਕੋਲੋਂ ਕੋਈ ਕੰਮ ਨਹੀਂ ਹੈਗਾ ਆ ਜਾ ਪੁੱਤ ਚਾਹ ਪਾਣੀ ਪੀ ਲਾ ਇਹ ਤਾਂ ਉਹੀ ਬੋਲੀ ਜਾਂਦਾ ਹੈਗਾ ਕੋਈ ਨਾ ਤੇਰੇ ਲੱਤਾਂ ਮੈਂ ਤੋੜੂ ਹੁਣ ਜਾਈ ਬਾਹਰ ਤੂੰ ਤਾਂ ਜਮੀ ਟਿੱਚ ਸਮਝ ਲੈ ਗੱਲਾਂ ਕੋਈ ਮੇਰੇ ਰਹਿ ਇੱਕ ਪਾਸੇ ਆਉਣੀ ਆ ਦੂਏ ਪਾਸੇ ਚੜ ਜਾਣੀ ਆ ਸਾਰਾ ਦਿਨ ਡਾਕ ਚੌਕੀਆਂ ਤੇ ਰਹਿਣੀ ਆ ਤੂੰ ਦੱਸ ਤੇਰੇ ਰੱਸੀ ਨਹੀਂ ਪਾਏ ਤੇਰੇ ਕਿਸੇ ਨੇ ਆ ਦੇਖ ਲੈ ਮੰਗੇ ਤੇਰਾ ਤਾਇਆ ਕਿਵੇਂ ਜਲੂਸ ਕੱਢਦਾ ਤੇਰੇ ਸਾਹਮਣੇ ਕਿਵੇਂ ਲੱਗ ਰਿਹਾ ਬੋਲਣ ਓ ਮਾਤਾ ਤੂੰ ਚੁੱਪ ਕਰ ਜਾ ਕਰ ਉਹ ਤਾਂ ਸਿਆਣਾ ਬੰਦਾ ਨਾ ਇਹਨੂੰ ਕੀ ਪਤਾ ਨਹੀਂ ਤੇਰੇ ਕਰਤੂਤਾਂ ਦਾ ਵੀ ਕੱਲ ਦਾ ਤੇਰੇ ਨਾਲ ਕੀ ਬਣ ਕੇ ਹਟੀ ਆ ਅੱਜ ਫੇਰ ਤੂੰ ਝੋਲਾ ਚੱਕੀ ਫਿਰਦੀ ਆ ਗੱਲਾਂ ਕੋਈ ਇਹ ਤੇਰੇ ਤਾਂ ਕੁੱਤੇ ਦਾ ਹੱਡ ਲੱਗਿਆ ਹੋਇਆਗਾ ਸਾਰਾ ਦਿਨ ਟੀਮ ਨਾਲ ਅੱਡ ਲਾਈ ਜਾਂਦਾਗਾ ਬਾਹਰੇ ਵਗ ਜਾ ਕਰ ਦੋ ਘੜੀ ਤੂੰ ਹੈਗੀ ਆ ਬਾਹਰ ਜਾਣ ਨੂੰ ਬਹੁਤ ਹੋਰ ਕੀ ਸਾਰਾ ਡੱਬਰ ਬਾਹਰ ਜਾਂਦਾ ਹੁੰਦਾ ਤੂੰ ਵਗ ਜਾ ਕਰ ਬਥੇਰਾ ਹਾਂ ਚੱਲ ਠੀਕ ਆ ਕੌਣ ਬੋਲੇ ਤੇਰੇ ਨਾਲ ਪਕਾਈ ਮਾਰੇ ਚੋਆ ਤੈਨੂੰ ਜਿਆਦੇ ਬਾਹਰ ਜਾਣ ਦਾ ਮਾਰਦੀ ਆ ਗੱਲਾਂ ਲੈ ਆ ਵੀ ਗਏ ਤੁਸੀਂ ਤਾਂ ਹੋਰ ਆ ਲੈ ਅਸਮਾਨ ਫੜ ਨਾਲੇ ਤੁਸੀਂ ਕਹਿੰਦੇ ਹਲੇ ਹਫਤਾ ਹੋਰ ਲੱਗੂਗਾ ਓਏ ਮੈਂ ਫਿਰ ਪੰਜਾਬ ਦਾ ਮਾਲ ਭਰਿਆ ਸੀ ਉਹ ਗੱਡੀ ਫਿਰ ਦਿੜਬੇ ਖੜਾਇਆ ਆ ਮਾਂ ਚੱਲ ਨਾਲੇ ਪਿੰਡ ਜਾਇਆ ਨਾ ਕੱਪੜੇ ਕੁੱਪੜੇ ਜੇ ਧਵਾ ਲਿਆ ਨਾ ਨਾਲੇ ਰਾਤ ਲਾ ਆਉਂਗਾ ਮਹਾ ਚੱਲ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਫਿਰ ਹੋਰ ਪੁੱਤ ਕੋਈ ਰਸਤੇ ਤਕਲੀਫ ਤਾਂ ਨਹੀਂ ਵਧੀਆ ਆ ਗਿਆ ਠੀਕ ਠਾਕ ਹਾਂ ਮਾਤਾ ਆ ਗਿਆ ਬਾਕੀ ਤੈਨੂੰ ਪਤਾ ਹੀ ਆ ਫਿਰ ਕੰਮ ਮੇਰਾ ਕਹੇ ਜਾ ਤਕਲੀਫਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਉਹ ਤਾਇਆ ਕਰੀਆਂ ਤਾਇਆ ਓਏ ਹਾਂ ਮੱਲ ਮੜਾ ਟਰਾਲੀ ਲੈ ਕੇ ਜਾਣੀ ਤੀ ਟਰਾਲੀ ਲੈ ਕੇ ਜਾਣੀ ਤੀ ਹਾਂ ਉਹ ਮੱਲ ਟਰਾਲੀ ਦਾ ਜਿਹੜਾ ਸਮਾਨ ਜਿਹਾ ਪਿਆ ਭਾਈ ਚ ਸਮਾਨ ਕੋਈ ਲਾ ਦਾਂਗੇ ਉਹਦਾ ਫਿਰ ਲਾ ਦੇਗਾ ਹਾਂ ਓਏ ਮੁੰਡਾ ਕਹਿ ਤੀ ਇਹਦਾ ਟਾਇਰ ਚ ਵੀ ਖਰਾਬ ਹੋ ਰਿਹਾ ਇੱਕ ਤਾਇਆ ਮੈਂ ਕਿਹੜਾ ਤੇ ਬਾਇਨ ਢੋਣਾ ਕੋਈ ਜ਼ਿਆਦੇ ਮੈਂ ਤਾਂ ਚਾਰ ਕੁ ਥੰਮੇ ਚੱਕ ਕੇ ਲਿਆਉਣੇ ਨੇ ਖੇਤੋਂ ਓਏ ਉਹ ਤਾਂ ਗੱਲ ਠੀਕ ਆ ਮੈਂ ਤੈਨੂੰ ਸੱਚੀ ਗੱਲ ਦੱਸਾਂ ਪਤਾ ਕੀ ਅਸੀਂ ਰਾਤ ਨੂੰ ਇਹਦਾ ਪੱਛਾ ਬੰਨਦੇ ਹੁੰਦੇ ਹਾਂ ਹੋਰ ਕੋਈ ਟਰਾਲੀ ਵਿਹਲੀ ਖੜੀ ਆ ਬੇਸ਼ੱਕ ਲੈ ਜਾਂਦਾ ਹੋਰ ਆਹ ਡੰਗਰ ਬਾਹਰ ਬੰਨਾਂਗੇ ਰਾਤ ਨੂੰ ਅਸੀਂ ਆਹ ਬੱਛੇ ਇਹਦੇ ਨਾਲ ਕੱਟਰੂ ਜੇ ਬਾਹਰ ਬੰਨ ਦਿੰਦੇ ਹਾਂ ਤਾਂ ਕਰਕੇ ਆ ਤਾਂ ਤੂੰ ਸਿੱਧੀ ਕਹਿ ਦੇਣੀ ਨਹੀਂ ਹੈਗੀ ਮੈਂ ਉਹ ਤੂੰ ਆਈ ਆਪ ਹੀ ਸਮਝ ਲਾ ਫਿਰ ਤੂੰ ਤਾਂ ਉਹੀ ਕਿਹੜੇ ਪਾਈ ਜਾਣਾ ਫਿਰ ਦੱਸ ਹੁਣ ਬੱਚੇ ਬੰਨੀਆਂ ਚੰਗਾ ਕੋਈ ਤੈਨੂੰ ਕਿਹੜਾ ਕਦੇ ਲੋੜ ਨਹੀਂ ਪਊਗੀ ਫਿਰ ਤੂੰ ਆਪ ਸਮਝ ਲਾ ਮੈਂ ਆਹ ਲਿਆਉਣਾ ਮੈਂ ਆਹ ਲਿਆਉਣਾ ਦੱਸ ਭਲੇ ਮਾਨ ਸਾਹਿਬ ਮੈਂ 2 ਲੱਖ ਰੁਪਇਆ ਉਈ ਲਾਇਆ ਤੇਰੇ ਵਾਸਤੇ ਲਾਇਆ ਹੋਣਾ ਹੈ ਗੱਲ ਆ ਕੋਈ ਇਹ ਨਾ ਮੁੰਡਾ ਟਰਾਲੀ ਲੈਣ ਆਇਆ ਤੀਗਾ ਦੇ ਦਿੰਦਾ ਕੀ ਕੱਸ ਦਿੱਤੀ ਗਈ ਕਿਸੇ ਨੂੰ ਚੀਜ਼ ਨਹੀਂ ਦੇ ਕੇ ਰਾਜੀ ਹੈਗਾ ਨਾ ਜੇ ਨਹੀਂ ਕਹਦੀ ਆਹ ਟਰੈਕਟਰ ਵੀ ਦੇ ਦੇ ਇਹ ਕਿਹੜਾ ਕਸੂਗਾ ਹੋਰ ਹੁਣ ਤੁਸੀਂ ਤਾਂ ਘਰ ਹਰਾਉ ਹੋ ਰਹੇ ਹੋ ਹਰੇਕ ਨੂੰ ਸੰਦ ਹਕਾ ਦੇਣੇ ਚੱਕ ਕੇ ਗੱਲ ਆ ਕੋਈ ਇਹ ਵੀ ਆਂਡੀ ਗਵਾਂਡੀ ਦਾ ਇੰਦਾ 100 ਲੋੜ ਪੈਂਦੀ ਹੈਗੀ ਐ ਨਹੀਂ ਟੁੱਟਿਆ ਕਰਦੇ ਆ ਗੱਲ ਸੁਣ ਇਹਨਾਂ ਨੂੰ ਕੀ ਹੋ ਰਿਹਾ ਓਹੋ ਹੋਣਾ ਕੀ ਹੈ ਮੰਮੀ ਬਾਹਰ ਜਾਂਦੀ ਆ ਤਾਇਆ ਜਾਣ ਨਹੀਂ ਦਿੰਦਾ ਹੈਗਾ ਬਸ ਇਸੇ ਗੱਲ ਪਿੱਛੇ ਨਾ ਰੋਜ਼ ਹੀ ਝੱਜੂ ਪਿਆ ਰਹਿੰਦਾ ਆਹੋ ਪਈ ਹੋਈ ਆ ਲੋੜਾ ਨਾ ਮੈਨੂੰ ਐ ਦੱਸ ਤਾਇਆ ਕਿੱਧਰ ਮੂੰਹ ਚੱਕਿਆ ਚੁੱਪ ਕਰਕੇ ਘਰੇ ਬਹਿ ਜੇ ਚੰਗੀ ਚਾਹੁੰਦੀ ਆ ਤੂੰ ਮੇਰੀ ਗੱਲ ਸੁਣ ਬੇ ਮੈਂ ਕਾਹਨੂੰ ਕਿਤੇ ਜਾਂਦੀ ਆ ਤਾਂ ਬੱਬੂ ਦਾ ਸੂਟ ਸਿਉਂਤਾ ਪਿਆ ਉਹ ਫੜਾ ਕੇ ਆਉਂਦੀ ਆ ਨਹੀਂ ਤੇਰੇ ਹਲਕਵਾ ਉੱਠਿਆ ਹੋਇਆ ਕਾਹਨੂੰ ਆ ਬੱਬੂ ਦਾ ਸੂਟ ਕੋਈ ਮੈਂ ਸਾਰਾ ਜਾਣਦਾ ਤੇਰੇ ਚਲਤਰਾਂ ਨੂੰ ਮੈਂ ਹਲਕਵਾ ਤਾਂ ਮੈਨੂੰ ਲੱਗਦਾ ਤੇਰੇ ਉੱਠਿਆ ਲੜਨ ਦਾ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਤੇਰੇ ਲਵੇ ਇਹ ਤਾਂ ਨਹੀਂ ਹਟਦੇ ਹੈਗੇ
ਉਹ ਬੀਬੀ ਆ ਜਾ ਹੁਣ ਬਸ ਕਰ ਫੇਰ ਬਾਗ ਜੀ ਜਿੱਥੇ ਜਾਣਾ ਤੈ ਆ ਜਾ ਉਰੇ ਉਹ ਭਾਈ ਇਹ ਕਾਨੂੰ ਮੁੜਦੀ ਆ ਹਿੰਡ ਤੋਂ ਆ ਜਾਂਦੀ ਆ ਬਗੀ ਮੋੜ ਲੈ ਹੋਰ ਆ ਜਾ ਬੀਬੀ ਬੇ ਆਉਣੀ ਆ ਇਹ ਤਾਂ ਮੈਨੂੰ ਅੰਦਰ ਬੰਦ ਕਰਕੇ ਮਾਰੂਗਾ ਪਤਾ ਘਰੇ ਨਹੀਂ ਖੜਨਾ ਹੈਗਾ ਬੇ ਹੁਣ ਖੜਤਾ ਗਈ ਹੋਰ ਦੱਸ ਕੀ ਬਕਸਾਵੇਂਗਾ ਨਾਲੇ ਮੈਨੂੰ ਆਹ ਜ਼ਮੀਨ ਦੀ ਲਿਹਾਜ਼ ਮਾਰਦੀ ਆ ਨਹੀਂ ਮੈਂ ਤਾਂ ਚਾਰ ਮਾਰਦੀ ਖਲੜੇ ਤੇਰੀ ਕਹਾਉਂਦੀ ਨਾਲੇ ਮੈਂ ਉਰੇ ਬੇ ਆ ਗਈ ਤੁਸੀਂ ਨੀ ਅੱਜ ਮੈਨੂੰ ਜਾਣ ਦਿੰਦੇ ਹੈਗੇ ਤਿੰਨ ਵਾਰੀ ਮੋੜਦੀ ਰਸਤੇ ਚ ਦੱਸ ਕੀ ਹੁੰਦਾ ਸੀਗਾ ਓਏ ਆ ਜਾ ਬੀਬੀ ਕਾਹਨੂੰ ਲੜਦੀ ਰਹਿਣੀ ਹੁੰਦੀ ਆ ਸਾਰਾ ਦਿਨ ਬੇ ਮੈਂ ਕਾਹਨੂੰ ਲੜਦੀ ਆ ਹਾਏ ਹਾਏ ਇਹ ਤਾਂ ਮਾੜੀ ਜੀ ਗੱਲ ਪਿੱਛੇ ਕਲੇਸ਼ ਪਾ ਲੈਂਦੇ ਨੇ ਦੋਨੇ ਤੁਹਾਨੂੰ ਕੀ ਪਤਾ ਹੈ ਨਹੀਂ ਮੈਂ ਕਾਹਨੂੰ ਪਾਉਣੀ ਆ ਕਲੇਸ਼ ਉਹ ਤੇਰਾ ਤਾਈ ਨਹੀਂ ਹਟਦਾ ਹੈਗਾ ਸਾਰਾ ਦਿਨ ਮੇਰੇ ਦੇ ਚਿੜ 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 ਉਹਦੇ ਨਾਲ ਨਾ ਪਿੰਡ ਚ ਚੜਾਈ ਦੇਖ ਕੇ ਮੇਰੀ ਜਰਦਾ ਨਹੀਂ ਹੈਗਾ ਮੇਰੀ ਸਤਪੁਰਸ ਪਿੰਡ ਚ ਸਰਪੰਚ ਜਿੰਨੀ ਆ ਹਾਂ ਕੀ ਕਹੋਗੇ ਦੱਸੋ ਹੁਣ ਬੁਲਾਈ ਤੀ ਉਹ ਬੈ ਜਾ 2 ਮਿੰਟ ਦਮ ਲੈ ਲਾ ਦਮ ਲੈ ਲਾ ਸਾਰਾ ਦਿਨ ਦਮ ਲੈਂਦੀ ਰਹਿਣੀ ਐ ਇੰਨੇ ਚਿਰ ਮਗਰੋਂ ਤਾਂ ਇਹ ਆਏ ਨੇ ਤੁਸੀਂ ਬੈਠ ਕੇ 2 ਘੜੀ ਗੱਲਾਂ ਕਰ ਲਓ ਪਿੰਡ 'ਚ ਤਾਂ ਫੇਰ ਵੀ ਜਾਇਆ ਜਾਊਗਾ ਚੱਲ ਠੀਕ ਆ ਚੰਗਾ ਆਪੇ ਲੈ ਜਾਓ ਸੂਟ ਆ ਕੇ ਉਹ ਉਹ ਮੰਗੇ ਤਾਂ ਕਾਲਾ ਨਹੀਂ ਬੈਠਾ ਹੋਏ ਹਾਂ ਉਹੀ ਆ ਪੁੱਛ ਲੈ ਜੇ ਤੇਰੇ ਅੱਖੇ ਲੱਗ ਜੂਗਾ ਚੱਲ ਇਹਨੂੰ ਪੁੱਛ ਲੈ ਤਾਂ ਖੁਰਕਣ ਲੱਗ ਉਹ ਕੀ ਹਾਲ ਨੇ ਕਾਲੇ ਕੀ ਹਾਲ ਮੰਗੇ ਉਹ ਠੀਕ ਆ ਠੀਕ ਆ ਉਹ ਠੀਕ ਆ ਤਾਏ ਉਹ ਠੀਕ ਆ ਮੱਲ ਪੁੱਛਣਾ ਬੋਲਨੇ ਠੀਕ ਆ ਆ ਮੜਾ ਕਰੀ ਤਾਏ ਦਾ ਕੰਮ ਕੀ ਕਰਨਾ ਦੀ ਤੈਨੂੰ ਨਹੀਂ ਪਤਾ ਹੈਗਾ ਕਿਉਂ ਪੜਦੇ ਲਈ ਜਾਂਦਾ ਮੇਰਾ ਜੇ ਹੈ ਕੁਛੇ ਪਾਸੇ ਜੁਗਾੜ ਬਣਦਾ ਕੋਈ ਨਾ ਕਰਦਾ ਗਿਆ ਕਰੋ ਪਰ ਘਰੀ ਭੇਜਾ ਦੂੰਗਾ ਮੈਂ ਅੱਛਾ ਜੀ ਭੇਜ ਦੂੰਗਾ ਮੈਂ ਪੱਕੀ ਗੱਲ ਆ ਹਾਂ ਹਾਂ ਵਾਹ ਉਤਰੇ ਜਾਉਂਦਾ ਕਿੰਨਾ ਕੁ ਭੇਜਣਾ ਉਹ ਤੂੰ ਜਿੰਨਾ ਮਰਜੀ ਭੇਜ ਦੂੰਗਾ ਮੈਂ ਕੋਈ ਘਰੀ ਭੇਜ ਦੂੰਗਾ ਹਨਾ ਮੇਰੇ ਬਾਦ ਪੈ ਗਿਆ ਦੀ ਭੇਜ ਦੂੰਗਾ ਮੈਂ ਠੀਕ ਹੱਥ ਨੇ ਭਜਾਉਂਗਾ ਕੋਈ ਨਹੀਂ ਤੇਰੀ ਜ਼ਿੰਮੇਵਾਰੀ ਆ ਕੋਈ ਨਾ ਆਪੇ ਕਰ ਦੂੰਗਾ ਮੇਰੇ ਅੰਦਰ ਆ ਸਾਰਾ ਕੁਝ ਉਹ ਮੰਗੇ ਆ ਵੱਡਾ ਕੰਮ ਸੀ ਇਹ ਆਪਣਾ ਬਣ ਗਿਆ ਦੇਖ ਮੈਂ ਤੈਨੂੰ ਸੁਣਾ ਉਹ ਫਿਰ ਤਾਂ ਮੈਨੂੰ ਤੇਰੀ ਤਾਂ ਫਿਕਰ ਰਹਿੰਦੀ ਆ ਓਏ ਹੋਰ ਹੋਵੇ ਕਿਵੇਂ ਨਾ ਫਿਰ ਬੋਲਿਆ ਹੈ ਤੂੰ ਹੀ ਆ ਮੇਰਾ ਤਾਂ ਜੋ ਕੁਛ ਹੈਗਾ ਐਂ ਕਰਤਾ ਆ ਤੂੰ ਮੜਾ ਜਾ ਉਰੇ ਖੜ ਮੈਂ ਪਾਣੀ ਬਾਦ ਲਿਆ ਮਾ ਤੂੰ ਕਾਹਨੂੰ ਜਾਵੇਂਗਾ ਤਿਲਕ ਕੇ ਡਿੱਗ ਜਾਏਗਾ ਨਾ ਬਾਦ ਲੈ ਚੰਗਾ ਮੰਮੀ ਹੋਰ ਕਿੰਨੀ ਕੁ ਦੂਰ ਜਾਓਗੇ ਨਹੀਂ ਬਸ ਇੱਥੇ ਤੱਕ ਹੋਰ ਗੇੜਾ ਕੱਟ ਕੇ ਆਵਾਂਗੇ ਨਾਲੇ ਪੁੱਤ ਮੇਰੀ ਗੱਲ ਸੁਣ ਤੂੰ ਤੁਰਿਆ ਕਰ ਨਹੀਂ ਸਾਡੇ ਵਰਗੀ ਮੋਟੀ ਹੋ ਜਾਏਗੀ ਤੂੰ ਵੀ ਆਹੋ ਦੇਖ ਲੈ ਗੋਗੀ ਉਹ ਇੰਨੀ ਮੋਟੀ ਸੀ ਤੋਰਾ ਫੇਰਾ ਕਰਦੀ ਸੀ ਦੇਖ ਲੈ ਪਤਲੀ ਹੋ ਗਈ ਨਹੀਂ ਭੈਣੇ ਮੇਰੀ ਗੱਲ ਸੁਣ ਉਹ ਦੋਏ ਟਾਈਮ ਤੁਰ ਕੇ ਆਉਂਦੀ ਹੈਗੀ ਐਡੇ ਦੂਰ ਤੱਕ ਜਾਂਦੇ ਆ ਘੁੰਮਣ ਤਾਂ ਹੀ ਤਾਂ ਉਹ ਪਤਲੀ ਹੋ ਰਹੀ ਹੈਗੀ ਹੁਣ ਹੋਰ ਐਵੇਂ ਤਾਂ ਨਹੀਂ ਲੋਕ ਡਰ ਕੇ ਵੇਚ ਤੁਰਦੇ ਫਿਰਦੇ ਹੋਰ ਆਪਾਂ ਬਹਿ ਜਾਂਦੇ ਆਪਾਂ ਬੈਠਦੀਆਂ ਨਹੀਂ ਨਹੀਂ ਮੈਂ ਤਾਂ ਪੈ ਜਾਂਦੀ ਆ ਖਾਣ ਸਾਰ ਰੋਟੀਆਂ ਚਾਰ ਉਂ ਖਾਨੀ ਹੈਗੀ ਤਾਂ ਹੀ ਤਾਂ ਫਿਰ ਰੋਟੀ ਹੋ ਜਾਂਦੀ ਥੱਕ ਗਈ ਸੌਂ ਲੱਗੇ ਇੰਨਾ ਕੁ ਤੁਰ ਕੇ ਕੁਛ ਨਹੀਂ ਹੁੰਦਾ ਪੁੱਤ ਆ ਲੰਬਰਦਾਰ ਕੇ ਖੇਤ ਤੱਕ ਚੱਲਾਂਗੇ ਆ ਭੱਜਿਆ ਕਰ ਮੰਮੀ ਜੀ ਨਹੀਂ ਕੀ ਹੋ ਗਿਆ ਮੁੜ ਚ ਲਈ ਕੁਛ ਨੀ ਕਹਿੰਦਾ ਚੱਲ ਮੈਂ ਵਗ ਚੱਲੂਗੀ ਹੋਰ ਨੀ ਬੋਲਦਾ ਹੈਗਾ ਆਜੋ ਮੇਰੇ ਨਾਲ ਨੀ ਭੈਣੇ ਐਡਾ ਗਾ ਤਾਂ ਮਾਰਦੀ ਮੈਂ ਇਸ ਵਰਗਾ ਸਿੰਗ ਲੈ ਕੇ ਆਉਂਦਾ ਸਿੰਗਾਂ ਦੇ ਚੱਕਰ ਲਾਉਂਦਾ ਘਰੇ ਹੋਊਗਾ ਆਪਦੇ ਚੰਗਾ ਚੱਲ ਆ ਜਾ ਮੇਰੇ ਮਾਰਿਆ ਚ
ਛਟੀ ਵਰਗੀ ਆ ਦੇਖ ਲੈ ਇਹਨੂੰ ਨਾ ਮੈਂ ਕਹਤਾ ਕਿਤੇ ਹੈਂ ਨਹੀਂ ਆ ਜਾ ਇਹ ਤਾਂ ਉਵੇਂ ਬੋਲੀ ਜਾਂਦਾ ਭੈਣੇ ਦੇਖ ਲੈ ਸਾਡੀ ਉਮਰ ਕਿੱਥੇ ਕੁੜੀ ਦੀ ਉਮਰ ਕਿੱਥੇ ਚੁੱਪ ਕਰਕੇ ਪੁੱਠੀਆਂ ਮੁੜ ਜਾਓ ਜੇ ਚੰਗੀਆਂ ਚਾਹੁੰਦੇ ਹੋ ਤੁਸੀਂ ਮੇਰੇ ਤੋਂ ਬੁਰਾ ਨਹੀਂ ਨਹੀਂ ਮੈਂ ਤਾਂ ਤਾਇਆ ਜੀ ਪਹਿਲਾਂ ਹੀ ਕਿਹਾ ਸੀ ਵੀ ਮੰਮੀ ਰਹਿਣ ਤੋਂ ਜਾਣ ਨੂੰ ਮੈਂ ਮਰ ਜਾ ਲੈ ਹੁਣ ਪੁੱਠੀਆਂ ਮੁੜ ਜੇ ਫਿਟੇ ਮੂੰਹ ਤੇਰੇ ਜੰਮਣ ਵਾਲੇ ਦੇ ਸਾਨੂੰ ਤਾਂ ਤੂੰ ਕਸਰਤ ਵੀ ਨਹੀਂ ਕਰਨ ਦਿੰਦਾ ਵੀ ਗੋਡੇ ਚੱਲਣ ਮਾੜਾ ਮੋੜ ਚੱਲ ਪੈਣਗੇ ਆ ਜਾ ਭੈਣੇ ਆ ਜਾ ਚੱਲੀਏ ਇਹਦੇ ਨਾਲ ਹੁਣ ਕੌਣ ਪਕਾਈ ਮਾਰੇ ਕਿੱਥੋਂ ਸਿਆਪਾ ਬੋਗੀਏ ਵਾਂਗੂ ਵਿਚਾਲੇ ਫਸ ਜਾਂਦਾ ਹੈਗਾ ਬਾਹਰ ਤੇਰੇ ਕੰਮ ਨੇ ਕਸਰਤ ਗੋਹਾ ਸਿੱਟ ਲਿਆ ਕਰੋ ਤੜਕੀ ਉੱਠ ਕੇ ਕਸਰਤ ਆ ਉਹ ਹੈ ਮਸ਼ੀਨ ਨਾਲ ਹਰਾ ਕੁੱਟ ਦੋ ਉਹ ਕਸਰਤ ਆ ਕਸਰਤ ਇਹ ਕਸਰਤ ਕੰਮ ਕਰੂਗੀ ਜਦੋਂ ਲਾ ਲੈ ਤੁਹਾਡੇ ਕੰਨਾਂ ਚੋਂ ਕਾਟੇ ਨਾ ਫਿਰ ਤੁਹਾਨੂੰ ਪਤਾ ਲੱਗੂ ਤੁਰਨ ਦਾ ਪਰ ਮਨਾ ਦੱਸ ਤੂੰ ਸਾਡੇ ਮਾਰ ਕੇ ਡੋਕਾ ਲੈਣ ਆਉਣਾ ਤੂੰ ਭੱਜ ਜਾ ਘਰ ਨੂੰ ਮੈਂ ਤੁਹਾਨੂੰ ਕਹਾ ਦਵਾਲ ਲੱਗੂੰਗਾ ਇਹ ਤੁਹਾਡਾ ਕੀ ਪਤਾ ਕਿੱਧਰ ਲੰਘ ਗਿਆ ਹੋਣਾ ਇਹ ਤਾਂ ਭਾਂਡੇ ਖਾਕੜ ਮੁੜਦਾ ਨਹੀਂ ਤਾਂ ਮੰਗ ਰਿਹਾ ਕਿੱਥੇ ਮੰਗ ਰਿਹਾਗਾ ਕਿਸੇ ਨੇ ਹੈ ਐ ਦੱਸੋ ਪਹਿਲਾਂ ਮੈਨੂੰ ਪਹਿਲਾਂ ਕੋਈ ਹਾਏ ਹਾਏ ਬਣੀਆਂ ਨੇ ਤੋਰਾ ਫੇਰਾ ਕਰਨ ਦੀਆਂ ਹੈਂ ਮੈਂ ਤਾਂ ਜਾਨ ਨਿਕਲਣ ਵਾਲੀ ਹੋ ਰਹੀ ਹੈ ਜਮੀ ਗੋਡੇ ਦੁਖਣ ਵਾਲੇ ਹੋ ਗਏ ਮੈਨੂੰ ਐਂ ਦੱਸ ਤੁਰੇ ਤਾਂ ਮੈਂ ਉਸ ਜਾਂਦਾ ਨਹੀਂ ਘਰੇ ਗਈ ਤਾਂ ਬਹੂ ਕੰਮ ਪਾੜੂ ਥੱਕ ਤਾਂ ਮੈਂ ਉਰੀ ਗਈ ਕਿੱਥੋਂ ਕੰਮ ਕਰਕੇ ਦਊਂ ਉਹਨੂੰ ਮੈਂ ਮਰ ਜਾਂ ਤੂੰ ਬਹੂ ਤੋਂ ਡਰਦੀ ਆ ਭੈਣੇ
देख ला ऊं तो तेरे एडी जीभ लग रही गिठ दी लुत्र लुत्र बोल दिया गी है ऊं तो नूं तो डर दी आपदी तो राज मेरी गल सुन ले बहू तो डरना पैंदा है रोटी तो खानी है लेके है तू तो हुण कहता मारती पकाई भी बहू तो डर दी है और कितों डरांगे मम्मी मेरी गल सुनो तुसी छेती तुरपो किते फेर आ जाण ताया जी मगरों ला ताया दस की डीसी लगे होया ऊं टीसी दा फेर बना रखे ताया ताया है किवें चमड़ा रखे ताया ताया ला रखी है मरिया थानेदार तो बदरो होर ओहदे च नहीं भैने ओदा कोई पता नहीं पटमेले किधरों निकल आवे वह तो नाले किसी किस्म का ना बरोला बरोला आज नहीं पता किधरों उठ खड़े नहीं राजा मैं तो लगता तू भी तेरे जेड़ तो डर दी है तू तो मूं ही फड़ा मार दी फिर दी रहने तेरे मेरे थी और मूहे तू भी मोक मार दी है नहीं तेन कै बारी तक आईता नहीं डरती कानू हाँ जमीन की कौ मार दिया जय रोई मैनू सीख लगे ही जमीन फड़ के जो सर दिन बंदा ताड़ा मारी जाए ऊ बिना गल तो नहीं इन कलांगी इनी क रहेगी हैगी पता नहीं ना हैगी कोई गल नहीं कुछ नहीं होंदा आपदे बंदे चलिया जांदियां गाहां दे जेठां दी भी सामू कोई जरूरी है ला ला मेरे सौरे दा पुत्त हैगा ठीक है सौरे दे पुत्त सारे ने चार पांच होण चाहे वो भी सौरे दे पुत्ते होंदे ने कोई ना किसे दे होर होंदे ने चंगा चल आ जा चक मेरे पैर आ जा हुण सेती मैनू कहंदी तुर के आउनी आ पहलां दस सरदी नहीं सुनू तुरे बिना है नहीं रहिंदी आ कख कढ़ा दो जीरी च कख होर ने इन्ने इन्ने दस है जा उधर सड़क ते बग जो उजड़ जो आ सुन्ने रस्ते तुर पीआं तुरन हां मारदियां ने गल्लां ओ मंगे ओए ओ मंगे हां ताया ओ मल पानी दा गिलास लई मड़ जा ओए गड्डी जान हो रही है होर लई पुत करां आय है ओ लिया भई आ जा आ ले ता ओहो किधर गेड़ा मारिया यार ओए मैं तो लल करके आया तेरी मां तीक नाल एक जवाक ते अपने हैं एक सीबो रल गई ओ इधर की करना है गे ओ तुरन जांदियां दियां होर की जाना दियो ने लै होर होना एह जा भी कुछ कर दिए ने ओ खा के मन पक्का मटर पनीर ओथे भोग ते गई थी चौल खा गई अंतां दा समान मैनू कहंदी हाजम नहीं हुंदा मेरे तां तुरन जाने ओ तै तेनू नहीं पता एह तां ओ शहरां दियां रीसां करदियां ने ओही गल आ ओनू ए जे तुरना तुसी ने होर काम बथेरे ने घरे डंगर पशु नवा दो सन्नी रला दो भरिया टोके दिया कुट दो है होर काम तो कर दिए नहीं हां तुरन दी लोड़ ही नहीं ओही तेरी बर्जस बथेरी हो जूगा फड़ी मल लिया ओ लाउनी आ पूरा मड़ा जाओ ओ ताया मैं दा ए बेद तोड़ता ओए कानू तोड़ना ती तै बोलिया मेनू कित्थों मिलू ए फेरा ए दस पहला ला ला पूरा ओ ना ना मैं नहीं होना ए ਛੱਡਿਆ ਛੜਾਇਆ ਦੁਬਾਰੋਂ ਕਰਦਾ ਕੰਮ ਉਹ ਚੀਜ਼ ਵਧੀਆ ਨਾ ਫੋੜਾ ਨਾ ਫੁਣਸੀ ਕੁਛ ਨਹੀਂ ਹੁੰਦਾ ਬੋਲੇ ਇਹਦੇ ਨਾਲ ਨਾ ਨਾ ਤਾਇਆ ਤੂੰ ਹੀ ਸਾਰ ਹੋਰ ਤੇਰੇ ਹੀ ਔਖਾ ਹੋ ਰਿਹਾ ਮੈਂ ਤੇਰਾ ਕਿਵੇਂ ਪੂਰਾ ਕਰਿਆ ਕਰੂੰ ਓਏ ਉਹ ਤਾਂ ਠੀਕ ਆ ਤੇਰੀ ਗੱਲ ਮੈਂ ਤਾਂ ਐਂ ਕਹਿਣਾ ਤਾਇਆ ਤੂੰ ਵੀ ਘਟਾ ਦੇ ਇਹ ਕੰਮ ਹੁਣ ਉਹ ਮੱਲ ਹੁਣ ਕਿੱਥੇ ਘਟਦੀ ਆ ਇਹ ਤਾਂ ਗੌਲੇ ਦਾ ਕਹਿਣਾ ਜਾਂ ਤਾਂ ਕਹਿੰਦਾ ਅਮਲੀ ਦੇ ਉਹ ਨਾਲੀਏ ਕੱਢ ਦੇ ਫਿਰ ਤਾਂ ਘਟ ਜੂ ਹੁਣ ਤਾਂ ਇਹ ਗਹੀਂ ਜਾ ਕੇ ਘਟੂਗੀ ਮੱਲਾ तेरा नहीं हूँ कटदा हैगा होर वह नाले इन्ना क कम करी जाना सोडा मैं जिनी खाना ये तो तेन पता नहीं गलों का नाले वह तो है खा के कमे करता होर कम की वही तो पैदा तो नहीं है कमे करना होर नहीं गेड़ा मारना खेत के आले दुआले है ना हाँ नहीं आ जानी भाने थक गई पता है राज इधर आ जा दो मिनट दम ले लेंगे पढ़िए तू दस घरे जाके की करना हले है नहीं चल भैने थके तो पाई हाँ दो मिनट पै जाने चल होर आ जा रोटियां भी बालियां खानी चार पांच खा जाने एक टाइम ਰੋਟੀਆਂ ਤਾਂ ਰਾਜ ਖਾਣੀਆਂ ਨੇ ਰੋਟੀਆਂ ਬਿਨਾਂ ਆਪਾਂ ਤਾਂ ਕੰਮ ਨਹੀਂ ਹੁੰਦਾ ਆਪਣਾ ਕੰਮ ਜਾ ਰਿਹਾ ਫਿਰ ਤੋਰੇ ਦਾ ਹੋਰ ਮੈਂ ਤੈਨੂੰ ਦੱਸਾਂ ਤਾਂ ਹੀ ਤਾਂ ਕਹਿੰਦੇ ਸਾਰਾ ਦਿਨ ਫਿਰੀ ਜਾਂਦੇ ਆ ਮੰਮੀ ਜੀ ਮੇਰੀ ਗੱਲ ਸੁਣੋ ਜੇ ਹੁਣ ਤਾਇਆ ਜੀ ਆ ਗਏ ਨਾ ਫਿਰ ਮਾਰ ਮਾਰ ਕਰਨਗੇ ਆਪਾਂ ਘਰੇ ਚੱਲਦੇ ਹਾਂ ਗੱਲਾਂ ਤਾਂ ਘਰੇ ਬੈਠ ਕੇ ਵੱਜਣਗੀਆਂ ਮੈਂ ਕੰਮ ਧੰਦਾ ਕਰ ਲਊ ਤੁਸੀਂ ਗੱਲਾਂ ਮਾਰ ਲਿਓ ਬੈਠ ਕੇ ਹੋਰ ਕਿਤੇ ਫਿਰ ਇੱਥੇ ਆ ਜਾਣ ਲੈ ਨਹੀਂ ਤੇਰੇ ਤਾਇਆ ਕੇ ਸੁਰ 'ਚ ਬੰਬ ਡੇਕ ਦੂਗਾ ਹੈ ਪਹਿਲੀ ਵਾਰੀ ਦੇਖਿਆ ਮੈਂ ਹੈ ਛੜਾ ਦੁਨੀਆਂ 'ਤੇ ਸਾੜੇ ਤਾਂ ਬਥੇਰੇ ਦੇਖੇ ਨੇ ਪਰ ਇਹਦੇ ਵਰਗਾ ਤਾਂ ਕੋਈ ਨਹੀਂ ਦੇਖਿਆ ਟੱਬਰ ਨਹੀਂ ਟਿਹਰ ਨਹੀਂ ਕੋਈ ਜਵਾਕ ਨਹੀਂ ਕੋਈ ਜੱਲਾ ਨਹੀਂ ਉਹੀ ਮਰਦਾ ਫਿਰੀ ਜਾਂਦਾ ਸਾਡੇ ਕੁੱਤੇ ਦੀ ਮੌਤ ਸੁੱਟ ਦੇ ਦਬਕੇ ਮਾਰਦਾ ਨਹੀਂ ਭੈਣੇ ਕੀ ਦੱਸਾਂ ਉਹ ਤਾਂ ਪਟਮੇਲ ਹੀ ਆ ਜੰਮੀ ਕੰਜਰ ਭੁੱਕੀ ਖਾ ਲੈਂਦਾ ਜ਼ਿਆਦੇ ਫਿਰ ਨਾ ਭਾਸੜ 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 ਬੋਲਦਾ ਗਾ ਚੜ ਚੜ ਕੇ ਬੋਲਦਾ ਗਾ ਕੀ ਕਰਾਂ ਫਿਰ ਰਿਸ਼ਤੇਦਾਰਾਂ ਨੂੰ ਬੁਲਾਉਂਦਾ ਜਲੂਸ ਕੱਢ ਦਿੰਦਾ ਰਿਸ਼ਤੇਦਾਰੀ 'ਚ ਮੇਰਾ ਹਾਰ ਕੇ ਭੈਣੇ ਨਿਮਕੇ ਕੱਟ ਦਿਆਂਗੇ ਕੀ ਕਰੀਏ ਨਹੀਂ ਰਾਜਾ ਤੁਸੀਂ ਤਾਂ ਉਹ ਉਈ ਟਿੱਕ ਰੱਖਿਆ ਚਾਰ ਮਾਰ ਉਹਦੇ ਖਲੜੇ ਹੈ ਨੀਰੇ ਚੱਕ ਕੇ ਮੰਜਾ ਸੜਦੇ ਉਹਦਾ ਆਪੇ ਉੱਥੇ ਬੋਲੀ ਜਾਊਗਾ ਬੈਠਾ ਨਹੀਂ ਭੈਣੇ
तूड़ी वाले मंजा तो मैं वह डा दा तेन कही तो जाने तू भी बार बार कहानी आ नहीं मैनू जमीन की गौ मार दी कहते नहीं होंगे गौ पिहा बे जौ भवान गिले होर दस कि मैं तो सड़े तो कड़ी लेनी है। अच्छा गुड़ते मखियां भिणकदियां ने ताई खाऊ सड़े खाने सड़े दे खाई जाओ मैनू की लैना नहीं भैने तू क्या चढ़ चढ़ा मखिया भिणकने साडे भिणकने तेरे दस की बखी प्रहर आंदा गा तेरे घरे तो नहीं आंदियां मखियां नहीं साडे घरे कि आ जाएगी मखियां मैं खाऊ सड़ा नहीं मारू है वह भी ना सड़े तो उड़ के नहीं भैने कोई ना सोच ना कर साडा सड़ा साडिया मखियां साडे घर ही रहनगियां सोडे घर तक नहीं आने देंदे असी हैं मगरा जमी कमाल हो गए तो ओए बंदे तो जेहड़े बैठते थे कुंडा ते ये तो हुण बुढ़िया ही बैठन लग गईयां ना ना वेदा कल जोगा जमी आपा की लेना पे गल पैण गया मैं नंगला खेत नु मम्मी देखियो आ हुण तां मगर भाई भी गल्लां कर कर लंघदा उठ जो हुण चलो चलदे आ घरे नी कुड़िए तू काथों काहा करी जानी है भग जो नहीं भैने कदे बाहर अंदर आई नहीं आएगी एदा चित काले पैंदा गा तां करके कहंदी है ओहो बाहर अंदर आया जाया कर वीर मैं तैनूं दस्सां बाहर अंदर जाके पता लगदा गा नाल तेरी मां कल्ली पिंड च तुरी फिरदी है माड़ा मोटा नूं दम मिल जूगा नहीं भैने तू गल्लां करियां जां करदी हैगी है नाले मैं हैगी आ बाहर अंदर जाण नूं हुण मेरी नूंह जाया करूगी नाले भैने सच्ची कहा किसी ने तीवी उंगला ला ला के ना नूहां नूं बिगाड़ दिंदियां ने ऊं नहीं बिगड़दियां हैगियां नहीं मैं तो सोबती कहा तू ऊं पार पार खानी है की मैं तेरी नूं तां डंग मारी देख ला मंगियो ओए तेरे वाली मां एडी चंद्री आ कना जे मैं ना करड़ा हवां सारा सारा दिन घरे ना बड़े ताया मैनूं तां नहीं लगदा हैगा वी ओह ऐ फिरदी होणी तैनूं तां आपे ही लगदा तू तां हुण महीना महीना गड्डी तों नहीं मुड़दा हैगा मैनूं पता मैं कार्टून वाला किवें सुलझदा होर मंगिया की हाल है बई वधिया बई मगरा ਹੋਰ ਤਾਇਆ ਠੀਕ ਨੇ ਸੇਤਾ ਉਹ ਠੀਕ ਆ ਮੱਲ ਪਈ ਤਾਇਆ ਖੁੰਡਾ ਖੰਡ ਤੇ ਨਹੀਂ ਮੈਂ ਅੱਜ ਕੱਲ ਉਹ ਖੁੰਡਾ ਤੇ ਪਈ ਬਹਿ ਜਾਣਾ ਜਦੋਂ ਟਾਈਮ ਜਿਹਾ ਲੱਗਦਾ ਹੁਣ ਘੱਟ ਵੱਧੇ ਬਹਿਣਾ ਮੈਂ ਬਸ ਉਹ ਮੈਨੂੰ ਐਂ ਲੱਗਿਆ ਤਾਇਆ ਜਿਵੇਂ ਮੇਰੀ ਚਾਚੀ ਹੋਰੀ ਬੈਠੀ ਹੁਣ ਖੁੰਡਾ ਤੇ ਮੈਨੂੰ ਤਾਂ ਉਹੀ ਲੱਗੀ ਆ ਪਤਾ ਨਹੀਂ ਕੋਈ ਹੋਰ ਤੀ ਅੱਛਾ ਜੀ ਓਏ ਉਹੀ ਨੇ ਹੋਰ ਕਾਹਨੂੰ ਨੇ ਆਹ ਦੇਖ ਲੈ ਖੇਤੋਂ ਮੈਂ ਦਵੱਲੀਆਂ ਤੀਆਂ ਹੁਣ ਹੋਰ ਇੱਕ ਮੇਲਾ ਤਾਂ ਮੇਰੀ ਤਾਈ ਸੀਬੋ ਆ ਇੱਕ ਇਹਦੇ ਘਰ ਵਾਲੀ ਆ ਮੰਗੇ ਦੇ ਦੇਖ ਲਾ ਮੰਗੇ ਓਏ ਤੂੰ ਕਹਿੰਦੀ ਕਾਹਨੂੰ ਜਾਂਦੀ ਆ ਕਿਤੇ ਦੇਖੀ ਤਾਂ ਉਹਦੇ ਨਾਲ ਕੀ ਬਣਦੀ ਆ ਆ ਜਾ ਬਗੇ ਲੈ ਮਗਰਾ ਅੱਜ ਕਰੂ ਤਾਇਆ ਉਹਨਾਂ ਦਾ ਬਣਾਂਗਾ ਆਪਾਂ ਨੂੰ ਕੀ ਆ ਹੋਣ ਦੇ ਫਿਰ ਇਹ ਸੂਤ ਆਉਣਗੀਆਂ ਇਹ ਉਰੇ ਅੱਜ ਗਿੱਟੇ ਗਿੱਟੇ ਕੁੱਟੂ ਦੇਖੀ ਜੇ ਨਾ ਕੁੱਟਾਂ ਮੈਂ ਫਿਰ ਕੀ ਜਾਣੂਗੀ ਵੀ ਐਂ ਜਾਂਦੇ ਹੁੰਦੇ ਨੇ ਬਾਹਰ ਭੈਣੇ ਹਵਾ ਦੇ ਲੈ ਕਿੰਨੀ ਠੰਡੀ ਚੱਲਦੀ ਆ ਹਨਾ ਆਰਾਮਦਾਰੀ ਜੀ ਆਉਂਦੀ ਆ ਜਾਣਾ ਹੋਰ ਅੰਦਰ ਤਾਂ ਸਾਹ ਬੰਦ ਹੋ ਜਾਂਦੇ ਮਿਲਾ ਤਾਂ ਤਾਇਆ ਜੀ ਆ ਰਹੇ ਨੇ ਉੱਠ ਜੋ ਹੁਣ ਤੱਕ ਛਾਂਪ ਪਵਾ ਕੇ ਉੱਠੂੰਗੀ ਆ ਨਹੀਂ ਓਹੋ ਤੈਂ ਕਿਉਂ ਤਾਇਆ ਤਾਇਆ ਲਾ ਰੱਖੀ ਹੈ ਇੰਨੀ ਖੁੱਲੀ ਹਵਾ ਦੇ ਵਿੱਚ ਬਹਿ ਕੇ ਪੂਰੀ ਆਰਾਮਦਾਰੀ ਆ ਰਹੀ ਤੀ ਤਾਂ ਇੱਥੇ ਬੰਦੇ ਬੈਠੇ ਤੇਰੀ ਮੋਜਾਂ ਨਾਲ ਨਹੀਂ ਭੈਣੇ ਮੇਰੀ ਗੱਲ ਸੁਣ ਆ ਜਾ ਖੜੀ ਹੋ ਜਾ ਉਹ ਤਾਂ ਖਾਗੜ ਪਤਾ ਨਹੀਂ ਕਿੱਧਰੋਂ ਨਿਕਲਿਆ ਉਹ ਆ ਰਿਹਾ ਹੈਗਾ ਆ ਜਾ ਓਹੋ ਆ ਜਾ ਆ ਜਾ ਉਹ ਇਹਦਾ ਦਬ ਕੇ ਤਾਂ ਡਰੀ ਜਾਂਦੀਆਂ ਨੇ ਤੂੰ ਦੱਸ ਤਾਇਆ ਹੀ ਹੈ ਕੋਈ ਰੌਂਦਾ ਨਹੀਂ ਗੋਲੀ ਦਾ ਆ ਜਾ ਭੈਣੇ ਉਹ ਤਾਂ ਗੋਲੀ ਵਰਗੀ ਹੈਗਾ ਨਹੀਂ ਓਹੋ ਸੁਣਦਾ ਉਹਨੇ ਉਵੇਂ ਸਾਹ ਬੰਦ ਕਰ ਰੱਖਿਆ ਛੜੇ ਨਹੀਂ ਭੈਣੇ ਉਹ ਤਾਂ ਕਿਸੇ ਕਿਸਮ ਦਾ ਭੂਤ ਆ ਭੂਤ ਆਏ ਨਹੀਂ ਪਤਾ ਕਿਹੜੇ ਵੇਲੇ ਚਿੰਬੜ ਜੇ ਆ ਇਹ ਗੱਲ ਤਾਂ ਤੇਰੀ ਸੱਚੀ ਹੈ ਭੈਣੇ ਛੜੇ ਤਾਂ ਜਿਉਂਦੇ ਭੂਤ ਹੁੰਦੇ ਨੇ ਹੋਰ ਆ ਜਾ ਕੇਰਾ खाली पईआं ने उरे कानू ने बीबी उरी मैंने ना मगर उई टपार मार गया लड़ाई कराउण दा मारा ओ कानू पईआं तां लंघ गईआं इन्ना चिर किथे खड़दीआं ने मैं तां बदीन कर लिया सोरी ने बदीन नहीं कर लिया है मेरा तां खून मचदा मैं किथे किथे राखी रखा उहदी दस तूं तां आ खून ना मचा कर तूं माड़ा ठंडा रहा कर ਉਹ ਮਨ ਠੰਡਾ ਰਹਿ ਕੇ ਕੀ ਕਰਾਂਗੇ ਦੱਸ ਹੁਣ ਤਾਂ ਘਰ ਦੀ ਬਰਬਾਦੀ ਕਰਖੀ ਆ ਤੂੰ ਤਾਂ ਦਿਨ ਰਾਤ ਭੌਂਕਦਾ ਫਿਰਦਾ ਦੱਸ ਹੈਂ ਉਹਨੇ ਹੁੜਲੂ ਲਾ ਰੱਖਿਆ ਸੂਟਾਂ ਮੂਹੀ ਨੇਰੀ ਲਿਆ ਰੱਖੀ ਉਹਨੇ ਦੱਸ ਸਿਆਣੇ ਨੇ ਸੱਚ ਕਿਹਾ ਕਹਿੰਦੇ ਤੀਮੀ ਘਰ ਨੂੰ ਜਾੜ ਦਿੰਦੀ ਆ ਤੀਮੀ ਵਸਾਉਂਦੀ ਆ ਹੈਂ ਤੀਮੀ ਤਾਂ ਕਹਿੰਦੇ ਸੂਈ ਦੇ ਨੱਕੇ ਥਾਈ ਲਿਖਾਉਣ ਲੱਗ ਜੇ ਸਾਰਾ ਘਰ ਲਿਖਾਉਂਦੀ ਆ ਮੈਂ ਕੀ ਦੱਸਾਂ ਤੈਨੂੰ ਉਹ ਤਾਇਆ ਤੂੰ ਸਿਆਣਾ ਬੰਦਾ ਤੈਨੂੰ ਸਾਰੇ ਕਾਸੇ ਦੀ ਸੋਚ ਆ ਤੂੰ ਤਾਂ ਦਿਨ ਰਾਤਾਂ ਨੂੰ ਭੌਂਕਦਾ ਫਿਰਦਾ ਹੋਰ ਚੱਲ ਦੇਖਦੇ ਹਾਂ ਚੱਲ ਕੇ ਲੈ ਐਂ ਕਰਦੀ ਆ ਆ ਮੋੜੀ ਜੀ ਧਰਦੀਆਂ ਪੇਡੇ ਤੇ ਕਦੇ ਕੋਈ ਗਾਂ ਜੀ ਆ ਕੇ ਮੁੱਛ ਜਾਂਦੀ ਹੈ ਕਦੇ ਕੋਈ ਪਸ਼ੂ ਡੰਗਰ ਉਂ ਬਾਹਰ ਲਾ ਕੇ ਮੁੱਛ ਜਾਂਦੇ ਨੇ ਹੁਣ ਤਾਂ ਨਹੀਂ ਮੁੱਛਣਗੇ ਨਹੀਂ ਆ ਜਾ ਭੈਣ ਚੱਕ ਮੇਰੇ ਪੈਰ ਹੋ ਜਾ ਨਹੀਂ ਤਾਈ ਨਾ ਤੁਸੀਂ ਕੱਲੀਆਂ ਕੱਲੀਆਂ ਦੱਸ ਕਿੱਧਰ ਫਿਰਦੇ ਹੋ ਨਾਲੇ ਬਹੂ ਨੂੰ ਲਈ ਫਿਰਦੀ ਹੋ ਨਹੀਂ ਅਸੀਂ ਤਾਂ ਫੇਰਾ ਤੋਰਾ ਕਰਨ ਗਈਆਂ ਤੀ ਵੀ ਮਾੜੀਆਂ ਮੋਟੀਆਂ ਪਤਲੀਆਂ ਹੋ ਜਾਣਗੇ ਸਰੀਰ ਦਾ ਫਰਕ ਪੈ ਜੂ ਦੇਖ ਲੈ ਕਿੱਡੀਆਂ ਹਰਮਣਾ ਨੇ ਅਕੇ ਮਾੜਾ ਮੋਟਾ ਫੇਰਾ ਤੋਰਾ ਕਰਨ ਗਈਆਂ ਤੀਆਂ ਨਾ ਜੇ ਮੈਨੂੰ ਲੈ ਜਾਂਦੀਆਂ ਆਏ ਨਹੀਂ ਤੁਸੀਂ ਪਤਲੀਆਂ ਹੁੰਦੀਆਂ ਕੱਲੀ ਪਤਲੀਆਂ ਹੁਣ ਨੂੰ ਫਿਰਦੀਆਂ ਨਹੀਂ ਕਿਹੜੀਆਂ ਪਤਲੀਆਂ ਅਸੀਂ ਤਾਂ ਪ੍ਰੀਤ ਰਾਹ ਚੋਂ ਮੁੜ ਕੇ ਆਏ ਹਾਂ ਨਹੀਂ ਭੈਣੇ ਕੀ ਪੁੱਛਦੀ ਹੈਗੀ ਅਸੀਂ ਤਾਂ ਭੱਜ ਕੇ ਆਏਗੇ ਮੁੜ ਕੇ ਉਹਨੇ ਮੋੜਤੀਆਂ ਸਾਡੇ ਸੜੇ ਨੇ
ਹਲਕਿਆ ਫਿਰਦਾ ਕੰਜਰਾ। ਦੇਖ ਲੈ ਕਿਹੋ ਜਿਹੀਆਂ ਗੱਲਾਂ ਕਰਦੀ ਹੋ, ਅੱਗੇ ਸਾਡਾ ਹਲਕਿਆ ਫਿਰਦਾ ਤੀ ਨਾ, ਹਲਕਣ ਨੂੰ ਕਿਉਂ ਸਾਨੂੰ ਵੜਦਾ ਤੀ ਨੀ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਵੇਂ ਸਿਆਣੇ ਬੰਦੇ ਨੂੰ ਤੁਸੀਂ ਬਦਨਾਮ ਕਰਦੀ ਹੋ। ਵਿਚਾਰਾ ਵਿਚੂਰਾ ਕੋਈ ਨਹੀਂ ਹੈਗਾ, ਉਹ ਤਾਂ ਪੱਟੀਆਂ ਜੜਾਉਣ ਆ ਗਿਆ, ਨਾਲੇ ਜਿਹਦੇ ਘਰੇ ਸੜੇ ਹੋਣ ਨਾ ਉਹਨਾਂ ਨੂੰ ਪੁੱਛ ਕੇ ਦੇਖ ਉਹਨਾਂ ਦੀ ਕੀ ਜ਼ਿੰਦਗੀ ਹੈਗੀ। ਨੀ ਚੱਲ ਭੈਣੇ, ਤੂੰ ਵੀ ਹੋਰ ਇਹ ਗੱਲਾਂ ਲੈ ਕੇ ਬਹਿ ਗਈ, ਮੈਂ ਤਾਂ ਤੇਰੇ ਲਈ ਆਉਂਦੀ ਤੀ, ਥੋੜਾ ਜਿਹਾ ਕੰਮ ਤੀ ਮੈਨੂੰ। ਕੀ ਗੱਲ ਭੈਣੇ, ਖੈਰ ਵੀ ਆ? ਨਹੀਂ ਖੈਰ ਤਾਂ ਹੈਗੀ, ਸੁੱਖ ਸਾਂਦ ਵੀ ਹੈ ਤੇ ਮੈਂ ਤਾਂ ਦੋਜੀ ਦੁੱਧ ਨਹੀਂ ਪਾਉਂਦੇ ਅਸੀਂ। ਹਾਂ, ਥੋੜੇ ਜਿਹੇ ਪੈਸੇ ਇਕੱਠੇ ਕਰਕੇ। ਅੱਛਾ, ਵਿਆਹ ਤੇ ਦੇਣੇ ਹੋਣੇ? ਓਹੋ, ਤੈਨੂੰ ਸਾਰਾ ਦਿਨ ਵਿਆਜ ਦੀ ਸੁਪਨੇ ਆਉਂਦੇ ਰਹਿੰਦੇ ਨੇ। ਨਹੀਂ ਹੋਰ ਆ, ਚੱਲ ਛੇਤੀ ਦੱਸ, ਸਾਨੂੰ ਲੇਟ ਹੋ ਰਿਹਾ ਅਸੀਂ। ਨਹੀਂ ਲੇਟ ਹੋਣ ਨੂੰ ਕਿਧਰੇ, ਤਾਂ ਬੱਸ ਚੜ੍ਹਨਾ, ਘਰੀ ਜਾਣਾ। ਮੈਂ ਤਾਂ ਸ਼ਾਂਪ ਜੀ ਕਰਾਉਣ ਨੂੰ ਕਹਿੰਦੀ ਤੀ, ਮੈਂ ਕਿਹਾ ਜੇ ਤੂੰ ਮਾੜਾ ਜਿਹਾ ਮੇਰੇ ਨਾਲ ਸੁਨਿਆਰਾਂ ਦੇ ਵਗ ਜਾਂਦੀ, ਤੈਨੂੰ ਇਹ ਚੀਜ਼ਾਂ ਜਿੱਦਾਂ ਮੈਂ ਕਿਹਾ ਪਤਾ, ਢਾਹ ਭੰਨ ਜੀ ਤੂੰ ਰੋਜ਼ ਹੀ ਕਰਦੀ ਰਹਿੰਦੀ ਹੈ। ਨਹੀਂ ਭੈਣੇ ਕੋਈ ਨਾ, ਵਕਤਾਂ ਮੈਂ ਚੱਲੂੰਗੀ, ਪਰ ਹੁਣ ਤਾਂ ਮੇਰੇ ਕੋਲ ਟਾਈਮ ਨਹੀਂ ਹੈਗਾ, ਕੱਲ੍ਹ ਨੂੰ ਚੱਲਾਂਗੇ ਪੱਕਾ। ਮੰਮੀ ਜੀ ਤੁਸੀਂ ਛੇਤੀ ਚੱਲੋ, ਤਾਇਆ ਜੀ ਫੇਰ ਨਾ ਆ ਜਾਣ ਕਿਤੇ ਪਿੱਛੇ ਹੀ। ਚੱਲ ਕੋਈ ਨਾ, ਆ ਜਾ ਭੈਣੇ, ਚੱਲੀਏ। ਲੈ ਦੇਖ ਲੈ, ਸਾਰਾ ਪਿੰਡ ਗਾਇਆ, ਓਕੇ ਮੇਰੇ ਲਈ ਤਾਂ ਟਾਈਮ ਨਹੀਂ ਹੈਗਾ। ਇੱਕ ਗੱਲ ਤਾਂ ਹੈਗੀ ਹੈ, ਮੈਂ ਨਾ ਕਿਤੇ ਵੀ ਮਰਜ਼ੀ ਜਾਣਾ ਹੋਵੇ ਮੈਂ ਇਹਨਾਂ ਨੂੰ ਦੱਸ ਕੇ ਜਾਂ ਪੁੱਛ ਕੇ ਫਿਰ ਜਾਂਦੀ ਹੋਈ ਹਾਂ ਵੀ ਭਾਈ ਨੇ ਤੁਸੀਂ ਨੇ ਤਾਂ ਜਾਣਾ ਹੈਗਾ ਕਿਤੇ। ਦੇਖ ਲੈ, ਮੱਥੋਂ ਵੀ ਲੁੱਕਾ ਰੱਖਦੀਆਂ ਨੇ, ਕੋਈ ਨਾ ਮੈਂ ਵੀ ਐਂ ਕਰਿਆ ਕਰੂੰਗੀ ਹੁਣ, ਮੇਰੀ ਕਿਹੜਾ ਤੁਸੀਂ ਸੁੱਕਣਾ ਲੱਗਦੀ ਹੋ ਜਦੋਂ ਮੱਥੋਂ ਲੁੱਕਾ ਰੱਖਦੀ ਹੋ। ਕੀ ਹੈ ਨੀ ਰਾਜ, ਉਹ ਤਾਂ ਬਾਹਰ ਹੀ ਕਾਹਲਾ ਕਰੀ ਜਾਂਦੀ ਹੈ, ਆ ਜਾ ਕਰੀ ਜਾਂਦੀ ਹੈ, ਨਾਲੇ ਤੂੰ ਐਂ ਕਰਿਆ ਕਰ, ਇਹਨੂੰ ਮਾੜਾ ਮੋਟਾ ਬਾਹਰ ਅੰਦਰ ਲੈ ਕੇ ਜਾਇਆ ਕਰ, ਇਹਨੂੰ ਫੇਰੇ ਤੋਰੇ ਸੁਭਾਅ ਪੈ ਜੂਗਾ ਫੇਰੇ ਤੋਰੇ। ਨਹੀਂ ਭੈਣੇ, ਲੈ ਤਾਂ ਜਾਵਾਂ ਬਾਹਰ ਅੰਦਰ, ਲੋਕ ਨਵੀਂ ਨਵੇਲੀ ਆ, ਉਹੀ ਮੂੰਹਾਂ ਕਣੀ ਝੱਕ ਜਾਂਦੇ ਮੇਰੇ ਨੂੰਹ ਕਣੀ, ਇੱਕ ਸੋਹਣੀ ਬੁਲਾਈ ਹੈਗੀ ਤਾਂ। ਗੱਲ ਸੁਣ, ਆਪਾਂ ਕਿਹੜਾ ਕਦੇ ਨਵੀਂ ਨਵੇਲੀ ਆਂਦੀਆਂ, ਆਪਾਂ ਨੂੰ ਕਿੰਨੀ ਕੁ ਨਜ਼ਰ ਲੱਗ ਗਈ, ਇਹਨੂੰ ਕਦੇ ਨੇ ਨਜ਼ਰਾਂ ਨਹੀਂ ਖਾਂਦੀਆਂ। ਉਹ ਤਾਂ ਠੀਕ ਆ ਤੇਰੀ ਗੱਲ, ਨਾਲੇ ਐਂ ਕਰ, ਤੁਹਾਡੇ ਨਾਲ ਆਉਣ ਵਾਲਾ ਕਦੇ ਮਾਂ ਕਰੇ ਨਾ ਜੀ, ਮੈਨੂੰ ਪਾਣੀ ਦੀ ਘੁੱਟ ਲਿਆ ਦੇ। ਨਹੀਂ ਭੈਣੇ, ਅੰਦਰ ਆ ਜਾ, ਅੰਦਰ ਆ, ਨਾਲੇ ਦਮ ਲੈ ਲਈ, ਅੰਦਰ ਨਹੀਂ ਆਉਂਦੀ ਰਾਜ, ਮੈਂ ਤਾਂ ਇੱਥੇ ਪਾਣੀ ਲਿਆ ਦੇ। ਚੱਲ ਚੰਗਾ, ਮੈਂ ਲਿਆ ਕੇ ਦਿੰਦੀ ਹਾਂ ਫਿਰ। ਹੁਣ ਟਾਈਮ ਨਹੀਂ ਹੈਗਾ, ਅੰਦਰ ਬੈਠਣ ਦਾ, ਮੈਂ ਅੰਦਰ ਵੜ ਜੂ, ਮਾਂ ਕਰੇ ਮਗਰ ਉਹ ਆ ਜੀ, ਇੱਥੇ ਫਿਰ ਖਰੂ ਪੱਟ ਦੂਗਾ, ਤੁਸੀਂ ਤਾਂ ਡਰਦੇ ਹੋ, ਮੈਂ ਕਾਹਤੋਂ ਡਰਾਂ, ਖਾ ਖਾ ਦਿਓ ਤੂੰ। ਲੈ ਦੱਸ, ਉਹੀ ਗੱਲ ਲੱਗਦੀ ਫਰੀ ਜਾਂਦੀ ਆ, ਦੱਸ ਘਰੇ ਝੁਲਸੇ ਜਾਂਦਾ ਦੀ ਪਾਣੀ ਇਹਤੋਂ, ਲੈ ਕਰ ਪੁੱਤ, ਲਿਆਈ ਪਾਣੀ ਮੈਂ ਫੜਾਇਆ ਮਾਂ। ਲੈ ਦੇਖ ਲਾ, ਉਹਨੂੰ ਕਹਿੰਦੀ ਆਪ ਕਿਹੜਾ ਘੱਟ ਆ, ਆਪ ਵੀ ਤਾਂ ਗੱਲ ਲੱਗਦੀ ਫਰੀ ਜਾਂਦੀ ਆ। ਮੰਗੇ ਐਂ ਕਰ ਮੱਲਾ ਮਾੜਾ ਜਾ ਤੂੰ। ਹਾਂ ਤਾਇਆ, ਤੂੰ ਤਾਂ ਚੱਲ ਘਰ ਨੂੰ ਮਾੜਾ ਜਾ, ਮੈਂ ਖੁੰਡਾ ਤੇ ਜਾਇਆ। ਚੱਲ ਕੋਈ ਨਾ, ਜਾਇਆ ਹੋਰ, ਮੈਨੂੰ ਤਾਂ ਅੱਛੀ ਬੀਜ ਲੱਗ ਜਾਂਦੀ ਜੇ ਨਾ ਜਾਊਂ। ਕੋਈ ਨਾ, ਕੱਢਿਆ ਗੇੜਾ। ਹਾਂ ਨੀ ਵੀਰ, ਰਾਜ ਲਿਆ ਦੇ ਪਾਣੀ, ਅੰਦਰੇ ਫੜ ਲਈ ਕਿਸੇ ਨੇ, ਮੈਂ ਵੀ ਘਰ ਨੂੰ ਜਾਣਾ ਹੈ, ਪਹਿਲੀ ਕਵੇਲਾ ਹੋ ਰਿਹਾ ਫਿਰ। ਨੀ ਲਿਆਉਣੀ ਆ ਭੈਣੇ, ਖੜ ਜਾ, ਮੈਂ ਦੱਸ ਕੀ ਸੌਖੀ ਆ, ਔਰ ਬੋਲਦੇ ਉਹਦੇ ਲਾ ਕੇ ਮੈਂ ਸਿਆਣੀ ਬਣੀ ਚੋਰੀ, ਮੇਰੇ ਤਾਂ ਆਪ ਗੋਡੇ ਦੁਖਦੇ ਨੇ, ਮੇਰੇ ਤੋਂ ਕਿਹੜਾ ਤੁਰਿਆ ਜਾਂਦਾ ਗਾ, ਲਿਆ ਪੁੱਤ ਫੜਾਇਆ ਵਾ। ਹਲੋ, ਮੈਂ ਦੇਖ ਲਾ, ਉਦੋਂ ਤਾਂ ਬੜੀਆਂ ਭੱਜੀਆਂ ਜਾਂਦੀਆਂ ਤੇ ਸੈਰ ਕਰਨ ਨੂੰ, ਹੁਣ ਗੋਡੇ ਵੀ ਦੁਖਣ ਲੱਗ ਗਏ, ਸਭ ਡਰਾਮੇ ਨੇ, ਬਾਹਰ ਤਾਂ ਬਥੇਰੀਆਂ ਘੋੜੇ ਵਾਂਗੂ ਭੱਜੇ ਫਿਰਦੀਆਂ ਨੇ, ਘਰੇ ਆ ਕੇ ਇਹਨਾਂ ਦੇ ਗੋਡੇ ਦੁਖਣ ਲੱਗ ਜਾਂਦੇ ਨੇ। ਨੀ ਆ ਜਾ ਹੁਣ ਬਰੇ ਲਾਟੇ। ਨੀ ਲੈ ਭੈਣੇ, ਨੀ ਰਾਜਾ ਮੇਰੀ ਗੱਲ ਸੁਣ, ਰਾਤ ਕਹਿੰਦੇ ਬਾੜੇ ਵਾਲਿਆਂ ਨੇ ਚੋਰੀ ਹੋ ਗਈ। ਅੱਛਾ, ਹਾਂ ਆਪਾਂ ਜਾ ਕੇ ਜੀ ਉਹਨਾਂ ਦੇ ਪਤਾ ਲੈ ਕੇ ਇੱਡੇ ਨੇ, ਮੈਂ ਤੈਨੂੰ ਬੜੇ ਦੱਸਣੇ ਭੁੱਲ ਗਈ। ਨਹੀਂ ਭੈਣੇ, ਹੁਣ ਤਾਂ ਆਥਣ ਹੋ ਰਿਹਾ ਹੈਗਾ, ਹੈ ਆਪਾਂ ਤੜਕੇ ਜਾ ਕੇ ਆਵਾਂਗੇ, ਨਾਲੇ ਆਏ ਨਹੀਂ ਪਤਾ ਮਨ ਕਰਿਆ ਆਉਂਦੀ ਹੋਊਗਾ ਉਹ ਖੇਤੋਂ। ਨਹੀਂ ਉਹ ਕਿੱਥੇ ਆਉਂਦਾ ਹੈ, ਆਹ ਦੇਖ ਆਹ ਮੰਗਾ ਕਰਲੇ ਤੁਰਿਆ ਆਉਂਦਾ ਹੈਗਾ, ਉਹ ਨਹੀਂ ਆਉਂਦਾ ਹੈਗਾ ਨਾਲ, ਚੱਲ ਚੱਲੀਏ 10 ਮਿੰਟ ਲੱਗਣਗੇ ਪਤਾ, ਹੁਣ ਆ ਜਾਵਾਂਗੇ। ਹਾਂ ਇਹ ਤਾਂ ਤੇਰੀ ਗੱਲ ਸੱਚੀ ਹੈ, ਚੱਲ ਮਨ ਕਰੇ ਗੱਡਣ ਜੋਗਰਾ ਖੇਤੇ ਖੜ ਗਿਆ ਹੋਵੇ, ਐਂ ਕਰ ਖੜ ਜਾ ਮਾੜਾ ਜਾ, ਮੈਂ ਬਹੂ ਨੂੰ ਕਿਹਾ ਵਾਂ। ਜਾਵਾ ਜਾ ਕਹਿ ਗਿਆ, ਹੋਰ ਬੜੇ ਕੰਮ ਨਹੀਂ ਬੁੜੂ, ਕੱਲ੍ਹ ਫਿਰ ਕੰਮ ਸ਼ੁਰੂ ਆਪਣਾ। ਲੈ ਕਰੂੰ ਲੱਗਦੇ ਹੱਥ ਜਾ ਆਉਂਦੀਆਂ, ਨਹੀਂ ਕਹਾ ਗਾ ਨਾ ਆਹ ਗਲਾਸ ਪਿਆ ਗਾ, ਆਈ ਮੈਂ 10 ਮਿੰਟਾਂ ਤੱਕ, ਬਸ ਹੁਣ ਆ ਜਾਂਦੀ ਹਾਂ। ਠੀਕ ਹੈ ਜੀ, ਇਹ ਵੀ ਟਿਕਦੀ ਨਹੀਂ ਹੈਗੀ, ਮੈਨੂੰ ਲੱਗਦਾ ਕਰਾਊਗੀ ਇਹ ਵੀ ਤਾਈ ਤੋਂ ਥੋੜ੍ਹਾ ਆਪਦਾ, ਇਹਦੇ ਵੀ ਰੋਟੀ ਹਜਮ ਨਹੀਂ ਆਉਂਦੀ ਹੈਗੀ, ਲੈ ਹੁਣ ਪਤਾ ਨਹੀਂ ਕਿੱਧਰ ਨੂੰ ਚੱਲ ਵੜੀ ਆ। ਨਹੀਂ ਆ ਜਾ ਭੈਣੇ, ਹਾਂ ਕਰ, ਸੇ ਦਿਨ ਟੱਪਿਆ, ਕੋਈ ਪਤਾ ਨਹੀਂ ਕਦ ਆ ਜੇ ਖੇਤੋਂ, ਨਾਲੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੜ ਆਵਾਂਗੇ। ਨਹੀਂ ਰਾਜ ਮੇਰੀ ਗੱਲ ਸੁਣ, ਤੁਹਾਡਾ ਘਰ ਵੀ ਬਾਹਰ ਵਾਈ ਹੈ ਬਾਈ, ਜਿੰਦਾ ਕੁੰਡਾ ਲਾ ਕੇ ਰੱਖਿਆ ਕਰ, ਚੋਰਾਂ ਦਾ ਕੀ ਪਤਾ ਕਦੋਂ ਆ ਵੜਨ। ਨਾ ਭੈਣੇ, ਮੈਂ ਤਾਂ ਦੋ ਜਿੰਦੇ ਲਾ ਕੇ ਰੱਖਦੀ ਹਾਂ, ਕੋਈ ਵਸਾ ਨਹੀਂ ਹੈ। ਦੇਖ ਓਏ ਤਾਇਆ, ਸੱਚੀ ਇਹ ਗੱਲ ਕਹਿੰਦਾ, ਇਹ ਨਹੀਂ ਖੜਦੀਆਂ ਹੈਗੀਆਂ, ਹੁਣ ਫੇਰ ਚੜ ਗਈਆਂ। ਲੈ ਦੇਖ ਲਾ ਕਿਹੜਾ ਵੇੜਾ ਹੋ ਗਿਆ, ਹਾਲੇ ਤੱਕ ਨਹੀਂ ਘਰੇ ਮੁੜੀ ਹੈਗੀ। ਕੀ ਕਰਦੇ ਹੋ ਤੁਸੀਂ? ਉਹ ਮੈਂ ਤਾਂ ਸਾਫ਼ ਜਿਹਾ ਕਰਦਾ। ਲੈ ਤੁਸੀਂ ਧਾਰੀ ਕੱਢ ਲੈਂਦੇ, ਕੱਲ ਦੀ ਮਿਲੀ ਹੋਈ ਆ ਮੈਸ, ਮੰਮੀ ਤਾਂ ਹੁਣ ਕਦੋਂ ਦੀ ਟੱਪੀ ਹੋਈ ਹੈ। ਉਹ ਕਿੱਧਰ ਚੜੀ ਆ ਹੁਣ? ਤਾਈ ਨਾਲ ਲੰਗੀ ਹੋਈ ਆ, ਕਿਹੜੇ ਵੇਲੇ ਦੀ? ਲੈ ਉਧਰ ਤਾਇਆ ਹਰਖਿਆ ਫਿਰਦਾ। ਲੈ ਦੱਸ, ਤਾਇਆ ਜੀ ਨੇ ਤਾਂ ਹੁਣ ਹਰਖਣਾ ਹੀ ਆ, ਜੇ ਤਾਂ ਕੰਮ ਹੀ ਕਸੂਤੇ ਕਰਦੀ ਆ। ਨਾਲੇ ਮੇਰੀ ਗੱਲ ਸੁਣੋ ਤੁਸੀਂ, ਜਿਹੜੇ ਪੈਸੇ ਨੇ ਨਾ ਤਾਇਆ ਜੀ ਨੂੰ ਫੜਾ ਕੇ ਜਾਇਓ, ਮੰਮੀ ਦੇ ਹੱਥ 'ਤੇ ਨਾ ਕਿਤੇ ਰੱਖ ਦਿਓ, ਉਹ ਤਾਂ ਸੂਟ
नहीं उ लगता भैने फिर भी औखा गा तेन पति है बूमा मर जा साडला नहीं पिया है गया। चुप करके लंघ जा लेनू कोई जींद है वो तो सुता पिया नहीं कोई पता नहीं है गया वो तो कौ वर्गी अख आ गई नाले वो कड़ा खड़े बैठे देखता मर करे जलूस कट दे की पता टेसन तो बोले वो नहीं टेसन तो बोलन बंबड़ेगूगा उ डरी जानी है नहीं डरता होंगी है चल भैने चकमी जे पैर आ जा थक गई मैं तो आ गई बीबी बे आ गई पुत ओ माड़ा मोटा घरे खड़ जा कर क्यों मेरे ताए तो सारा दिन गाला खाई जानी है तू बे हुण तक गई थी 10 मिनट होए ने तू भी तेरे ताए मांगू लग गया भड़कन बस हुई थी ऊई सारा दिन बोली जांदे ने एह जे तेरा ताए हैगा सारा दिन बोली जांदे ने दस मैं दस मम्मी ऊई कानू बोलदे ने ताया जी ओ भी सच्चे ही कहंदे ने घरे ते टिके नहीं बैठदे तुसी तुसी भी लागे अज जे ओ नहीं हैगा कलेसी करे अज तुसी भड़क गए पै गए मेरे गल दो मिनट नहीं टिकन देंदे है सुख का सह लैन दे दिया करो मैं तो अभी मका है नहीं अज चौरा करें माड़ा मोटा जाके बह के आराम कर लूंगी दो मिनट सारा टब्बर तड़फिया पे मेरे तेता ले दस जो सच्ची गल कह दे फिर ऐ तड़फ जाते बल्ले बल्ले हाथों हो गया चलीए घर हूं तो जानवर भी आदि आल जा पे है ना चल चलीए बंदे भी घर भज गए सारे आई हाय देख लाए कि मैं चौरा सराने आके खंग रहे मेरे जान जान के मैं हूं तेनू देख के खंग ना मैं खंग हो रही है दवाई लेके आया डॉक्टर तो खंग आ गई दसा वे फिर उरा परा खंग रहा इतने जरूरी खंग खंग इतने जरूरी तेरी खंग होंगी खंग का कोई टाइम होंगे उरा परा तो जिथे खंग आ गई उत्थे खंग ही जाती है की गल मूह बंद कर लेंदा उसे जाके खंग लेंदा फिर मैंने तो आई बुरे मेरे पैरों च खंगे आके ना तेरे की फुड़के बढ़ती है फिर यह बड्डू नहीं फुड़के सड़ी हुई खंग इतने सारे बदबो फैला गया कहना रास्ता चुप करके नंगा कर जे जो बाद खंगे ना देखी तू चुप करके अंदर बैठी रह कर हक बंद कर दूंगी कदे मैं तेरा गली पैंदी फिर सारा दिन हां भी देखियां तेरे वर्गियां मैं देखियां ने नाले ना देखियां ने ਉਰੇ ਆ ਕੇ ਮਾਰੂਗਾ ਖੰਗੂਰੇ ਚੌਰਾ ਨਾ ਹੋਵੇ ਕਿਸੇ ਥਾਂ ਦਾ ਹੋਰ ਤਾਂ ਆ 20 ਘਰ ਨੇ ਹੋਰ ਤਾਂ ਕੋਈ ਮੈਨੂੰ ਕਹਿੰਦਾ ਨਹੀਂ ਹੈਗਾ ਤੇਰੇ ਘਰ ਮੂਰੇ ਜਾਦੇ ਮੈਨੂੰ ਆ ਕੇ ਕੁਛ ਉਹ ਹੁੰਦਾ ਕਹਿੰਦੀ ਮੇਰੇ ਬਾਰ ਮੂਰੇ ਨਾ ਖੰਗ ਛੱਡ ਪਰੇ ਸੰਭਰੂੰਗੀ ਤਾਂ ਮੈਂ ਆ ਕੇ ਪਹਿਲੇ ਮੈਨੂੰ ਲਾਂਬਾ ਦੇ ਕੇ ਆਉਂਦੇ ਚੌਰਾ ਕਿਵੇਂ ਟੀਵੀਆਂ ਵਾਂਗੂ ਅੱਡੇ ਲਾਉਂਦਾ ਇਹਨੂੰ ਕੋਈ ਸਮਝਾਉਂਦਾ ਹੀ ਨਹੀਂ ਹੈਗਾ ਕੰਜਰ ਨੂੰ ਹਾਂ ਜਿੱਥੇ ਜੀ ਕਰਦਾ ਉੱਥੇ ਜਾ ਕੇ ਏੜੀ ਪਾ ਲੈਂਦਾ ਅਗਲੇ ਨਾਲ ਕੋਈ ਨੂੰ ਮਾੜਾ ਮਾੜਾ ਮੱਤ ਦਿਓ ਕਿ ਮੇਰਾ ਖੁੱਲੀ ਸੰਗਲੀ ਛੱਡ ਰੱਖੀ ਹੈ ਜੀ ਕੁੱਤੇ ਵਾਂਗੂ ਕੱਲ ਨੂੰ ਮੈਨੂੰ ਤੂੰ ਪਿੰਡ ਚੋਂ ਹਟਾਵੇਂਗੀ ਆਉਣ ਦਾ ਗੱਲਾਂ ਕੋਈ ਇਹ ਮੂੰਹ ਬੰਦ ਕਰਤਾ ਮੇਰਾ ਮੂੰਹ ਨਹੀਂ ਬੰਦ ਕਰਦਾ ਉਹ ਜੋ ਆਖੋ ਆਹ ਪਲਕ ਦੁੱਧ ਲਿਆ ਪਈ ਲਾ ਕੇ ਮਾੜਾ ਜਿਹਾ ਪੀ ਲਈਏ ਦੁੱਧ ਉਹ ਵਾਹਿਗੁਰੂ ਓਹੋ ਸਰ ਨੇ ਊਂ ਦਿਮਾਗ ਹਲਿਆ ਤਾ ਮੇਰਾ ਤਾਂ ਦਿਮਾਗ ਨਹੀਂ ਇਹਦੀ ਚੰਦਰੀ ਤੀ ਮੈਂ ਨਹੀਂ ਦੇਖਣੀ ਵੀ ਆ ਲਓ ਤਾ ਜੀ ਲਿਓ ਪਏ ਜਾਂਦੇ ਰਹੋ ਮਿਲਾ ਗਰਮ ਤਾਂ ਨਹੀਂ ਬਈ ਆ ਲੈ ਲੈਣਾ ਠੰਡਾ ਕਰ ਲੈਣਾ ਜਾ ਮਿੱਠਾ ਪਾਤਾ ਦੀ ਬਈ ਪਾਤਾ ਸੀ ਜੀ ਵਿੱਚ ਕਿੱਧਰ ਗਈ ਮੈਂ ਜਾਨੀ ਆ ਪਤਾ ਨੀਰਾਜ ਨੀਰਾਜ ਬਾਹਰ ਨਿਕਲ ਕੇ ਮੇਰੀ ਗੱਲ ਸੁਣ ਆ ਚੌਰੇ ਦੇ ਕੰਜਰ ਦੇ ਸੰਗਲੀ ਪਾ ਕੇ ਰੱਖਿਆ ਕਰੋ ਉੱਥੇ ਫਿਰੀ ਜਾਂਦਾ ਮੂੰਹ ਮਾਰਦਾ ਹੈ ਉਹ ਜਵਾਖੋ ਆ ਦੇਖੋ ਭਾਈ ਬਾਹਰ ਬੋਲ ਮਾਰਦਾ ਕੋਈ ਦੇਖੇ ਕੌਣਾ ਕੋਈ ਪਤਾ ਨਹੀਂ ਕੋਈ ਮਾੜਾ ਮੰਗਦਾ ਦੇਖ ਲਓ ਮਾੜਾ ਜਿਹਾ ਭਾਈ ਨਿਕੁੜੇ ਉਰਾਂ ਆ ਮੇਰੇ ਕੋਲੇ ਨਾਲ ਤੇਰੀ ਬੇਬੇ ਨੂੰ ਬੁਲਾ ਕਿੱਥੇ ਵੜ ਰਹੇ ਪਟਮੇਲੀ ਉਹ ਜਵਾਖੋ ਕੌਣਾ ਭਾਈ ਤਾਈ ਜੀ ਨੇ ਤਾਇਆ ਜੀ ਇਹ ਕਿੱਧਰ ਫਿਰਦੀ ਆ ਹੈ ਦੱਸੋ ਕੀ ਗੱਲ ਆ ਪਤਾ ਨਹੀਂ ਪੁੱਛਦੇ ਆ ਜੀ ਦੇਖ ਹੁਣ ਕਿਵੇਂ ਲੱਗ ਰਿਹਾ ਭਿੱਜੀ ਬਿੱਲੀ ਵਾਂਗੂ ਦੇਖਣਾ ਮੈਂ ਤੈਨੂੰ ਨਹੀਂ ਬੁਲਾਇਆ ਮੈਂ ਤੇਰੀ ਭਰਜਾਈ ਨੂੰ ਬੁਲਾਇਆ ਉਹਨੂੰ ਕੱਢ ਕੇ ਲਿਆ ਬਾਹਰ ਮੇਰੇ ਕੋਲ ਕੀ ਗੱਲ ਹੋ ਗਈ ਤਾਈ ਜੀ ਨਹੀਂ ਤਾਈ ਨੂੰ ਕੀ ਪੁੱਛਣੀ ਹੈ ਇਹਨੂੰ ਪੁੱਛ ਜਿਹੜਾ ਕੰਜਰ ਕੰਡੇ ਬੀਜ ਦਾ ਫਿਰਦਾ ਹੈ ਨਾ ਮੈਂ ਕੀ ਤੇਰੀ ਬਿੱਲੀ ਮਾਰਦੀ ਦਾ ਭੜਕੀ ਫਿਰਦੀਆਂ ਐ ਦੱਸ ਪਹਿਲਾਂ ਮੈਨੂੰ ਤੂੰ ਗੱਲਾਂ ਕੋਈ ਹੈ ਬੇ ਬਿੱਲੀ ਮਾਰਦਾ ਮੈਨੂੰ ਭੋਰਾ ਦੁੱਖ ਨਹੀਂ ਥੀ ਆ ਜਿਹੜੇ ਤੂੰ ਖੰਗੂਰੇ ਮਾਰਦਾ ਹੈ ਮੈਨੂੰ ਤਾਂ ਇਹਨਾਂ ਦੁੱਖ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਦੇਖ ਦੇਖ ਕੇ ਖੰਗੂਰੇ ਮਾਰਦਾ ਹੈ ਤੂੰ ਮਾੜੀ ਮੋੜੀ ਲਿਹਾਜ਼ ਰੱਖ ਉਮਰ ਦੀ ਮੈਂ ਤੈਨੂੰ ਦੱਸਾਂ
ना मैं तेनू देख के घूंगरे मारदा ऊ गल पई ने खाम खाई गला कोई मेरा रह पहला भी तेनू कह दी मेनू खंघ हो रही है मैं दवाई लिया डॉक्टर दे जाके तू तो ऊ भी गल पै रही है मेरे है मार मार खुंडे सिर पार दू तू देख ली गल ना तू सोटी तो मार के देखे हथ ला के देखा तेरे खाखा ना पार दिया मैं तू जमी चंबल गया इन्होंने जमला रखे जेडी तेरी जमीन खाते ने मैं तेन बंदा बना दू मिनट चेमे तेरे ताई ने की रौला जा पा रखे है ना तेन होर तो कम नहीं है तेन कोई सारे पिंड भौंकती फ्री जानी है किठी की तेरे जबान लगी है रबड़ जो बधी जानी है गला कोई भैने की हो गया क्यों लड़ी जाने चल कोई ना चुप कर जा तू भी सियाना मैना गा ऊ बोली ना हरेक ना सिंह पसालना जाके खड़ती नहीं है घर दे चल लेंदे ने बाहर ले नहीं चलते होंगे चल कोई ना भैने बग जा तू घरे हुण कानू गुस्से नू मार मेरे मुंह नहीं देख ला कोई ना नहीं भैने मेरी गल सुन ला ताही तो मैं तेरे मुंह कली आई हाँ तो मैंने कह दिन तड़के कहीं साडा छड़ा साडिया मक्खियां साडे घरे भिणकड़ियां छोडे घरे भिणकण भैने मेरे बार च भै भै साडे बार च ना करे जाके नहीं भैने क्यों भड़क दियां कोई ना अपनी मलाजेदारी टुट जूगी एदा की है नाले नहीं कानू भैने मैं कानू बोल दी थी गल गल ते मेरी बेइज्जती करदा है मैं इहदा देना कुछ लुची घुगी कौम बदनाम राजा अपना घर पट्टू जे ना घर पट्टे मेरा नाम बदला दी देख ली तू हां फिर कहीं कहा नहीं है ਇਹਦੇ ਗੱਲ ਲੱਗੀ ਫਿਰਦੀ ਹੈ ਜਿਹੜੀ ਤੂੰ ਬਹੁਤ ਮਾੜੀ ਜਨਾਨੀ ਆ ਇਹ ਆਹੋ ਆ ਦੇਖ ਲੈ ਹਲੇ ਕਿਹੜਾ ਹਟਦਾ ਹਲੇ ਵੀ ਬੋਲਦਾ ਆਏ ਕਿਵੇਂ ਮੁੜ ਜਾਵਾਂ ਹੈ ਫੇਰ ਲੱਗ ਜਾ ਮੈਨੂੰ ਦੁਬਾਰੇ ਕਹਿਣਾ ਨਹੀਂ ਭੈਣ ਕੁਛ ਨਹੀਂ ਹੁੰਦਾ ਨਹੀਂ ਮੁੜੀ ਹੋਈਆਂ ਜਿਹਨੂੰ ਦੇਖ ਲੈਣ ਮੈਨੂੰ ਆ ਜਾ ਜਾ ਮੈਂ ਆਪੇ ਸਮਝਾ ਦੂੰਗੀ ਕੋਈ ਨਾ ਨਾਲੇ ਨਹੀਂ ਮੇਰਾ ਕੀ ਮਾੜਾ ਦੇਖ ਲਿਆ ਜੇ ਇਹਨੇ ਮੈਨੂੰ ਹੁਣ ਪੰਜ ਦਿਨ ਕਰੀ ਨਾ ਮੈਂ ਚੌਂਕ ਜਾਊਂਗੀ ਇਹਨੂੰ ਨਾ ਕੋਈ ਨਾ ਭੈਣ ਕੁਛ ਨਹੀਂ ਆ ਦੇਖ ਲੈ ਉਹ ਦੇਖ ਲੈ ਕਿਵੇਂ ਕਰਦਾ ਇਹ ਤਾਂ ਗੁੱਠਾ ਫੋੜ ਕੇ ਹੁੰਦਾ ਹੈ ਜੀ ਆ ਜਾ ਜਾ ਉਹ ਤਾਂ ਉਹੀ ਪੁੱਛ ਰਿਹਾ ਜਵਾਖ ਮਾਰਨਾ ਮੈਂ ਕਹਿੰਦੇ ਨਾ ਸਿਆਣਾ ਬੰਦਾ ਤਾਂ ਜਵਾਖਾਂ ਵਰਗਾ ਬੰਦਾ ਜਮੀਨ ਸ਼ਰਮ ਨਹੀਂ ਹੈਗੀ ਨਾ ਜਮੀਨ ਸ਼ਰਮ ਕੋਈ ਨਾ ਭੈਣ ਮੇਰੀ ਗੱਲ ਸੁਣ ਦੇਖ ਹਣਾ ਮੇਰੇ ਕਰਕੇ ਆਪਣੀ ਲਿਹਾਜ਼ 'ਚ ਫਰਕ ਪੈ ਜੂਗਾ ਹਣਾ ਕੋਈ ਨਾ ਮੇਰੀ ਭੈਣ ਬਣ ਕੇ ਹੈ ਅੱਗੇ ਤਾਂ ਨਾ ਬੋਲ ਨਾ ਤੈਨੂੰ ਪਤਾ ਤਾਂ ਹੈਗਾ ਆਪਾਂ ਨੂੰ ਕਿੱਥੇ ਸਰਦਾਗਾ ਦੁੱਖ 'ਚ ਜਾਣਾ ਤਾਂ ਇਕੱਠੀਆਂ ਸੁੱਖ 'ਚ ਜਾਣਾ ਤਾਂ ਇਕੱਠੀਆਂ ਨੇ ਚੰਗਾ ਭੈਣ ਫੇਰ ਚੰਗਾ ਠੀਕ ਆ ਕੀ ਕਰਾਂ ਆ ਰਾਜ ਦੇ ਮੂੰਹ ਨੂੰ ਚੁੱਪ ਕਰਨਾ ਪੈਂਦਾ ਨਹੀਂ ਤਾਂ ਮੈਂ ਹੱਥੋਂ ਤਾਰੇ ਦਿਖਾ ਦੇ ਮੈਂ ਤੈਨੂੰ ਦੱਸਾਂ ਲੈ ਦੇਖ ਲਾ ਹਰੇਕ ਨਾਲ ਸਿੰਘ ਪਸਾ ਲੈਂਦਾ ਗਾ ਐ ਨੀ ਵੀ ਖੜ ਜਾ ਉਸ ਦੀਆਂ ਜਾ ਕੇ ਨੂੰ ਨਾ ਮੈਨੂੰ ਐ ਦੱਸੋ ਪਹਿਲਾਂ ਤੁਹਾਡੀ ਖੰਘ ਉਹਨਾਂ ਦੇ ਬਾਹਰ 'ਚ ਜਾ ਦੇ ਉਤਰਦੀ ਸੀਗੀ ਉਹ ਮੈਂ ਕਾਹਨੂੰ ਖੰਘਿਆ ਉਹ ਤਾਂ ਜਾਣ ਜਾਣ ਕੇ ਗਲ ਪੈਂਦੀ ਫਿਰਦੀ ਆ ਤੈਨੂੰ ਨਹੀਂ ਪਤਾ ਬਹੁਤ ਚੰਦਰੀ ਤੀ ਵੀ ਆ ਉਹ ਹੈ ਆਪਣਾ ਘਰ ਪੱਟੂਗੀ ਉਹ ਹਾਂ ਕਾਹਨੂੰ ਪੱਟੂਗੀ ਘਰ ਮੈਨੂੰ ਪਤਾ ਗਾ ਤੂੰ ਜਾਣ ਜਾਣ ਕੇ ਖੈਣਾ ਤੀਵੀਆਂ ਨਾਲ ਜਿਹਨੂੰ ਜੀ ਕਰਦਾ ਉਸੇ ਨੂੰ ਸਿੰਘਾਂ ਦੇ ਚੱਕ ਲੈਣਾ ਕਦੇ ਘਰੇ ਮੈਨੂੰ ਸਿੰਘਾਂ ਦੇ ਚੱਕ ਲੈਣਾ ਕਦੇ ਗਵਾਂਢਣਾ ਨੂੰ ਤੂੰ ਜਰਦਾ ਨਹੀਂ ਹੈਗਾ ਜੇ ਮੇਰੀ ਤੀਵੀਆਂ ਨਾਲ ਲਿਹਾ ਜਾ ਗਈ ਨਾ ਮੈਨੂੰ ਐਂ ਦੱਸ ਤੂੰ ਉਹਦੇ ਘਰ ਲਾ ਕੇ ਜਵਾਖਾਂ ਨੂੰ ਵੀ ਲੈ ਗਈ ਹੈ ਧੱਕੇ ਖਾਣ ਗਈ ਦੀ ਤੁਰਨ ਗਈ ਦੀ ਦੱਸ ਤੇ ਘਰੇ ਉਸ ਤੋਂ ਕੰਮ ਨਹੀਂ ਹੁੰਦਾ ਹੈ ਗੋਹੇ ਤਾਂ ਤੁਸੀਂ ਨੌਕਰ ਲਾ ਰੱਖਿਆ ਦੱਸ ਆਪਦੇ ਘਰੇ ਕੰਮ ਕਰ ਲਓ ਆਹ ਟੋਕਾ ਕੁੱਟ ਲਓ ਹੈ ਕੋਠੇ ਦੇ ਗੇੜੇ ਦੇ ਲਓ ਜੇ ਤੁਸੀਂ ਤੁਰਨੇ ਹੀ ਆ ਜਾਦੇ ਕਹਿੰਦੀ ਮੈਂ ਤੁਰਨ ਜਾਨੀ ਆ ਹੋਰ ਤਾਇਆ ਜੀ ਸਾਨੂੰ ਇੱਥੇ ਖੁੰਡਾਂ ਤੇ ਲੈ ਕੇ ਬਹਿ ਗਈ ਕਹਿੰਦੀ 10 ਮਿੰਟ ਬੈਠ ਕੇ ਚੱਲਦੇ ਆ ਆਪਾਂ ਉਹ ਕਾਨੂੰ ਭਾਈ ਮੈਂ ਜਾਣਦਾ ਉਹਨੂੰ ਐ ਵੀ ਇਹਦੀ ਬੇਇੱਜ਼ਤੀ ਕਰਨ ਇਹ ਹੋਰ ਕੋਈ ਗੱਲ ਨਹੀਂ ਸਭ ਬੇਇੱਜ਼ਤੀ ਦੇ ਤੁਲੇ ਹੋਏ ਨੇ ਸਾਰੇ ਵੀ ਇਹਨੂੰ ਘਰੋਂ ਕੱਢਦਾ ਮੈਂ ਬਸ ਹੋਰ ਕੋਈ ਗੱਲ ਨਹੀਂ ਹੈਗੀ ਬਸਦਾ ਘਰ ਚੰਗਾ ਨਹੀਂ ਲੱਗਦਾ ਮੈਂ ਤੈਨੂੰ ਸੁਣ ਹਾਂ ਆਹੋ ਤੈਨੂੰ ਤਾਂ ਆਵਦੀ ਆ ਵੀ ਕਿਤੇ ਮੈਨੂੰ ਨਾ ਘਰੋਂ ਕੱਢ ਦੇਣਾ ਅਸੀਂ ਕਾਹਨੂੰ ਘਰੋਂ ਕੱਢਦੇ ਆ ਤੈਨੂੰ ਤੈਨੂੰ ਤਾਂ ਅਸੀਂ ਘਰੀ ਪਿੱਪਲ ਲਾ ਕੇ ਰੱਖਾਂਗੇ ਉਹ ਬਸ ਕਰੋ ਕੀ ਕਨਿਓ ਕਿਉਂ ਸਿੰਘ ਪਸਾਰਖੇ ਨੇ ਸੁਣੇ ਬੇ ਊ ਕਾਹਨੂੰ ਚੁੱਪ ਕਰਦਾ ਇਹ ਇਹ ਤਾਂ ਕਿਸੇ ਨਾ ਕਿਸੇ ਨੂੰ ਲੈ ਕੇ ਬੈਠੂਗਾ ਮਰੂਗਾ ਨਾਲੇ ਮਰਵਾਊਗਾ ਕਿਸੇ ਨੂੰ ਮਰੂਗਾ ਤਾਂ ਆਪੀ ਮੈਂ ਮਰੂਗਾ ਦੇਖੀ ਥੋੜੇ ਗਲ ਪੈ ਕੇ ਮਰੂਗਾ ਦੇਖੀ ਥੋੜੇ ਵਿੱਚ ਬੋਲਿਆ ਕਰੂਗਾ ਸਾਰੀ ਉਮਰ ਜੇ ਨਾ ਮੱਟੀ ਦੇ ਪਾਣੀ ਪਾਇਆ ਕਰੂਗਾ ਤੂੰ ਨਹੀਂ ਦੇ ਦਿਆ ਕਰੂਗੀ ਮੈਂ ਤਾਂ ਪੂਰਾ ਨਹੀਂ ਬੋਲਣ ਦਿੰਦੀ ਵਿੱਚ ਐਂ ਕਿਵੇਂ ਬੋਲਿਆ ਕਰੇਗਾ ਦੇਖ ਲੈ ਕਿਵੇਂ ਬੋਲਦਾ ਗਾ ਓਏ ਮਾਤਾ ਤੂੰ ਤਾਂ ਚੁੱਪ ਕਰ ਜਾ ਆ ਅੰਦਰ ਉਹ ਕਹਿੰਦੀ ਮੇਰੇ ਕਣੀ ਖੰਘ ਦਾਤੀ ਬਿਨਾਂ ਦੇ ਉਹਨੂੰ ਬਾਈਦਲ ਨੂੰ ਪੁੱਛਣਾ ਵੀ ਸਿੱਧਾ ਤਾਂ ਤੱਤਾ ਤੁਰਿਆ ਨਹੀਂ ਜਾਂਦਾ ਹੈਗਾ ਖੰਘਾ ਤਾਂ ਕਦੇ ਮੇਰੇ ਕਣੀ ਦੇਖ ਕੇ ਤੇਰੇ ਕਣੀ ਦੇਖ ਕੇ ਖੰਘੂਗਾ ਉਹ ਹੀ ਲੜਾਈ ਕਰਾ ਕੇ ਗਈ ਆ ਲੰਡੀ ਇਹਨੂੰ ਚੁੱਪ ਕਰਾ ਲਾ ਇਹ ਵੀ ਨਹੀਂ ਘੱਟ ਆਏਗੀ ਨਾ ਐਂ ਕਰਦੀ ਹਾਂ ਹੈ ਨਹੀਂ ਗਾ ਘਰੇ ਹੁਣ ਕੋਈ ਨਾਲੇ ਤਾਂ ਉਹ ਪ੍ਰੀਤ ਕਹਿੰਦੀ ਤੀ ਵੀ ਸੁਨਿਆਰ ਲਵੇ ਜਾ ਕੇ ਆਉਣਾ ਗਾ ਉੱਥੇ ਜਾਊਂਗੀ ਨਾਲੇ ਆ ਟੋਪਸ ਜੇ ਪਨਾਹ ਕੇ ਮੈਂ ਤਾਂ ਹੁਣ ਉਹਦੇ ਵਰਗੇ ਕਰਾਊਂਗੀ ਸੀਬੋ ਵਰਗੇ ਸੋਹਣੇ ਸੋਹਣੇ ਲਮਕਣੇ ਕਾਂਟੇ ਲੈ ਭੱਜ ਕੇ ਜਾਇਆ ਮੈਂ ਮੰਮੀ ਜੀ ਮਗਰੋਂ ਬਾਅਦ ਇੱਕ ਮਿੰਟ ਮਾਰ ਦਿਆ ਹਾਂ ਕੀ ਹੋ ਗਿਆ ਕਰਿਓ ਮਾਸੀ ਜੀ ਦਾ ਫੋਨ ਆਇਆ ਨਹੀਂ ਪਹਿਲਾਂ ਤੂੰ ਆਏ ਤਾਂ ਦੇਖਣਾ ਨਹੀਂ ਕਹਿ ਦਿੰਦੀ ਦੋ ਮਿੰਟ ਵੀ ਆਉਂਦੀ ਹੈ ਮੇਰੀ ਮਾਂ ਗਈ ਹੋਈ ਆ ਕਿਸੇ ਦੇ ਘਰ ਕਰ ਲਓ ਜ਼ਰੂਰੀ ਗੱਲ ਆ ਕੀ ਗੱਲ ਹੈਲੋ ਹਾਂ ਆਪਣੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਆ
हाय नहीं मैं मर जा। हाय ओहो की हो गया मम्मी आ मंजे ते बैठो जहान साडा दसा है की फोन ते है या पंगा पै गया जेडी गुम होगी तू मम्मी जी बोल तां पो की हो गया ओ की हो गया पई हुण तां चंगे भले फिरदे दसा है देखो माड़े जा गौरला कितने दंदर तो नहीं पेरी है ना बोल दे सोरे पानी का ला लिया पच के देखो कि कर देने जा करा राजा ओ की हो गया भाई सुनू की गल बाले बेटा जो रहे हो है बैठे हो माड़े जा बे कुछ नहीं होया कि दे मेरे गोला लग गया ठीक काम है ना बोलिए तू आए अंटा जी का तो होगी है साढ़े तो हथा पैर दया पेगी दस महा पता नहीं की हो गया है ओहो बे मेरी भैन दा फोन आया तीगा अच्छा जी और हो गया पूरी होगी फिर चल कोई ना राजा दिल हौला ना कर कोई ना बंदा आया एक दिन जाने ही जाना उन्हें कोई गल नहीं कोई ना बे तू सियाणा ब्याणा हुई बोली जाना का पहला समझ तो ले कर ओ तो मेरी भैन दी सस वर्गी आए आए पानी पी ले मम्मी आए बे बोलिए तू क्यों डुस्की जानिया मेनू ऐ दस सस तेरी भैन दी मरी आ हैं तू एवी रौला पा रखिया खाम खाई कंधा लबेड़ी जानी फिर क्यों गया पक्के पान ते छुट गया पर बाद चोरे औखा होता बंदा एवं लटकता रहा बे पक्के पान केड़े ती अज तो सारी 80 साल की उम्र हुई है ओदी नाले दो जवाक कुमारे बैठे थी अजे अजे कहना कहना पक्के पान थी दस कहते शर्म नहीं आती हाय हाय नी कोड़ने कुमारे कानू ते बौली ओते मेरे वांगू रहे होए ते दसा है नाले कहंदे 80-90 साल दी उम्र होगी ना थोड़ी उम्र ओदी किते ओरे ठोकरा खांदी फिरदी कोई सेवा नहीं करदा दी पला छुट गई आहो बोलदा वेले किवें आगा पला तेरी नहीं कोई सेवा करदा होऊगा ना मेरी सेवा क्यों नहीं करोगे है होर की सेवा दस गमांडी करनगे सारा दा लुंग लाना मैं सोनू समाता है सेवा क्यों नहीं करोगे दस बे गमांडी दा तेरे कनी मुंह करके टप देगे गमांडियां तो तू सेवा पाल दंगा है ना मैं की गमांडी तो टिंडियां लेनी ने ना टपण दे मार दिया गल्ला मेरे घरे हैगा सारा कुछ नीति एदा ऊई बोली जांदागा मेरी गल सुन तू मंगे नु कह दे नाले तो तेरी चाची के कहूगा नाले मगर के नाले कद्दू के सज्जू के कहूगा कह दे पुत्तो नु मड़ा जा हुण जाना तो पऊगीगा मम्मी जी ओ तो दिड़बे गए होए ने ओ मल्ली ढाबे ते ना ट्रक खड़ाउण गए सी आहो देख ला हुण बन ली हेड़ तू ता तेन ता बहाना मिलना चाहिदा गल नहीं बात नहीं कोई होर तेरे दस के हुंदागा हेड़ बांधिया मैं ता लेके जाऊंगी सारियां नु ਉਹੀ ਤੜਫੀ ਜਾਂਦਾ ਸਾਰਾ ਦਿਨ ਹੋਰ ਤੇਰੇ ਕੋਲ ਕੋਈ ਕੰਮ ਨਹੀਂ ਹੈਗਾ ਚੱਲ ਐਂ ਕਰ ਪੁੱਤ ਮੇਰੀ ਗੱਲ ਸੁਣ ਮੰਗੇ ਨੂੰ ਫੋਨ ਲਾ ਕੇ ਪੁੱਛ ਲਈ ਤੂੰ ਹੈ ਮੈਂ ਤੇਰੀ ਚਾਚੀ ਹੋਰਾਂ ਕੋਲ ਜਾ ਕੇ ਆਉਂਦੀ ਹੈਗੀ ਭਲਾ ਕਹਿ ਕੇ ਆਉਂਦੀ ਉਹਨਾਂ ਨੂੰ ਤੂੰ ਐਂ ਕਰੀ ਨਾ ਤਾਂ ਪ੍ਰੈਸ ਕਰ ਲਈ ਕੱਪੜਿਆਂ ਦੀ ਠੀਕ ਆ ਨਾਲੇ ਉਹਨੂੰ ਪਟਮੇਲੀ ਨੂੰ ਪੁੱਛ ਲਈ ਕਿਹੜੇ ਕੱਪੜੇ ਪਾਊਗਾ ਠੀਕ ਆ ਉਹਦੇ ਕੱਪੜਿਆਂ ਦੇ ਵੀ ਕਰ ਦੀ ਪ੍ਰੈਸ ਹੋਰ ਮੰਗੇ ਨੂੰ ਪੁੱਛ ਲਈ ਨਾਲੇ ਉਹਨੂੰ ਐਂ ਪੁੱਛ ਲਈ ਮੰਗੇ ਨੂੰ ਵੀ ਗੱਡੀ ਆਪਣੀ ਲੈ ਕੇ ਚੱਲੂਗਾ ਕਿ ਹੋਰ ਕਰਾਊਗਾ ਕਿਵੇਂ ਕਰੂਗਾ ਨਹੀਂ ਟਰਾਲੀ ਟਰੂਲੀ ਲੈ ਚੱਲਾਂਗੇ मेरे बाली दुख सुख करया कर दी खड़े मूरे राजा हुण की हो गया तूं तां मनना नहीं हैगा मैं तां तैनूं ऐ कहिंदा सी घर घर दे बह जाओ क्यों उत्थे हेड़ बन के जावेंगी ਹਾਂ ਅਗਲਾ ਔਖਾ ਆਊਗਾ ਪਹਿਲੀ ਗੱਲ ਹੈ ਬਿਮਾਰੀ 'ਤੇ ਕਿੰਨਾ ਪੈਸਾ ਲੱਗ ਗਿਆ ਕਿਉਂ ਅਗਲੇ ਦੇ ਬੋਝ ਪਾਉਣੇ ਜਾ ਕੇ ਤੁਸੀਂ ਉਹ ਬੇ ਬਸ ਕਰ ਤੈਨੂੰ ਕੀ ਹੁੰਦਾ ਗਾ ਮੈਂ ਤਾਂ 4 ਬੁੜੀਆਂ ਲੈ ਕੇ ਜਾਊਂਗੀ ਠੀਕ ਆ ਨਾਲੇ ਤੈਨੂੰ ਅਗਲੇ ਨੇ ਕਿਸੇ ਨੇ ਨਹੀਂ ਕਹਿਣਾ ਮੈਨੂੰ ਕਹਿਣਗੇ ਵੀ ਇਹਦੀ ਸਰੀਕੇ 'ਚ ਪਤਾ ਨਹੀਂ ਕਿਸੇ ਨਾਲ ਬਣਦੀ ਨਹੀਂ ਹੋਣੀ ਦੇਖ ਲੈ ਹੁਣ ਤਾਂ ਤੇਰੇ 4 ਪੈਰ ਲੱਗ ਗਏ ਨਾ ਹੁਣ ਤਾਂ ਤੂੰ ਮੰਜੇ 'ਤੇ ਪਈ ਝਗੜਾ ਲੱਗ ਰਹੀ ਸੀ ਮਾਰਨ ਹੁਣ ਸੋਤੀ ਢੇਰੇ ਵੀ ਹੋ ਗਈ ਹੁਣ ਬੇ ਬਾਬਾ ਗੁਰੂ ਮੈਨੂੰ ਬਖਸ਼ ਦੇ ਠੀਕ ਆ ਮੈਨੂੰ ਤਾਂ ਪਹਿਲੀ ਨਹੀਂ ਮੈਨੂੰ ਤਾਂ ਧਰਤੀ ਪੈਰ ਦਿੰਦੀ ਹੈਗੀ ਚੌੜਾ ਹੋ ਕੇ ਕਹਿੰਦਾ ਘਰ ਘਰ ਦੇ ਵਗ ਜੀਓ ਭਲਾ ਇਹਨੂੰ ਪੁੱਛਣ ਵਾਲਾ ਹੋਵੇ ਕੋਈ ਵੀ ਭਲਾ ਘਰ ਘਰ ਦੇ ਜਾਂਦੇ ਸੋਹਣੇ ਲੱਗਦੇ ਆ ਨਾਲੇ ਅਗਲਾ ਕਹਿ ਦਿੰਦਾ ਇਹ ਤਾਂ ਬਣਦੀ ਨੀ ਹੋਣੀ ਤਰੀਕੇ ਨਾਲ 4 ਤੀਵੀਆਂ ਲੈ ਕੇ ਜਾਊਂਗਾ ਠੁੱਕ ਬਣੂਗੀ ਹੈਂ ਉਹੀ ਬੋਲੀ ਜਾਂਦਾ ਗਾ ਲਾ ਐਂ ਕਰਦੀ ਆ ਪਹਿਲਾਂ ਸੀਲਾਂ ਨੂੰ ਕਹਿ ਜਾਂਦੀ ਆ ਫਿਰ ਗਾਹਾਂ ਕਹਾਂਗੀ ਉਹਨੂੰ।
ਮੰਮੀ ਦੇ ਕੱਪੜਿਆਂ 'ਤੇ ਤਾਂ ਹੋ ਗਈ ਪ੍ਰੈਸ, ਹੁਣ ਤਾਇਆ ਜੀ ਨੂੰ ਪੁੱਛਾਂ ਕਿਹੜੇ ਕੱਪੜੇ ਪਾਉਣਗੇ, ਇਹਨਾਂ ਦਾ ਹੀ ਪੰਗਾ ਹੁੰਦਾ ਜ਼ਿਆਦੇ। ਲੈ ਤਾਇਆ ਜੀ ਤਾਂ ਸਵੇਰ ਹੀ ਸੌਂਗੇ ਮੰਜਾ ਡਾ ਕੇ। ਤਾਇਆ ਜੀ, ਤਾਇਆ ਜੀ, ਓਏ ਹਾਂ ਭਾਈ ਵੱਖੋ, ਮੈਂ ਤਾਂ ਐਂ ਕਹਿੰਦੀ ਸੀ ਮੈਂ ਕੱਪੜਿਆਂ ਨੂੰ ਪ੍ਰੈਸ ਕਰਦੀ ਸੀ, ਤੁਸੀਂ ਦੱਸ ਦਿਓ ਕਿਹੜੇ ਕੱਪੜੇ ਪਾਉਂਗੇ। ਉਹ ਮੱਲ ਮੈਂ ਕੀ ਕਰੂੰਗਾ ਜਾ ਕੇ, ਹੈਗੀ ਆ ਉਹ ਮਰੇਲਣ ਦੱਸ ਹੈ, ਐਵੇਂ ਉੱਥੇ ਮੇਰੇ ਨਾਲ ਹੋਰ ਉਹਦਾ ਜੁੱਧ ਖੜਕ ਜੂਗਾ, ਉਸ ਨੂੰ ਲੈ ਜਾਓ ਭਾਈ ਤੁਸੀਂ। ਕਾਹਨੂੰ ਤਾਇਆ ਜੀ, ਤੁਸੀਂ ਬਗ ਚੱਲਿਓ ਨਾਲ, ਨਹੀਂ ਮੰਮੀ ਨੇ ਤਾਂ ਉੱਥੋਂ ਤੁਰਨਾ ਨਹੀਂ, ਤੁਹਾਡੇ ਦਬਕੇ ਦੇ ਨਾਲ ਤਾਂ ਆ ਵੀ ਜਾਊਗੀ ਛੇਤੀ। ਉਹ ਜਵਾਕੋ, ਉਰੇ ਤਾਂ ਭਾਈ ਉਹਦੀ ਮੈਂ ਘੂਰ ਕੱਪ ਕਰੀ ਜਾਂਦਾ ਹੈ, ਮੈਂ ਉੱਥੇ ਕੀ ਚੰਗਾ ਲੱਗੂੰਗਾ, ਤਾਂ ਹੀ ਮੈਂ ਤੁਹਾਨੂੰ ਕਹਿਣਾ ਤੁਸੀਂ ਘਰ ਘਰ ਦੇ ਬਗ ਜਾਓ, ਛੇਤੀ ਉੱਠ ਖੜੋਗੇ, ਜੇ ਤਾਂ ਮੇਲਾ ਬੰਨ ਕੇ ਲੈ ਗਈ ਇਹਨੇ ਛੇਤੀ ਉੱਠਣਾ ਨਹੀਂ, ਇਹੀ ਮਾੜੀ ਤੀਮੀ ਇਹ। ਤਾਇਆ ਜੀ ਉਹ ਕਾਹਨੂੰ ਸੁਣਦੀ ਹੈ ਕਿਸੇ ਦੀ, ਉਹ ਤਾਂ ਲੈ ਕੇ ਹੀ ਜਾਊਗੀ ਜਿਹਨੂੰ ਲੈ ਕੇ ਜਾਣਾ। ਓਏ ਉਹੀ ਤਾਂ ਗੱਲ ਆ ਭਾਈ ਜਵਾਕੋ, ਅਈਆਂ ਅਈਆਂ ਵਿਹਲੀਆਂ ਉਹ ਨੇ, ਦੇਖ ਲਈ ਮਾੜਾ ਜਿਹਾ ਨਹੀਂ ਕਹਿਣ ਦਿੰਦੀਆਂ, ਹੁਣ ਆ ਜਾਣਗੀਆਂ ਪਾ ਕੇ ਰੰਗ ਬਿਰੰਗੇ ਕੱਪੜੇ, ਦੇਖ ਲਿਓ ਤੁਹਾਡੇ ਸਾਹਮਣੇ। ਹੋਰ ਤਾਇਆ ਜੀ, ਨਾਲੇ ਘਰੇ ਗਾਲਾਂ ਖਾਂਦੀਆਂ ਨੇ ਬੰਦਿਆਂ ਤੋਂ। ਉਹ ਭਾਈ ਗਾਲਾਂ ਤਾਂ ਆਪ ਹੀ ਖਾਣਗੀਆਂ, ਬੰਦਿਆਂ ਨੂੰ ਤਾਂ ਜਾਣ ਨਹੀਂ ਦਿੰਦੀਆਂ, ਹੈ ਆਪ ਤਿਆਰ ਹੋ ਜਾਂਦੀਆਂ ਮੂਹਰੇ ਦੱਸ ਦੰਮ ਦੇਣੇ, ਗੱਲਾਂ ਕੋਈ ਇਹ। ਮੈਂ ਦੇਖ ਲਓ ਤਾਇਆ ਜੀ, ਜਮਾਂ ਜੀ ਨਹੀਂ ਕਰਦਾ ਮੇਰਾ ਕਿਤੇ ਜਾਣ ਨੂੰ। ਇਹ ਬੋਲੀਏ ਤੁਹਾਨੂੰ ਜਾਣ ਵੀ ਦੇਵੇ, ਤੁਸੀਂ ਤਾਂ ਬਥੇਰਾ ਵਗ ਜਾਓ, ਆਪ ਤਾਂ ਮੂਹਰੇ ਤਿਆਰ ਹੋ ਜਾਂਦੀ ਉਹਦੀ ਇਹ ਘੋੜੇ ਵਾਂਗੂ। ਚਲ ਤਾਇਆ ਜੀ ਹੁਣ ਮੈਨੂੰ ਇਹ ਦੱਸ ਦਿਓ ਕੱਪੜੇ ਕਿਹੜੇ ਪ੍ਰੈਸ ਕਰਦਾ ਤੁਹਾਡੇ, ਜਾਓਗੇ ਤਾਂ ਸਹੀ ਹੁਣ ਤੁਸੀਂ ਨਾਲ, ਤਾਂ ਹੀ ਕਹੀ ਜਾਂਦੀ ਹੈ ਵੀ ਛੇਤੀ ਮੁੜ ਆਉਂਗੇ। ਉਹ ਨਾ ਭਾਈ ਜਵਾਕੋ, ਤੁਹਾਨੂੰ ਕਹਿਤਾ ਮੈਂ ਨਹੀਂ ਜਾਂਦਾ ਹੈਗਾ, ਦੇਖ ਇਹਦਾ ਵੀ ਹੀਲਾ ਮੈਨੂੰ ਕਰਨਾ ਪਊਗਾ, ਆ ਜਾਣ ਦੇ ਕੋਈ ਨਾ, ਦੇਖਦਾ ਝੱਟ ਇਹਦੇ ਵੀ ਬਣਾਉਣੀ ਪੂਰੀ ਵਾਲੇ ਮੈਨੂੰ। ਚਲੋ ਮਰਜ਼ੀ ਹੈ ਤਾਇਆ ਜੀ ਤੁਹਾਡੀ, ਫਿਰ ਹਾਂ ਕਰਾਊਗੀ ਇਹ ਝਾੜਖੰਡ ਮਾੜੀ ਮੋਟੀ ਹੁਣ ਮੇਰੇ ਤੋਂ, ਮੈਂ ਕਹਿੰਦਾ ਨਹੀਂ ਸਰ ਜੂਗਾ। ਹੁਣ ਪਤਾ ਨਹੀਂ ਕੀ ਬਣੂਗਾ, ਮੰਮੀ ਨੇ ਜਾਏ ਬਿਨਾਂ ਨਹੀਂ ਹਟਣਾ, ਤਾਏ ਨੇ ਰੋਕਣ ਤੋਂ ਨਹੀਂ ਹਟਣਾ, ਹੁਣ ਫੇਰ ਨਵਾਂ ਜੱਬ ਖੜਾ ਹੋਊਗਾ, ਸਾਰਾ ਦਿਨ ਨਾ ਘਰ 'ਚ ਆਹੀ ਸਿਆਪੇ ਨਹੀਂ ਮੁੱਕਦੇ ਹੈਗੇ, ਇਹਨਾਂ ਦਾ ਕਾਟੋ ਕਲੇਸ਼ ਨਹੀਂ ਖਤਮ ਹੁੰਦਾ ਹੈਗਾ। ਲੈ ਤੀਵੀਆਂ ਕਿਹੜਾ ਹਾਂ ਕਰਦੀਆਂ ਨੇ, ਸੌ ਨਖਰੇ ਮਾਰਦੀਆਂ ਨੇ, ਦੱਸ ਮੈਂ ਹਰੇਕ ਨਾਲ ਉੱਠ ਕੇ ਤੁਰਦੀਆਂ, ਐਂ ਕਰਦੀਆਂ ਨੇ, ਹੁਣ ਸਿੱਬੋ ਨੂੰ ਵੀ ਕਹੇ ਆਉਂਦੀ ਹੈਗੀ, ਉਹ ਤਾਂ ਵਗੇ ਜਾਊਗੀ ਮੇਰੇ ਨਾਲ। ਲੈ ਦੇਖਦੀ ਹਾਂ ਪਹਿਲਾਂ ਜੇ ਘਰੇ ਹੋਊਗੀ, ਬਾਰ ਤਾਂ ਖੁੱਲੀ ਆ, ਘਰੀ ਹੋਊਗੀ, ਇਹ ਕਿਹੜਾ ਮੇਰੇ ਵਾਂਗੂ ਖੜਦੀ ਆ ਘਰੀ। ਨਿਕੇੜੀ ਆਪਣੇ ਅੰਦਰ ਆ ਜਾ। ਲੈ ਦੇਖ ਲਾ ਐਂ ਕਰਦੇ ਜਣਾ, ਮੈਂ ਇਹਨੂੰ ਕਿਹੜਾ ਤੂੰ ਜਾਣਦੀ ਆਗੀ, ਤੜਕੀ ਫੋਨ ਆਇਆ ਹੁਣੀ ਮੇਰੇ ਲਵੇ ਤਾਂ ਕੰਟਕ ਹੋਇਆ। ਚੱਲ ਕੋਈ ਨੀ ਮੈਂ ਵਗਤਾ ਜਾਊਂ ਰਾਜਾ, ਭਾਈ ਮੇਰੀ ਗੱਲ ਸੁਣ ਲੈ, ਜੇ ਛੋਟਾ ਛੇੜਾ ਪੰਜ ਦਿਨ ਕਿਹਾ ਨਾ, ਉਹ ਤਾਂ ਇਹਨੂੰ ਪਤਾ ਬੋਲਣੋ ਨੀ ਖੜਦਾ, ਮੈਂ ਤਾਂ ਭਾਣੇ ਉਹਦੀ ਉੱਤੋਂ ਨੂੰ ਟੈਂਪੂ ਚੋਂ ਮੈਂ ਨੀ ਖੜਦੀ ਬਿੰਦ ਵੀ। ਨੀ ਮੈਂ ਮਰ ਜਾ ਸਿਪੋ, ਮੇਰੀ ਗੱਲ ਸੁਣ ਲਿਆ ਕਰ, ਕਿਉਂ ਭਾਣੇ ਗੁੱਸਾ ਕਰਦੀਆਂ, ਕੋਈ ਨਾ ਕੁਛ ਨੀ ਹੁੰਦਾ, ਉਹਦੇ ਮਨ ਚ ਪਾਪ ਨੀ ਹੈਗਾ, ਉਹ ਤਾਂ ਬਸ ਇੱਕ ਬੋਲ ਪੜਾ ਕੇ ਉਹੀ ਬੋਲ ਜਾਂਦਾ, ਕੁਛ ਨੀ ਕਹਿੰਦਾ ਹੈਗਾ। ਨੀ ਤੈਨੂੰ ਲੱਗਦਾ ਉਹਦੇ ਮਨ ਚ ਪਾਪ, ਟੇਡੀਆਂ ਮਾਰਦਾ ਕੱਟੇ ਬੱਚਿਆਂ ਵਿੱਚ ਗੱਲਾਂ ਕਰਦਾ, ਕੀ ਗੱਲ ਮੇਰੇ ਕੁਛ ਦੇਣਾ ਆਪਣੇ ਮੇਲ ਨੂੰ ਨੀ ਜਰਦਾ ਉਹ। ਓਹੋ ਤੈਨੂੰ ਪਤਾ ਤਾਂ ਹੈਗਾ ਬੰਦੇ ਕਾਹਨੂੰ ਜਰਦੇ ਹੁੰਦੇ ਨੇ ਬੁੜੀਆਂ ਦਾ ਮੇਲ, ਨਾਲੇ ਕਿਉਂ ਉਹ ਕਰਦੇ ਟੇਡੀਆਂ ਮਾਰਨ, ਉਹਨੇ ਕੀ ਲੈਣਾ ਗਾ ਆਪਾਂ, ਨਾਲੇ ਆਪਾਂ ਭਰਜਾਈਆਂ ਉਹਦੀਆਂ। ਮੇਰੀ ਗੱਲ ਸੁਣ, ਮੁਖਲ ਕਰੂ ਕਿਹਨੂੰ ਕਰੂਗਾ ਰਾਜ, ਮੈਨੂੰ ਕਿਸੇ ਕੋਲੇ ਕਹਿੰਦੇ ਆਉਂਦੇ ਕਹਿੰਦੇ ਸਾਡੇ ਘਰ ਲੰਗੜੀ ਜੀ ਨੂੰ, ਨਾ ਮੇਰੇ ਕਿਉਂ ਸੈਂਡਲਾਂ ਦਾ ਵੇਚ ਦੇਣਾ ਲੰਗੜੀ ਕਹਿਣ ਨੂੰ, ਮੇਰਾ ਤਾਪ ਜੀ ਜਾਂ ਲੱਗਦਾ ਸੋ ਤੋਂ ਬਿਨਾਂ। ਲੈ ਆ ਗਈ ਹੁਣ ਕੀ ਕਰਾਂ, ਇਹਨੂੰ ਕਿਵੇਂ ਜਵਾਬ ਦੇਵਾਂ ਮੈਂ, ਉਹ ਤਾਂ ਜਾਇਜ਼ ਹੈਗਾ ਕੰਜਰ ਹੈਗਾ, ਦੱਸ ਉਹਦੇ ਪਿੱਛੇ ਤਾਂ ਲੱਗ ਕੇ ਹੁਣ ਇਹਦੇ ਨਾਲ ਟੁੱਟਿਆ ਜਾਂਦਾ। ਲੈ ਦੱਸ ਆ ਸਿੱਬੋ ਵੀ ਉਹੀ ਸਾਡੇ ਦੀਆਂ ਗੱਲਾਂ ਦਾ ਗੁੱਸਾ ਕਰੀ ਖੜੀ ਹੈਗੀ, ਨਾਲੇ ਕਿਵੇਂ ਆਕੜੀ ਬੈਠੀ ਤੀ। ਲੈ ਦੱਸ ਸਾਡੇ ਦੀਆਂ ਗੱਲਾਂ ਦਾ ਪਹਿਲਾਂ ਕਾਹਦਾ ਗੁੱਸਾ ਗਾ, ਹੈਂ ਹੋਰ ਸਿੱਬੋ ਦਾ ਵੀ ਸਰੀ ਪਿਆ ਗਾ, ਇੱਕ ਰੁੜ ਜਾਣਾ ਸੜਾ, ਘਰੇ ਤਾਂ ਲੜਦੀ ਲੜਦਾ ਗਾ, ਬਾਰੇ ਵੀ ਨਹੀਂ ਕਿਸੇ ਨੂੰ ਬਖਸਦਾ ਹੈਗਾ, ਦੱਸ ਹੈਂ। ਓਹੋ ਮੈਂ ਤਾਂ ਮਸਾਂ ਮਨਾਈ ਹੈ, ਮੈਨੂੰ ਤਾਂ ਆਏ ਤੀ ਵੀ ਕਿਤੇ ਨਾ ਆਏ ਜਾਵੇ ਸਿੱਬੋ ਮੇਰੇ ਨਾਲ, ਹੈਂ ਨਾਲੇ ਭਲਾ ਇਹਨਾਂ ਤੋਂ ਬਿਨਾਂ ਮੇਰਾ ਇਕੱਲੀ ਦਾ ਕੀ ਬਣਦਾ ਸੀਗਾ, ਉੱਥੇ ਰੋਣਾ ਰੂਣਾ ਤਾਂ ਸਾਨੂੰ ਦੋਨਾਂ ਨੂੰ ਆਉਂਦਾ ਗਾ, ਹੋਰ ਤਾਂ ਕਿਸੇ ਨੂੰ ਆਉਂਦੀ ਨਹੀਂ ਹੈਗਾ। ਕਾਲੇ ਨੂੰ ਕਿਹਾ ਤੀ ਵਿੰਗੜੀਏ ਨੂੰ, ਓਏ ਤੂੰ ਦੇ ਜਾ ਮੈਨੂੰ ਮਾਲ, ਚਾਰ ਦਿਨ ਲੰਘ ਜਾਣਗੇ ਮੇਰੇ, ਸਾਰਾ ਬਦੀਨ ਕਰਦਾ ਪਤਾ ਨਹੀਂ ਕਦ ਆਊਗਾ, ਦੱਸਾ ਮੱਗਰ ਨਹੀਂ ਖੜਾ, ਪੁੱਛਿਆ ਇਹਨੂੰ ਭਲਾ ਕਿਹੜਾ ਦੇਊ ਢਿੱਡਲ ਜਾ ਮੈਨੂੰ ਤਾਂ ਲੱਗਦਾ। ਉਹ ਮੱਗਰ ਓਏ ਉਹ ਮੱਗਰਾ, ਹਾਂ ਤਾਇਆ, ਉਹ ਰਾਹੂ ਮੱਲ ਮਾੜਾ ਜਾ, ਹਾਂ ਉਹ ਭਾਈ ਮੈਂ ਤਾਂ ਤੇਰੇ ਨਾਲ ਕੰਮ ਆਇਆ ਤਿੱਕ, ਦੱਸ ਤਾਇਆ। ਓਏ ਊਂ ਤਾਂ ਮੇਰਾ ਕਿਹਾ ਹੋਇਆ ਕਿਸੇ ਬੰਦੇ ਨੂੰ, ਪਰ ਉਹ ਹਲੇ ਆਇਆ ਨਹੀਂ ਹੈਗਾ, ਪਤਾ ਨਹੀਂ ਕਿੰਨੇ ਦਿਨ ਲੰਘ ਜਾਣ ਉਹਨੂੰ, ਹੈ ਹਾਂ ਪਰ ਤੂੰ ਕੰਮ ਸਾਰ ਮੇਰੇ ਨਾਲ ਥੋੜ੍ਹਾ ਜਿਹਾ। ਦੱਸ ਫਿਰ ਕੀ ਕੰਮ ਤਾਇਆ? ਉਹ ਸਮਾਨ ਦੇ ਹੈ ਯਾਰ, ਮੇਰੇ ਤਾਂ ਬਹੁਤ ਔਖਾ ਹੋ ਰਿਹਾ। ਸਮਾਨ ਤਾਂ ਯਾਰ ਦੇਖ, ਤੈਨੂੰ ਪਤਾ ਮਿਲਦਾ ਬਹੁਤ ਘੱਟ ਆ, ਹੈਗਾ ਤਾਂ ਹੈਗਾ ਪਰ ਤੈਨੂੰ ਪਤਾ ਮੇਰੀ ਮਸਾਂ ਸਰਦਾ ਉਹਦੇ ਨਾਲ, ਤਾਂ
ਉਹ ਥੋੜੇ ਚੋਂ ਥੋੜਾ ਦੇ ਦੇ, ਤੈਨੂੰ ਕੀ ਲੋੜ ਨਹੀਂ ਪਊ ਕਿਤੇ ਫਿਰ, ਮੈਂ ਤੇਰਾ ਮਤਲਬ ਸਾਰ ਦੂੰਗਾ। ਹੋਰ ਹੁਣ ਕੀ ਗੱਲ ਆ ਇਹ? ਹੈਂ ਉਹ ਤਾਂ ਗੱਲ ਤਾਂ ਆਇਆ ਤੇਰੀ ਠੀਕ ਆ, ਪਤਾ ਕਿਆ ਸਖਤਾਈ ਜ਼ਿਆਦਾ ਹੋ ਰਹੀ ਆ, ਮੈਨੂੰ ਤਾਂ ਆਪ ਨਹੀਂ ਮਿਲਦਾ ਹੈਗਾ, ਮੈਂ ਫਿਰ ਕੀ ਕਰੂੰ ਬਾਅਦ 'ਚ ਜੇ ਮੈਂ ਤੈਨੂੰ ਦੇਤਾ? ਤੈਨੂੰ ਮੈਂ ਡੋਬਾ ਨਹੀਂ ਦਿੰਦਾ, ਚਾਹੇ ਕਿ ਤੂੰ ਲਿਆ ਮੈਂ ਤੈਨੂੰ ਲਿਆ ਕੇ ਦਊਂਗਾ, ਇਹ ਮੇਰੀ ਜਵਾਨ ਰਹੀ ਤੇਰੇ ਨਾਲ। ਹਾਂਜੀਗਾ ਊ ਤਾਂ ਐਂ ਆ, ਚੱਲ ਲੈ ਤਾਂ ਲੈ, ਪਰ ਤੂੰ ਆਪ ਚੁੰਡੀ ਬਣਾਉਂਦਾ ਨਹੀਂ ਹੈਗਾ। ਨਹੀਂ ਮੇਰਾ ਚੁੰਡੀ ਕਿਉਂ ਨਹੀਂ ਬਣਾਉਂਦਾ, 20 ਵਾਰੀ ਮਤਲਬ ਸਾਰਿਆ ਤੇਰਾ ਅੜਿਆ ਗੱਡਿਆ ਕੱਢਿਆ ਨਹੀਂ ਹੈਗਾ। ਹੈਂ ਮੈਨੂੰ ਪਤਾ ਕਿਹੜੇ ਗੱਡੇ ਕੱਢਦੇ ਨੇ ਮੇਰੇ। ਹੋਰ ਹੁਣ ਲਿਆ ਫੜਾ ਜੇ ਹੈਗਾ ਪੂਰਾ ਦੇ ਦੇ, ਚੱਲ ਮੈਂ ਜੇਬ 'ਚ ਹੈਗਾ ਤੀ ਮੇਰੇ ਕੋਲ। ਹੋਰ ਆ ਦੇਖ, ਚੱਲ ਬਹੁਤ ਇੰਨਾ ਤਾਂ ਫਰਕ ਹੋਊਗਾ ਦੇ ਦੀ, ਪਰ ਮੋੜ ਦੀ ਇਹ ਕੰਮ ਨਾ ਕਰੀ ਕਿਤੇ, ਦੇਖ ਉਹੀ ਗੱਲ ਹੋ ਜੇ ਕਿਤੇ। ਉਹ ਜਵਾਨਾਂ ਦੇ ਸੌਦੇ ਨੇ, ਇਹ ਉਹੀ ਗੱਲ ਥੋੜੀ ਆ। ਹੈਂ ਫਿਰ ਆਪਣਾ ਫਿਰ ਵਾਦਾ ਬਾਜੂ, ਮੈਂ ਤੈਨੂੰ ਨਾ ਨਾ ਤੈਨੂੰ ਕਹਿਤਾ ਮੈਂ ਆਪੇ ਫੜਾ ਜੂੰਗਾ ਤੈਨੂੰ। ਹਾਂ ਫਿਰ ਕੀ ਫਾਇਦਾ ਮੈਂ, ਹਾਂ ਬਾਅਦ 'ਚ ਤੂੰ ਮੈਂ ਹੋ ਗਿਆ, ਫਿਰ ਲਓ ਇੱਕ ਦੋ ਦਿਨਾਂ 'ਚ ਮਾਲ ਆ ਜੂਗਾ, ਮੈਂ ਤੈਨੂੰ ਆਪੇ ਦੇ ਦੂੰਗਾ, ਮੇਰਾ ਅੱਜ ਦਾ ਡੰਗ ਲੰਘ ਜੇ ਵਧੀਆ। ਹੋਰ ਜਾਂਦਾ ਰਹਿ, ਮਤਲਬ ਜਾਂਦਾ ਰਹਿ। ਬਹਿਣਾ ਕਾਨੂੰ ਲਾ ਲਾ ਭੋਰਾ ਉੱਥੇ ਜਾ ਕੇ, ਜਵਾਕ ਬਣਾ ਜਾਣਾ, ਸੋਰੇ ਬਿਨਾ ਔਖਾ ਹੋ ਗਿਆ ਧੀ, ਮਾੜਾ ਰੋਗ ਲੱਗ ਗਿਆ ਜ਼ਿੰਦਗੀ ਨੂੰ, ਕੀ ਕੱਢੇਗਾ ਚੋਂ ਬੋਲਿਆ, ਜੇ ਨਾ ਖਾਂਦਾ ਅੱਜ ਨੂੰ ਤੇਰਾ ਗੁੰਦਮਾ ਸਰੀਰ ਹੁੰਦਾ, ਗੱਲਾਂ ਹੁੰਦੀਆਂ ਪਿੰਡ 'ਚ। ਹੈਂ ਐਬ ਨੇ ਮਾਰਤਾ ਜਵਾਕ, ਪਾਪਾ ਪਾਪਾ ਕਹਿੰਦੇ ਤੈਨੂੰ, ਜਿਹੜਾ ਹੁਣ ਤੂੰ ਆਪ ਫਿਰਦਾ ਜਵਾਕਾਂ ਦੇ ਗੈਲ ਹੱਥ ਅੜਦਾ, ਦੱਸ। ਲੈ 8 ਤਾਂ ਵੱਜ ਵੀ ਗਏ, ਟਾਈਮ ਨੂੰ ਕੀ ਲੱਗਦਾ, ਉਹ ਦੇਖ ਲਾ ਕਿਵੇਂ ਭੂਸਰੇ ਝੋਟੇ ਵਾਂਗੂ ਦੇਖਣ ਲੱਗ ਰਿਹਾ ਚੋਰਾ, ਉਹਨੂੰ ਕਿਹੜਾ ਸੋਚ ਫਿਕਰਾਂ ਨਾਲੇ, ਚੱਲ ਐਂ ਕਰਦੇ ਜੇ ਘਰੇ ਬਾਕੀ ਫਿਰ ਨਹੀਂ ਆਇਆ ਜਾਣਾ, ਆਹ 2-4 ਘਰਾਂ ਦੇ ਹੋਰ ਕਿਹਾ ਆਉਂਦੀ ਆ। ਲੰਘ ਜਾ ਦੇਖ ਲਾ ਕਿਵੇਂ ਫਿਰਦੀ ਆ, ਫਦਾਇਆ ਫਦਾਇਆ ਕਰਦੀ, ਵਿਆਹ ਜਿੰਨਾ ਚਾਹ ਹੋ ਰਿਹਾ। ਹੈਂ ਡਰ ਭੋ ਹੈ ਨਹੀਂ ਤੈਨੂੰ ਕਿਸੇ ਦਾ, ਫਰੀ ਜਿਹਾ ਮਨ ਭਾਉਂਦੀ ਆ ਕਰਦੀ, ਹਾਂ ਹੈ ਨਹੀਂ ਤੈਨੂੰ ਸਮਝਾਉਣ ਵਾਲਾ ਕੋਈ। ਪਹਿਲਾਂ ਮੱਗਰ ਕੇ ਜਾ ਕੇ ਆਉਂਦੀ ਆ, ਬੱਬੂ ਨੂੰ ਕਹਿ ਕੇ ਆਉਂਦੀ ਆ, ਪ੍ਰੀਤ ਕਣੀ ਤਾਂ ਮੈਂ ਫਿਰ ਜਾ ਆਉਂਗੀ। ਨੀ ਲੈ ਪ੍ਰੀਤ ਤਾਂ ਉਰੀ ਮਿਲ ਗਈ, ਮੈਂ ਤਾਂ ਤੇਰੇ ਕਣੀ ਆਉਂਦੀ ਸੀਗੀ। ਤੂੰ ਮੇਰੇ ਕਣੀ ਫੇਰ ਆਈ, ਮੈਂ ਨਾ ਲੱਸੀ ਧਰ ਕੇ ਆਉਣੀ ਆ, ਆਪਾਂ ਸੁਨਿਆਰ ਦੇ ਚੱਲਦੇ ਆ। ਨੀ ਸੁਨਿਆਰ ਨੂੰ ਛੱਡ ਪਰਾਂ ਤੂੰ, ਸੁਨਿਆਰ ਦੇ ਆਪਾਂ ਫੇਰ ਚੱਲਾਂਗੇ, ਮੇਰੀ ਭੈਣ ਦੀ ਸੱਸ ਮਰ ਗਈ, ਆਪਾਂ ਉੱਥੇ ਜਾਣਾਗਾ। ਲੈ ਬੂ ਮੈਂ ਮਰ ਜਾਏ ਤਾਂ ਬਾਹਲੀ ਮਾੜਾ ਕੰਮ ਹੋਇਆ। ਹੋਰ ਮੇਰੇ ਤਾਂ ਮਾਮਾ ਵਰਗੀ ਦੀ ਕੋਈ ਨਾ ਚੰਗੀ ਤੇ ਦੁੱਖ ਸੁੱਖ ਸੁਣਦੀ ਤੀ ਮੇਰਾ ਤਾਂ। ਮਹਾਂ ਦਿਲ ਨੀ ਹੌਲਾ ਕਰਿਆ ਕਰਦੇ, ਕੋਈ ਨਾ। ਨਾਲੇ ਪ੍ਰੀਤ ਮੇਰੀ ਭੈਣ ਦਾ ਜੰਮੀ ਨੀ ਚੱਜਦੀ, ਉਹ ਤਾਂ ਮੇਰਾ ਇੰਨਾ ਕਰਦੀ ਤੀ ਜਦ ਮੈਂ ਜਾਂਦੀ ਤੇ, ਇੰਨਾ ਸੋਹਣਾ ਸੂਟ ਦਿੰਦੀ ਤੀ ਮੈਨੂੰ। ਓਹੋ ਰੌਲਾ ਤਾਂ ਸਾਰਾ ਸੂਟਾਂ ਦੀ ਹੈ, ਤੇਰੀ ਭੈਣ ਦਾ ਤਾਂ ਮੈਨੂੰ ਪਤੀ ਹੈਗੀ 12 ਤਾਲੀ ਹੈ, ਪਰ ਇੱਕ ਗੱਲ ਤਾਂ ਹੈਗੀ ਹੈ, ਹੁਣ ਤੂੰ ਇੱਧਰ ਨੂੰ ਕਿਵੇਂ? ਮੈਂ ਮੱਗਰ ਕੇ ਕਹਿ ਕੇ ਆਉਂਦੀ ਹਾਂ ਉਹਨੂੰ, ਬੱਬੂ ਨੂੰ। ਬੱਬੂ ਤਾਂ ਇੱਥੇ ਹੈ ਨਹੀਂ, ਉਹ ਤਾਂ ਪਿੰਡ ਗਈ ਹੋਈ ਹੈ। ਪਿੰਡ ਜਾ ਰਹੀ ਆ? ਹਾਂ। ਚੱਲ ਕੋਈ ਨਾ ਫਿਰ, ਤੂੰ ਐਂ ਕਰ ਮੈਂ ਮੱਗਰ ਨੂੰ ਕਹੂੰਗੀ ਸੇ ਦਿਨੇ ਆ ਜਾ ਸੂਟ ਪਾ ਕੇ, ਚੰਗਾ ਦੂਜਾ ਸੂਟ ਪਾਇਆ ਹੀ ਧੋਇਆ ਹੋਇਆ ਵਧੀਆ। ਲੈ ਕਹਿੰਦੀ ਸੂਟ ਪਾ ਕੇ ਆ ਜਾ, ਜੇ ਤੂੰ ਮੈਨੂੰ ਪਹਿਲਾਂ ਦੱਸਦੀ ਵੀ ਭਾਈ ਉਹਦੀ ਸੱਸ ਬਿਮਾਰ ਠਮਾਰ ਹੈ, ਮੈਂ ਸੂਟ ਨਾ ਸਮਿਆ ਕੇ ਰੱਖਦੀ, ਹੁਣ ਦੱਸ ਮੈਂ ਕਿਹੜਾ ਸੂਟ ਪਾ ਕੇ ਆਵਾਂ। ਉਈ ਮਰ ਗਈ ਉਈ ਵਿਚਾਰੀ, ਪਤਾ ਨਹੀਂ ਕੀ ਹੋ ਗਿਆ, ਕੀ ਨਾ ਚੰਗੀ ਭਲੀ ਨੂੰ ਹੈ, ਠੀਕ ਤੀ ਐਂ ਮੈਨੂੰ ਕੀ ਪਤਾ ਤੀ, ਮੈਂ ਤਾਂ ਆਪ ਦੂਆ ਧੋਇਆ ਹੋਇਆ ਪਾ ਕੇ ਲੈ ਕੇ ਜਾਊਂਗੀ ਪ੍ਰੈਸ ਕਰਨ ਨੂੰ ਕਹਿ ਕੇ ਆਈ ਹਾਂ ਬਹੂ ਨੂੰ, ਜਾਂ ਮਾੜਾ ਸੇਤੀ ਆ ਜਾ ਮੇਰੀ ਭੈਣ ਬਣ ਕੇ। ਚੱਲ ਠੀਕ ਹੈ ਮੈਂ ਆਉਂਦੀ ਹਾਂ। ਚੰਗਾ ਵੀ ਕੋਈ ਨਾ ਕੋਈ ਸਿਆਪਾ ਖੜੀ ਰੱਖਦੀ ਹੈ, ਮੁਮਤਾਜ਼ੀ ਨਾਲ ਸੁਨਿਆਰ ਦੇ ਜਾਵਾਂਗੇ, ਕੋਈ ਛਾਂਪ ਛੱਲਾ ਦੇਖ ਕੇ ਆਵਾਂਗੇ, ਜੇ ਟੁੱਟ ਪੈਣਾ ਘਰੇ ਹੋਊਗਾ। ਇਹ ਕਿਹੜਾ ਘੱਟ ਆ, ਇਹ ਤਾਂ ਆਪ ਸਾਡੇ ਸੜੇ ਨਾਲ ਦਾ ਗਾ, ਰੋਜ਼ ਵਿਚਾਰੀ ਬੱਬੂ ਨੂੰ ਰੋਜ਼ ਕੁੱਟ ਦਿੰਦਾ ਗਾ, ਹੁਣ ਤਾਂ ਵਿਚਾਰੀ ਬਥੇਰੀ ਚਲਾਕ ਕਹਾਉਂਦੀ ਆ, ਕੀ ਕਰੇ ਰੋਜ਼ ਲੜਾਈ ਹੋ ਜਾਣੀ। ਬੇ ਮਗਰਾ ਬੇ ਕਰੀਆ ਇੱਧਰ ਆਈ ਇੱਧਰ। ਅੱਛਾ ਬੇ ਮੈਨੂੰ ਤਾਂ ਦਿਖੀ ਨਹੀਂ ਹੈਗਾ, ਮਹਾ ਕਿਤੇ ਅੰਦਰ ਬੈਠਿਆ ਗਾ ਵਾ, ਇੱਦਾਂ ਬੰਦਾ ਸਾਹਮਣੇ ਫਿਰਦਾ ਤੁਹਾਨੂੰ ਦਿਖਾ ਨਹੀਂ ਰਹਿ ਲੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇ, ਦਿਖੂਗਾ ਕਿੱਥੋਂ ਭਾਈ, ਮੇਰੇ ਤਾਂ ਨਾ ਉਹੀ ਲੱਗਦਾ ਦਿਮਾਗ ਉਲਝਿਆ ਪਿਆ ਗਾ। ਹੈ ਕੀ ਗੱਲ ਹੋ ਗਈ ਜੀ? ਓਹੋ ਬੇ ਹੋਣਾ ਕੀ ਆ ਮਗਰਾ, ਮੇਰੀ ਭੈਣ ਦੀ ਸੱਸ ਮਰ ਗਈ ਭਾਈ, ਉੱਥੇ ਜਾਣਾ ਪਊਗਾ ਮੇਰੇ ਨਾਲ। ਸੁਣ ਤੁਹਾਡਾ ਭਲਾ ਹੋ ਜੇ, ਬਹੁਤ ਮਾੜਾ ਹੋਇਆ ਫਿਰ ਤਾਂ ਜੀ ਇਹ। ਹੋਰ ਭਾਈ ਮਾੜਾ ਕੀ ਹੋਇਆ, ਜ਼ਿਆਦਾ ਮਾੜਾ ਹੋਇਆ ਗਾ, ਤਾਕੜੀ ਪਈ ਤੀ ਨਾਲੇ ਸੁੱਖ ਨਾਲ ਹਜੇ ਤਾਂ। ਨਾਲੇ ਐਂ ਕਹਿੰਦੀ ਤੀ ਮਗਰਾਂ ਕੱਪੜੇ ਪਾਲਾ ਸੇ ਦਿਨ ਤਿਆਰ ਹੋ ਜਾ, ਫਿਰ ਲੇਟ ਹੁੰਦੇ ਆ ਬਾਗ ਚੱਲਾਂਗੇ। ਉਹ ਤਾਂ ਤੁਹਾਡੀ ਗੱਲ ਠੀਕ ਆ ਜੀ, ਮੈਂ ਤਾਂ ਐਂ ਕਹਿੰਦੀ ਜੇ ਤੁਸੀਂ ਲਾਣੇਦਾਰ ਨੂੰ ਲੈਂਦੇ ਤਾਂ ਵਧੀਆ ਰਹਿੰਦਾ, ਮੈਂ ਕਿਤੇ ਕੰਮ ਜਾਣਾ ਤੀ। ਕਿਉਂ ਮਗਰਾਂ ਮਖੌਲ ਕਰਦਾਂਗਾ, ਬੰਦੇ ਨੂੰ ਮੂਡ ਤਾਂ ਦੇਖ ਲਿਆ ਕਰ ਵੀ ਕਿਹਾ ਜਿਹਾ ਮੂਡ ਹੁੰਦਾ, ਇੱਕ ਟਾਈਮ ਕਿਹਾ ਜਿਹਾ ਹੁੰਦਾ ਗਾ, ਵੀ ਉਹ ਤਾਂ ਪਿੰਡ ਗਈ ਹੋਈ ਆ, ਮੈਨੂੰ ਸਾਰਾ ਪਤਾ ਗਾ। ਮੈਂ ਭੁੱਲ ਗਈ ਕੋਈ, ਤੁਸੀਂ ਚਲੋ ਮੈਂ ਆਉਣਾ ਮਾੜਾ ਕੱਖੁੱਖ ਜੇ ਪਾ ਕੇ। ਚੰਗਾ ਸੇਤੀ ਆ ਜੀ ਮਾੜਾ ਜਾ, ਭੁੱਲ ਤਾਂ ਕਾਹਨੂੰ ਗਿਆ, ਕੰਮਾਂ 'ਚ ਉਲਝ ਰਿਹਾ ਹੈਗਾ ਤੂੰ, ਉਹਦਾ ਬੱਬੂ ਕਰ ਲੈਂਦੀ ਆ ਕੰਮ ਸਾਰੇ। ਕੋਈ ਗੱਲ ਨਹੀਂ ਕੋਈ, ਤੁਸੀਂ ਚਲੋ ਜੀ ਮੈਂ ਆਉਣਾ। ਓਹੋ ਬੇ ਮਗਰਾ ਹੁਣ ਕੀ ਹੋ ਗਈ? ਬੇ ਮੈਂ ਤਾਂ ਐਂ ਕਹਿੰਦੀ ਤੀ ਤੂੰ ਐਂ ਕਰੀ ਆ ਕੇ ਤਿਆਰ ਹੋ ਜੀ, ਭੱਜ ਕੇ ਪਹਿਲਾਂ ਸਕੂਟਰ ਕੱਢ ਬਾਰੇ, ਉਹ ਖੇਤ ਵਾਲਿਆਂ ਦੇ ਕਹਿ ਕੇ ਆਉਣਾ ਗਾ, ਮੰਗਾ ਨਹੀਂ ਹੈਗਾ ਘਰੇ, ਨਹੀਂ ਤਾਂ ਮੰਗੇ ਨੂੰ ਲੈ ਜਾਂਦੀ ਮੈਂ ਨਾਲ।
चलो कोई नहीं बाग चला तुसी चलो माड़ा मैं कपड़े जे बदलना फिर लिपड़ जे रहे थोड़े ही मेरे से तू लेट हो जाएगा उठे केड़ा मकलावा लेन जावेगा अपने दा कह के आना गा सेती आ जा माड़ा जा तुसी चलो मैं आया थोड़े कह रहे तुसी चलो आ जा केरा से देने आ गई बस मैं तू जान किवें करता गा ले देत जे बंदा पे कम्मा च ले मेनू भी नहीं होर इलाके मैं तां बोलन ओहो मैनूं तां ऐ लगदा अद्धे तां रह जाणगे हुण कहण कणियो चल ऐ करूंगी जिहड़े रहेगे उहनां नूं भोग ते ले जूंगी हुण ले जूंगी सारे घरां नूं बाकी ਲੈ ਜੇ ਆ ਵੀ ਜਾਵੇ ਛੇਤੀ ਤਾਂ ਵੀ ਠੀਕ ਆ ਉੱਥੇ ਹੀ ਮਰ ਜਾਂਦਾ ਪਾਚੀ ਆਇਆ ਜੀ ਕਰਕੇ ਤਾਂ ਤੁਰਦਾ ਗਾ ਉਹ ਕਿਹੜਾ ਆਊਗਾ ਦੇਖ ਲਾ ਅਜੇ ਤੱਕ ਨਹੀਂ ਆਈ ਪਤਾ ਨਹੀਂ ਕਿ ਸਾਰੇ ਪਿੰਡ 'ਚ ਹੋਕਾ ਦੇ ਕੇ ਆਊਗੀ ਹੈ ਮੈਂ ਤਾਂ ਐਂ ਕਮਾਲ ਮੰਨਦਾ ਜ਼ਮੀਨੀ ਸ਼ਰਮ ਆਉਂਦੀ ਉਹਨੇ ਉਹ ਜਵਾਕ ਹੋ ਹਾਂਜੀ ਤਾਏ ਜੀ ਮੈਂ ਤਾਂ ਭਾਈ ਐਂ ਕਹਿੰਦੀ ਉਹਨੂੰ ਬੁਲਾ ਲਓ ਕਿੱਥੇ ਧੱਕੇ ਖਾਂਦੀ ਫਿਰਦੀ ਆ ਕਿਹੜਾ ਟਾਈਮ ਹੋ ਗਿਆ ਉਜੜੀ ਨੂੰ ਉਹਨੂੰ ਦੱਸਾਂ ਮੈਨੂੰ ਤਾਂ ਆਪ ਨੀ ਪਤਾ ਲੱਗਦਾ ਤਾਇਆ ਜੀ ਮੈਨੂੰ ਤਾਂ ਹਿਸਾਬ ਹੀ ਨਹੀਂ ਆਉਂਦਾ ਮੰਮੀ ਦਾ ਪਤਾ ਨਹੀਂ ਕੀ ਕਰਦੀ ਫਿਰੀ ਜਾਂਦੀ ਆ ਜਵਾਕੋ ਹਿਸਾਬ 'ਚ ਤੈਨੂੰ ਮੈਂ ਕਹਿੰਦਾ ਆਇਆ ਕਰੂੰਗਾ ਜਿਹੜੀ ਦਿਨਾਂ ਤੱਕ ਯਾਦ ਰੱਖੂਗੀ ਇਹ ਗੱਲ ਮੇਰੀ ਕਾਹਨੂੰ ਤਾਇਆ ਜੀ ਤੁਸੀਂ ਵੀ ਫੋਕੀਆਂ ਹੀ ਸਾਰੀ ਜਾਂਦੇ ਹੋ ਜਾਂ ਤਾਂ ਕਰ ਦਿਓ ਥੋੜਾ ਉਈ ਕਿਚ ਕਿਚ ਕਰੇ ਦਾ ਕੀ ਫਾਇਦਾ ਫਿਰ ਉਹ ਮੰਨ ਲਾ ਮੈਂ ਤਾਂ ਐਂ ਕਹਿੰਦਾ ਜੀ ਐਂ ਸਰ ਜੇ ਹੈ ਨਾਲੇ ਸੱਪ ਮਰ ਜੇ ਨਾਲੇ ਸੋਟੀ ਵਾਜੇ ਪਰ ਇਹ ਕੋਈ ਨਾ ਕੋਈ ਕਰਾ ਕਰਾਊਗੀ ਮੇਰੇ ਤੋਂ ਦੇਖ ਲਈ ਤੁਸੀਂ ਬਸ ਤਾਇਆ ਜੀ ਤੁਹਾਡੇ ਵੀ ਫੋਕੇ ਫੈਂਟਰੀ ਨੇ ਇਹੋ ਜਿਹਾ ਮਾਰੋ ਇੱਕ ਵਾਰ ਦਬਕਾ ਜੇ ਮੁੜ ਕੇ ਪੈਰ ਪੱਟ ਜੇ ਘਰ ਤੋਂ ਬਾਹਰ ਤੁਹਾਡੇ 'ਚ ਵੀ ਦਮ ਹੈ ਨਹੀਂ ਬਸ ਉਹ ਮਾਲਾ ਦਬਕਾ ਤਾਂ ਮੈਂ ਇਹਨੂੰ ਇਹੋ ਜਿਹਾ ਮਾਰੂਗਾ ਲੱਤਾਂ ਤੋੜ ਕੇ ਘਰੇ ਬਿਠਾ ਦੂੰ ਪਰ ਇਹ ਤੁਹਾਡੇ ਕੰਮੋਂ ਬਾਜੂ ਇਹ ਤੁਸੀਂ ਯਾਦ ਰੱਖ ਲਿਓ ਆਹੋ ਗੱਲ ਹਾਂ ਮੈਂ ਕਹਿੰਦਾ ਕਾਹਨੂੰ ਵੀ ਕੁਛ ਕਹਿਣਾ ਸਮਝੂਗੀ ਆਪੇ ਹਾਏ ਹਾਏ ਦਮ ਨਿਕਲ ਗਿਆ ਫਿਰਦੀ ਦਾ ਦੱਸ ਕਿਤੇ ਊਈ ਨਾ ਉਰੀ ਲੇਟ ਹੋ ਗਏ ਕਿਤੇ ਜਾਂਦਿਆਂ ਨੂੰ ਦਾਹ ਕਰ ਦੇਣ ਦੱਸ ਐਂ ਕਰਦੀਆਂ ਉਹਨੂੰ ਬਹੂ ਨੂੰ ਦੇਖਦੀਆਂ ਤਿਆਰ ਹੋਈ ਆ ਕਿ ਨਾ ਹੋਈ ਆ ਮਨ ਕਰੇ ਅਸੀਂ ਬੈਠੀ ਹੋਵੇ ਉਹ ਵੀ ਜਿੱਲੜ ਆ ਗਈ ਲੈ ਪਤਾ ਨਹੀਂ ਕਿੱਧਰ ਭੱਗ ਗਈ ਗਾਗਨਾ ਨਹੀਂ ਗਾਗਨਾ ਤਿਆਰ ਹੋ ਗਈ ਕਿ ਨਾ ਗਾਗਨਾ ਹਾਂਜੀ ਲੈ ਆ ਵੜ ਰਹੀ ਆ ਮਹਾ ਕਿਤੇ ਅੰਦਰ ਆ ਗਈ ਆ ਗਿਆ ਮੰਗਾ ਨਾ ਉਹ ਤਾਂ ਆਏ ਨਹੀਂ ਹੈਗੇ ਹਲੇ ਲੈ ਦੱਸ ਨਾ ਉਹਨੂੰ ਆਏ ਨਹੀਂ ਹੈਗਾ ਵੀ ਛੇਤੀ ਆ ਜਾਂਦਾ ਸਾਧਨ ਸੁਧਨ ਵੀ ਕਰਾਉਣਾ ਗਾ ਕੋਈ ਐ ਕਰ ਭਾਈ ਫੋਨ ਕਰ ਦੇ ਉਹਨੂੰ ਠੀਕ ਆ ਕੋਈ ਸਾਧਨ ਕਰਵਾਉਣਾ ਗਾ ਕੋਈ ਨਾ ਮੈਂ ਕਰ ਦਿੰਦੀ ਹਾਂ ਦੁਬਾਰੇ ਚਲ ਐ ਕਰ ਮੇਰੀ ਗੱਲ ਸੁਣ ਇਹਨੇ ਨਾਲੇ ਕੱਪੜੇ ਲਿਆ ਕੇ ਦੇ ਨਾ ਮੈਂ ਨਾ ਤਿਆਰ ਹੋ ਜਾ ਨਾ ਤੂੰ ਤਿਆਰ ਹੋ ਜਾ ਸੇ ਦਿਨੇ ਲਿਆਉਣੀ ਹੋਰ ਲਿਆ ਕੇ ਨਾ ਕੱਪੜੇ ਸੇ ਦਿਨੇ ਨਾ ਨੂੰ ਲਾ ਮੈਂ ਆ ਜਾ ਭਾਬੀ ਜੇ ਚੱਲਣਾ ਓਹੋ ਲੈ ਮੱਗਰ ਵੀ ਆ ਗਿਆ ਬੇ ਆਉਣੀ ਆ ਮੱਗਰ ਆਉਣੀ ਆ ਖੜ ਜਾ ਮਾੜਾ ਜਾ ਐਂ ਕਰ ਗਗਨ ਮਾ ਕੇ ਨਾ ਕੇ ਪਾਉਣੀ ਆ ਕੱਪੜੇ ਠੀਕ ਆ ਉਹ ਮੱਗਰ ਆ ਗਿਆ ਖੇਤ ਵਾਲੇ ਦੇ ਕਿਹਾ ਵਾ ਮੈਂ ਨਾਲੇ ਮੇਰੀ ਗੱਲ ਸੁਣੋ ਉਹ ਤੇਰੀ ਤਾਈ ਹੋ ਰਹੀ ਆਉਣੀ ਆ ਉਹਨਾਂ ਨੂੰ ਬਿਠਾ ਲਈ ਠੀਕ ਆ ਚਾਹ ਦਾ ਪਤੀਲਾ ਧਰ ਲਈ ਇੱਕ ਚਾਹ ਪੀ ਕੇ ਜਾਣਗੀਆਂ ਸਾਰੀਆਂ ਚੰਗਾ ਠੀਕ ਆ ਚੰਗਾ ਚੰਗਾ ਠੀਕ ਆ ਲੈ ਦੱਸ ਹੁਣ ਧਰ ਲਓ ਇਹਨਾਂ ਨੂੰ ਨੇਕੜੂ ਚਾਹ ਨੂੰ ਦੱਸ ਇਹਨਾਂ ਕਿ ਅੱਗ ਲੱਗੀ ਸੀ ਵੀ ਉੱਥੇ ਜਾ ਕੇ ਪੀ ਲੈਂਦੀ ਆ ਬੇ ਆ ਗਈ ਮੱਗਰ ਆ ਮੈਂ ਤਾਂ ਉਹੀ ਬੰਦਲੀ ਪਈ ਆ ਨਾਲੇ ਤੇਰੇ ਨਾਲ ਵੀ ਜ਼ਿਆਦਾ ਕਾਲੀ ਆ ਮੈਨੂੰ ਤਾਂ ਲੈ ਚੱਲ ਕੇ ਰਾਂ ਆਏ ਬੈਠੋ ਹੀ ਸਰ ਹੋਰ ਚੱਲ ਕੇ ਰਾਂ ਛੇਤੀ ਚੱਲ ਕੇ ਰਾਂ ਮਾੜਾ ਜਿਹਾ ਪਜਾ ਲਈ ਇਹਨੂੰ ਚੰਗਾ ਹੋਰ ਉੱਡ ਲਾ ਕੇ ਰਾਂ ਹੈ ਕੀ ਨਾ ਚੜ ਗਈ ਇਹ ਹੋਏ ਦੇਖ ਲਾ ਕਮਾਲ ਕਰਦੀ ਹੈ ਚਿੰਤਾ ਫੋਰੀ ਲੈ ਦੇਖ ਲਾ ਉਹ ਟਿੱਬ ਗਏ ਫੋਰੇ 'ਚ ਉਹ ਲੈ ਸਮਝ ਨਹੀਂ ਲੱਗੀ ਮੈਨੂੰ ਤਾਂ ਇਹਦੀ ਮੈਂ ਕਹਿੰਦਾ ਕੱਲੀਏ ਵਾਗੀ ਇਹ ਚੱਲ ਮੈਂ ਜਵਾਕਾਂ ਨੂੰ ਪੁੱਛਦਾ ਮਤਲਬ ਕਿੱਧਰ ਗਈ ਹੈ ਓਏ ਵਾਖੋ ਜਵਾਕੋ ਓਏ ਦੇਖ ਲਓ ਤੂੰ ਤੇਰ ਵੀ ਕਰਤੀ ਤਾਂ ਤਾਇਆ ਜੀ ਪਤਾ ਨਹੀਂ ਕਾਹਤੋਂ ਭੱਜੇ ਜੇ ਆਉਂਦੇ ਨੇ ਉਹ ਜਵਾਕੋ ਉਹ ਤੁਹਾਡੀ ਮਾਂ ਕਿੱਧਰ ਗਈ ਆ ਓਏ ਉਹ ਮੋਟਰਸਾਈਕਲ ਤੇ ਜਾਂਦੇ ਚੜੀ ਪਤਾ ਨਹੀਂ ਕਿਹਦੇ ਨਾਲ ਹੈ ਕਿੱਥੇ ਗਈ ਆ ਮੈਨੂੰ ਤਾਂ ਪਤਾ ਨਹੀਂ ਤਾਇਆ ਜੀ ਮੈਨੂੰ ਤਾਂ ਮੰਮੀ ਐਂ ਕਹਿ ਕੇ ਗਈ ਆ ਵੀ ਪਤੀਲਾ ਭਰ ਕੇ ਚਾਹ ਦਾ ਕਰ ਲਾ ਤੇਰੀ ਤਾਈ ਹੁਣੇ ਪੀ ਕੇ ਜਾਣਗੀਆਂ ਹੈ ਐਡਾ ਪਤੀਲਾ ਚਾਹ ਦਾ ਉਹ ਜਵਾਕੋ ਉਹਨੂੰ ਪੁੱਛਣ ਵਾਲਾ ਹੋਵੇ ਭਲਾ ਉਹਰੇ ਵਿਆਹ ਤੇ ਰਹਿ ਹੈ ਐਨੀ ਚਾਹ ਕਰਨੀ ਆ ਉਹ ਤਾਂ ਐਂ ਕਹਿੰਦੇ ਸੀ ਵੀ ਜਾਂਦੀਆਂ ਹੋਈਆਂ ਸਾਰੀਆਂ ਇੱਥੇ ਚਾਹ ਪੀ ਕੇ ਜਾਣਗੀਆਂ ਉਹ ਜਵਾਕੋ ਭਲਾ ਉਹ ਬੂਰੀਆਂ ਨੂੰ ਕੱਖ ਪਾਉਂਦੇ ਥੱਕ ਗਏ ਹੈ ਕੋਈ ਲੋੜ ਨਹੀਂ ਚਾਹ ਕਰਨ ਦੀ ਮੈਂ ਤੁਹਾਨੂੰ ਦੱਸਾਂ ਇਹ ਨਵੇਂ ਰਿਵਾਜ ਤੋਰੀ ਜਾਂਦੀ ਆ ਚਲੋ ਤੁਸੀਂ ਅੰਦਰ ਚਲੋ ਹਾਂ ਕਾਹਨੂੰ ਤਾਇਆ ਜੀ ਐਵੇਂ ਫਿਰ ਬਿਨਾਂ ਗੱਲ ਤੋਂ ਮੇਰੇ ਨਾਲ ਆਕੜੂਗੀ ਮੈਂ ਚਾਹ ਦੀ ਕੁੱਟ ਬਣਾ ਹੀ ਦਿੰਦੀ ਹਾਂ ਹੁਣ ਕਾਹਨੂੰ ਭਾਈ ਉਹਨਾਂ ਵਾਸਤੇ ਤਾਂ ਦੇਗਾ ਧਰ ਕੇ ਬਹਿ ਗਈ ਦੇਖ ਲਾ ਜੇ ਘਰੇ ਕਹਿ ਦਈਏ ਚਾਹ ਦੀ ਕੁੱਟ ਕਰ ਲਾ ਰੋਣਾ ਪੈ ਜਾਂਦਾ ਜੇ ਕੋਈ ਭੈਣ ਪਈ ਆ ਜੇ ਦੇਖ ਲਾ ਮੱਥੇ ਤਿਉੜੀਆਂ ਪਾ ਲਾਂਦੀਆਂ ਨੇ ਨੀ ਹਾਂ ਮੰਗਾ ਵੀ ਆ ਗਿਆ ਓਏ ਆ ਜਾ ਭਾਈ ਮੰਗੇ ਆ ਗਿਆ ਮੰਗਾ ਵੀ ਓਏ ਹੈ ਹਾਂ ਤਾਇਆ ਉਹ ਮਾਲਾ ਉਹ ਤੇਰੀ ਮਾਂ ਨੂੰ ਸਮਝਾ ਓਏ ਤੜਕੀ ਦੀ ਲਿਕੜੀ ਹੋਈ ਆ ਪਤਾ ਨਹੀਂ ਕੀ ਸਾਰੇ ਪਿੰਡ ਨੂੰ ਲਿਜਾਊਗੀ ਇਕੱਠੇ ਕਰਕੇ ਉੱਥੇ ਹੋ ਹੈ ਪਹਿਲਾਂ ਕੋਈ ਮੇਰਾ ਤਾਇਆ ਤੂੰ ਹੀ ਕਹਿ ਉਹਨੂੰ ਮਾੜਾ ਮੋਟਾ ਕੁਛ ਮੇਰੇ ਤਾਂ ਕਹਿਣੇ ਤੋਂ ਬਾਹਰੇ ਆ ਉਹ ਮੈਂ ਕਿ ਉਹਦੇ ਗੋਲੀ ਮਾਰਾਂ ਮੈਂ ਤਾਂ ਬਥੇਰਾ ਸਮਝਾਉਣਾ ਬੁੱਥ 'ਚ ਵੜਦੀ ਨਹੀਂ ਹੈਗੀ ਗੱਲ ਉਹਦੇ ਵੀ ਭਈ ਨਾ ਤੂੰ ਘਰ ਕਰਦੇ ਦੋ ਜਣੇ ਵਗ ਜਾਓ ਉੱਥੇ ਕਿ ਇੰਨੀ ਹੇੜ ਇਕੱਠੀ ਕਰਕੇ ਲਿਜਾਵੇਂਗੇ ਤੂੰ ਹੁਣ ਕਿੱਧਰ ਚੜੀ ਹੋਈ ਆ ਉਹ ਇੱਧਰ ਹੀ ਕਹਿਣ ਗਈ ਹੋਈ ਆ ਪਿੰਡ 'ਚ ਮੇਰੇ ਕੀ ਕਰੀਏ ਹੁਣ ਦੱਸੋ ਓਹੋ ਖਾਸਿਆਂ ਨੂੰ ਕਹਿਤਾ ਹੈ ਹੋਰ ਹੁਣ ਫਲਾਣੇ ਨੂੰ ਕਹਿਤੇ ਕਿ ਸਾਰੇ ਸਰੀਕੇ ਕਬੀਲੇ ਨੂੰ ਇਕੱਠਾ ਕਰਦੀ ਫਿਰਦੀ ਹੈ ਲੈ ਹੋਰ ਉੱਥੇ ਕਿਤੇ ਨੂੰ ਨਿਆਂ ਮਿਲੂਗਾ ਲਿਜਾ ਕੇ ਦੱਸੋ ਤੂੰ ਹੈ ਉਹ ਤੂੰ ਹੀ ਦੇਖ ਲਾ ਉਹਨੂੰ ਮਾੜਾ ਮੋਟਾ ਕਹਿ ਕੂ ਕੇ ਉਹ ਕਾਹਨੂੰ ਮਲ ਮੈਂ ਕਹਿੰਦਾ ਭਰਿੰਡਾ ਦੇ ਖਖਰ ਨੂੰ ਹੱਥ ਪਾਉਣਾ ਮਾਲਾ
ਹੋਰ ਆ ਜਾ ਬਹਿ ਜਾ ਪਾਣੀ ਪੂਣੀ ਪੀ ਲੈ ਉਹ ਤੈਨੂੰ 20 ਵਾਰੀ ਕਿਹਾ ਵੀ ਉਹ ਤਾਂ ਯੂਪੀ ਆ ਵੀ ਜੋ ਦੇਖ ਲਾ ਸਸਤੀ ਆ ਕਹਿੰਦੇ ਨੇ ਉੱਥੇ ਕੀ ਭੁੱਕੀ ਦਾ ਆ ਉਹ ਭੁੱਕੀ ਦੇ ਮਾਰ ਗੋਲੀ ਮੇਰਾ ਮੈਂ ਤਾਂ ਤੇਰੀ ਤਾਈ ਦੀ ਗੱਲ ਕਰਦਾ ਸੀ ਹੋਰ ਹੋਣਾ ਹੁਣ ਤੂੰ ਆ ਉਮਰ ਆ ਚੰਦ ਚੜੇਗਾ ਹੋਰ ਕੀ ਹੁਣ ਬੰਦਾ ਮਰਦਾ ਹੱਥ ਪਾਉਂਦਾ ਉਹਦਾ ਖਾਣਾ ਨਾ ਨਾ ਆ ਕੰਮ ਨਾ ਕਰੀ ਉਹ ਮਤਲਬ ਕੀ ਕਰੀਏ ਬੰਦਾ ਅੱਕਿਆ ਹੋਇਆ ਕਰਦਾ ਕੋਈ ਵੀ ਕੰਮ ਕਰਦਾ ਉਹ ਜੇ ਕਰਨਾ ਦੀ ਤਾਂ ਪਹਿਲਾਂ ਕਰਨਾ ਦੀ ਅੱਜ ਤੋਂ 5-4 ਸਾਲ ਪਹਿਲਾਂ ਉਹ ਮੈਂ ਤਾਂ ਇਹਦੇ ਮੂੰਹ ਕ ਨਹੀਂ ਦੇਖੀ ਜਾਂਦਾ ਵੀ ਅੱਜ ਵੀ ਸੁਧਰੇ ਅੱਜ ਵੀ ਸੁਧਰੇ ਹੈ ਪਰ ਇਹ ਨਹੀਂ ਮਾੜੀ ਤੀਵੀਂ ਸੁਧਰ ਕੇ ਦਿੰਦੀ ਕਿਸੇ ਟਾਈਮ ਵੀ ਹੋਰ ਤੂੰ ਤਾਂ ਆਪ ਅੱਕਿਆ ਫਿਰਦਾ ਹਾਂ ਮੈਂ ਅੱਕਾ ਨਾ ਹੋਰ ਕੀ ਮੈਂ ਗੋਲੀ ਮਾਰਿਆ ਨਹੀਂ ਦੱਸਾਂ ਹੈ ਪਾਣੀ ਲਿਆਇਓ ਭਲੇ ਮਾਸਾ ਦੇਖ ਲੈ ਵੀ ਸਾਰਾ ਲੁੰਗ ਲਾਣਾ ਤੈਨੂੰ ਸੁਮਾਤਾ ਹੈ ਤੂੰ ਫੇਰ ਨਹੀਂ ਆਖੇ ਲੱਗਦੀ ਇਹਦੇ ਹੈ ਇਹਦਾ ਬਾਲਾ ਖੁੱਲਾ ਚੱਲ ਪਈ ਹਾਂ ਹੋਰ ਖੁੱਲਾ ਚੱਲਦੀ ਹੈ ਮੱਲਾ ਜਮੀ ਨਹੀਂ ਓਵਰ ਹੋ ਰਹੀ ਹੈ ਵਾਲੀ ਹਾਂ ਠੀਕ ਆ ਬਣੇ ਤੂੰ ਤਾਂ ਕਦੋਂ ਕਾਈ ਇਧਰੋਂ ਮੈਂ ਹੁਣੀ ਆਈ ਹਾਂ ਬਸ ਅੱਛਾ ਕੰਮ ਧੰਦਾ ਨਿਬੜ ਗਿਆ ਕੋਈ ਬਸ ਨਿਬੜ ਕੇ ਜੀ ਆਈ ਸੀ ਨਹੀਂ ਪਣੀ ਵਧੀਆ ਹੋ ਗਿਆ ਔਰ ਚੱਲ ਰਹੀ ਦੀ ਜਾਇਰ ਉਹਦੀ ਕਿੱਦਾਂ ਦੀ ਹੈ ਆ ਹੁਣ ਨਾਲ ਪੈਰ ਮੋਕਲਾ ਹੋ ਜੂਗਾ ਬਿੰਦਾ ਜਾ ਆਵਾਂਗੇ ਪਰ ਹੋਰ ਨਾਲ ਢਿੱਡ ਹੌਲੇ ਹੋ ਜਾਣਗੇ ਆ ਜਾ ਆ ਜਾ ਚਾਚੀ ਖੜ ਜਾ ਮੈਂ ਵੀ ਚੱਲਦੀ ਆ ਤੂੰ ਤਾਂ ਲੇਟੇ ਹੋ ਗਈ ਤੇ ਤੂੰ ਕਿਹੜਾ ਫਿਰ ਜਾ ਕੇ ਚੜ ਗਈ ਕਦ ਦਨੇ ਜਹਾਜ਼ ਤੇ ਜਾ ਰਹੇ ਕਾਤੇ ਮਿੰਟਾਂ ਐ ਲੱਗਦਾ ਏ ਅੰਦਰ ਕੋਈ ਮੈਨੂੰ ਨੀਂਦਾ ਲੈ ਨਹੀਂ ਕੋਈ ਇਹਨਾਂ ਦੇ ਸਾਧਨ ਜਾਵਾਂਗੇ ਕਾਤੇ ਮੈਨੂੰ ਤਾਂ ਆਪਣੇ ਅੰਦਰ ਕੋਈ ਰੂਹਾਂ ਤੋਂ ਆ ਲੱਗਦਾ ਕੀ ਪਤਾ ਕੋਈ ਸਾਧਨ ਕਰਾਇਆ ਹੈ ਜਾਂ ਨਹੀਂ ਕਰਾਇਆ ਚੱਲ ਰਾਜ ਨੂੰ ਪੁੱਛ ਲਿਆ ਚੱਲ ਆ ਜਾ ਅੰਦਰ ਆ ਕੇ ਪਤਾ ਲੱਗੂਗਾ ਨਹੀਂ ਕਿਤੇ ਟਰਾਲੀ 'ਚ ਨਾ ਜਾਂਦੇ ਹੋਣ ਹਾਂ ਦੇਖ ਟਰਾਲੀ ਟਰੈਕਟਰ ਖੜੇ ਤਾਂ ਹੈਗੇ ਇਹਨਾਂ ਦਾ ਕੀ ਪਤਾ ਚੱਲ ਕੋਈ ਨਾ ਦੇਖਦੇ ਆ ਇਹਨਾਂ ਦਾ ਛੜਾ ਤਾਂ ਆਪੇ ਸਕੀਮਾਂ ਕਰਦਾ ਰਹਿੰਦਾ ਚੱਲ ਆਪਾਂ ਨੇ ਛੜੇ ਤੋਂ ਕੀ ਲੈਣਾ ਹੈ ਚੱਲ ਆ ਮੰਜਾ ਸੂਤ ਕਰਕੇ ਬੈਠੀਏ ਲੈ ਇੱਧਰ ਜੇ ਨੂੰ ਕਰ ਲੈ ਮਾੜਾ ਚੱਕੀ ਇੱਧਰ ਹਾਂ ਸਿੱਧਾ ਜਿਹਾ ਕਰ ਲੈ ਬਹਿ ਜਾ ਇੱਥੇ ਚੱਲ ਇੰਨੀ ਦੇਖਦੇ ਆ ਰਾਜ ਪਤਾ ਨਹੀਂ ਕਿੱਧਰ ਗਈ ਹੈ ਨਾ ਅੰਦਰੇ ਹੋਣੀ ਤਿਆਰ ਨਾ ਹੋ ਰਹੀ ਹੋਵੇ ਹੋਰ ਨਾ ਕਿਸੇ ਨੂੰ ਕਹਿਣ ਗਈ ਹੋਵੇ ਕੀ ਪਤਾ ਲੱਗਦਾ ਲੈ ਇੰਨੀ ਲੇਟ ਹੋ ਜਾਵਾਂਗੇ ਫਿਰ ਤਾਂ ਫੇ ਦੋ ਚਾਰ ਬੁੜੀਆਂ ਚਾਹੀਦੀਆਂ ਨੇ ਚਾਹੀਦੇ ਤਾਂ ਹੈਗੀਆਂ ਨੇ ਮਾੜਾ ਜਿਹਾ ਸੰਦੇਹਾ ਕਹਿਣਾ ਤੀ ਭਾਈ ਸੰਦੇਹਾ ਆ ਜਿਓ ਹੋਰ ਤੈਨੂੰ ਪਤਾ ਹੀ ਹੈ ਕਿਤੇ ਚੱਕ ਕੇ ਦਾਲਾ ਕਰ ਦੇਣ ਜਾਂਦਿਆਂ ਨੂੰ ਮਗਰੋਂ ਕੀ ਫਾਇਦਾ ਜਾਣ ਦਾ ਚੱਲ ਦੇਖੀ ਜਾਊ ਆਪਾਂ ਕਿਹੜਾ ਫਿਰ ਜਾ ਕੇ ਉਹਨੂੰ ਜਿਉਂਦੀ ਕਰ ਲਾਂਗੇ ਹੋਰ ਹੁਣ ਆਏ ਦਾਲਾ ਡਿੱਕੂਗੀ ਦੇਖ ਲਾ ਮੰਗੇ ਓਏ ਉਹ ਬਹਿ ਗਿਆ ਮੇਲ ਗਿਲਾ ਕੇ ਹਨਾ ਇਹਨੂੰ ਤਾਂ ਪਤੰਦਰਾ ਵਿਆਹ ਜੇ ਨਾ ਚਾਹ ਹੁੰਦਾ ਮਕਾਣਾ ਕਾਣਾ ਤਾਂ ਇਹੀ ਤਾਂ ਮੌਕਾ ਹੁੰਦਾ ਤਾਏ ਇਹਨੇ ਚੁਗਲੀਆਂ ਕਰਨ ਦਾ ਹੋਰ ਉਹ ਸਾਂਭ ਲਓ ਮੱਲਾ ਦੇਖ ਲਓ ਕੋਈ ਨਾ ਤਾਈ ਜੀ ਤਿਆਰ ਹੋ ਜੀ ਨਹੀਂ ਫਿਰ ਮੰਮੀ ਆ ਕੇ ਹੀ ਖੋਰੂ ਪਾਉਗੀ ਤੁਸੀਂ ਵੀ ਪਾ ਲੈਂਦੇ ਨਾਲ ਕੱਪੜੇ ਉਹ ਮੇਰੇ ਤਾਂ ਇਹੀ ਠੀਕ ਨੇ ਅਹੀਂ ਬਗ ਜੂਗਾ ਚੱਲ ਕਿਹੜਾ ਉੱਥੇ ਜਨ ਜਾਣਾ ਬਈ ਕੱਪੜਿਆਂ ਨੂੰ ਕਿਹੜਾ ਕਿਸੇ ਨੇ ਦੇਖਣਾ ਹਾਂ ਦੇਖ ਲਾ ਮੈਂ ਇਹਦੀ ਜਾਨ ਨੂੰ ਰੋਇਆ ਵੀ ਤੂੰ ਘਰ ਕਰਦੇ ਬਗ ਜੋ ਦੋ ਜਣੇ ਹੈ ਹੋਰ ਇੰਨਾ ਬਗ ਇਕੱਠਾ ਕਰ ਲੰਡੀਆ ਕਤੀੜ ਇਕੱਠੀ ਕਰਕੇ ਦੱਸ ਦੂ ਹੋਰ ਕੱਲ ਨੂੰ ਅਗਲਾ ਕਹੂਗਾ ਮੇਰੇ ਚੱਲ ਦੱਸ ਬਗ ਜੀ ਫਿਰੀ ਜਾਈ ਹੋਰ ਇਹੀ ਕੰਮ ਰਹਿ ਗਿਆ ਬਸ ਹੋਰ ਹੁਣ ਹੁਣ ਦੱਸ ਇਹਨਾਂ ਨੂੰ ਲੈ ਕੇ ਕਿਵੇਂ ਜਾਵਾਂਗੇ ਪਤੰਦਰਾ ਇੱਕ ਤਾਂ ਉਹ ਅਗਲਾ ਦੁਖੀ ਹੁੰਦਾ ਉਹ 50 ਜਣੇ ਉਹ ਛੱਡ ਦਿੰਦੇ ਅਗਲੇ ਲਿਜਾ ਕੇ ਕੱਲਾ ਕੋਈ ਇੱਕ ਗੱਲ ਤਾਂ ਹੈਗੀ ਹੈ ਆ 5-7 ਦਿਨ ਤਾਂ ਨਾ ਵਧੀਆ ਨਿਕਲਣਗੇ ਨਾ ਤਾਂ ਦੇਖ ਕਿਸੇ ਦੇ ਵਿਆਹ ਸਾਦੀ ਤੀ ਨਾ ਤਾਂ ਆਂਢ ਗਵਾਂਢ 'ਚ ਨਾ ਕਿਸੇ ਰਿਸ਼ਤੇਦਾਰੀ 'ਚ ਨਾ ਹੀ ਕਿਸੇ ਆ ਜੈਰੋ ਦਾ ਬੁੜੇ ਠੇਰੇ ਦਾ ਕਿਸੇ ਦਾ ਭੋਗ ਆਇਆ ਤੀ ਆਉਂ ਤਾਂ ਵਧੀਆ ਹੀ ਹੋਇਆ ਜਿਹੜੀ ਬੁੜੀ ਜੀ ਪਰੇ ਮਰ ਗਈ ਨਾਲੇ ਮੰਜੇ 'ਚ ਝੂਲਦੀ ਪਈ ਦੇਖ ਲੈ ਕਿਵੇਂ ਵੱਢਣ ਜੋਗਰਾ ਅੱਖਾਂ ਕੱਢਣ ਲੱਗ ਰਿਹਾ ਇਹਨਾਂ ਦਾ ਛੜਾ ਤੈਨੂੰ ਦੱਸ ਕੀ ਕਹਿੰਦਾ ਤੇਰੇ ਤਾਂ ਮਨ 'ਚੋਂ ਹੀ ਸਾਰਿਆਂ ਨੇ ਪੁੱਠੀਆਂ ਭਾਸਰਦੀਆਂ ਰਹਿੰਦੀਆਂ ਨੇ ਤੈਨੂੰ ਲੱਗਦਾ ਹੈ ਇਹ ਬਹੁਤ ਖਰਾਬ ਹੈ ਪੂਰਾ ਪੱਟੀਆਂ ਜੜਾਂ ਵਾਲਾ ਇਹ ਕੰਜਰ ਆਹੋ ਇਹੋ ਜਿਹਾ ਜੀ ਕਰਦਾ ਹੈ ਜਾਣੀ ਫੜ ਕੇ ਇਹਨੂੰ ਅੰਦਰ ਕਰਾ ਦੇ ਆਹੋ ਕਰਾ ਕੀ ਘਟੂਗੀ ਤੂੰ ਦੱਸ ਕੀ ਕਹਾਂ ਐਸਪੀ ਲੱਗੀ ਹੋਈ ਆ ਉਹੀ ਮਰੀਓ ਸਾਰਾ ਦਿਨ ਬੈਠੀ ਫੜਾ ਉਰੇ ਨਹੀਂ ਛੱਡਦਾ ਤੇਰਾ ਚਾਚਾ ਕਹਿੰਦਾ ਮੈਂ ਜਾਊਂਗਾ ਮੈਂ ਕਿਹਾ ਤੂੰ ਕੀ ਕਰੇਗਾ ਤੂੰ ਘਰੇ ਡੰਗਰ ਪਸ਼ੂ ਸਾਂਭ ਲੈ ਮੈਂ ਜਾਊਂਗਾ ਜੇ ਤਾਂ ਬੁੜੀਆਂ ਦਾ ਕੰਮ ਹੁੰਦਾ ਤੂੰ ਕੀ ਕਹਿਣੀ ਹੈ ਚਾਚੀ ਤੇਰੇ ਵਾਲਾ ਪੁੱਤ ਵੀ ਆਪ ਆਉਣ ਨੂੰ ਤਿਆਰ ਸੀ ਲੈ ਦੱਸ ਉਹਨੇ ਕੀ ਕਰਨਾ ਸੀ ਆ ਲੈ ਤਾਈ ਜੀ ਪਾਣੀ ਪੀ ਪੁੱਤ ਤੇਰੀ ਮੰਮੀ ਕਿੱਧਰ ਗਈ ਹੈ ਪਤਾ ਨਹੀਂ ਤਾਈ ਜੀ ਉਹ ਤਾਂ ਮੈਨੂੰ ਲੱਗਦਾ ਕਿਸੇ ਦੇ ਕਹਿਣ ਨਾ ਗਏ ਹੁਣ ਓਹੋ ਫੋਟ ਫਿੱਟੇ ਮੈਂ ਉਹਦਾ ਮੈਨੂੰ ਆ ਦੱਸ ਅਸੀਂ ਤਾਂ ਆ ਕੇ ਘਰੇ ਬਹਿ ਗਈਆਂ ਉਹ ਆਪ ਤੁਰੀ ਫਿਰਦੀ ਆ ਹੁਣ ਲੈ ਦੇਖ ਲੈ ਰਾਜ ਦਾ ਤਾਂ ਉਹ ਕੰਮ ਹੋ ਗਿਆ ਕਿ ਸਕਿਆਰ ਵੇਲੇ ਕੁੱਤੀਆਂ ਮਤ ਆਈ ਉਹੀ ਗੱਲ ਹੈ ਲੈ ਆਪਾਂ ਕਦੋਂ ਦੇ ਬੈਠੇ ਹਾਂ ਹਲ ਤੱਕ ਆਪ ਬੌੜੀ ਨਹੀਂ ਕਿੱਧਰੋਂ ਉਹੀ ਤਾਂ ਹੈਗਾ ਉਹ ਇਹਨਾਂ ਗੱਲੀ ਲੱਗੀ ਹੋਵੇ ਕਿਤੇ ਕੀ ਪਤਾ ਕਿੱਧਰ ਗਈ ਹੈ ਲਓ ਜੀ ਵੇ ਮਗਰ ਐਂ ਕਰ 6 ਦਿਨ ਆ ਜਾ ਚੰਗਾ ਕੱਪੜੇ ਪਾ ਕੇ ਕੋਈ ਨਹੀਂ ਆ ਗਈ ਬਸ ਮੈਂ ਹੋਰ ਜ਼ਿਆਦਾ ਟਾਈਮ ਨਾ ਲਾਈ ਹੋਰ 5 ਮਿੰਟ ਆ ਜਾ ਗਈ ਮੈਂ ਠੀਕ ਆ ਚੰਗਾ ਆਉਂਦੀ ਹੈ ਲੈ ਪਤਾ ਨਹੀਂ ਕਿਹਦੇ ਕੋਲੋਂ ਕੱਚ ਕੇ ਆਈ ਹੈ ਕੁੜੇ ਰਾਜ ਤੂੰ ਚੰਗੀ ਕਰਦੀ ਹੈ ਅਸੀਂ ਕਦੋਂ ਜੇ ਘਰੇ ਬੈਠੀਆਂ ਆਪ ਤਾਂ ਪਤਾ ਨਹੀਂ ਕਿੱਦਾਂ ਤੁਰੀ ਫਿਰਦੀਆਂ ਨਹੀਂ ਮੈਂ ਤਾਂ ਭੈਣੇ ਖੇਤ ਵਾਲਿਆਂ ਦੇ ਕਹਿਣ ਗਈ ਸੀ ਉਹੀ ਲੇਟ ਹੋ ਗਈ ਮਾੜੇ ਮਾੜੇ ਨਾਲ ਚੱਲ ਕੋਈ ਨਾ ਤੁਸੀਂ ਬੈਠੋ ਮਾੜੇ ਜਿਹਾ ਮੈਂ ਕੱਪੜੇ ਪਾ ਲਾਂ ਨਾ ਕੇ ਚੱਲ ਚੰਗਾ ਜਾਣ ਦਾ ਕੀ ਪ੍ਰੋਗਰਾਮ ਹੈ ਹੁਣ ਨਹੀਂ ਚੱਲਦੇ ਆ ਬਸ ਜਾਣ ਦਾ ਪ੍ਰੋਗਰਾਮ ਕੀ ਆ ਬਸ ਹੁਣ ਹੋ ਜੂਗੀ ਤਿਆਰ ਮਾੜੇ ਛੇਤੀ ਤਿਆਰ ਹੋ ਜੀ ਕੋਈ ਨਾ ਕੋਈ ਨਾ ਧੁੱਪ ਚੜੀ ਜਾਂਦੀ ਉੱਪਰ
ਮੰਗਾ ਵੀ ਆ ਗਿਆ ਲੈ ਮੰਗੇ ਐਂ ਕਰ ਆਪਣੀ ਗੱਡੀ ਕੱਟ ਪੁੱਤ ਬਾਹਰੇ ਰਲ ਕੇ ਸਾਰੇ ਤੇਲ ਪਵਾ ਦਾਂਗੇ ਕੋਈ ਨਾ ਕੱਢ ਲੈਣੇ ਬੀਬੀ ਹੋਰ ਪੁੱਤ ਨਾਲੇ ਆਪਾਂ ਨੇ ਕਿਹੜਾ ਇਕੱਲਿਆਂ ਨੇ ਤੇਲ ਪਵਾਉਣਾ ਸਾਰਿਆਂ ਨੇ ਰਲ ਕੇ ਪਵਾਉਣਾਗਾ ਰਾਜਾ ਕਿਉਂ ਬੋਲੀ ਹੋਈ ਆ ਤੂੰ ਹੈ ਘਰ ਘਰ ਦੇ ਬਾਗ ਚੱਲਦੇ ਆਪਾਂ ਉਹ ਚੌਣੇ ਤੋਂ ਕੀ ਕਰਾਵੇਂਗੀ ਉਹਨਾਂ ਦਾ ਸਰਵੇ ਟਪਣਾ ਜਾਣਗੇ ਘਰ ਨੂੰ ਉਹ ਮੇਰੀ ਗੱਲ ਸੁਣ ਦੇਖ ਜੇ ਤੇਰਿਆਂ ਦੇ ਕੁਛ ਹੋ ਗਿਆ ਭਾਵੇਂ ਜਮਾਂ ਨਾ ਲੈ ਕੇ ਜਾਈ ਇਹਨਾਂ ਨੂੰ ਤਾਂ ਭਾਈ ਮੈਂ ਲੈ ਕੇ ਜਾਊਂਗੀ ਹੁਣ ਨਹੀਂ ਬੋਲੀਏ ਉੱਥੇ ਇਹਨੇ ਕੁਛ ਨਹੀਂ ਕਰਨਾ ਉੱਥੇ ਜਾ ਕੇ ਚੁਗਲੀਆਂ ਕਰਨਗੇ ਹੈ ਇਹਨਾਂ ਦਾ ਘਰ ਢਿਆ ਹੋਇਆ ਇਹਨਾਂ ਦੇ ਫਲਾਣਾ ਇਹਨੇ ਧਿਮਕਾ ਆਹ ਸੂਟ ਆ ਇਹਨੇ ਹੋਰ ਇਹਨੇ ਕੁਛ ਨਹੀਂ ਕਰਨਾ ਕੰਮ ਦੀ ਗੱਲ ਮੈਂ ਤੈਨੂੰ ਸਿਖਾ ਹੋਰ ਬੀਬੀ ਤਾਂ ਉਈ ਹੇੜ ਬੰਨ ਲਈ ਇੰਨੀ ਮੈਂ ਬਸ ਕਰ ਬੇ ਚੁੱਪ ਕਰ ਜਾ ਤੂੰ ਵੀ ਤਾਇਆ ਦਾ ਚਮਚਾ ਚੱਲ ਉਹ ਕਾਨੂੰ ਮੱਲਾ ਤੇਲੀ ਦਾ ਤੇਰਾਂ ਵਗ ਜਾਣਾ ਪਰ ਉਹ ਆਪਦੀ ਅੜੀ ਤੋਂ ਨਹੀਂ ਮੁੜਦਾ ਉਹ ਗੱਲ ਇਹਦੀ ਆ ਇਹ ਹੁਣ ਤੇਲੀ ਕਿੱਥੋਂ ਫਸਾ ਲਿਆ ਵਿੱਚ ਬੋਲੀ ਨੀ ਚਾਚੀ ਕਾਹਨੂੰ ਤੂੰ ਵੀ ਭੜਕ ਜਾਨੀ ਇਹਦਾ ਤਾਂ ਸੁਭਾਅ ਹੈ ਬੋਲਦਾ ਬੋਲੀ ਜਾਣ ਦੇ ਤੈ ਨਸੇ ਤੂੰ ਕੀ ਲੈਣਾ ਘਰੇ ਆਪਾਂ ਉੱਠ ਕੇ ਕੀ ਕਰਾਂਗੇ ਘਰੇ ਚੱਲੀਏ ਜੁਗਲੀ ਜਾਣਾ ਨਾ ਕਹਿੰਦੀ ਚੱਲੀਏ ਮੈਂ ਤਾਂ ਤੜਕੇ ਦੀ ਰੋਟੀ ਨਹੀਂ ਖਾਧੀ ਕਿ ਘਰੇ ਚੱਲੀਏ ਘਰੇ ਆ ਕੇ ਦੱਸ ਕੀ ਕਰੂੰਗੀ ਮੈਂ ਫੁਲਕੇ ਖਵਾਊਗਾ ਤੈਨੂੰ ਹੇ ਕੋਈ ਨਾ ਚਾਚੀ ਬਹਿ ਜਾ ਸ਼ਾਂਤੀ ਨਾਲ ਆਪਾਂ ਕਿਹੜਾ ਇਹਦੇ ਮੂੰਹ ਨੂੰ ਆਇਆ ਆਪਾਂ ਤਾਂ ਰਾਜ ਦੇ ਮੂੰਹ ਨੂੰ ਆਇਆ ਚੱਲ ਚੁੱਪ ਕਰ ਕੋਈ ਨਾ ਕੋਈ ਨਾ ਠੀਕ ਜੋ ਲੈ ਮਗਰਾ ਬੁੜੀਆਂ ਤਾਂ ਬੈਠੀਆਂ ਨੇ ਆਪਾਂ ਤਾਂ ਇੱਥੇ ਹੀ ਬਹਿ ਜਾਂਦੇ ਆ ਜਦੋਂ ਤੁਰਨਗੇ ਤੁਰ ਪਾਂਗੇ ਹੋਰ ਕੀ ਫਿਰ ਬਹਿ ਜਾ ਆਰਾਮ ਕਰ ਲਾ ਦੋ ਮਿੰਟ ਨੀ ਚਾਚੀ ਆ ਬੁਲਾ ਲੈ ਤੂੰ ਰਾਜ ਨੂੰ ਅੰਦਰੋਂ ਨਹੀਂ ਨਿਕਲਣ ਚਾਹੁੰਦੀ ਤਾਂ ਹੀ ਤਾਂ ਫਿਰ ਗਾਲਾਂ ਖਾਂਦੀ ਹੈ ਹੋਰ ਕਵੇਲਾ ਕਰਾਤਾ ਇਹਨੇ ਤਾਂ ਨੀ ਰਾਜ ਆ ਜਾ ਕੁੜੇ ਫਿਰ ਚੱਲੀਏ ਹੁਣ ਨਹੀਂ ਆਉਂਦੀਆਂ ਭੈਣੇ ਆਉਂਦੀਆਂ ਖੜ ਜਾਓ ਬੇ ਮੰਗੇ ਗੱਡੀ ਕੱਢ ਲਈ ਬਾਹਰੇ ਨੀ ਗਾਗਨ ਆ ਜਾ ਲੇਟ ਹੋ ਰਿਹਾ ਪਹਿਲੀ ਵਾਰ ਤੇਰਾ ਆ ਜਾ ਭੱਜਿਆ ਕਰਾਂ ਗੱਡੀ ਤਾਂ ਤੈਨੂੰ ਮੈਂ ਕਢਾਉਣਾ ਚੱਲ ਚਾਚੀ ਖੜੀ ਹੋ ਆ ਕੇ ਚਾਚੀ ਨੀ ਭੈਣੇ ਚਾਹ ਪਾਣੀ ਪੀ ਲਿਆ ਤੇ ਕਿਨਾ ਤੁਸੀਂ ਨੇ ਨੀ ਚਾਚੀ ਕਿਹੜਾ ਚਾਹ ਪਾਣੀ ਆ ਤਾਇਆ ਤਾਂ ਉਦੋਂ ਦੀ ਕੁੱਦਣ ਲੱਗ ਰਿਹਾ ਜਦੋਂ ਦੀ ਅਸੀਂ ਆਈਆਂ ਨੀ ਉਹਦੀ ਗੱਲ ਦਿਲ ਤੇ ਨਾ ਲਾਇਆ ਕਰੋ ਉਹ ਤਾਂ ਹੈਗੀ ਇਹੋ ਜਿਹਾ ਕੁਛ ਨਹੀਂ ਹੁੰਦਾ ਮਗਰਾ ਬਹੁਤ ਟਾਈਮ ਲਾਤਾ ਇਹਨਾਂ ਨੇ ਉਹ ਆਉਂਦੀ ਨਹੀਂ ਕੋਈ ਇਹ ਪੁੱਛਾਂ ਭਾਬੀ ਨੂੰ ਇਹ ਭਾਬੀ ਕੀ ਕਰਨ ਲੱਗ ਗਿਆ ਹੁਣ ਜਾਣਾ ਨਹੀਂ ਹੈਗਾ ਬੇ ਆਉਣੀ ਆ ਮਗਰਾ ਆਉਣੀ ਆ ਖੜ ਜਾ ਦੋ ਮਿੰਟ ਨੀ ਚਾਚੀ ਜਾਵਾਂਗੇ ਕਾਤੇ ਗੱਡੀ ਤੇ ਜਾਵਾਂਗੇ ਹੋਰ ਕਾਤੇ ਜਾਵਾਂਗੇ ਫਿਰ ਮੁੰਡੇ ਨੂੰ ਕਹਿ ਦੇ ਗੱਡੀ ਕੱਟ ਲੂਗਾ ਉਰੀ ਖੜੀ ਰਹੇਗੀ ਹੁਣ ਓਹੋ ਬੇ ਮੱਗੇ ਆ ਜਾ ਪੁੱਤ ਲੇਟ ਹੋਈ ਜਾਂਦੇ ਆ ਨਾਲੇ ਤੇਰੀ ਚਾਚੀ ਕਾਹਲ ਕਰੀ ਜਾਂਦੀ ਆ ਆ ਜਾ ਸੇਤੀ ਮੇਰੇ ਪੁੱਤ ਆਉਣਾ ਬੀਬੀ ਆਉਣਾ ਨੀ ਭੈਣੇ ਇਹਨੇ ਬਹਿ ਜਾ ਆਉਂਦਾ ਮੁੰਡਾ ਇਹਨੇ ਬਹਿ ਚਾਚੀ ਹੋਰ ਮੈਂ ਇੱਥੇ ਕਿ ਵੇਲਾ ਕਰਤਾ ਨੀ ਕੋਈ ਨਾ ਭੈਣੇ ਆ ਜਾਣਦੇ ਮੁੰਡੇ ਨੂੰ 2 ਮਿੰਟਾਂ ਚ ਆ ਜਾਊਗਾ ਕੀ ਕਾਲੀ ਆ ਉਹੀ ਪਾਰਾ ਥੱਲੇ ਅੱਗੋਂ ਮਚਾਰ ਖੇਤ ਐ ਵੀ ਆਏ ਹਾਏ ਉਹ ਮੰਗੇ ਉਹ ਰਾਹ ਪੁੱਤ ਮੜ ਜਾ ਹਾਂ ਤਾਂ ਆ ਐ ਨਹੀਂ ਲੋਟਾਉਂਦੀ ਇਹ ਤਾਂ ਕੰਮ ਕਰਨਾ ਫੂ ਕੋਈ ਨਾ ਕੋਈ ਮੜੇ ਕੰਨ ਕਰ ਉਹਨਾਂ ਨੂੰ ਗੱਡੀ ਦੀ ਚਾਬੀ ਨੀ ਦਿੰਦਾ ਕਹਿੰਦਾ ਮੈਂ ਨੀ ਦਿੰਦਾ ਹੈਗਾ ਬੂ ਮੈਂ ਮਰ ਜਾ ਇਹ ਤਾਂ ਪਟਮੇਲੇ ਹੀ ਐਂ ਕਰਦਾ ਗਾ ਕਿਤੇ ਜਾਣਾ ਹੋਵੇ ਵਿੱਚ ਨੇ ਟੰਗ ਪਸਾਉਣੀ ਪਸਾਉਣੀ ਜਾਣ ਲੱਗੇ ਚੱਲ ਐਂ ਕਰ ਮੈਂ ਪੁੱਛਦੀ ਹਾਂ ਜਾ ਕੇ ਚਾਬੀ ਤਾਂ ਕਿਵੇਂ ਨੀ ਦਿੰਦਾ ਉਹ ਤੂੰ ਕੀ ਪੁੱਛੇਗੀ ਜਦੋਂ ਉਹਨੇ ਮੈਨੂੰ ਨਹੀਂ ਦਿੱਤੀ ਹੈਗੀ ਬੇ ਹੁਣ ਚਾਬੀ ਦੇ ਦੇ ਕਿਉਂ ਬਦੀਨ ਕਰਦਾ ਤੂੰ ਸਾਨੂੰ ਕੀ ਮੈਂ ਬਦੀਨ ਕੀ ਕਰਦਾ ਬਦੀਨ ਤਾਂ ਤੂੰ ਕਰਦੀ ਆ ਹੈ ਤੈਨੂੰ ਕਿਹਾ ਵੀ ਤੂੰ ਘਰ ਘਰ ਦੇ ਵਗ ਜਾ ਉਹਨੇ ਤੂੰ ਗਾਹ ਛਿੜਾਵੇਂਗੀ ਇਹ ਦੱਸ ਮੈਨੂੰ ਬੇ ਕਿਉਂ ਮੇਰੀ ਬੇਇੱਜ਼ਤੀ ਕਰਾਉਣਾ ਗਾ ਹੁਣ ਆਈਆਂ ਬੈਠੀਆਂ ਨੇ ਹੁਣ ਜਾਣਾ ਤਾਂ ਪਊਗਾ ਤੂੰ ਤਾਂ ਬੇਇੱਜ਼ਤੀ ਕਰਾਉਣ ਦੇ ਤੁਲਿਆ ਬੈਠੇਗਾ ਬੇਇੱਜ਼ਤੀ ਤਾਂ ਤੂੰ ਕਰਾਉਣੀ ਆ ਮੇਰੀ ਮੈਨੂੰ ਐਂ ਦੱਸ ਹੈ ਕਿਤੇ ਨਹੀਂ ਮੈਨੂੰ ਖੜਨ ਦੀ ਘਰੇ ਤੂੰ ਨਹੀਂ ਖੜਨ ਦੀ ਬਾਹਰ ਲੋਕ ਨਹੀਂ ਮੈਨੂੰ ਖੜਨ ਦਿੰਦੇ ਦੱਸ ਵੀ ਆਹ ਸੋਚ ਲਈ ਦੇਖ ਲਾ ਕੀ ਗੱਲ ਆ ਬੇਇੱਜ਼ਤੀ ਕਰਾਉਣ ਨੂੰ ਕਿ ਮੈਂ ਨਿਕਲ ਕੇ ਬਾਗੀ ਲੈ ਦੇਖ ਲਾ ਆਹੀ ਕਸਰ ਰਹਿੰਦੀ ਇਹ ਵੀ ਕਰਦੇ ਪੂਰੀ ਹਾਂ ਕਰਦੇ ਪੂਰੀ ਇਹ ਵੀ ਤੂੰ ਕਰਨੀ ਆ ਜੇ ਦੇਖ ਲੈ ਸ਼ਰਮ ਨਹੀਂ ਆਉਂਦੀ ਹੈਗੀ ਦੇਖ ਲੈ ਕਿਵੇਂ ਬੋਲਦਾ ਬੇ ਇੰਨੀ ਕੁ ਗੱਲ ਤੋਂ ਕਿੱਥੇ ਲੈ ਕੇ ਵਾਗਿਆ ਬੇ ਬੁੜੀ ਨੂੰ ਦੇਖੇ ਇਹਨੇ ਦਾਅ ਕਰ ਦੇਣਗੇ ਦੇ ਦੇ ਚਾਬੀ ਕਿਉਂ ਉਹੀ ਪਕਾਈ ਕਰਦਾਗਾ ਲਿਕੜਨ ਦਾ ਚੋਆ ਲਿਕੜੇ ਜਾ ਤੂੰ ਕਰ ਲਾ ਉਹਦਾ ਚੋਪੂਰਾ ਨਹੀਂ ਮੈਂ ਮਰ ਜਾ ਹੁਣ ਦੇਖ ਲੈ ਬੇ ਮੰਗੇ ਕਈਆਂ ਜਿਹਾ ਗੱਲਾਂ ਕਰਦਾ ਤੇਰਾ ਤਾਇਆ ਲੈ ਦੇਖ ਲੈ ਮੈਂ ਤਾਂ ਉਰਵਾਜ ਨਹੀਂ ਕਹਿੰਦੀ ਤੀਗੀ ਦੱਸ ਮੈਂ ਹੁਣ ਲਿਖੂੰ ਜਾਂ ਉਮਰੇ ਦੇ ਤਾਂ ਸਹੀ ਉਹ ਮਾਤਾ ਇਹ ਨਹੀਂ ਹੁਣ ਦਿੰਦਾ ਇਹ ਤਾਂ ਆਪਦੀ ਅੜੀ ਤੇ ਪੱਕਾ ਬੇ ਮੰਗੇ ਬੇ ਭੋਲ ਭਲਾ ਕੇ ਕਰ ਦੇ ਦੂਗਾ ਚਾਬੀ ਨਹੀਂ ਐਵੇਂ ਵਾਧੂ ਮੈਂ ਤਾਂ ਹੋਰ ਕੁਛ ਸੁਣੂਗਾ ਉਹ ਮੈਂ ਤਾਂ ਪਹਿਲਾਂ ਮਿੰਤਾਂ ਕਰ ਗਿਆ ਤੂੰ ਆ ਜਾ ਕੋਈ ਹੋਰ ਇਹ ਹਿੱਲਾ ਕਰਨਾ ਪਊ ਨਹੀਂ ਭਣੇ ਹੱਟ ਤੱਕ ਆਈ ਨਹੀਂ ਗੀ ਪੁੱਛ ਲੈ ਕੀ ਕਰਦੇ ਨੇ ਅੰਦਰੇ ਪਤਾ ਨਹੀਂ ਕਿ ਅੰਦਰੇ ਬੱਚੇ ਫੜਨ ਲੱਗ ਗਈ ਨੀ ਕੁੜੀਏ ਦੇਖ ਤੇਰੀ ਮਾਂ ਨੂੰ ਬਾਈ ਮੁੜ ਕੇ ਨਿਕਲੀ ਨਹੀਂ ਹੈਗੀ ਅੰਦਰੋਂ ਉਹ ਤਾਇਆ ਜੀ ਤਾਂ ਪੈਸੇ ਲੈਣ ਲੱਗ ਗਏ ਹੋਣੇ ਜੀ ਆਉਂਦੀ ਹੋਣੇ ਦੱਸ ਕਹਿੰਦੀ ਪੈਸੇ ਲੈਣ ਲੱਗ ਗਈ ਨੀ ਵੀ ਤੂੰ ਪਹਿਲਾਂ ਪੈਸੇ ਫੜ ਲੈ
ਹੁਣ ਖੜੇ ਪੈਰ ਪੈਸੇ ਯਾਦ ਆ ਗਏ ਤੇ ਬੈਠਿਆਂ ਦੀ ਵੀ ਤੂੰ ਹੀ ਆਕੜ ਬੇ ਤੂੰ ਨਹੀਂ ਮਰਦਾ ਹੈਗਾ ਕਿਤੇ ਲੋਕਾਂ ਦੇ ਬੁੜੇ ਨਾ ਖੁੰਡਾਂ ਦੇ ਬੈਠੇ ਰਹਿੰਦੇ ਨੇ ਤੂੰ ਇੱਥੇ ਖੜੇਗਾ ਸਾਰਾ ਦਿਨ ਨਹੀਂ ਤੂੰ ਪਰਾਂ ਹੋ ਜਾ ਮੈਂ ਮਾਰ ਕੇ ਖੁੰਡਾ ਕਨਾ ਤੇਰੇ ਮੋਹਰ ਤੋੜ ਦੂੰ ਇਹ ਤੂੰ ਦੇਖ ਲਈ ਗੱਲ ਤੂੰ ਮੇਰੇ ਹੱਥ ਲਾ ਕੇ ਦਿਖਿਆ ਤੈਨੂੰ ਮੈਂ ਦੱਸੂੰਗੀ ਕਾਬੀਆਂ ਦਾ ਸੌ ਹੁੰਦਾਗਾ ਹੱਥ ਤਾਂ ਲਾ ਮੇਰੇ ਤੋਂ ਤੂੰ ਮੈਂ ਮਰ ਜਾ ਚਾਚੀ ਉਹ ਲੜ ਪੇ ਫੇਰ ਫਸਾ ਲੈ ਹੁੰਦਾ ਦਵਾਰੇ ਸਿੰਘ ਮੈਂ ਤੈਨੂੰ ਕਿਹਾ ਨਹੀਂ ਜੀ ਮੇਰੇ ਦੇ ਬੁੜਾ ਨਹੀਂ ਖੈਰ ਹੱਥਾਂ ਕੰਜਰ ਲੜਾਈ ਪਾ ਲੈਂਦੇ ਜਰਕ ਦੇਣੀ ਗੱਲ ਤਾਂ ਤੇਰੀ ਚਾਚੀ ਸਹੀ ਹੈ ਮੈਂ ਤਾਂ ਉਹੀ ਸਮਝਦੀ ਤੇ ਸਿਆਣਾ ਬਿਆਣਾ ਕਾਹਨੂੰ ਲੜਦਾ ਬਿਆਣਾ ਕਾਹਨੂੰ ਇਹ ਇਹ ਤਾਂ ਛਿੱਤਰ ਖਾ ਕੇ ਸੂਤ ਆਉਂਦਾ ਵੀ ਚੱਲ ਚੱਲੀਏ ਹੁਣ ਫੇਰ ਪਰਾਂ ਵਗ ਜਾ ਮੇਰੀ ਅੱਖਾਂ ਤੋਂ ਮੈਂ ਤੈਨੂੰ ਦੱਸਾਂ ਕਰ ਹਾਂ ਬੀਬੀ ਤੂੰ ਹੀ ਮੁੜ ਜਾ ਹਿੰਡ ਤੋਂ ਨਾ ਤੂੰ ਮੈਨੂੰ ਕਹਿ ਦਿਆ ਕਰ ਇਹਨੂੰ ਨਾ ਕਹੀਂ ਕੁਛ ਚੰਗਾ ਉਹ ਤੂੰ ਆ ਜਾ ਬੇ ਮੰਗੀ ਆ ਜਾ ਵੀ ਕੀ ਕਹਿਣਗੇ ਦੱਸ ਨਹੀਂ ਆ ਜਾ ਚਾਚੀ ਕੀ ਹੋ ਗਿਆ ਨਹੀਂ ਹੋਣਾ ਕੀ ਤੀ ਉਹ ਕੰਜਰ ਚਾਬੀ ਨਹੀਂ ਦਿੰਦਾ ਗੱਡੀ ਦੀ ਉਹ ਲਈ ਬੈਠਿਆਗਾ ਨਹੀਂ ਬੱਸ ਦੇ ਵਗ ਚੱਲਦੇ ਆ ਖਾਲਸਾ ਆਉਣ ਵਾਲੀ ਹੈ ਨਹੀਂ ਬੱਸ ਤੇ ਕਾਹਨੂੰ ਚੱਲਾਂਗੇ ਆ ਮੱਗਰ ਨਾਲ ਕਰਦੇ ਆ ਗੱਲ ਮੱਗਰ ਵਾਲੀ ਗੱਡੀ ਕਢਾਉਣੇ ਬਾਰੇ ਆ ਜਾ ਆ ਜਾ ਥੋੜੀ ਮਿੰਟ ਦਿਆਂਗੇ ਉਹਦੇ ਕਹੇ ਤੋਂ ਆਪਾਂ ਬੇ ਮੱਗਰਾ ਮੇਰੀ ਗੱਲ ਸੁਣ ਭਾਈ ਨਾ ਗੱਲ ਤਾਂ ਮੈਂ ਥੋੜੀ ਸੁਣ ਲੈਂਦਾ ਜੀ ਮੈਨੂੰ ਤੁਸੀਂ ਐਂ ਦੱਸੋ ਅੰਦਰੇ ਕੀ ਕਰੀ ਜਾਂਦੇ ਹੋ ਨਾ ਹੁਣ ਉਦੋਂ ਜਾਓਗੇ ਜਦੋਂ ਅਗਲੇ ਨੇ ਸਮਾਨ ਇਕੱਠਾ ਕਰ ਲਿਆ ਬੇ ਮੱਗਰਾ ਐਂ ਕਰ ਤੇਰੀ ਗੱਡੀ ਲਿਆ ਕੱਢ ਕੇ ਆਪਾਂ ਤੇਰੀ ਗੱਡੀ 'ਚ ਚੱਲਾਂਗੇ ਮੇਰੀ ਗੱਡੀ ਲੈ ਕੇ ਆਵਾਂ ਨਾ ਤੁਹਾਡੇ ਘਰੇ ਸੰਦ ਥੋੜੇ ਨੇ ਜੀ ਟਰੈਕਟਰ ਟਰਾਲੀ ਤੁਹਾਡੇ ਖੜਾ ਗੱਡੀ ਤੁਹਾਡੇ ਖੜੀ ਆ ਉਹਨਾਂ 'ਚੋਂ ਇੱਕ ਚੀਜ਼ ਲੈ ਜਾਂਦੇ ਆਪਾਂ ਓਹੋ ਮੱਗਰਾ ਡੁੱਬੀ ਤਾਂ ਜੇ ਸਾਹ ਨਾ ਆਇਆ ਨਹੀਂ ਰਾਜ ਆ ਸਾਹ ਤਾਂ ਤੈਨੂੰ ਬਥੇਰਾ ਜੂਗਾ ਹੈ ਅਗਲੂ ਹੱਥ ਮਾਰ ਮਾੜਾ ਮੋਟਾ ਆਹ ਮੁੰਡੇ ਨੂੰ ਲੈ ਕੇ ਤੂੰ ਵਗ ਜਾ ਦੋਏ ਜਾਣੇ ਹੈ ਆਹ ਲੰਡੀਆ ਕਤੀੜ ਤੋਂ ਕੀ ਉੱਥੇ ਮੂੰਗੀ ਦਲਾਵੇਂਗੀ ਤੂੰ ਮੈਨੂੰ ਐਂ ਦੱਸਾਂ ਬੇ ਮੈਂ ਤਾਂ ਚਾਹੇ ਮੂੰਗੀ ਦਲਾਵਾਂ ਚਾਹੇ ਮੋਠ ਤੈਨੂੰ ਦੱਸ ਕੀ ਲੈਣਾ ਗਾ ਤੂੰ ਆਪਦੀ ਚਾਬੀ ਨਾ ਗਿੱਜੇ 'ਚ ਪਾਈ ਰੱਖ ਗੱਡੀ ਦੀ ਲੈ ਲਾ ਮੋਟਰਸਾਈਕਲ ਦੀ ਚਾਬੀ ਸਾਰੀ ਗਿੱਜੇ 'ਚ ਪਾ ਲਾ ਠੀਕ ਆ ਮੈਂ ਤਾਂ ਲੈ ਕੇ ਜਾਊਂਗੀ ਮੈਂ ਨਹੀਂ ਹੜਦੀ ਤੇਰਾ ਦੱਸ ਕੀ ਢਿੱਡ ਦੁਖਦਾ ਗਾ ਤੂੰ ਤਾਂ ਵਿੱਚ ਟੰਗ ਐਂ ਪਸਾਉਣਾ ਹੁੰਦਾ ਨਾ ਦੁੱਖ ਦੇਖੇ ਨਾ ਸੁੱਖ ਦੇਖੇ ਨਹੀਂ ਰਾਜ ਕੋਈ ਕਰ ਹੀਲਾ ਭੈਣੇ ਤੁਸੀਂ ਤਾਂ ਲੜਨੇ ਲੱਗ ਗਏ ਹੋਰ ਚਾਚੀ ਕਰ ਕੋਈ ਹੀਲਾ ਆਪਾਂ ਤਾਂ ਪਹਿਲੀ ਲੇਟ ਹੋ ਰਹੇ ਦੇਖ ਕਿੰਨਾ ਟਾਈਮ ਹੋ ਗਿਆ ਆਹ ਦੇਖ ਲਾ ਲੰਗੜੀ ਜੀ ਨੂੰ ਕਿਵੇਂ ਕਹਾਲ ਹੋ ਰਹੀ ਹੈ ਨਾ ਤੈਨੂੰ ਬੁਲਾਇਆ ਦੀ ਕਿਸੇ ਨੇ ਕਿਵੇਂ ਟੌਰ ਚੱਕੀ ਫਿਰਦੀ ਆ ਹੈ ਇੱਕ ਉਹ ਦੈਂਗੜ ਜੀ ਨੂੰ ਲਈ ਫਿਰਦੀ ਆ ਨਾਲ ਹੋਰ ਤਾਂ ਤੁਹਾਨੂੰ ਕੰਮ ਨਹੀਂ ਹੈਗਾ ਕੋਈ ਹੈ ਇਹ ਦੱਸੋ ਪਹਿਲਾਂ ਮੈਨੂੰ ਆ ਦੇਖ ਲੈ ਰਾਜ ਕਿਵੇਂ ਬੋਲਣ ਲੱਗ ਰਿਹਾ ਹੈ ਇਹਦਾ ਮਤਲਬ ਕੀ ਹੈ ਸਾਨੂੰ ਬੋਲਣ ਦਾ ਤੂੰ ਸਾਡੇ ਚੰਗੇ ਜੌਂ ਟੰਗਾਉਣ ਲੱਗ ਰਹੀ ਹੈ ਬੇਇੱਜ਼ਤੀ ਕਰਨ ਸਾਡੇ ਘਰੇ ਸੱਦ ਕੇ ਇਹਦੋਂ ਸੜੇ ਹੋਏ ਤੋਂ ਨਹੀਂ ਭੈਣੇ ਕੀ ਕਰਾਂ ਇਹਦਾ ਬੈਠ ਕੇ ਦਾ ਇਹਨੇ ਤਾਂ ਮੈਂ ਤਪਾ ਰੱਖੀ ਆਂਗੀ ਦੱਸ ਇਹਨੂੰ ਕੀ ਸਮਝਾਵਾਂ ਜਵਾਕ ਤਾਂ ਹੋਵੇ ਸਮਝਾ ਦਾਂ ਇਹਨੂੰ ਤਾਂ ਸਿੱਤਰ ਖਾਣ ਦੀ ਬਾਣ ਪਈ ਹੋਈ ਹੈਗੀ ਬਈ ਜਿਵੇਂ ਤੂੰ ਬੋਲਦਾ ਨਾ ਜੇ ਮੇਰੇ ਮੁੰਡਿਆਂ ਨੂੰ ਪਤਾ ਲੱਗ ਗਿਆ ਤੇਰੇ ਪਾੜ ਕੇ ਵਿਚਾਲੋ ਦੋ ਕਰ ਦੇਣਗੇ ਕੰਜਰ ਦੇ ਨਹੀਂ ਮੈਂ ਜਾਣਦਾ ਤੇਰੇ ਮੁੰਡਿਆਂ ਨੂੰ ਹੈ ਗੱਲਾਂ ਮਾਰਦੀਆਂ 20 ਵਾਰੀ ਕੁੱਟੇ ਨੇ ਮੇਲਿਆਂ 'ਚ ਹਾਂ ਬੇ ਮੈਨੂੰ ਕਿਸੇ ਨਾਲ ਬਰਤਨ ਜੋਗੀ ਛੱਡੇਗਾ ਵੀ ਕਿਉਂ ਆਡੇ ਲਾਉਣਾ ਹੁੰਦਾ ਗਾ ਜੀ ਜੀ ਨਾਲ ਪੈਰ ਪਵਾ ਰੱਖਿਆ ਗਾ ਨਾ ਬਰਤਨ ਦੀ ਕਸਰਿਆ ਹਲੇ ਹੈ ਸਾਰੇ ਪਿੰਡ ਦਾ ਫਿਰਦੀਆਂ ਭੌਂਕਦੀ ਤੂੰ ਮਾਰਦੀਆਂ ਗੱਲਾਂ ਨਹੀਂ ਗਾਕਣਾ ਮਾੜਾ ਮੋਟਾ ਤੇਰੇ ਤਾਏ ਨੂੰ ਤੂੰ ਹੀ ਸਮਝਾ ਲੈ ਵੀ ਕਾਹ ਤੋਂ ਖਰੂ ਪਾਇਆ ਮੈਂ ਕਹਿਣੀ ਹੈ ਜੇ ਤਾਏ ਮੈਂ ਕਹਿ ਮਾੜਾ ਜਾ ਕੇ ਤਾਇਆ ਜੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਇੱਥੇ ਖੜੇ ਬੋਲੀ ਜਾਂਦੇ ਹੋ ਤੁਸੀਂ ਅੰਦਰ ਵਗ ਜਾਓ ਇੱਕ ਵਾਰ ਤਾਂ ਜਾਣਾ ਹੀ ਆ ਪਰ ਇਹ ਜਾ ਆਉਣ ਦੋ ਸਾਨੂੰ ਉਹ ਭਾਈ ਮੈਂ ਤਾਂ ਅੰਦਰ ਆ ਜਵਾਖੋ ਤੇਰੀ ਮਾਂ ਨੇ ਕਿੱਥੇ ਛੱਡਿਆ ਮੈਨੂੰ ਬਾਹਰ ਜਾਣ ਜੋਗਾ ਮੈਂ ਤਾਂ ਅੰਦਰ ਦੀ ਬੰਦੂਆ ਕਰ ਰੱਖਿਆ ਨੇ ਹਾਂ ਬੇਮੰਗੇ ਆ ਤੇਰੇ ਤਾਏ ਨੂੰ ਵਾੜ ਦੇ ਅੰਦਰ ਨਹੀਂ ਮੈਂ ਤਾਂ ਹੋਰ ਖੜਾ ਕਰਾ ਲੂਗਾ ਇੱਥੇ ਉਹ ਬਾੜਦਾ ਮਾੜ ਓਏ ਆ ਜਾ ਤਾਇਆ ਕਾਹ ਨੂੰ ਭਖੀ ਜਾਂਦਾ ਤੂੰ ਉਹ ਕਾਹ ਨੂੰ ਮੱਲ ਭਖਣ ਵਾਲੀ ਗੱਲ ਨਹੀਂ ਅਜੇ ਮੈਨੂੰ ਕਹਿੰਦੀ ਖੜਾ ਕਰਾਊ ਹੈ ਨਾ ਇਹਨੂੰ ਪੁੱਛਣ ਵਾਲਾ ਹੋਵੇ ਜਾਣਾ ਤਾਂ ਮਰਗ ਉੱਤੇ ਆ ਤੇ ਹੈ ਕੱਪੜੇ ਫਿਰਦੇ ਹੋ ਨਵੇਂ ਪਾਈ ਹੈ ਗੱਲਾਂ ਕੋਈ ਇਹ ਤਾਂ ਡਾਂਗ ਚੱਕ ਲੈ ਗੱਲ ਨਾ ਕਰੇ ਇੰਨੇ ਮੂਰੇ ਨਰੀ ਨਰੇ ਕੁੱਟ ਦੇ ਆ ਦੇਖ ਲੈ ਹੈ ਨਾ ਤੇਰੇ ਨਰੇ ਕੁੱਟਣ ਵਾਲਾ ਕਿ ਕੋਈ ਮਰ ਗਿਆ ਸਾਡੇ ਨਰੇ ਕੁੱਟ ਜਾ ਤੂੰ ਮੈਨੂੰ ਐਂ ਦੱਸ ਪਹਿਲਾਂ ਕਿਵੇਂ ਚੰਬੜੇ ਸੜਾ ਸਿਰ ਤੇ ਚੜਾ ਰੱਖਿਆ ਇਹਨਾਂ ਨੇ ਨਹੀਂ ਚਾਚੀ ਤੂੰ ਤਾਂ ਚੁੱਪ ਕਰ ਜਾ ਕਾਹਨੂੰ ਐਵੇਂ ਲੋਕਾਂ ਨੂੰ ਜਲੂਸ ਦਿਖਾਇਆ ਨਹੀਂ ਮੈਂ ਕਿਵੇਂ ਚੁੱਪ ਕਰ ਜਾ ਮੈਨੂੰ ਇਹ ਟੀਕਾ ਨਹੀਂ ਦਿੰਦੇ ਆ ਦੇਖ ਲੈ ਕਿਵੇਂ ਬੋਲਦਾ ਮੈਂ ਤਾਂ ਹਾਨੀ ਸਾਰ ਨੂੰ ਬੋਲਦੀ ਹਾਂ ਜਦ ਇਹ ਟਿਕਦਾ ਹੀ ਨਹੀਂ ਆਹੋ ਟਿਕ ਜਾ ਤੂੰ ਵੀ ਮੰਮੀ ਜੀ ਚਲੋ ਹੁਣ ਤੁਸੀਂ ਕੱਲ ਤੇ ਜਾਓਗੇ ਤੁਸੀਂ ਇੱਥੇ ਗਿੱਲਾ ਪੀਣਾ ਪਾ ਕੇ ਬੈਠ ਗਏ ਚੱਲਦੇ ਆ ਪੁੱਤ ਬੇ ਮੱਕਰਾ ਐ ਕਰ ਤੇਰੇ ਵਾਲੀ ਗੱਡੀ ਲਿਆ ਕੱਟ ਕੇ ਆ ਸਾਡੇ ਵਾਲਾ ਤਾਂ ਨਾ ਟਰੈਕਟਰ ਦੀ ਚਾਬੀ ਵੀ ਗੱਡੀ ਦੇ ਵੀ ਗੀਜੇ 'ਚ ਪਾਈ ਬੈਠਾ ਕਹਿੰਦਾ ਮੈਂ ਨਹੀਂ ਜਾਣ ਦਿੰਦਾ ਹੈਗਾ ਕਾਸੇ ਮਰਜ਼ੀ ਤੇ ਜਾਓ ਨਹੀਂ ਲੈ ਜੇ ਇਹ ਗੱਲ ਤੀ ਮੈਨੂੰ ਪਹਿਲਾਂ ਕਹਿਣਾ ਤੁਸੀਂ ਤੂੰ ਹੀ ਘੰਟੇ ਦਾ ਰੌਲਾ ਪਾ ਰੱਖਿਆ ਇੱਥੇ ਬੇ ਤੂੰ ਗੱਡੀ ਲਿਆ ਮਗਰਾ ਕਿਉਂ ਲੇਟ ਕਰਾ ਰੱਖਿਆ ਉਹਦਾ ਜਿਹਾ ਜਿਹਾ ਹੈਗਾ ਹੈਗਾ ਛੇਤੀ ਵਗ ਜਾਾਂਗੇ ਮੈਂ ਥੋੜੀ ਲੇਟ ਕਰਾਉਣਾ ਜੇ ਮੈਨੂੰ ਪਹਿਲਾਂ ਹੁੰਦਾ ਮੈਂ ਗੱਡੀ ਪਹਿਲਾਂ ਛੇੜ ਲਿਆਉਂਦਾ ਮੈਂ ਤਾਂ ਥੱਕ ਗਈ ਭੈਣੇ ਖੜੀ ਖੜੀ ਹੋਰ ਕਿਸੇ ਪਾਸੇ ਕਿਨਾਰੇ ਗੱਲ ਲੱਗਣੇ ਨਹੀਂ ਦਿੰਦਾ ਕੰਜਰ ਨਹੀਂ ਤੀਏ ਜਾ ਨਾਲ ਤਾਂ ਪਾਣੀ ਕੁੱਟ ਲਿਆ ਦੇ ਨਾਲ ਗੋਲੀ ਲਿਆ ਦੇ ਮੇਰਾ ਤਾਂ ਸਿਰ ਦੁਖੀ ਜਾਂਦਾ ਮੈਂ ਤਾਂ ਥੱਕ ਗਈ ਬਈ ਖੜੀ ਖੜੀ ਗਾਗ ਨਾ ਇੱਕ ਪੁੱਤ ਲੱਗਦੇ ਹੱਥ ਮੈਨੂੰ ਵੀ ਲਿਆ ਦੀ ਗੋਲੀ ਮੇਰਾ ਵੀ ਸਿਰ ਦੁਖਦਾ ਗਾ ਕਾਦੀ ਲੱਗ ਰਹੀ ਆ ਭੌਂਕਣ
ਕੀ ਹੈ ਭੜੀ ਇਹੋ ਜਿਹੇ ਬੰਦੇ ਮੈਂ ਤਾਂ ਅੱਜੇ ਦੇਖਿਆ ਹਰੇਕ ਕੰਮ 'ਚ ਟੰਗ ਅਡਾਉਂਦਾ ਹਰੇਕ 'ਚ ਡਾਉਂਦਾ ਹੈ ਨਹੀਂ ਇਹੋ ਜਿਹਾ ਨੂੰ ਤਾਂ ਉਈ ਨਹੀਂ ਇਹਨਾਂ ਗੱਲਾਂ ਦਾ ਪਤਾ ਹੁੰਦਾ ਸਿਆਣਾ ਬੰਦਾ ਇੱਕ ਪਾਸੇ ਬਹਿੰਦਾ ਹੁੰਦਾ ਬੁੜੀਆਂ ਨੂੰ ਪਤਾ ਹੁੰਦਾ ਇਹਨਾਂ ਜਿਹੀਆਂ ਗੱਲਾਂ ਨਹੀਂ ਭੈਣੇ ਮੇਰੀ ਗੱਲ ਸੁਣ ਵਿਆਹ ਸ਼ਾਦੀ 'ਚ ਤਾਂ ਇਹਨੇ ਰੌਲਾ ਪਾਉਣੀ ਪਾਉਣਾ ਹੈ ਇਹ ਤਾਂ ਦੁੱਖ ਸੁੱਖ ਵੀ ਨਹੀਂ ਦੇਖਦਾ ਹੈਗਾ ਦੁੱਖ 'ਚ ਵੀ ਤੇਰੇ ਸਾਹਮਣੇ ਦੇਖ ਲਾ ਕੱਲ੍ਹ ਨੂੰ ਤੇਰੇ ਵਰਗੀ ਕਹਿ ਦਿੰਦੀ ਅਖਾਂ ਦੀ ਸੜੇ ਨਾਲ ਆਪਣੀ ਕੱਟਦੀ ਹੈਗੀ ਲੈ ਇਹਨਾਂ ਦਾ ਜਮੀ ਸਰਿਆ ਪਿਆ ਉਹ ਦੇਖ ਲਾ ਘਰੇ ਕੈ ਸੰਦ ਖੜੇ ਨੇ ਗੱਡੀ ਲੈਣ ਵਾਸਤੇ ਮੈਨੂੰ ਕਹਿਤਾ ਜੇ ਮੈਂ ਆਪ ਕੋਈ ਚੀਜ਼ ਲੈਣ ਵਗਦਾ ਨਾ ਖੜੀ ਜਵਾਬ ਦੇ ਦਿੰਦੇ ਨੇ ਮੈਂ ਫਿਰ ਵੀ ਹਾਂ ਕਰਤੀ ਚੱਲ ਦਾਤੇ ਜਾਣਾ ਕੋਈ ਨਹੀਂ ਦਿੱਲੀ ਲੈ ਆਉਂਦੇ ਹਾਂ ਨਹੀਂ ਭੈਣੇ ਬਹਿ ਜਾ ਤੂੰ ਵੀ ਕਿਉਂ ਖੜੀ ਹੈ ਇਹਨਾਂ ਜਿਹੜਾ ਇਹੋ ਜੀ ਨੇ ਕੱਚੇ ਕੰਮ ਮੈਂ ਤਾਂ ਇਹਨਾਂ ਦੇ ਕੰਮ ਦੇਖੇ ਨੇ 20 ਵਾਰੀ ਇਹਨਾਂ ਨੇ ਤਾਂ ਸਰਾਈ ਟੀ ਸੀ ਦਾ ਵੇਰ ਬਣਾ ਰੱਖਿਆ ਪਹਿਲਾਂ ਇਹਨਾਂ ਨੇ ਗੌਰ ਕਰਨੀ ਸੀ ਸਾਧਨ ਦੀ ਜਦੋਂ ਪਤਾ ਸੀ ਵੀ ਉਹ ਜਿਹਾ ਇੱਥੇ ਖੜਾ ਕੇ ਸੁਕਾਤੀਆਂ ਮਾਰਿਆ ਹਰੇਕ ਗੱਲ ਉਹਨੂੰ ਪੁੱਛ ਕੇ ਜਾਣਗੇ ਨਾਲੇ ਸਾਰਾ ਦਿਨ ਕੀ ਗੱਲਾਂ ਪੁੱਛਣੀਆਂ ਨੇ ਹੈਂ ਦੱਸ ਸੋੜੀ ਤਾਂ ਕਬੀਲ ਲਾ ਦੀ ਉਹਦਾ ਦੱਸ ਮਲੰਗ ਦਾ ਹੈ ਕੀ ਵੀਰੇ ਨਹੀਂ ਭੈਣੇ ਵੱਡਾ ਗਾ ਅਸ ਤਾਂ ਫਿਰ ਵੀ ਇੱਜ਼ਤ ਕਰਦੇ ਵੀ ਚੱਲ ਕੋਈ ਨਾ ਫਿਰ ਕੀ ਕਰਿਆ ਤਾਂ ਇੱਜ਼ਤ ਕਰਾਉਣੀ ਨਹੀਂ ਆਉਂਦੀ ਉਹਨੂੰ ਆ ਦੇਖ ਲੈ ਕਈ ਟੀਵੀਆਂ 'ਚ ਤੇਰੀ ਬੇਇੱਜ਼ਤੀ ਕਰਾ ਕੇ ਧਰਤੀ ਚੱਲ ਕੋਈ ਨਾ ਕਿੱਥੇ ਨਾ ਸਿਆਪਾ ਕਰਨਾ ਪੈਂਦਾ ਹੁਣ ਲੱਗ ਗਿਆ ਇਹਨਾਂ ਦਾ ਸਿਰ ਦੁੱਖਣ ਘੰਟੇ ਜਾਂ ਤਾਂ ਕੁੱਤੇ ਵਾਂਗੂ ਭੌਂਕਣ ਲੱਗ ਰਹੀਆਂ ਨੇ ਹੁਣ ਦੇ ਦਿਓ ਇਹਨਾਂ ਨੂੰ ਗੋਲੀਆਂ ਸਿਰ ਦੁੱਖ ਦੇ ਦੀਆਂ ਭੈਣੇ ਬੁਲਾ ਲਾ ਉਹ ਮੁੰਡੇ ਨੂੰ ਗੱਡੀ ਲੈਣ ਗਿਆ ਤੂੰ ਵੀ ਨਹੀਂ ਆਇਆ ਹੈਗਾ ਫਿਰ ਤਾਂ ਬੁੜਾ ਵੀ ਗਾਂ ਦੇਊਗਾ ਘਰੇ ਨਹੀਂ ਭੈਣੇ ਬੁਲਾਉਣੀ ਹੈਗੀ ਨਾ ਸਾਡਾ ਬੁੜਾ ਕਿਹੜਾ ਘੱਟ ਹੈਗਾ ਹੁਣ ਦੇਖ ਲਈ ਕਰਤੂਤ ਸਾਡੇ ਵਾਲੇ ਦੀ ਦੇਖਦਾ ਤੂੰ ਤਾਂ ਐਂ ਕਹਿੰਦੇ ਵੀ ਉਹਨਾਂ ਦਾ ਬੁੜਾ ਬਾਹਲੀ ਚੰਗਾ ਗਾ ਕੋਈ ਨਾ ਮੈਂ ਬੁਲਾਉਂਦੀ ਹਾਂ ਬੇ ਮੰਗੇ ਉਰੇ ਆਈ ਬੇ ਆ ਗਿਆ ਬੀਬੀ ਆ ਗਿਆ ਆਉਂਦਾ ਗਾ ਮੰਗਾ ਕਹਿੰਦੀ ਹੈ ਭੈਣੇ ਉਹਨੂੰ ਦੱਸ ਬੇ ਆ ਜਾ ਸਿਰ ਹਾਂ ਬੀਬੀ ਬੇ ਉਹਨੂੰ ਬੁਲਾ ਲਿਆ ਬੇ ਕੱਛੂ ਜੀ ਉਹਨੂੰ ਹਜੇ ਤੱਕ ਨਹੀਂ ਆਇਆ ਕੌਣ ਕੱਛੂ ਬੇ ਮੱਗਰਾ ਲੈ ਤੂੰ ਸਿੱਧਾ ਨਾ ਲੈ ਤਾਂ ਕੱਛੂ ਜਿਆਦਾ ਹੈਗਾ ਜਾਂ ਬੁਲਾ ਲਿਆ ਉਹਨੂੰ ਚੱਲ ਲਿਆਉਣਾ ਮੈਂ ਗੱਡੀ ਲੈ ਕੇ ਲਿਆਉਣਾ ਮੈਂ ਉਹ ਜਵਾਖੋ ਇਹ ਕੀ ਲੈਣੇ ਭਾਈ ਓਏ ਇਹ ਤਾਂ ਤਾਏ ਜੀ ਗੋਲੀ ਐ ਸਿਰ ਦੁਖਦੇ ਦੀ ਮੰਮੀ ਤੇ ਤਾਈ ਜੀ ਦੇ ਸਿਰ ਦੁਖ ਰਿਹਾ ਉਹ ਮੱਲ ਇਹਦੇ ਨਾਲ ਉਹਨੂੰ ਕੀ ਹੋਊਗਾ ਤੁਸੀਂ ਵੱਡੀਆਂ ਗੋਲੀਆਂ ਦਿਓ ਡੰਗਰ ਵਾਲੀਆਂ ਹੈ ਡੰਗਰਾਂ ਵਰਗੇ ਤਾਂ ਹੈਗੀਆਂ ਨੇ ਫਿਰ ਰੰਮਣਗੀਆਂ ਜਾ ਕੇ ਬਾ ਬਾ ਐ ਕਰਨਗੀਆਂ ਦੇਖੀ ਫਿਰ ਨੀ ਕੀ ਕਰੀਏ ਗਾਹਾਂ ਜਾ ਕੇ ਬੁੜੀਆ ਸਿਆਪਾ ਕਰਨਾ ਪਊਗਾ ਉਹਨੂੰ ਰੋਣਾ ਪਊਗਾ ਸਿਰ ਪਹਿਲਾਂ ਦੁਖੀ ਜਾਂਦਾ ਨੀ ਕੀ ਸਿਆਪਾ ਕਰੋਗੇ ਤੁਸੀਂ ਗੋਲੀਆਂ ਤਾਂ ਤੁਸੀਂ ਇੱਥੇ ਡੱਫਣ ਲੱਗ ਗਈਆਂ ਉੱਥੇ ਜਾ ਕੇ ਦੱਸੋ ਕੀ ਰੰਗ ਲਾਉਂਗੀਆਂ ਓਹੋ ਨੀ ਭੈਣੇ ਤੈਨੂੰ ਕੀ ਹੋ ਗਿਆ ਨੀ ਮੇਰੀ ਮਾਂ ਭੈਣੇ ਇਹਦੇ ਨਾਲ ਮੁੱਕੀ ਤੇ ਮੈਂ ਤਾਂ ਮੇਰੀ ਮਾਂ ਯਾਦ ਆ ਗਈ ਨੀ ਓਹੋ ਇਹਨੂੰ ਕੀ ਹੋ ਗਿਆ ਹੁਣਾ ਦੇਖ ਲੈ ਕਿੱਥੇ ਉੱਜੜੀਆਂ ਖੱਡਾਂ 'ਚ ਪਾਣੀ ਪਾਉਂਦੀ ਹੈ ਹੁਣ ਇਹਦੇ ਮਾਂ ਯਾਦ ਆ ਗਈ ਵੀ ਉਹਨੂੰ ਹੁਣ ਸਿਵੇ 'ਚ ਠਾ ਕੇ ਲਿਆਵੇਂਗੀ ਤੂੰ ਨੀ ਭੈਣੇ ਕੋਈ ਨਾ ਮਨ ਮਾਰ ਕੋਈ ਨਾ ਹੁਣ ਕਿਹੜਾ ਪੁੱਠੀ ਮੁੜ ਕੇ ਆਉਂਦੀ ਆ ਬਸ ਮੇਰੀ ਭੈਣ ਹੁਣ ਰੋ ਨਾ ਗਰਮੀ ਹੋ ਰਹੀ ਆ ਹੋਰ ਬਿਮਾਰ ਹੋ ਜਾਏਗੀ ਹਜੇ ਤਾਂ ਗਾਹਾਂ ਜਾਣਾ ਆਪਾਂ ਨੇ ਬਸ ਉੱਥੇ ਰੋ ਨਹੀਂ ਜਾ ਕੇ ਉੱਥੇ ਲਾ ਲਈ ਜ਼ੋਰ ਜਿੱਥੇ ਜਾਵਾਂਗੇ ਨਹੀਂ ਬਸ ਜਾਦੇ ਨਾ ਬੋਲ ਜਿਹਦੇ ਦੁੱਖ ਹੁੰਦਾ ਢਿੱਡ 'ਚ ਉਸੇ ਨੂੰ ਪਤਾ ਹੁੰਦਾ ਬਸ ਮੇਰੀ ਭੈਣ ਕਾ ਬਸ ਚੁੱਪ ਕਰ ਜਾ ਦੇਖ ਲਾ ਕਿਵੇਂ ਟਰੈਂ ਟਰੈਂ ਲੱਗੇ ਨੇ ਗੱਲਾਂ ਮਾਰਨਾ ਹਨਾ ਮੈਂ ਜਾਣਦਾ ਸਭ ਚਾਂਬਲੀਆਂ ਹੋਈਆਂ ਨੇ ਹਾਂ ਇਹ ਤਾਂ ਗੱਲ ਨਾ ਕਰੇ ਕੱਖ ਬੜਾ ਬਿਨ ਤੋਂ ਚਰੀ ਦੀ ਭਰੀ ਧਰੇ ਸਿਰ ਤੇ ਫਿਰ ਮਾਰਨ ਗੱਲਾਂ ਦੇਖਾਂ ਫਿਰ ਮਾਰ ਜਾਣਗੇ ਗੱਲਾਂ ਨਾਲ ਚੱਲੀਏ ਮਗਰਾ ਫਿਰ ਉਹ ਜਾਣਾ ਤਾਂ ਹੈਗਾ ਯਾਰ ਸਟਾਰਟ ਨਹੀਂ ਹੋ ਰਹੀ ਮੰਗੇ ਤੂੰ ਤਾਂ ਡਰਾਈਵਰ ਆ ਮਾੜਾ ਦੇਖੀ ਕੀ ਨੁਕਸ ਆ ਗਿਆ ਸਟਾਰਟ ਕਾਹਤੋਂ ਨਹੀਂ ਹੋਈ ਪਤਾ ਨਹੀਂ ਯਾਰ ਮੈਂ ਤਾਂ ਦੇਖਿਆ ਸੈਲਫਾਂ ਸੁਲਫਾਂ ਜਿਹਾ ਮਾਰ ਕੇ ਹੋਈ ਨਹੀਂ ਸਟਾਰਟ ਹੈ ਤਾਂ ਲੈ ਤੂੰ ਚਲਾਉਂਦਾ ਨਹੀਂ ਹੈਗਾ ਇਹਨੂੰ ਨਾ ਮੈਂ ਲੋੜ ਹੀ ਨਹੀਂ ਪੈਂਦੀ ਮੈਂ ਤਾਂ ਸਾਈਕਲ ਸੁੰਕਲ ਤੇ ਵਜਦੇ ਤਾਂ 2.5-3 ਮਹੀਨੇ ਹੋਏ ਖੜੀ ਹੋਇਆ ਤਾਈ ਫਿਰ ਸਟਾਰਟ ਕੀ ਸਵਾਹ ਹੋਊਗੀ ਇਹ ਤਾਂ ਬੈਟਰੀ ਸੌਂਗੀ ਹੋਣੀ ਬੈਟਰੀ ਸੌਂਗੀ ਐਂ ਕਿਵੇਂ ਸੌਂਗੀ ਬੈਟਰੀ ਇਹਦੀ ਮੈਂ ਤਾਂ ਹੁਣ ਤਾਂ ਨਵੀਂ ਧਰਾਈ ਦੀ ਬੈਟਰੀ ਇਹਦੀ ਉਹ ਜੇ ਚਲਾਵੇਂਗਾ ਨਹੀਂ ਇਹ ਤਾਂ ਸੌਊਗੀ ਇਹ ਫਿਰ ਹੁਣ ਇਹਦਾ ਕੀ ਕਰੀਏ ਬਈ ਫਿਰ ਹੁਣ ਕਰਨਾ ਕੀ ਆ ਧੱਕਾ ਲਵਾਉਣਾ ਪਊ ਇਹਨੂੰ ਤਾਂ ਫਿਰ ਬਈ ਬੁੜੀਆਂ ਬੁਲਾ ਫਿਰ ਉਹੀ ਅਲੱਗ ਲਗਾ ਕੇ ਕਰਾਉਣਗੀਆਂ ਹੋਰ ਹੋਰ ਉਹਨਾਂ ਨੂੰ ਲਿਆਉਂਦੇ ਆ ਬੁਲਾ ਕੇ ਧੱਕਾ ਮਾਰਨਾ ਫਿਰ ਚੱਲੂ ਇਹ ਚੱਲ ਲਿਆ ਬੁਲਾ ਕੇ ਲਿਆ ਲਿਆਉਣਾ ਮੈਂ ਬੁਲਾ ਕੇ ਮਗਰਾ ਬੇਇੱਜ਼ਤੀ ਹੋ ਜਾਊ ਜੇ ਨਾ ਸਟਾਰਟ ਹੋਈ ਗੱਡੀ ਹੋਏ ਹੁਣ ਤਾਂ ਕਹਿਣਗੇ ਤੂੰ ਫੁਕਰੀ ਮਾਰ ਕੇ ਆ ਗਿਆ ਮੇਰੇ ਕੋਲ ਗੱਡੀ ਹੈਗੀ ਆ ਮੈਂ ਲਿਆਉਣਾ ਤੂੰ ਪਹਿਲਾਂ ਦੱਸ ਦਿੰਦੇ ਚੱਲ ਦੇਖਦੇ ਕੀ ਬਣਦਾ ਹੁਣ ਨਾ ਆ ਗਿਆ ਮੰਗਾ ਵੀ ਤੇ ਮੰਗੇ ਗੱਡੀ ਲੈ ਪੁੱਤ ਕੀ ਬਣਿਆ ਉਹਦਾ ਬੀਬੀ ਸਟਾਰਟ ਨਹੀਂ ਹੋਈ ਧੱਕਾ ਲਾਉਣਾ ਪਊਗਾ ਓਹੋ ਨਹੀਂ ਹੋਟ ਇਹੋ ਜਿਹਾ ਸੋੜੇ ਛੜੇ ਨੇ ਸੌਣ ਸਾਰਥ ਕੀਤਾ ਕਲੇਸ਼ ਕਰਿਆ ਕੰਜਰ ਨੇ ਹੁਣ ਤੱਕ ਬਦੀਨ ਹੋਣ ਲੱਗ ਰਿਹਾ ਨਹੀਂ ਭੈਣੇ ਆ ਜਾ ਹੁਣ ਧੱਕਾ ਲਾ ਕੇ ਤਾਂ ਲਿਆਉਣੀ ਪਊ ਗੱਡੀ ਆ ਚੱਲੀ ਆ ਜਾਓ ਕੇਰਾ ਸਾਰੀ ਆ ਜਾਓ ਆ ਗਏ ਇਹੋ ਜਿਹਾ ਮਾਰਿਆ ਨੰਨਾ ਨਹੀਂ ਚਾਚੀ ਤੁਹਾਡੇ ਵੀ ਕੱਚੇ ਕੰਮ ਨੇ ਜੇ ਕਿਤੇ ਆਪਾਂ ਬੱਸ ਤੇ ਜਾਂਦੀਆਂ ਨਾ ਹੁਣ ਪਹੁੰਚ ਵੀ ਜਾਂਦੀਆਂ ਨਹੀਂ ਬੱਸ ਤੇ ਕਿੱਥੇ ਵਗ ਜਾਂਦੇ ਭੈਣੇ ਉਹ ਪਿੱਛੇ ਜੇ ਹਟਮਾ ਪਿੰਡਾ ਰੋਡ ਤੋਂ ਨਹੀਂ ਤੁਰ ਕੇ ਵਗ ਜਾਂਦੇ ਆ ਭੈਣੇ ਕਿੰਨੀ ਕੁ ਦੂਰ ਸੀ ਪਿੱਛੇ ਭੈਣੇ ਤੂੰ ਤਾਂ ਹੂਰੇ ਬੈਠੀ ਰੋਣ ਲੱਗ ਰਹੀ ਸੀਗੀ ਦੱਸ ਉਹਤੇ ਕਿਤੋਂ ਤੁਰ ਲੈਂਦੀ ਉੱਥੇ ਲਲਕਾਰੇ ਲੱਗੇ ਨੇ ਮੈਨੂੰ ਲੱਗਦਾ ਦੇਣ ਤੂੰ ਨਹੀਂ ਤੂੰ ਗੱਡੀ ਕਰਾ ਲੈਂਦੇ ਕਿਰਾਏ ਤੇ ਪਰ ਇਹ ਕਿਰਾਇਆ ਦੇ ਦਿੰਦੇ ਕਿੱਡੀ ਕੁ ਗੱਲ ਦੀ ਦੱਸ ਨਹੀਂ ਆ ਜਾਓ ਚੱਲ ਹੁਣ ਤਾਂ ਹੁਣ ਤਾਂ ਆਣੀ ਪਊ ਮੈਂ ਮਗਰਾ ਬੈਠ ਵਿੱਚ ਬੇ ਮਗਰਾ ਕੀ ਹੋ ਗਿਆ ਇਹਨੂੰ ਪਤਾ
ਬਣਨਾ ਬਣਾਉਣਾ ਕੀ ਆ ਜੀ, ਧੱਕਾ ਸਮਾਰ ਕੇ ਲਾਓ। ਤੁਸੀਂ ਪਹਿਲਾਂ ਧੱਕਾ ਨਹੀਂ ਲਾਇਆ, ਸਮਾਰ ਕੇ ਸਟਾਰਟ ਹੀ ਨਹੀਂ ਹੋਈ ਹੈਗੀ। ਉਹ ਗੇਅਰ ਦੂਜਾ ਲਾ ਲਾ। ਗੇਅਰ ਤਾਂ ਮੈਂ ਦੂਜੀ ਲਾਇਆ ਹੋਇਆ। ਯਾਦ ਹੋ ਪਾਣੇ ਲਾ ਲਓ ਧੱਕਾ। ਹਾਂ ਹੁਣ ਲਾਓ, ਸਮਾਰ ਕੇ ਲਾਓ ਜ਼ੋਰ ਨਾਲ ਲੜੀ। ਬੇਲਾ ਚੱਲ ਆ। ਚੱਲ ਮਗਰਾ ਚੱਲ ਕੇ ਰਾ। ਹਜੇ ਹਜੇ ਮੋਸ਼ਨ ਨਹੀਂ ਬਣਿਆ, ਹਜੇ ਹੋਰ ਆਉਣ ਦਿਓ। ਕੀ ਆ ਬੇ ਕੱਛੂ ਜਾ, ਜ਼ੋਰ ਨਾਲ ਸੰਦਾ। ਫਿਰ ਹੁਣ ਹਾਂ ਬੇ ਚੱਲ। ਨਾ ਬਾਈ। ਜਵਾਖੋ ਦੇਖ ਲਓ ਪੁੱਤ, ਉਹ ਫਿਰਦੀਆਂ ਨੇ ਕਿਵੇਂ ਧੱਕੇ ਲਾਉਂਦੀਆਂ ਹਨਾ। ਮੈਂ ਤਾਂ ਕਹਿੰਦਾ ਰੱਬ ਕਰਕੇ ਸਟਾਰਟ ਨਾ ਹੋਵੇ, ਕਿਵੇਂ ਫਿਰਦੇ ਨੇ ਫਦੈ ਫਦੈ ਕਰਦੀਆਂ ਦੇਖ ਲਓ ਹਨਾ। ਘਰੇ ਤਾਂ ਰੋਣਾ ਪੈ ਜਾਂਦਾ ਉਹਨੂੰ ਕੰਮ ਕਰਨਾ ਪੈ ਜੀ, ਦੇਖ ਲਓ। ਕਾਹਨੂੰ ਤਾਇਆ ਜੀ, ਕਹਿ ਆਪਾਂ ਕਿਸੇ ਨੂੰ ਕੀ ਦੋਸ਼ ਦਈਏ, ਜਦੋਂ ਮੰਮੀ ਨਹੀਂ ਘੱਟ ਹੈਗੀ। ਜਿੰਨਾ ਮਰਜ਼ੀ ਸਮਝਾ ਲਓ ਉਹਨੂੰ, ਉਹਨੇ ਆਪਦੀ ਅੜੀ ਪਗਾ ਕੇ ਹਟਣਾ। ਕਾਹਨੂੰ ਭਈਏ, ਤਾਂ ਆਪਣੇ ਲਈ ਮਾੜੀ ਆ, ਮੇਰੇ ਤੋਂ ਫਿਰ ਗਾਲਾਂ ਲਿਕੜਦੀਆਂ ਨੇ ਹਨਾ। ਘਰੇ ਤਾਂ ਕੰਮ ਕਰਨਾ ਪੈ ਜਾਏਗਾ ਨਾ। ਕਹਿ ਤੂੰ ਮੇਰੇ ਗੋਡੇ ਦੁਖਦੇ ਨੇ, ਉਹ ਦੇਖ ਲੈ ਕਿਵੇਂ ਫਿਰਦੀ ਲਲਕਾਰੇ ਮਾਰਦੀ ਬਾਹਰ। ਆਹੋ ਚਲੋ ਚਲੋ ਬੇ ਚੱਲ ਆ, ਕਿੰਨਾ ਟਾਈਮ ਹੋ ਗਿਆ। ਚਲੋ ਚਲੋ ਲਓ 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 ਬੇ ਚੱਲ ਆ, ਇਸ ਮਾਰ ਕੇ ਲਾ ਦੋ ਧੱਕਾ। ਦੇਖੋ ਲੈ ਫੇਰ ਮਾਰੇ ਬ੍ਰੇਕ ਆ ਚੁੱਪ ਕਰ ਜਾ ਜਿੰਦਰਾ, ਤੁੱਤ ਲਾ ਜਾ। ਅਸੀਂ ਬੁੜੀਆਂ ਤੱਕ ਰੋਵਾਂਗੇ ਰੋਵਾਂਗੇ, ਮੈਂ ਤਾਂ ਤੇਰੀ ਜਾਨ ਰੋਨੀ ਆ। ਕੋਈ ਚੱਜ ਦੀ ਗੱਡੀ ਲੈ ਲਾ, ਜਿਹੜੀ ਤੁਹਾਡੇ ਅੰਦਰ ਖੜੀ ਆ ਉਹ ਕੱਢ ਲਓ, ਚੱਜ ਦੀ ਆ। ਬੇ ਮੈਂ ਤੇਰੀ ਜਾਨ ਨੂੰ ਕਾਹਤੋਂ ਰੋਂਦੀ, ਬੇ ਸਾਡੇ ਤਾਂ ਉਹਨੇ ਤਪਾਰ ਕੀ ਆ ਮੈਂ ਚੌਰੇ ਨੇ। ਨੀ ਰਾਜ ਕੀ ਹੈ ਪੜੀਏ, ਇਹਦੇ ਨਾਲ ਤਾਂ ਆਪਾਂ ਵਸਦੇ ਵਗ ਜਾਂਦੀਆਂ, ਨਾ ਪਹੁੰਚ ਜਾਂਦੀਆਂ ਟਾਈਮ ਨਾਲ। ਨੀ ਤੈਨੂੰ ਕਿਹਾ ਤਾਂ ਹੈਗਾ ਸੀਗਾ ਵੀ ਪਿੱਛੇ ਆਟਮਾ ਪਿੰਡ ਹੈਗਾ, ਕਿੱਥੇ ਜਾਂਦੀ ਬੱਸ ਤੇ। ਬੇ ਮੰਗੇ ਮੈਂ ਬਾਈ ਕਰ ਕੋਈ ਹੀਲਾ ਸਾ ਦਿੰਦਾ। ਮੈਂ ਤਾਂ ਬਾਈ ਬਹਿਣੀ ਆ, ਮੈਂ ਤਾਂ ਥੱਕ ਗਈ, ਮੈਂ ਇੱਥੋਂ ਨਹੀਂ ਖੜਿਆ ਜਾਂਦਾ। ਚਲੋ ਬਹਿਣੀ ਆ, ਮੈਂ ਵੀ ਮੈਂ ਕੀ ਕਰੂੰਗੀ। ਇੱਕ ਸਾਈਡ ਤੇ ਤਾਂ ਲਵਾ ਦੋ। ਹਾਂ ਕਰੋ ਬਾਈ, ਸਾਈਡ ਤੇ ਕਰਾਓ ਪਹਿਲਾਂ। ਮੈਨੂੰ ਲਾ ਦੇ ਸਾਈਡ ਤੇ, ਚੱਲ ਚੱਲੀਏ ਫਿਰ। ਹਾਂ ਕਰਦੇ ਆ ਹੀਲਾ ਸੀ, ਕਰੋ ਸਾਈਡ ਤੇ ਕਰਾਓ ਇਹਨੂੰ ਫਿਰ। ਨਹੀਂ ਦੇਖ ਲਾ ਫਿਰ, ਤੁਸੀਂ ਕਹਿੰਦੇ ਬੋਲਦੀ ਆ, ਇਹੋ ਜਿਹਾ ਕਲੇਸੀ ਨੇ ਨਾ ਕਲੇਸ਼ ਪਾਇਆ ਕਾਲੇ ਮੂੰਹ ਵਾਲੇ ਨੇ, ਆ ਦੇ ਲਾ 12 ਉਰੀ ਵੱਜ ਗਏ। ਨਹੀਂ ਚੱਲ ਚਾਚੀ, ਹੁਣ ਗੁੱਸਾ ਕਰਿਆ ਵੀ ਕੀ ਬਣਦਾ। ਉਹ ਦੇਖ ਲਓ ਪੁੱਤ ਕਿਵੇਂ ਲਟਾ ਪੀਂਗ ਹੋਣ ਲੱਗ ਰਹੀ ਨੇ ਹਨਾ। ਲਿਆ ਦੋ ਮੁੰਜਾ ਕੋਈ ਨਾ, ਇਹਨਾਂ ਵਰਗੀ ਕੀ ਕਰਨੀ ਆ। ਹਾਂ ਘਰੇ ਨਹੀਂ ਟੇਕੇ ਬੈਠਾ ਜਾਂਦਾ, ਉਸ ਤੋਂ ਵੀ ਘਰੇ ਟੇਕੇ ਬੈਠਾ ਜਾਂਦਾ ਹੈ। ਆਰਾਮਦਾਰੀ ਕਰ ਲਓ, ਦੱਸ ਉੱਥੇ ਕੀ ਜਾ ਕੇ ਤੁਸੀਂ ਸ਼ੁਭ ਕਤੋਂ ਗੀਆਂ। ਉਹ ਦੇਖ ਲੈ ਇਹਦਾ ਬੁੜਾ ਕਿਵੇਂ ਪੀਸਰੇ ਬੈਠਾ, ਸ਼ਾਨ ਮੰਗੋ। ਦੇਖ ਲਾ ਕਿਵੇਂ, ਆਪ ਤਾਂ ਤੁਸੀਂ ਔਖੀ ਹੁੰਦੀ ਹੋ ਹੈਂ, ਜਵਾਕਾਂ ਨੂੰ ਵੀ ਔਖਾ ਕਰਤਾ ਤੁਸੀਂ ਤਾਂ। ਅਕਲ ਨਹੀਂ ਮੌਤ ਨਹੀਂ ਹੈਗੀ ਸੁਣੂ ਕੋਈ। ਨੀ ਲਿਆ ਤੋ ਲੜਾ ਦੇ, ਖੜ ਜਾ ਲੈ ਮੈਨੂੰ ਫੜਾ ਦੇ, ਭਾਰੀ ਆ ਮੰਜਾ, ਜਾ ਦੇ ਛੱਡ ਦੇ। ਲੈ ਐਂ ਕਰ ਪੈਣਾ ਮੜਾ ਜਿਹਾ, ਇੱਧਰ ਨੂੰ ਹੋ ਜਾ, ਇੱਥੇ ਡਾਲਾ। ਲੈ ਖੜੀਆਂ ਹੋ, ਪਰਾ ਹੋ ਜਾ। ਥੱਕ ਗਏ ਮਰਿਆ, ਲੱਤਾਂ ਦੁਖਣ ਲੱਗ ਗਈਆਂ। ਇਹ ਲੱਤਾਂ ਦੁਖਣ ਗਿਆ ਨਹੀਂ, ਖਾ ਖਾ ਕੇ ਆਈਆਂ, ਪੜੋਲਿਆਂ ਵਰਗੀਆਂ ਹੋ ਰਹੀਆਂ, ਆਪਦਾ ਵਜਨ ਨਹੀਂ ਚੱਲਦੀ ਲੱਤਾਂ ਜੇ ਰਹੀਆਂ। ਇੱਕ ਗੱਲ ਤਾਂ ਹੈਗੀ, ਆ ਗੱਡੀ ਨੂੰ ਧੱਕਾ ਲਾ ਕੇ ਮਾੜੀ ਮੋਟੀ ਕਸਰਤ ਤਾਂ ਗੋਡਿਆਂ ਦੀ ਜ਼ਰੂਰ ਹੋ ਗਈ। ਜਿਹੜੀ ਤਾਂ ਰੋਜ਼ੇ ਕਸਰਤ ਹੋਈ ਜਾਂਦੀ ਹੈ, ਇਹੋ ਜਿਹੀ ਗੱਡੀ ਲਿਆਂਦੀ ਹੈ ਉੱਥੋਂ। ਬੈ ਜਾ ਭੈਣੇ, ਬੈ ਜਾ, ਆ ਜਾ, ਜਦ ਜਾਣ ਕੇ ਵਗ ਜਾਵਾਂਗੇ। ਹੋਰ ਕੀ, ਮੈਂ ਤਾਂ ਸੋਚ ਰੱਖ ਰਹੀ ਹੈਗੀ ਨਾ, 10 ਪਹੁੰਚ ਵੀ ਜਾਵਾਂਗੇ ਕਿਤੇ, ਉਹ ਇਹਨਾਂ ਬੁੜੀ ਨੂੰ ਦਾਹ ਕਰਦੇ ਨੇ ਜਾਂਦੀ ਨੂੰ। ਨਹੀਂ ਬੜੇ ਕਰਨਗੀ ਦਾਹ, ਤਾਂ ਹੁਣ ਟਾਈਮ ਉੱਤੋਂ ਦੀ ਹੋ ਰਿਹਾ ਹੋਣਾ। ਮੈਂ ਮਰ ਜਾ, ਮੈਂ ਤਾਂ ਮੂੰਹ ਦੇਖਣ ਗਣੀ ਆ ਵੀ ਰਹਿ ਜਾਊਂਗੀ। ਦੱਸ ਬੇ, ਸੇਤੀ ਕਰੋ, ਸਮਾਰ ਲਓ ਗੱਡੀ। ਹਾਂ ਬੀਬੀ ਕਰਦੇ ਆ ਹਿੱਲਾ। ਮਗਰਾ ਹੁਣ ਬੈਟਰੀ ਨਵੀਂ ਲਿਆਈਏ ਕਿ ਕੋਈ ਹੋਰ ਕਰੀਏ ਹਿੱਲਾ? ਦੇਖਦੇ ਆ ਫਿਰ, ਨਵੀਂ ਤਾਂ ਹਜੇ ਹੈ ਨਹੀਂ ਕੋਈ ਹਿਸਾਬ, ਚੱਪੂ ਪਤਾ ਕਰਦੇ ਆ, ਜੇ ਮਿਲ ਗਈ ਠੀਕ ਆ, ਨਹੀਂ ਕੋਈ ਹਿੱਲਾ ਹੋਰ ਕਰਾਂਗੇ ਫਿਰ। ਚੱਲ ਫਿਰ ਕਰੀਏ ਕੋਈ ਹਿੱਲਾ ਇਹਦਾ। ਆ ਜਾ ਬੇ ਪੁੱਤ, ਹੁਣ ਕਿੱਧਰ ਜਾਂਦੇ ਆ? ਉਹ ਬੀਬੀ ਕੋਈ ਹਿੱਲਾ ਕਰਨੇ ਆਉਂਦੇ ਆ, ਜਾਂ ਤਾਂ ਕੋਈ ਬੈਟਰੀ ਦੇਖਦੇ, ਨਹੀਂ ਕੋਈ ਸਾਧਨ ਲੈ ਕੇ ਆਊਂਗਾ। ਬੇ ਪੁੱਤ ਸੇਤੀ ਆ ਗਈ, 10 ਵੱਜ ਗਏ, ਆਪਾਂ ਤਾਂ ਉਰੀ। ਨਹੀਂ ਫਿਰ ਮੈਂ ਤਾਂ ਐਂ ਕਹਿੰਦਾ ਸੀ, ਮੰਗਿਆ ਟਰੱਕ ਲਿਆਉਣਾ ਹੀ, ਉਹਦੇ ਮਗ ਜਿਓ। ਬੇ ਬਸ ਕਿਹੜਾ 18 ਟਾਇਰਾ ਟਰਾਲਾ ਲਿਆ ਮੇਗਾ, ਤੂੰ ਵਗ ਜਾ ਚੰਦਰਾ ਅਮਲੀ ਜਾ, ਦੇਖਣ ਨੂੰ ਤਾਂ ਲੱਗਦਾ ਜਿਵੇਂ ਖਾਸੀ ਭੁੱਖੜ ਖਾਂਦਾ ਹੁੰਦਾ ਗਾ। ਮੈਂ ਤੂੰ ਲੈ ਕੇ ਦਿੰਦੇ, ਮੈਨੂੰ ਦੇਖ ਲੈ, ਮੈਂ ਕਿਵੇਂ ਬੋਲਦੀ ਤੇਰੀ ਮਾਂ, ਮੈਨੂੰ ਦੇਖ ਲੈ। ਓਏ ਆ ਜਾ ਆ ਜਾ ਦੇਖ ਲੈ, ਇੱਕ ਤੁਹਾਡੇ ਕੰਮ ਆ ਉੱਪਰੋਂ ਮਿਹਣੇ। ਨਹੀਂ ਚਾਚੀ, ਆ ਮਾੜਾ ਜਿਹਾ ਬਹੂ ਨੂੰ ਕਹਿੰਦੇ ਚਾਹ ਦੀ ਘੁੱਟ ਬਣਾ ਲਿਆਉਗੀ, ਮੇਰਾ ਤਾਂ ਕਾਲਜਾ ਜਮੀ ਨਿਕਲਿਆ ਜਾਂਦਾ। ਨਹੀਂ ਨਿਰਨਾ ਕਾਲਜਾ, ਕਾਲਜਾ ਤਾਂ ਨਿਕਲਣੀ ਹੈਗਾ, ਆ ਰੁੜ ਜਾਣਾ ਮੱਗਰ, ਕਰਦਾ ਲੱਗ ਰਿਹਾ ਗੱਡੀ ਨੂੰ ਧੱਕਣ, ਕਦੇ ਇੱਧਰ ਲਾ ਦੇ ਕਦੇ ਇੱਧਰ ਲਾ ਦੇ। ਲੈ ਮੈਂ ਕਹਿ ਨਹੀਂ ਹੈਗਾ ਕਿ ਨਾ, ਐਂ ਕਰ ਪੁੱਤ ਥੋੜ੍ਹੀ ਜਿਹੀ ਚਾਹ ਕਰ ਲਿਆ, ਵਧੀਆ ਜਿਹੀ ਕਰ ਲਈ, ਚੰਗਾ ਹਾਂ, ਨਾ ਠੰਡੀ ਕਰ ਲਈ ਪੁੱਤ, ਨਾ ਦੋ ਦੋ ਬਿਸਕੁਟ ਲਿਆ ਦੀ। ਹੋਰ ਤੜਕੇ ਦੇ ਭੁੱਖੇ ਮਰੀ ਜਾਂਦੇ ਆ ਉਰੇ, ਉਹ ਕੰਮ ਹੋ ਰਿਹਾ, ਚਾਹ ਨਾ ਪਾਣੀ, ਬਸ ਇਕੱਲੀ ਕੁੱਤੇ ਖਾਣੀ। ਉਹ ਜਵਾਕ ਹੋ ਕੀ ਕਹਿੰਦੇ ਨੇ ਭਾਈ, ਹੁਣ ਇਹ
ताया जी तां थान ते बुड़े भाल दिए ने, हुण अखे इहनां नूं चाह लिया के दे दे नाले बिस्कुट धर दे नाल नूं। ਇਹਨੂੰ ਤਾਂ ਭਾਈ ਗੋਹਾ ਧਰਦੇ ਨੇ ਤਾਂ ਉਹ ਵੀ ਨਹੀਂ ਛੱਡਣਾ, ਕਿਉਂ ਇਹਨਾਂ ਦੇ ਆਖੇ ਲੱਗਦੇ ਤੂੰ? ਪਤਾ ਨਹੀਂ ਕਿੱਥੋਂ ਮੰਮੀ ਨੇ ਵੇਲਣਾ ਲਾਰੀਆਂ ਦੇ ਨਾਲ ਕੰਮ। ਕਿੱਥੇ ਬਦੀਨ ਕਰਾਂ ਸੋਰੀਆਂ ਨੇ, ਲਾ ਦੋ ਇਹਨਾਂ ਦੇ ਬੁਕਨਾ ਮੂੰਹ ਨੂੰ। ਮੈਨੂੰ ਨਾ ਖਿੱਚ ਚੜਦੀ ਆ ਮੰਮੀ ਦੇ ਜੀ ਕਰਦਾ ਫੜ ਕੇ ਗੋਡਿਆਂ ਥੱਲੇ ਲੈ ਲਾ। ਉਹ ਤੁਸੀਂ ਪੁੱਤ ਗੋਡਿਆਂ ਥੱਲੇ ਲੈਂਦੇ ਨਹੀਂ, ਹਾਂ ਜੇ ਗੋਡਿਆਂ ਥੱਲੇ ਲਾਓ ਕਾਹਨੂੰ ਇਹ ਜੰਬਲ, ਇਹ ਥੋੜੇ ਸਿਰ ਚ ਗਲੀਆਂ ਕਰ ਦੂ, ਇਹ ਗੱਲ ਸੋਚ ਲਈ ਤੁਸੀਂ? ਮਾੜੀ ਜੀ ਹਿੰਮਤ ਰੱਖੋ ਤੁਸੀਂ, ਫਿਰ ਲੋਟ ਆਊਗੀ ਜਨਾਨੀ ਇਹ। ਤਾਇਆ ਜੀ ਮੈਂ ਤਾਂ ਸੋਚਦੀ ਵੀ ਕਾਹਨੂੰ, ਮੈਂ ਤੋਂ ਵੱਡੀ ਆਈ ਸਰ ਜੂਗਾ, ਪਰ ਮੈਨੂੰ ਲੱਗਦਾ ਵੀ ਹੁਣ ਤੁਹਾਡੀ ਗੱਲ ਮੈਨੂੰ ਮੰਨਣੀ ਓ ਪੈਣੀ ਆ। ਨਹੀਂ ਚਾਚੀ, ਹਲਿਆ ਬਾਈ ਹੋਰ ਵੀ ਨਹੀਂ ਆਏ, ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਗੇ ਹੋਰ। ਨਹੀਂ ਕੋਈ ਨਾ ਭੈਣ, ਮੰਮੀ ਚਾਹ ਪੀ ਲਓ, ਚਾਹ ਪੀ ਲਓ ਲੈ ਭੈਣੇ, ਚੱਕ ਲੈ ਨਹੀਂ ਭੈਣੇ, ਤੇਰੇ ਜਾਦੇ ਖੋ ਪੈਂਦਾ ਸੀ ਗੱਲ ਹੈ ਨਹੀਂ ਲੈ ਨਹੀਂ ਭੈਣੇ। ਨਹੀਂ ਹੋਰ ਪੜੀਏ ਵਧੀਨ ਕਰ ਲਈ ਅੱਜ ਖਾ ਲੈ, ਲੈ ਬਿਸਕੁਟ ਖਾ ਲੈ, ਬਸ ਆ ਦੋ ਦੋ ਖਾ ਲਓ ਬਿਸਕੁਟ, ਲੈ ਨਹੀਂ ਖਾ ਲਾ, ਲਿਆ ਨਹੀਂ ਭੈਣੇ ਫੜਾ ਹੋਰ ਲੈ ਕੋਲ ਸੀਬੋ, ਮੈਂ ਤਾਂ ਆਪ ਖਾਨੀ ਹੈਗੀ ਲੈ, ਕਿਹੜਾ ਟਾਈਮ ਹੋ ਗਿਆ ਹਨਾ, ਗੱਲ ਸਹੀ ਆਉਂਦਾ ਹੁਣ ਤੱਕ ਨਹੀਂ ਆਈ। ਬੋਚ ਬੜਿਆ ਕੇ ਲੈ ਜਾਂਗੇ, ਪਰ ਬੜਿਆ ਕੇ ਕੀ ਜਾਵਾਂਗੇ, ਹੈਗੀਆਂ ਸਾਰੀਆਂ ਕੁਆਂਟਲ ਕੁਆਂਟਲ ਦੀਆਂ ਨੇ, ਮੈਨੂੰ ਤਾਂ ਡਰ ਆ ਕਿਤੇ, ਚੱਲ ਛੱਡ ਪਰਾ ਕਾਹਨੂੰ ਕੋਈ ਮਾੜਾ ਬਟਨ ਕੱਢਣਾ ਮੂੰਹ ਚੋਂ। ਚਾਚੀ ਮੇਰੀ ਗੱਲ ਸੁਣ, ਹਿੰਮਤ ਨਾ ਖੜੀ ਹੋ ਜਾ, ਕਿਤੇ ਤਾਇਆ ਫੇਰ ਆ ਕਰੋ ਝੱਜੂ ਪਾ ਦੇ ਤੈਨੂੰ, ਸਾਧਨ ਚਾਹੀਦਾ ਕਿਤੇ ਜਿਹੜਾ ਮਰਜ਼ੀ ਮਿਲ ਗਿਆ। ਓਏ ਤੁਸੀਂ ਬਹਿ ਜਾਓ ਬੀਬੀ, ਹੁਣ ਐ ਨਾ ਪੁੱਛੋ ਕਿਹਦਾ ਇਹ, ਹੋਰ ਚੜ ਜਾ ਹੁਣ, ਇਹ ਤੂੰ ਸਕਾਰਪੀਓ ਭਾਲਦੀ ਐ, ਚਲੋ ਚੜ ਜਾ ਇਹਨੇ ਵੀ ਦੁੱਖ ਦੇ ਰੱਖਿਆ, ਵਾਲੇ ਨਖਰੇ ਕਰਦੀ, ਆ ਜਾ ਕਰ ਆ ਜਾ, ਹੋਰੇ ਪੰਗਾ ਪਤਾ ਏ ਤਾਂ, ਚੰਗੀ ਭਰੀ ਗੱਡੀ ਖੜ ਗਈ ਤੀ, ਲੈ ਜਾਣ ਗਿਆ ਨੀ ਹੜਦੀਆਂ ਹੈਗੀਆਂ, ਕਾਦੀਆਂ ਲੱਗ ਰਹੇ, ਅਸਰ ਵੱਟੇ ਲੈਣ ਕਾਦੀਆਂ ਹੀ ਲੱਗ ਰਹੇ ਤੀਆਂ, ਇਹਨਾਂ ਨੂੰ ਕੱਲ ਚੈਨ ਹੁੰਦੀ ਆ ਜਾਏ ਬਿਨਾ, ਇਹ ਤਾਂ ਚਾਹੇ ਕਾਸੇ ਤੇ ਜਾਣਗੀਆਂ ਲਾਜ਼ਮੀ, ਪਰ ਹੈ ਇਹਨਾਂ ਦੀ ਵੈੜੀ ਆ, ਚੱਲ ਜਾਣ ਦੇ ਪਰਾਂ ਉੱਜਣ ਦੇ, ਤੂੰ ਕਿਉਂ ਖੂਨ ਮਚਾਈ ਜਾਂਦਾ। ਚੱਲ ਵੀ ਮੱਗਰਾ ਮੰਗਿਆ ਮਾੜਾ ਮੈਂ ਪਾਣੀ ਪੀਵਾਂ, ਉਹ ਤੈਨੂੰ ਵੀ ਹੁਣੇ ਤਿਆਰ ਲੱਗਣੀ ਦੀ, ਹੁਣ ਇਹਦਾ ਕਿਹੜਾ ਕੋਈ ਟਾਈਮ ਹੁੰਦਾ ਜੋ ਲੱਗੇ ਹੀ ਲੱਗੇ ਫਿਰ ਹੁਣ। ਚੱਲ ਪੀ ਯਾਰ, ਹਾਂ ਇਹਦਾ ਬੰਦ ਕਰ ਦੇ, ਕੋਈ ਸੱਖ ਬੋਕ ਜਿਆ, ਹੁਣ ਤੈਨੂੰ ਪਾਣੀ ਪੀ ਲੱਗਿਆ ਹੀ ਹੈ, ਨਹੀਂ ਉਹ ਤਾਂ ਪੀਣੀ ਆ ਫਿਰ ਪਾਣੀ ਦਾ, ਹੁਣ ਤੂੰ ਤਾਂ ਪਾਣੀ ਪੀਂਦਾ ਰਹੇ, ਦੇਖੀ ਜੋ ਜਾਇਆ ਜਾ, ਤੁਸੀਂ ਚਾਰ ਤੇ ਵਾਲੀ ਚਾਹ ਪੀ ਲਈ, ਮੈਂ ਪਾਣੀ ਵੀ ਨਾ ਪੀਵਾਂ ਹੁਣ, ਚੱਲ ਭਾਈ ਪੀਆ ਤੂੰ ਛੇਤੀ ਆ ਜਾ, ਗੱਲਾਂ ਦੇਖ ਲਾ, ਉਹ ਦੇਖ ਲਾ ਕੀ ਹੱਲ ਕਰਦੀਆਂ ਇਹ। ਤੂੰ ਕਹਿੰਦਾ ਵੀ ਹੈ ਨੀ ਮੇਰੇ ਲੋ ਤਾਂ, ਮੇਰਾ ਹੋਰ ਉਤਰਾ ਮੁੰਡਾ ਨਾਲ ਗਿਆ ਸੀ ਤੁਹਾਡਾ, ਕਿਹੜਾ ਉਹ ਮੁੰਡਾ ਗਿਆ ਤੇਰਾ ਭਤੀਜਾ ਜਿਹੜਾ, ਉਹ ਨਾਲੇ ਆਮ ਮਰਨ ਗਈ ਨਾਲੇ ਕੰਜਰਾ, ਤੈਨੂੰ ਮਰਨੀ ਉਹ, ਐ ਦੱਸ ਪਹਿਲਾਂ ਤੂੰ ਹੈ, ਜੀਵ ਲਾਗੇ ਛੇਤੀ ਕਹਿੰਦਾ ਮੈਨੂੰ ਪਾਣੀ ਪੀ ਆਉਣ ਦੇ, ਦੱਸ ਨੀ ਇਹ ਵੀ ਨਖਰੇ ਕਰਦਾ, ਇਹ ਵੀ ਘੱਟ ਨੀ ਹੈਗਾ, ਇਹ ਬੱਬੂ ਮੂਹਰੇ ਆਉਂਦਾ ਲੋਟ, ਜਦ ਬੱਬੂ ਨੇ ਟਕੇ ਟਕੇ ਦੀਆਂ ਸੁਣਾਉਂਦੀ ਹੈਗੀ, ਗੋਡੇ ਥੱਲੇ ਲੈ ਲੈਂਦਰ ਫੜ ਕੇ, ਹੋਰ ਬੜੀ ਮਜ਼ਾਕ ਤੇ ਸਮਾਂ ਧੁੱਪੀ ਬਦੀਨ ਕਰ ਲਈ ਬੇੜੀ ਬੈਠੀ ਵਾਲੇ ਨੇ, ਮੜ ਜਾ ਮੇਰੀ ਗੱਲ ਸੁਣ, ਐ ਕਰੀ ਤੂੰ ਮੜ ਜਾ।
ਠੀਕ ਹੈ ਚੰਗਾ ਕੋਈ ਨਹੀਂ ਮੈਂ ਆਪੇ 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 ਕਰ ਦੂੰ ਸਾਰਾ ਹਿਸਾਬ ਚ ਕੋਈ ਨਹੀਂ ਪੈਂਡਾ ਬਿਟਾਲੀ ਕਰੋ ਕੋਈ ਚੁੱਪ ਕਰ ਜਾ ਹੁਣ ਹਾਂਜੀ ਤਿਆਰ ਹੋ ਸਾਰੇ ਮੈਂ ਤਿਆਰ ਹਾਂ ਉਹ ਇੱਕ ਕੁੜੀ ਤਾਂ ਹੈ ਨਹੀਂ ਕਿੱਧਰ ਗਈ ਉਹ ਨਹੀਂ ਆ ਜਾ ਆ ਜਾ ਉਹ ਵੀ ਤੇਰੇ ਵਾਂਗੂ ਪਾਣੀ ਪੀਣ ਵਗ ਗਈ ਸੀ ਹਾਂ ਪਾਣੀ ਪੀਣ ਵਗ ਗਈ ਸੀ ਆਹੋ ਬਈ ਬਹੁਤ ਟਾਈਮ ਹੋ ਗਿਆ ਤੁਹਾਨੂੰ ਪੈ ਹੁਣ ਤਾਂ ਕੋਈ ਨਹੀਂ ਕੋਈ ਨਹੀਂ ਨਹੀਂ ਮੈਨੂੰ ਤਾਂ ਐਂ ਲੱਗਦਾ ਕਿ ਟੀਵੀ ਨਾ ਰਾਹ ਚ ਖਰਾਬ ਹੋ ਜਾਏ ਜਰੂਰ ਓਹੋ ਨਹੀਂ ਕਿਉਂ ਇਹੀ ਜੀ ਭਾਖਿਆ ਕੱਢਦੀਆਂ ਹੈ ਚੱਜਰੇ ਬੋਲ ਬੋਲ ਪਏ ਕਿਤੇ ਹੋਰ ਜਾਣ ਨੂੰ ਪੰਗਾ ਕਰਨੇ ਖੜਾ ਪਹਿਲੇ ਹੀ 12 ਵਜੇ ਪਏ ਨੇ ਬਈ ਚੱਲੋ ਹੁਣ ਚੱਲ ਨਹੀਂ ਚੱਲਦੇ ਆ ਤੁਰ ਪੈ ਹੁਣ ਹੱਥ ਪਾ ਕੇ ਬਹਿ ਜਾ ਉੱਤੇ ਬਈ ਚੰਗਾ ਬਕ ਚੱਲ ਦੱਸ ਕੀ ਇਹ ਉਹ ਆ ਗਿਆ ਇਹਨੇ ਉਦੋਂ ਮੱਗਰ ਨੇ ਜਾਣ ਦੁਖੀ ਕਰ ਲਈ ਮੱਗਰ ਨੇ ਆਪੇ ਜਾਣ ਦੁਖੀ ਕਰਤੀ ਤੁਹਾਡੇ ਬਾਦ ਸਾਧ ਚੋਂ ਲੈ ਆ ਦੇਖ ਲਾ ਉਹ ਜਾਂਦੀਆਂ ਨੇ ਬਗੀਆਂ ਓਏ ਪਰ ਹਿੰਡ ਨਹੀਂ ਛੱਡਦੀਆਂ ਇਹ ਮਰਨੀ ਮਰ ਜਾਣਗੀਆਂ ਮਾਂ ਦੀਆਂ ਧੀਆਂ ਚੱਲ ਜਾਣ ਦੇ ਚੜਨ ਦੇ ਪਰਾਂ ਕੱਢਣ ਦੇ ਆਰਾਮ ਦੇ ਮੱਗਰਾ ਤੇ ਆਪਾਂ ਲੈ ਗਲੀ ਗਲੀ ਚ ਰੋਕ ਲਈ ਮਾੜਾ ਜਾ ਆਹ ਸਵਾਰੀ ਚੜੂਗੀ ਇੱਥੋਂ ਤੇ ਤੋਰ ਲਾਈ ਨੂੰ ਡੀਕਣ ਲੱਗ ਰਹੀ ਤੈਨੂੰ ਕਾਦੀ ਡੀਕਣ ਲੱਗ ਰਹੇ ਗੇ ਤੁਹਾਨੂੰ ਤੂੰ ਧੋਤੀ ਕਵੇੜਾ ਕਰਤਾ ਡੀਕ ਡੀਕ ਕੇ ਵਗ ਗਈਆਂ ਫਿਰ ਬੂਮਾ ਮਰ ਜਾ ਕੱਡੀਆਂ ਪੈਦਲਾਂ ਨਿਕਲੀਆਂ ਦੇਖ ਲਾ ਉਹਨਾਂ ਦੇ ਕੁਛ ਮਰਜ਼ੀ ਹੋ ਜਾਏ ਪੜੇ ਨਾਲੇ ਮੈਂ ਘਰੋਂ ਸਿੱਤਰ ਖਾਨੀ ਆ ਹੈ ਮੈਂ ਮੂਹਰੇ ਜਾਂਦੀ ਹਾਂ ਜਾ ਕੇ ਪਹਿਲਾਂ ਅਗਲੇ ਨਾਲੋਂ ਨਹੀਂ ਚਾਚੀ ਬਾਗੀਆਂ ਤਾਂ ਵਗ ਜਾਣਦੇ ਤੈਂ ਦੱਸ ਕੀ ਗਾਹ ਛਡਾਣੇ ਜਿੱਦੇ ਉਹਨਾਂ ਨੇ ਕੋਈ ਮਰ ਗਿਆ ਤੂੰ ਨਾ ਜਾਈ ਨਹੀਂ ਮੈਨੂੰ ਤਾਂ ਫੇਰ ਨਹੀਂ ਸਰਦਾ ਮੈਨੂੰ ਫੇਰ ਜਾਣਾ ਪੈਂਦਾ ਗਾ ਮੈਂ ਤਾਂ ਸਾਰੇ ਨਾਲ ਮੂਹਰੇ ਜਾਂਦੀ ਹੈਗੀ ਨਹੀਂ ਹੁਣ ਤਾਂ ਤੁਰ ਪਏ ਬਹੁਤ ਟਾਈਮ ਹੋ ਗਿਆ ਰਾਜ ਕਿਉਂ ਕਵੇੜਾ ਕਰਾਇਆ ਜਿਹੜਾ ਹੁਣ ਮਰ ਗਿਆ ਪਹਿਲਾਂ ਉਹ ਤਾਂ ਵਗ ਜਾਓ ਅਗਲੇ ਹੀ ਸੋਚ ਹੋ ਗਈ ਤੁਹਾਨੂੰ ਮੰਮੀ ਤੁਸੀਂ ਕਿਉਂ ਜਲੂਸ ਕੱਢਣ ਲੱਗੇ ਹੋ ਵੀਰੇ ਚੱਲੋ ਤੁਸੀਂ ਬੇ ਚੱਲ ਮੱਗਰਾ ਤੋਰ ਲਾ ਹਾਏ ਕੁੜੇ ਤੇ ਮਾੜੀ ਮੋਟੀ ਇਹਦੀ ਰੇਸ ਦੇ ਦੀ ਹੁਣ ਐ ਜਾਂਦਾ ਰੋੜੀ ਉਹਨੂੰ ਹੌਲੀ ਹੌਲੀ ਲਹੂ ਪੀ ਲੈ ਮਰ ਜਾਣੇ ਨੇ ਇਹਨੇ ਤੱਜ ਪੁੱਛ ਨਾ ਕੁਛ ਪੈਣੇ ਲੈ ਮੈਨੂੰ ਤਾਂ ਲੱਗਦਾ ਮੂੰਹ ਮਰ ਜਾ ਕਿਵੇਂ ਜੇ ਜਾਂਦਾ ਤਾਂ ਝੂਟੇ ਜੇ ਖਾਂਦਾ ਕਿਤੇ ਨੇਕੜੂ ਪੀ ਲੈਣਾ ਜਾ ਥੋੜੇ ਆ ਕੇ ਅਸੀਂ ਬਦੀਨ ਕਰੂੰਗਾ ਜਦ ਗੱਲ ਨੀ ਮੇਰੀ ਮੰਨਦੇ ਹੈਗੇ ਕਹਿਣਾ ਕਿਧਰੇ ਜਾਣੀ ਆ ਤੁਸੀਂ ਕਿਧਰੇ ਦੱਸੋ ਕੱਲਾ ਕੋਈ ਇਹ ਸਿੱਧੇ ਰਸਤੇ ਤਾਂ ਜਾਣੀ ਨੀ ਹੈਗਾ ਵੀ ਸਿੱਧੇ ਰਸਤੇ ਜਾਣਾ ਤੇ ਕੋਈ ਨਾ ਆਉਣ ਦੇ ਉਹਨਾਂ ਨੂੰ ਕੀ ਹੋ ਗਿਆ ਹੁਣ ਮੈਂ ਤੁਹਾਨੂੰ ਐ ਕਹਿਣਾ ਸੀ ਹਾਂ ਜੇ ਕਿਸੇ ਨੇ ਬਾਹਰ ਅੰਦਰ ਜਾ ਕੇ ਆਉਣਾ ਜਾ ਆਇਓ ਮੜਾ ਜਾ ਮੱਗਰਾਂ ਸਦਾ ਜਾ ਕੇ ਆਇਆ ਗੱਡੀ ਤੋਰ ਲੈ ਠੀਕ ਆ ਕਿਉਂ ਲੇਟ ਕਰਾਈ ਜਾਂਦੇ ਸਾ ਪਹਿਲੀ ਲੇਟ ਹੋ ਰਹੇ ਆ ਤੇ ਮੈਂ ਜਾ ਆਵਾਂ ਮੜਾ ਜਾ ਫਿਰ ਤੇਰਾ ਤਾਂ ਇਹੀ ਕੰਮ ਆ ਕਦੇ ਪਾਣੀ ਪੀਣ ਵਗ ਗਿਆ ਹੈ ਕਦੇ ਕਹਿੰਦਾ ਮੈਂ ਇਧਰ ਨੂੰ ਗੇੜਾ ਦੇ ਆਵਾਂ ਬਸ ਵਗ ਜਾ ਜਾ ਆ ਕੋਈ ਨਹੀਂ ਆ ਜਾ ਮੁੰਡੇ ਬੜਾ ਪੰਗਾ ਛੜਿਆ ਵੀ ਇਹਦਾ ਤਾਂ ਇਹੜਾ ਇਹ ਤੋਰ ਲਾਊਗਾ ਮੈਨੂੰ ਤਾਂ ਲੱਗਦਾ ਨਹੀਂ ਜਿਹੜੇ ਇਹਦੇ ਲੱਛਣ ਨੇ ਐਨੀ ਪਤਾ ਨਹੀਂ ਕੀ ਕਰੀ ਜਾਂਦਾ ਉਰੀ 12 ਵੱਜ ਗਏ ਲੈ ਦੱਸ ਇਹਦਾ ਵੀ ਕੋਈ ਭੇਤ ਛੇਤ ਨਹੀਂ ਦਿੰਦਾ ਗੇੜਾ ਬਿੰਦਕ ਮਗਰ ਉਤਰ ਕੇ ਵਗ ਜਾਂਦਾ ਵੀ ਦੱਸ ਪਤਾ ਨਹੀਂ ਕੀ ਇਹੋ ਜਿਹਾ ਤੇਰਾ ਦੱਬਿਆ ਹੋਇਆ ਕਿਤੇ ਨਹੀਂ ਹੋਰ ਦੱਸ ਨਹੀਂ ਸੱਚ ਆ ਤੁਹਾਡੀ ਬੁੜੀ ਕਿਵੇਂ ਆ ਉਹ ਵੀ ਪੈਂ ਢਿੱਲੀ ਹੋਈ ਆ ਗਈ ਹੁਣ ਸੱਚੀ ਮੈਂ ਤਾਂ ਲੱਗਦਾ ਜਲੇਬੀਆਂ ਖਵਾਊਗੀ ਫੇਰ ਹੋਰ
ਨੀ ਮੇਰਾ ਤਾਂ ਆਪ ਜੀ ਕਰਦਾ ਜਦੋਂ ਬਸ ਚ ਫਿਰ ਭੈਣੇ ਉਈ ਲੱਗਦਾ ਗਾ ਆ ਲਿਆ ਇੰਨੇ ਸਾਧਨ ਕਾਹਦੇ ਵਾਸਤੇ ਲੈ ਬੇੜਾ ਕਵੇਲਾ ਹੋ ਗਿਆ ਆ ਤਾਂ ਜਾਵਾਂਗੇ ਉਹ ਤਾਂ ਬੱਸਾਂ ਚ ਪਕਾਈ ਕਰੀਦੀ ਫਿਰੀ ਜਾਂਦੀ ਫਿਰ ਤੂੰ ਕੁਛ ਨਾ ਸਿਆਪਾ ਹੋ ਰਿਹਾ ਜਾਣ ਨੂੰ ਸਮਾਂ ਮੇਰੇ ਤਾਂ ਕੁੜੀ ਦਾ ਸਹੁਰਾ ਢਿੱਲਾ ਹੋ ਰਿਹਾ ਡਰਦੀ ਆਈਆਂ ਵਾ ਜੇ ਮੈਂ ਤੁਹਾਡੇ ਨਾਲ ਨਾ ਗਈ ਤਾਂ ਮੇਰੇ ਨਾਲ ਕੌਣ ਤੁਰੂਗਾ ਹੈ ਨਹੀਂ ਸੱਚੀ ਫਿਰ ਤਾਂ ਹੁਣ ਦੋ ਤਿੰਨ ਨੰਬਰ ਲੱਗਣਗੇ ਉਧਰ ਇਹਦੇ ਨਾਲ ਇਹਨਾਂ ਦੀ ਬੁੜੀ ਢਿੱਲੀ ਹੈਗੀ ਹੋਰ ਉਹਦੇ ਸਹੁਰਾ ਢਿੱਲਾ ਮੈਂ ਤੁਹਾਨੂੰ ਨੰਬਰਾਂ ਨਹੀਂ ਲੱਗ ਰਿਹਾ ਮੇਰਾ 20,000 ਰੁਪਏ ਲੱਗ ਜੂਗਾ ਮੇਰੀ ਗੱਲ ਸੁਣਾ ਕਿਤੇ ਨਾ ਲੈ ਕੇ ਜਾਵੇਂ ਲੈ ਜੀ ਮੈਨੂੰ ਤਾਂ ਭੋਗ ਤੇ ਲੈ ਕੇ ਜਾਊਂਗੀ ਤੁਹਾਨੂੰ ਸਾਰੀਆਂ ਜਦੋਂ ਮੈਂ ਜਾਣੀ ਤੁਹਾਡੇ ਨਾਲ ਸੁਣ ਲੈ ਕੇ ਜਾਊਂ ਆਹੋ ਪਹਿਲੀ ਦੱਸ ਦਿਨ ਮੈਂ ਸੂਟ ਸਮਿਆ ਲੂੰਗੀ ਕੋਈ ਵਧੀਆ ਜਾ ਕੋਈ ਦੱਸ ਲੂ ਆਹੋ ਫਿਰ ਵੀ ਕੁੜਮਾਂਗਾ ਕੁੜਮਾਂ ਦੇ ਜਾਵਾਂਗੇ ਕਿੰਨਾ ਟਾਈਮ ਹੋ ਗਿਆ ਮੰਮੀ ਪਤਾ ਨਹੀਂ ਕਿੱਥੇ ਲੰਘ ਗਏ ਪਤਾ ਨਹੀਂ ਆਪਣੇ ਕਹੇ ਦੇ ਨਾਲ ਬਾਹ ਪਏ ਆ ਘੰਟਾ ਹੋ ਗਿਆ ਖੜਿਆਂ ਆਪਾਂ ਨੂੰ ਨੀ ਬੁਲਾ ਲਾ ਰਾਜ ਬੋਲ ਮਾਰ ਕੇ ਇਹਨਾਂ ਨੂੰ ਕੁੜ ਦੇਖ ਪ੍ਰੀਤ ਕਿੱਧਰ ਨੇ ਉਹ ਭਾਈ ਆ ਜਾਓ ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਰਹੋਗੇ ਜਿਵੇਂ ਕਮਾਲ ਕਰਕੇ ਤੁਸੀਂ ਵੀ ਮੀਆਂ ਰੁੜ ਜਾਣਾ ਬਿੰਗਾ ਜਾ ਨਾ ਇਹਨੇ ਘਰ ਪਾਰਖਿਆ ਉਰੇ ਪਤਾ ਨਹੀਂ ਕੀ ਤਾਂ ਕਰਦਾ ਕੀ ਨਾ ਦੱਸ ਪਤਾ ਨਹੀਂ ਕਿ ਉਹ ਤੇ ਰਿਸ਼ਤੇਦਾਰਾਂ ਕੋਲ ਮਿਲਣ ਲੱਗ ਰਿਹਾਗਾ ਤਾਂ ਪਾ ਲਈ ਮਤਾ ਇਹਨੇ ਤੂੰ ਵੀ ਕਹੇ ਜੇ ਨੂੰ ਲਿਆਈਆਂ ਕਿਸੇ ਚੱਜ ਦੇ ਬੰਦੇ ਨੂੰ ਨਾਲ ਲਿਆਂਦੀ ਨਹੀਂ ਚੱਜ ਦੇ ਨੂੰ ਕਿਹੜਾ ਕੀੜੇ ਪੈ ਨੇ ਇੱਕ ਤੁਰਨੀ ਨਹੀਂ ਆਉਂਦਾ ਮੇਰੇ ਵਰਗਾ ਢਿੱਡਲ ਜਿਹਾ ਵਿਚਾਰਾ ਬਿੰਗਾ ਟੇਡਾ ਜਿਹਾ ਹੋ ਤੁਰਦਾ ਗਾ ਕੋਈ ਤਾਂ ਤੁਰਨਾ ਦੀ ਫਿਰ ਹੁਣ ਖੜੀ ਰਹਿ ਉਰੇ ਫਿਰ ਮੈਂ ਹੁਣ ਕੀ ਦੱਸਾਂ ਮੈਂ ਤਾਂ ਤਪਾ ਲਈ ਉਹਨੇ ਬੁੱਕ ਜੇ ਓਏ ਆ ਗਿਆ ਹੁਣ ਜੇ ਤੁਹਾਡੇ ਆਹ ਲੱਛਣ ਨੇ ਤਾਂ ਹੀ ਤਾਂ ਘਰੇ ਬੁੜਿਆਂ ਤੋਂ ਗਾਲਾਂ ਖਾਂਦੇ ਹੋ ਤੁਸੀਂ ਆ ਗਿਆ ਹੁਣ ਐਡੀ ਕੀ ਭੈਰਮੀ ਹੋ ਰਹੀ ਆ ਤੁਹਾਨੂੰ ਉਈ ਆ ਜਾ ਹਾਂਜੀ ਹਾਂ ਆ ਗਏ ਜੀ ਬਸ ਚੱਲਦੇ ਹਾਂ ਬੇ ਤੂੰ ਮਗਰੋਂ ਚੱਲੇਗਾ ਕਿਹੜਾ ਟਾਈਮ ਹੋ ਗਿਆ ਪੈਰਾਂ ਦੇ ਪੈਰ ਲਾਤੇ ਉਰੀ ਹੁਣ ਆ ਤਾਂ ਗਿਆ ਜੀ ਫਿਰ ਹੁਣ ਆ ਗਿਆ ਹੁਣ ਮਕਰਾ ਉਹ ਜਿਹੜਾ ਤਾਇਆ ਕਹਿੰਦੇ ਤੇ ਕੰਮ ਉਹ ਕਰੇ ਤੈਨੇ ਇੱਥੇ ਬਾਹਲਾ ਔਖਾ ਜਿਹਾ ਕਰਨ ਲੱਗ ਰਹੀਆਂ ਨੇ ਇਹ ਮਾਂ ਚੱਲਦੇ ਜੀ ਹਾਂ ਚੱਲਦੇ ਜੀ ਬਸ ਨਵਾਂ ਪੰਗਾ ਖੜਾ ਹੋ ਗਿਆ ਹੁਣ ਕੀ ਹੋ ਗਿਆ ਹੋਣਾ ਕੀ ਆ ਇਹ ਤਾਂ ਨਵੀਂ ਪੰਗਾ ਖੜਾ ਹੋ ਗਿਆ ਇਹ ਤਾਂ ਉਤਵਾਦ ਹੋ ਗਈ ਹੁਣ ਮਗਰਾ ਕੀ ਹੋ ਗਿਆ ਕੁਛ ਦੱਸੇਗਾ ਵੀ ਕਿੱਥੇ ਪਕਾਈ ਕਰਕੇ ਖੜ ਗਿਆ ਪਤਾ ਕੀ ਗੱਲ ਆ ਜੀ ਟਾਇਰ ਪੈਂਚਰ ਹੋ ਗਿਆ ਬੂਬੇ ਮਗਰਾ ਹੁਣ ਕੀ ਕਰੀਏ ਹੁਣ ਕਰਨਾ ਕੀ ਆ ਜੀ ਇਹ ਤਾਂ ਹੁਣ ਪੈਂਚਰ ਲਵਾ ਕੇ ਜਾਣਾ ਪਊਗਾ ਮੇਰੇ ਕੋਲ ਤਾਂ ਸਟਿੱਪਣੀ ਵੀ ਨਹੀਂ ਹੈਗੀ ਹੁਣ ਬੇ ਹੋਟ ਕਿੱਥੋਂ ਨਵਾਂ ਪੰਗਾ ਹੋ ਰੇ ਕੰਜਰਖਾਨਾ ਖੜਾ ਕਰਤਾ ਜਾਣ ਨੂੰ ਸਾਡੀ ਨੂੰ ਤਾਂ ਵੀ ਚਾਚੀ ਇਹਨੇ ਤਾਂ ਆਪਾਂ ਨੂੰ ਅੱਧ ਵਿਚਾਲੇ ਲਿਆ ਕੇ ਡੋਬਤਾ ਨਾ ਆਪਾਂ ਉਧਰ ਦੀਆਂ ਰਹੀਆਂ ਨਾ ਉਧਰ ਦੀਆਂ ਨਾ ਤੁਸੀਂ ਕਮਾਲ ਕਰਦੇ ਹੋ ਜਮੀ ਨਾ ਮੈਂ ਕੀ ਅੱਧ ਵਿਚਾਲੇ ਡੋਬਤਾ ਚੰਗੀ ਤੁਹਾਡੇ ਵਾਸਤੇ ਮੈਂ ਗੱਡੀ ਮੰਗ ਕੇ ਲਿਆ ਨਹੀਂ ਹੁਣ ਤੁਸੀਂ ਘਰੇ ਬੈਠੇ ਹੋ ਆਰਾਮ ਨਾਲ ਤੂੰ ਲੈ ਤਾਂ ਆਇਆ ਤੁਹਾਨੂੰ ਤੇ ਹੁਣ ਕਿਹੜਾ ਪਹੁੰਚ ਗਈਆਂ ਹੁਣ ਵੀ ਆ ਰਸਤੇ 'ਚ ਬੈਠੇ ਆ ਫਿਰ ਇਹ 'ਚ ਮੇਰਾ ਕੀ ਕਸੂਰ ਆ ਅਜੇ ਰਸਤੇ 'ਚ ਬੈਠੀ ਹੋ ਪੈਂਚਰ ਹੋ ਗਿਆ ਤਾਂ ਖੜਿਆ ਉਰੇ ਬੀਬੀ ਇਹ ਕਿਹੜਾ ਵਿੱਚ ਬੜਿਆ ਹੋਇਆ ਤੁਸੀਂ ਉਈ ਇਹਦੇ ਗਲ ਪੈ ਰਹੇ ਹੋ ਮੈਨੇ ਮਿੰਟ ਲਾਦੇ ਜੀ ਪਹੁੰਚਾ ਦੂਗਾ ਆਪਾਂ ਨੂੰ ਚਾਚੀ ਜੀ ਫਿਕਰ ਨਾ ਕਰੋ ਆਪਾਂ ਵਕਤ ਤੇ ਵਗ ਚਲਾਂਗੇ ਆ ਨਹੀਂ ਮੈਂ ਤਾਂ ਤੜਕੇ ਦੀ ਰਾਜ ਨੂੰ ਬਥੇਰਾ ਕਹਿਣ ਲੱਗ ਰਹੀ ਸੀ ਬਥੇਰੇ ਦੀ ਜਾਨ ਨੂੰ ਰੋਈ ਮੈਂ ਆਪਾਂ ਬਸ ਤੇ ਵਗ ਜਾਾਂਗੇ ਕਹਿੰਦੀ ਨਹੀਂ ਆਪਾਂ ਤਾਂ ਗੱਡੀ ਚੱਲਾਂਗੇ ਵਗ ਜਾ ਹੁਣ ਗੱਡੀ 'ਚ ਖੜੀ ਰਹਿ ਉਰੇ ਭੈਣੇ ਮਿੰਟਾਂ ਲਾਓ ਤਾਂ ਹੁਣ ਸਿਰੇ ਤੱਕ ਰੇਸ ਲੈ ਕੇ ਬਹਿ ਗਿਆ ਆਪਾਂ ਨੂੰ ਨਹੀਂ ਪੁੱਛ ਨਾ ਕੰਜਰ ਨੇ ਤੜਕੇ ਦੀ ਸਿੰਘ ਮਿੱਟੀ ਚੱਕ ਰੱਖੀ ਸੀ ਹਰੇਕ ਨਾਲ ਸਿੰਘ ਵਸਾਉਣ ਨੂੰ ਫਿਰਦਾ ਰਹਿੰਦਾ ਤੇ ਹੁਣ ਤੁਸੀਂ ਡਰਨੇ ਵਾਂਗੂ ਖੜੇ ਹੋ ਤਰਪੋ ਕਰ ਲਓ ਕੋਈ ਹਿੱਲਾ ਇਹਦਾ ਉਹ ਹਿੱਲਾ ਕੀ ਸਵਾਹ ਹੋਊਗਾ ਬੀਬੀ 10 ਕਿਲੋਮੀਟਰ ਪਿੱਛੇ ਆ 10 ਅੱਗੇ ਆ ਇਹ ਤਾਂ ਜੀ ਹੁਣ ਹਿੱਲਾ ਇਹਦਾ ਹੱਥਣ ਤੱਕ ਹੋਊਗਾ ਤੁਸੀਂ ਐਂ ਕਰੋ ਉਤਰੋ ਤੇ ਬਾਅਦ ਤੁਰ ਕੇ ਜਾਓ ਤੇ ਜੇ ਮੂੰਹ ਨਹੀਂ ਚੱਜਦਾ ਗੱਲ ਦਾ ਚੱਜ ਵੀ ਕਰ ਲਿਆ ਕਰ ਮੁਰਦਾ ਬੋਲੂ ਕੱਫਣ ਪਾੜੂ ਓਏ ਹੁਣ ਉਤਰ ਜਾਓ ਮੇਰੀ ਗੱਲ ਸੁਣੋ ਮੇਰਾ ਤਾਂ ਚਿੱਤ ਘਬਰਾਈ ਜਾਂਦਾ ਕੋਈ ਹੀਲਾ ਬਣ ਵੀ ਜਾਓ ਕੀ ਕਰਾਂਗੇ ਹੁਣ ਆਪਾਂ ਨਹੀਂ ਭੈਣੇ ਲੈ ਬਸ ਬਸ ਕਰ ਦਿੰਦੀ ਆ ਗਈ ਬਸ ਚੜ ਜਾਓ ਬਸ ਤੇ ਆ ਜਾ ਮੰਗੇ ਬੇ ਮੰਗੇ ਰੋਕ ਲੈ ਬਸ ਹੁਣ ਨਾ ਮੈਂ ਮੂਰੇ ਅੱਗੇ ਹੋ ਜਾ ਚਾਚੀ ਹੋ ਜਾ ਅੱਗੇ ਤੁਸੀਂ ਜਾਓ ਜੀ ਫਿਰ ਮੈਂ ਤਾਂ ਗੱਡੀ ਕੋਲੇ ਖੜਦਾ ਫਿਰ ਬੇ ਮੈਨੂੰ ਪਤੀ ਦੀ ਤੂੰ ਹੌਰੀ ਖੜੇਂਗਾ ਰੋਕ ਲੈ ਆ ਜਾ ਬੇ ਪੁੱਛ ਨਹੀਂ ਭਾਈ ਨੂੰ ਮਵੀ ਜਾਊਗੀ ਹਾਂ 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 ਆ ਜਾ ਕਦੀ ਚੋ ਚੜ ਰਿਹਾ ਸੀ ਬਸ ਤੇ ਚੜਾਂਗੇ ਬਸ ਤੇ ਚੜ ਜਾ ਬਸ ਤੇ ਹੁਣ ਤੁਰ ਕੇ ਵਗ ਜੀ ਉੱਥੇ
ਸਿੱਧੀ ਮਵੀ ਜਾਊਗੀ ਫਿਰ ਗੱਡੀ। ਚੱਲ ਵਧੀਆ ਭਾਈ, ਮਵੀ ਵਾਲੀ ਮਿਲ ਗਈ ਸਾਨੂੰ ਸੋਕਰਾ। ਚਾਰ ਵੱਜ ਗਏ, ਹਲ ਤੱਕ ਨਹੀਂ ਆਈ ਹੈਗੀ। ਦੱਸ ਹੈ ਆਹ ਲੈਂਡਾ ਬੰਨ ਰੱਖੇ, ਇਹਨਾਂ ਨੂੰ ਕੌਣ ਸਾਂਭੂਗਾ? ਐਂ ਦੱਸ, ਪਤਾ ਵੀ ਨੌਕਰ ਹੈਗਾ ਘਰੇ ਵੀ ਆਪੇ ਕਾਖਰੰਡਾ ਪਊਗਾ? ਮੈਂ ਬੰਨਿਆ ਹੈ ਤੇਰੇ ਬਾਪ ਦਾ। ਹੈਂ, ਐਂ ਦੱਸ ਪਹਿਲਾਂ ਮੈਨੂੰ, ਆਹ ਖੜਿਆ ਚੌਣਾ ਕਿਵੇਂ ਤੜਾਉਣ ਲੱਗ ਰਿਹਾ? ਹਾਂ, ਤੜਾਉਣ ਨਹੀਂ ਲੱਗ ਰਿਹਾ। ਕੋਈ ਨਾ, ਨੇਕ ਨੂੰ ਤੁਸੀਂ ਵੀ ਨਾ ਪੀਰੋ ਆਥਣੇ ਆ ਕੇ। ਚਲੋ ਚੁੰਗਲਾ ਜਾ ਕੇ ਮਾਰ ਮੋ ਜਦੂ ਤਾਂ। ਚੱਲ ਬੇਟਾ, ਧੀਏ ਦਿਨ ਲਿਕੜੀ ਰਹਿੰਦੀ ਆ, ਚੁੰਗਲੇ ਜਾ ਕੇ। ਚਲੋ ਮਾਰ ਮੋ ਜ, ਧੀਏ ਦਿਨ ਲਿਕੜੀ ਰਹਿੰਦੀ। ਹੈਂ, ਗੱਲ ਆ ਕੋਈ ਇਹ ਦੱਸ ਵੀ ਮੈਂ ਬੋਲਦਾ ਨਹੀਂ ਹੈਗਾ ਤੁਹਾਡੇ ਸਾਹਮਣੇ ਵੀ ਮੈਂ ਬੋਲਦਾ? ਬੋਲ ਜਾ, ਕੱਢ ਲਈ ਮਾੜਾ ਜਾ। ਚੰਗਾ, ਹੋਰ ਪਤਾ ਲੱਗ ਜੂਗੇ ਜੇ ਜਾਂਦੇ ਵੀ ਹੋਵੇ ਤਾਂ ਵੀ ਖੜ ਜਾਣਗੇ ਦੂਰੋਂ ਸੁਣ ਕੇ। ਆਜੋ ਆਜੋ, ਨਹੀਂ ਇੱਧਰ ਘਰ ਹੈਗਾ। ਮਗਰ ਦੇ ਕੰਨ 'ਚ ਫੂਕ ਤਾਂ ਮਾਰੀ ਤੀ ਮੈਂ, ਦੇਖਦੇ ਹਾਂ ਜੇ ਮੇਰਾ ਕੰਮ ਉਹਨੇ ਕਰਿਆ ਹੋਊਗਾ ਫਿਰ ਤਾਂ ਚੰਗੀ ਗੱਲ ਆ, ਜੇ ਕਰਤਾ ਹੋਊ ਕੰਮ ਉਹਨੇ ਫਿਰ ਨਹੀਂ ਉਹ ਮਾਰ ਖਾਂਦਾ ਹੈਗਾ। ਲੈ ਮਗਰਾ, ਬੂੜੀਆਂ ਨੇ ਨਾ ਸਾਰਾ ਦੁਪਹਿਰੀ ਖਰਾਬ ਕਰਤਾ, ਇੱਕ ਗੱਡੀ ਵੀ ਵਿਚਾਰੀ ਧੁੱਪ 'ਚ ਮੱਚਣ ਲੱਗ ਰਿਹਾ। ਲੈ ਹੁਣ ਤਾਂ ਫੇਰ ਅੰਦਰ ਕਰਾਂਗੇ, ਪਹਿਲਾਂ ਤਾਏ ਕੋਲ ਦੋ ਘੁੱਟਾਂ ਜਾ ਕੇ ਚਾਹ ਦੀਆਂ ਪੀਂਦੇ ਹਾਂ। ਉਹ ਤਾਇਆ, ਤਾਇਆ ਓਏ ਆ ਜਾ ਮੱਗਣਾ, ਓਏ ਆ ਜਾ ਆ ਜਾ ਹੋਰ ਆ ਜਾ ਤਾਇਆ। ਮੈਂ ਤਾਂ ਓਏ ਹੋਰ ਠੀਕ ਆ। ਹਾਂ ਵਧੀਆ ਤਾਇਆ ਵਧੀਆ। ਓ ਕਿਉਂ ਮੇਰਾ ਕੰਮ ਕਰਤਾ ਓਏ? ਤਾਇਆ ਦੇਖ, ਆਪਾਂ ਨੇ ਤੇਰੀ ਗੱਲ ਤੇ ਫੁੱਲ ਚਾੜਤੇ ਜਮਾਂ। ਅੱਛਾ ਜੀ, ਹਾਂ ਓਏ ਉਹ ਕਾਹਦੇ ਚਾੜੀਆਂ ਨੇ ਫਿਰ? ਉਹ ਆਪਾਂ ਨੇ ਬਸ ਤੇ ਚਾੜਤੀਆਂ। ਓ ਵਾਹ ਓਏ ਮਗਰਾ ਤੇਰੇ ਹਨਾ, ਕੀ ਅੰਤਰ ਅੰਕੜਾ। ਹੁਣ ਤੂੰ ਐਂ ਕਰਤਾ ਆ, ਵਧੀਆ ਜੀ ਨਾ ਕੰਡੇ ਵਾਲੀ ਚਾਹ ਬਣਾ ਕੇ ਲਿਆ ਬਸ। ਉਹ ਚਾਹ ਦੇ ਮਾਰ ਗੋਲੀ, ਤੂੰ ਦੁੱਧ ਬਣਾ ਕੇ ਲਿਆਉਂਗਾ ਮੈਂ, ਬੋਲਾ ਨਾ ਹੋਵੇ ਕਿਸੇ ਥਾਂ ਦਾ। ਹਾਂ ਇਹ ਵੀ ਗੱਲ ਤੇਰੀ ਠੀਕ ਆ, ਚਾਹ ਫਿਰ। ਹਾਂ ਗੱਲ ਕਰ ਦੁੱਧ ਦੀ, ਬੈਠ ਮੈਂ ਲਿਆਉਣਾ ਦੁੱਧ। ਕੋਈ ਨਹੀਂ ਬੈਠੇ ਆ, ਫਿਰ ਮੈਂ ਗੱਡੀ ਅੰਦਰ ਕਰਨੀ ਆ ਨਾ ਮੇਰੀ, ਛੇਤੀ ਬਣਾ ਜਿਹੜਾ ਕੋਈ ਕਰੇਗਾ। ਬਾਈ ਆ ਹੁਣ ਬਣਾ ਲੈਣਾ। ਹਾਂ ਪਿਆ ਨਹੀਂ ਪੜੀਏ, ਕਿੱਥੇ ਕਦਕ ਜਾਏਂਗੇ? ਹਲੇ ਮੇਰੇ ਤਾਂ ਗੋਡੇ ਰਹਿ ਗਏ ਰਾਜ, ਮੈਂ ਸੁਦਾ ਤੁਰ ਆਂ ਜਾਂਦਾ ਭਾਈ ਅੱਗੇ। ਨਹੀਂ ਭੈਣੇ ਬਸ ਥੋੜੀ ਜਿਹੀ ਦੂਰ ਹੈਗਾ, ਆ ਬਾਹਰਲੇ ਅੱਡੇ ਚੜਾਂਗੇ, ਨਾਲੇ ਅੰਦਰਲੇ ਅੱਡੇ ਦੀ ਤਾਂ ਬਸ ਆਉਂਦੀ ਨਹੀਂ ਹੈਗੀ। ਕੀ ਆ ਪੜੀਏ, ਸੱਚੀ ਲੱਗ ਕਦਾ ਗੋਡੇ ਗਿੱਟਿਆਂ ਨੇ ਰੱਖਤੇ, ਇੱਕ ਤੂੰ ਰੱਖਤੇ, ਹਲੇ ਜਲੇਬੀਆਂ ਖਾਣ 'ਚ ਤਾਂ 10 ਦਿਨ ਪਏ ਨੇ, ਤੇ ਤਾਂ ਪਹਿਲਾਂ ਹੀ ਮਾਰ ਮੁਕਾਤੇ ਅਸੀਂ। ਦੇਖ ਤਾਂ ਲੈ, ਸਾਰਾ ਪਿੰਡ ਗਾ ਦਿੰਦੀ ਆ, ਇੱਕ ਘਰੇ ਵੜਦੀ ਹੈ ਇੱਕ ਘਰੇ ਨਿਕਲਦੀ ਆ, ਅੱਜ ਮਾੜਾ ਤੁਰਨਾ ਪੈ ਗਿਆ ਨਾ, ਔਖੀ ਹੋਈ ਪਈ ਗਈ। ਨਹੀਂ ਟਿਕ ਜਾ ਕਰਨੀ, ਤੂੰ ਜਮੀਨ ਟਿਕਣ ਦਿੰਦੀ ਹੈਗੀ, ਤੇਰੀਆਂ ਨਾਜਰਾਂ ਨੇ ਮੈਂ ਖਾ ਲਈ ਖਾ, ਮੈਂ ਤਾਂ ਮੋਰ ਵਾਂਗੂ ਤੁਰਿਆ ਕਰਦੀ ਸੀ। ਹੈਂ ਜੇ ਕਹੂੰ ਤੂੰ ਮੈਨੂੰ ਕਹੀ ਨਹੀਂ ਪੱਖ ਰਹੀ ਹੈ। ਆਹੋ ਫਿਰ ਕੀ ਹੋ ਗਿਆ, ਜੇ ਮਾੜੀ ਮੋਟੀ ਤੁਰੇਂਗੀ ਵਜਨ ਘੱਟ ਜੂ, ਗੋਡੇ ਗਿੱਟੇ ਸਿੱਧੇ ਹੋ ਜਾਣਗੇ। ਦੇਖ ਲੈ ਕਰੋ ਕਿਉਂ ਜਲੂਸ ਕੱਢਿਆ, ਬਗਾਨੇ ਪਿੰਡ 'ਚ ਆ ਰਹੇ ਹੋ, ਮੈਨੂੰ ਛੇੜਨਾ? ਅੱਕੀ ਪਈਆਂ, ਮੈਂ ਤਾਂ ਤੁਰਿਆ ਮੈਂ ਤੋਂ ਜਾਂਦਾ ਨਹੀਂ, ਇੱਕ ਤੂੰ ਤਾਂ ਪਾਉਂਦੀਆਂ ਮੈਨੂੰ ਨਾ ਨਾ ਆਉਂਦੀ। ਉਹ ਤਾਂ ਨਾਲ ਦਾ ਪਾ ਕੇ ਸੂਟ ਲੈ ਕੇ ਨਾਲ ਦੀ ਚੁੰਨੀ ਬਹਿ ਗਈ, ਜਦੋਂ ਪਤਾ ਦੀ ਨਹੀਂ ਤੁਰਿਆ ਤਾਂ ਘਰੇ ਬਹਿ ਜਾਂਦੀ। ਫਿਰ ਦੇਖ ਲੈ ਬਸ ਫਰੀਦ, ਤੂੰ ਚੁੱਪ ਕਰ ਜਾ, ਤੂੰ ਹੀ ਬੋਲੀ ਜਾਂਦੀ ਆ ਹੁਣ। ਇਹ ਕਾਹਨੂੰ ਕਰਜੇ, ਇਹਦਾ ਨੰਬਰ ਘੱਟ ਜੂਗਾ ਜੇ ਚੁੱਪ ਕਰ ਜੂਗੀ, ਮੈਂ ਜਗ੍ਹਾ ਪਕੜ ਕਰ ਤਾਂ ਆਪ ਆਉਂਦੀ ਹੈ, ਜਾਣੀ ਬੁੜੀ ਫੂਕ ਨਾਲ ਤਾਂ ਤੈਨੂੰ ਇਹ ਦੇਖਣਗੇ ਨਾ। ਤੂੰ ਦੇਖਾ ਹੀਰਿਆਂ ਵਾਲੇ ਰਿੰਗ ਪਾ ਕੇ ਆਈ ਹੈ, ਤੈਨੂੰ ਦੇਖਣਾ ਤੁਰੇ ਕਿਸੇ ਨੇ? ਨਹੀਂ ਬਾਬਾ, ਤੂੰ ਚੋਰੀ ਨਾ ਕਰਾ ਕੇ ਧਰਦੀ, ਮੈਂ ਤੈਨੂੰ ਕਹਿਣਾ ਕਹਿਤਾ ਨਹੀਂ ਹਰਾਮੋ, ਚੁੱਪ ਕਰ ਜਾ, ਕਿਉਂ ਮੇਰਾ ਜਲੂਸ ਕੱਢ ਰੱਖਿਆ ਹੈਗਾ ਬਗਾਨੇ ਪਿੰਡ 'ਚ ਆ ਕੇ, ਚੁੱਪੇ ਨਹੀਂ ਕਰਦੀਆਂ ਹੈਗੇ। ਮੈਂ ਵੀ ਇਹੀ ਕਰਿਆ ਕਰੂੰਗੀ ਜੇ ਤੁਸੀਂ ਕਿਤੇ ਜਾਇਆ ਕਰੋ ਤੁਹਾਡੇ ਰਿਸ਼ਤੇਦਾਰੀ 'ਚ। ਬੇਪਾ ਹੀ ਬੰਗੇ, ਬੇਪਾ ਹੀ ਕੋਈ ਗੱਡੀ ਦਾ ਸਾਧਨ ਦੇਖ ਰਿਹਾ, ਤੁਰਿਆ ਜਾਂਦਾ ਹੈਗਾ, ਛੇਤੀ ਵਗ ਜਾਂਗੇ ਘਰੇ। ਤਾਈ ਪਹਿਲਾਂ ਅੱਡੇ ਤੇ ਚੱਲੋ, ਉੱਥੇ ਬੱਸ ਬੁੱਸ ਦੇਖਦੇ ਆ, ਜੇ ਨਾ ਬੱਸ ਮਿਲੀ ਫਿਰ ਕੋਈ ਟੈਂਪੂ ਟੂੰਪੂ ਦੇਖਾਂਗੇ। ਬੇ ਹਲੇ ਤੂੰ ਕਾਹਨੂੰ ਸਾਧਨ ਦੇਖੇਗਾ, ਤੂੰ ਤਾਂ ਉਦੋਂ ਦੇਖੇਗਾ ਜਦ ਇੱਕ ਅੱਧੀ ਨੂੰ ਰੇੜੇ 'ਚ ਪਾ ਕੇ ਲੈ ਗਏ, ਡਿੱਗ ਵੀ ਕੋਈ ਚੱਕਰ ਖਾ ਕੇ, ਹੈ ਦਰਦੇ ਮੰਗਾਉਣਾ ਨਾ ਹੋਵੇ ਤਾਂ। ਕਾਹਨੂੰ ਭੱਖੀ ਜਾਂਦੇ ਆ ਪੜੀ, ਤੂੰ ਤਾਂ ਉਹੀ ਭੱਖੀ ਜਾਂਦੀ ਹੈਗੀ। ਕੋਈ ਨਾ, ਹੁਣ ਕੱਲ੍ਹ ਤਾਂ ਦਿੱਤਾ ਮੰਗੇ ਨੇ ਵੀ ਸਾਧਨ ਕਰਾ ਲਾਂਗੇ ਕੋਈ। ਬਿਠਾ ਦਿਓ ਇਹਨਾਂ ਨੂੰ ਗੱਡੀਆਂ 'ਚ, ਸੌਂਦੀਆਂ ਨਹੀਂ ਹੈਗੀਆਂ ਇਹ ਗੱਡੀਆਂ ਬਿਨਾਂ। ਹੈ ਨਹੀਂ ਮੈਂ ਮਰ ਜਾਂ, ਨਹੀਂ ਹਰਾਮਣੋ ਤੱਪੜ ਜੀ ਕਿੱਧਰ ਰਹਿ ਗਈ ਨੀ? ਚਾਚੀ ਉਹਦੀ ਭੂਆ ਦੀ ਧੀ ਉਰੇ ਪਿੰਡ 'ਚ, ਹਾਂ ਉੱਥੇ ਬਹਿ ਗਈ ਜਾ ਕੇ, ਹੁਣ ਤੱਕ ਨਹੀਂ ਮੁੜ ਕੇ ਆਈ ਹੈਗੀ। ਮੈਂ ਮਰ ਜਾਂ ਕੋਈ ਡਿਸ਼ਹਾਰ ਨਿਕਲੀ, ਉਹਨੂੰ ਪਤਾ ਵੀ ਵਸਤਾ ਕੋਈ ਮਿਲਦੀ ਨਹੀਂ ਹੈਗੀ, ਹਾਂ ਤੋਪੜ ਜੀ ਜਾ ਕੇ ਉਹਦੀ ਭੂਆ ਦੇ ਘਰੇ ਬਹਿ ਗਈ।
ਨੀ ਮੈਂ ਮਰ ਜਾ ਚੱਲ ਕੋਈ ਨਾ ਕਰ ਲੈਣ ਦੇ ਜਿਹੜਾ ਕੁਛ ਕਰਦੀਆਂ ਨਾ ਮਾਨਾ ਹੀ ਕਰਦੇ ਕਰ ਲੈਣ ਦੇ ਲੈ ਭਣੇ ਐ ਕਰੋ ਚੱਕਵੇਂ ਜੇ ਪੈਰ ਹੋ ਜਾ ਬਸ ਮਿਲ ਜੂਗੀ ਜਿਹਦੇ ਕੋ ਉਹਨਾਂ ਦੇ ਮਰ ਗਿਆ ਤੂੰ ਮੇਰੇ ਜਾਈ ਉਹ ਮੁੰਡਿਆ ਓ ਲੈ ਦੁੱਧ ਪੀ ਲੈ ਫੜਾਤਾ ਦੇਖੀ ਗਰਮ ਮੈਂ ਪੁੱਛ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਮੁੰਡਿਆ ਟਾਈਮ ਬਹੁਤ ਲਾਇਆ ਫੇਰ ਵੀ ਤੂੰ ਓਏ ਟਾਈਮ ਤਾਂ ਆਇਆ ਪੁੱਛ ਨਾ ਕੀ ਗੱਲ ਆ ਮੇਰਾ ਤਾਂ ਬਾਈ ਉਤਵਾਤ ਹੋ ਗਈ ਜਮੀ ਕਿਆ ਹੁਣ ਦੇਖ ਮੈਨੂੰ ਐ ਤੇ ਹੁਣ ਖੜਤ ਕਰਨੀ ਆ ਖੜਤ ਕਿਵੇਂ ਕਰੀਏ ਹਾਂ ਮੈਂ ਤਾਂ ਟਾਇਰ ਦੀ ਹਵਾ ਥੋੜੀ ਵੱਧ ਕੱਢ ਬੈਠਿਆ ਉਹ ਫਿਰ ਤੈਨੂੰ ਹਵਾ ਕੱਢਣ ਵਾਸਤੇ ਤਾਂ ਮੈਂ ਕਿਹਾ ਦੀ ਹਵਾ ਕੱਢ ਦੀ ਉੱਥੇ ਜਾ ਕੇ ਪਤਾ ਕੀ ਆ ਜਿਹੜਾ ਮੈਂ ਪੰਪ ਲੇਗਾ ਤੀ ਨਾਲ ਟਾਈਮ ਤੇ ਜਾ ਕੇ ਉਹ ਵੀ ਡੋਬਾ ਦੇ ਗਿਆ ਉਹ ਤੇਰਾ ਭਲਾ ਹੋ ਜੇ ਹੋਰ ਮੇਰਾ ਤਾਂ ਬਈ ਸਾਰਾ ਦੁਪਹਿਰਾ ਉੱਥੇ ਹੀ ਫੁੱਟ ਗਿਆ ਅੱਛਾ ਹੋਰ ਹੁਣ ਇਹਦੇ ਨਾਲ ਤਾਂ ਜੇ ਮੈਂ ਬੁੜੀਆਂ ਦੇ ਨਾਲ ਪੱਗ ਜਾਂਦਾ ਕੁਛ ਖਾ ਪੀ ਤਾਂ ਲੈਂਦਾ ਮੈਂ ਤਾਂ ਉੱਥੇ ਭੁੱਖਾ ਮਰ ਗਿਆ ਬਈ ਉਹ ਫਿਰ ਚੱਲ ਕੋਈ ਨਾ ਤੂੰ ਹਰਖ ਨੂੰ ਮਾਰ ਕੋਈ ਗੱਲ ਨਹੀਂ ਉਹਦਾ ਗੱਲ ਤੇਰੀ ਤਾਂ ਠੀਕ ਆ ਪਤਾ ਕੀ ਆ ਦੇਖ ਆਪਾਂ ਨੇ ਤੇਰੀ ਗੱਲ ਤੇ ਫੁੱਲ ਚਾੜੇ ਨੇ ਉਹ ਚੱਲ ਚੰਗਾ ਫਿਰ ਤਾਂ ਹੀ ਤਾਂ ਮੈਂ ਤੈਨੂੰ ਆਪਦਾ ਬੰਦਾ ਕਰਕੇ ਭੇਜਿਆ ਸੀ ਬਾ ਠੀਕ ਆ ਵੀ ਸਕੀਮੀ ਆ ਤੂੰ ਸਕੀਮ ਲਾਵੇਂਗਾ ਮਾੜੀ ਮੋਟੀ ਹਾਂ ਨੀ ਆਏ ਕਰੋ ਨੀ ਭੈਣੇ ਆ ਜਾਓ ਬਹਿ ਜਾਓ ਉਰੇ ਇੰਨੇ ਬੱਸ ਮਿਲ ਜੂਗੀ ਚੱਲ ਬਹਿ ਜਾ ਫਿਰ ਹੋਰ ਲੈ ਲਾ ਦਮ ਹੁਣ ਕਾਦੀ ਲੱਗ ਰਹੀ ਕਰਨ ਮੇਰੇ ਗੋਡੇ ਦੁਖਦੇ ਨੇ ਗੋਡੇ ਦੁਖਦੇ ਸਾਡੇ ਤਾਂ ਜਾਣੋ ਰਾਵੜ ਦੇ ਗੋਡੇ ਨੇ ਕਿਹੜਾ ਮਿਰੂਗਾ ਗੜੀ ਦਾ ਦੇਖੀ ਜਾ ਬੇ ਬਹਿ ਜਾ ਤੂੰ ਕਿਹ ਨੂੰ ਡੀਕਦਾ ਹੈ ਮੁਰਦਾ ਬੋਲੂ ਕੱਫਣ ਪਾੜੂ ਕਿਹੜੀ ਮਿਲੂਗੀ ਬੱਸ ਚੰਗਾ ਤਾਂ ਫਿਰ ਮੈਂ ਵੀ ਗੱਡੀ ਅੰਦਰ ਕਰ ਲਾਂ ਜਾ ਕੇ ਚੰਗਾ ਫਿਰ ਉਹ ਮਗਰਾ ਉਰੇ ਮੜ ਜਾ ਓਏ ਉਰੇ ਹੋ ਹਾਂ ਤਾਂ ਆ ਉਹ ਲਾਉਣੀਆਂ ਭੋਰਾ ਤਾਂ ਨਾ ਤਾਂ ਆਇਆ ਅੱਜ ਤਾਂ ਕੰਮ ਓਵਰ ਚੱਲ ਰਿਹਾ ਪਹਿਲੀ ਤਾਂ ਹੀ ਦੇਖਿਆ ਦੀ ਮੈਂ ਬਾਲਾ ਕੋ ਬਾਇਆ ਹੋ ਰਿਹਾ ਖੈਰ ਨਹੀਂ ਹੈਗੀ ਅੱਜ ਹਨਾ ਪਤਾ ਕੀ ਆ ਨਾ ਜਦੋਂ ਜ਼ਿਆਦਾ ਖੜਤ ਹੋ ਗਈ ਫਿਰ ਮੈਂ ਕਾਰਡ ਵੱਧ ਲਾ ਲਿਆ ਉੱਥੇ ਮੈਂ ਅੱਛਾ ਹੋਰ ਫਿਰ ਹੁਣ ਉਹ ਕੰਜਰਾ ਦੇਖ ਕੇ ਖਾਇਆ ਕਰ ਓਏ ਹੈ ਬੁੜਾ ਹੋਇਆ ਔਖਾ ਹੋ ਜੂਗਾ ਤੈਨੂੰ ਫਿਰ ਜਦੋਂ ਬੁੜੇ ਤੱਕ ਪਹੁੰਚਾਂਗੇ ਫਿਰ ਦੇਖਾਂਗੇ ਹੁਣ ਤਾਂ ਗੱਡੀ ਫੁੱਲ ਆਪਣੀ ਆ ਆਹੋ ਹੁਣ ਤਾਂ ਫੁੱਲਾ ਕਹਿੰਦਾ ਬਿੰਗਾ ਆ ਕਿਵੇਂ ਤੁਰਦਾ ਮੈਨੂੰ ਦੇਖ ਲਾ ਕਿਵੇਂ ਹਾੜੇ ਕੱਢਦਾ ਮੈਂ ਕਦੇ ਕਿਸੇ ਦੇ ਕਦੇ ਕਿਸੇ ਦੇ ਔਖਾ ਹੋ ਜਾਂਦਾ ਫਿਰ ਹਾਂ ਬੇ ਮੰਗੇ ਕੋਈ ਕਰ ਲੈ ਹੀਲਾ ਪੁੱਛ ਲੈ ਕਿਸੇ ਨੂੰ ਬਸ ਬੁਸ ਜੇ ਕੋਈ ਆਊਗੀ ਕੌੜੀਆਂ ਨੂੰ ਜਾਣ ਵਾਲੀ ਸੋ ਮਹਾਰਾਜੇ ਅੱਜ ਤਾਂ ਵਧੀਨ ਹੋ ਗਏ ਸੁੱਕ ਕੇ ਅੱਡੇ ਤੇ ਬੈਠੇ ਜੀ ਅੱਕ ਗਿਆ ਉਹ ਕਰਦਾ ਹੀਲਾ ਮੈਂ ਪੁੱਛ ਕੇ ਆਉਣਾ ਕਰਦਾ ਹੀਲਾ ਮੈਂ ਇਹ ਉਦੋਂ ਨਾਲ ਨਾਲ ਤੁਰਦਾ ਰਹਿੰਦਾ ਐ ਨਹੀਂ ਹੈਗਾ ਮੈਂ ਕੋਈ ਦੇਖ ਲਾਉਣਾ ਪਰਾਂ ਓਕੇ ਮੈਂ ਕੁਛ ਕੀ ਆ ਨਹੀਂ ਪੜੀਏ ਤੂੰ ਤਾਂ ਮੇਰੇ ਮੁੰਡੇ ਤੇ ਵੀ ਉਵੇਂ ਮੱਚੀ ਜਾਂਦੀ ਆ ਉਹਨੂੰ ਮੈਨੂੰ ਜਰਦੀ ਹੈਗੀ ਨਾ ਸੜਾ ਤਾਂ ਨਹੀਂ ਉਜੜਦਾ ਮੇਰੇ ਨਾਲ ਕਿਸੇ ਪਾਸੇ ਨੀਰਾਜ ਚੱਲ ਇਹ ਤਾਂ ਤੂੰ ਛੱਡ ਗੱਲ ਦੇਖੀ ਉਹ ਤੇਰੀ ਭੈਣ ਦਾ ਘਰ ਮੈਨੂੰ ਹੌਲਾ ਜਿਹਾ ਲੱਗਿਆ ਲੈ ਦੇਖ ਲੈ ਫਿਰ ਮੈਨੂੰ ਕਹਿ ਦਿੰਦੀ ਆ ਕਿ ਇਹ ਬੋਲਦੀ ਜਾਂਦੇ ਆ ਨਾ ਤੈਨੂੰ ਦਾਹ ਕਰਾਉਣ ਗਈ ਤੇ ਤਾਂ ਘਰ ਬਾਰ ਦੇਖਣ ਗਈ ਤੀ ਨਿਚਲੀ ਨਹੀਂ ਤੇਥੋਂ ਵੀ ਬੈਠਾ ਜਾਂਦਾ ਟਿੱਕੇ ਸਾਰਾ ਦਿਨ ਕੀ ਹੈ ਨੀ ਤੂੰ ਉਈ ਬਾਰ ਚ ਬੋਈਏ ਚੜਾਈ ਜਾਂਦੀ ਹੈ ਹੈ ਮੈਂ ਤਾਂ ਐਂ ਕਹੀ ਤੀ ਮਾਂ ਜਿਵੇਂ ਰਾਜ ਦਾ ਘਰ ਬਾਰ ਵਧੀਆ ਰਾਜ 8 ਕਿੱਲੇ ਨਹੀਂ ਮਾਲਕਣ ਹੈ ਤੇਰੀ ਭੈਣ ਦਾ ਘਰ ਤਾਂ ਮੈਨੂੰ ਹੌਲਾ ਜਿਹਾ ਲੱਗਿਆ ਨਹੀਂ ਕੋਈ ਨਾ ਭੈਣੇ ਪਾਲੂਗੀ ਹਜੇ ਉਹਦਾ ਮੁੰਡਾ ਨਿਆਣਾ ਗਾ ਕੋਈ ਨਾ ਉਹਦੀ ਸੱਸ ਦੀ ਪੁੱਗਿਆ ਕਰਦੀ ਪਹਿਲਾਂ ਜ਼ਿਆਦੇ ਹੁਣ ਉਹ ਵਿਚਾਰੀ ਮੁੱਕ ਗਈ ਹੁਣ ਮਗਰ ਉਸੇ ਦੀ ਪੁੱਗ ਪਗਾਈ ਆ ਕੀ ਪਤਾ ਹੁਣ ਕੋਠੀ ਪਾ ਲੇ ਪਤਾ ਨਹੀਂ ਇਹਨੂੰ ਤਾਂ ਇਹ ਜੀਆਂ ਗੱਲਾਂ ਕਿੱਥੋਂ ਉੜਦੀਆਂ ਨੇ ਵੀ ਤੇਰੀ ਦੱਸ ਕਿ 3 ਮੰਜ਼ਲੀ ਕੋਠੀ ਪਾਰਖੀ ਆ ਤੈਂ ਇਹ ਤਾਂ ਮੇਰੀ ਸੌਕਣ ਬਾੜ ਚ ਬੋਈਏ ਤੜਾਉਂਦੀ ਰਹਿੰਦੀ ਆ ਲੈ ਮਗਰਾ ਓਏ ਇਹਦੇ ਨਾਲ ਵੀ ਲਈਏ ਹੁਣ ਪੰਗਾ ਇਹਨੂੰ ਵੀ ਕਰੀਏ ਸਟਾਰਟ ਹੋ ਜਾ ਭਗਵਾਨੇ ਸਟਾਰਟ ਕਿਉਂ ਦੁੱਖ ਦਿੰਨੀ ਆ ਦੇਖੀਏ ਕੀ ਹੋਇਆ ਕੀ ਨੁਕਸ ਬਹਿ ਗਿਆ ਚ ਹੁਣ ਤਾਂ ਅਸੀਂ ਜਾ ਵੀ ਆਏ ਹੁਣ ਤਾਂ ਹੋਇਆ ਸਟਾਰਟ ਹੁਣ ਤਾਂ ਘਰ ਹੀ ਜਾਣਾ ਆਪਦੇ ਨਾਲ ਆ ਦੇਖ ਲਓ ਚਾਚੀ ਹੋਰ ਲੈ ਜਾਓ ਇਹਨਾਂ ਨੂੰ ਨਾਲ ਉੱਥੇ ਜਾ ਕੇ ਅਗਲੇ ਦਾ ਘਰ ਬਾਰ ਪਰਖਣੀਆਂ ਨੇ ਪੁੱਤ ਬੁੜੀਆਂ ਤਾਂ ਆਤੇ ਹੀ ਜੀ ਹੁੰਦੀ ਆ ਇਹਦੀ ਤਾਂ ਜ਼ਿਆਦੀ ਹੈ ਇਹਨੂੰ ਤਾਂ ਜ਼ਰੂਰੀ ਹੈ ਬਸ ਬਾਹਰ ਚ ਬੁਈਏ ਨੇ ਤੜਾਉਣੀ ਹੁੰਦਾ ਕਿਸੇ ਦਾ ਮਰਜ਼ੀ ਕੰਮ ਹੋਵੇ ਇਹਨੇ ਵਿੱਚ ਫਸਾਉਣੀ ਫਸਾਉਣੀ ਲੱਤ ਹੈ ਨਹੀਂ ਪ੍ਰੀਤਾ ਤੂੰ ਮੈਨੂੰ ਐਂ ਦੱਸ ਮੈਂ ਰਾਜ ਨੂੰ ਕਿਹਾ ਰਾਜ ਦੀ ਭੈਣ ਨੂੰ ਕਿਹਾ ਤੇਰੇ ਕੀ ਤੀਜੇ ਥਾਂ ਵਿੱਚ ਚਲੂਣੇ ਲੜਦੇ ਨੇ ਚਲੂਣੇ ਮੇਰੇ ਕਿਉਂ ਚਲੂਣੇ ਲੜਨ ਤੇਰੇ ਉੱਥੇ ਬੁੜੀ ਨੂੰ ਦਾਹ ਕਰਾਉਣ ਕਿ ਇਹਨਾਂ ਦੀ ਕੋਠੀ ਦੇ ਬੈਠਣ ਲਈ ਨੀ ਚੁੱਪ ਕਰ ਜਾ ਬਾਹਰ ਨਾ ਨਾ ਆਉਂਦਾ ਮੰਗਾ ਵੀ ਚੱਲ ਬਸ ਤੇ ਬਸ ਕਰ ਜਾ ਮੈਸਾਂ ਤਾਂ ਨਹੀਂ ਚੜਾਉਣੀਆਂ ਕੀ ਮੈਂ ਚੜਾਉਣੀਆਂ ਨੇ ਤੇ ਮੈਸਾਂ ਵਰਗੀਆਂ ਹੋ ਰਹੀਆਂ ਆਪਾਂ ਤਾਂ ਚੱਲ ਤੁਸੀਂ ਕੀ ਘੱਟੋ ਮੈਸਾਂ ਨੂੰ
खोलदा मैं ठीक ने ਲਿਆ ਲਾਦਾ ਨੀ ਚਾਚੀ ਪਾਣੀ ਦੀ ਘੁੱਟ ਪਿਆ ਬਲਾਈ ਪਿਆਸ ਲੱਗ ਰਹੀ ਹੈ ਨੀ ਪਿਆ ਦਾਂਗੀਆਂ ਪਾਣੀ ਆ ਜਾ ਭਾਈ ਜੋ ਬੂ ਮੈਂ ਮਰ ਜਾ ਪਾਣੀ ਉਹ ਮੰਗਿਆ ਦੇਖਤਾ ਲੈ ਕਿਵੇਂ ਔਖੀ ਹੁੰਦੀ ਹੈ ਜਣਾ ਚਾਹ ਮੰਗ ਲਈ ਨੀ ਚਾਹ ਵੀ ਪੀ ਲਿਓ ਪਾਣੀ ਤਾਂ ਪੀ ਲਓ ਪਹਿਲਾਂ ਨੀ ਕਿਹੜਾ ਬੁਕਣਾ ਪਿਆਉਗੇ ਇਹ ਤਾਂ ਪਾਣੀ ਵਾਰੀ ਲੱਗ ਰਹੀ ਹੈ ਸਾਲਾ ਮਾਰਨ ਇੱਥੇ ਆ ਜਾ ਜੀ ਪੂਰੇ ਬਹਿ ਜਾ ਬੋਚ ਕੇ ਤੇ ਖੜੇ ਜਾਨੇ ਆ ਮੈਂ ਤਾਂ ਚੱਲ ਖੜ ਜਾਂਗੀ ਤਾਂ ਖੜ ਜਾ ਹੋਰ ਉੱਥੇ ਜਾਏ ਵੱਡੀ ਨੇ ਲੋਹੂ ਪੀਤਾ ਹੈ ਦੱਸ ਕਿ ਤੁਸੀਂ ਬੱਕਰੇ ਖਾ ਕੇ ਆਏ ਪਾਣੀ ਨੂੰ ਇੱਥੇ ਆ ਕੇ ਡਿੱਗ ਪਿਆ ਕਹਿੰਦੀ ਪਾਣੀ ਲੈ ਕੇ ਦੇ ਦੇ ਐ ਨਹੀਂ ਪ੍ਰੀਤ ਆਪਾਂ ਦੇਲੀਆਂ 'ਚ ਬੈਠ ਤਾਂ ਗਈਆਂ ਬੁੜੀ ਦਾਹ ਕਰਾ ਕੇ ਆਏ ਇਹ ਤਾਂ ਹੈਗੀ ਵੀ ਵਹਿਮਣ ਮਨ ਕਰੇ ਵਹਿਮ ਕਰ ਲਈ ਨਹੀਂ ਕੀਤੇ ਨਹੀਂ ਸੀ ਬੋ ਇੰਨੀ ਛੇਤੀ ਮਰਨ ਵਾਲੀ ਹੈਗੀ ਕਰ ਜੇ ਵਹਿਮ ਕਰੀ ਜਾਵੇ ਦੱਸ ਕਿ ਫਿਰ ਇਹਦਾ ਡਰ ਮਾਰਿਆ ਆਪਾਂ ਨੂੰ ਹੁਣ ਆਈਏ ਨਹੀਂ ਪਾਣੀ ਲੈ ਕੇ ਕੁੜੇ ਆ ਜਾ ਆ ਗਈ ਲੈ ਖੜੋ ਲੈ ਲਓ ਪਾਣੀ ਬਹੁਤ ਟਾਈਮ ਲਾਤਾ ਤੈਂ ਵੀ ਨਹੀਂ ਮੈਂ ਠੰਡਾ ਕਰਨ ਲੱਗੀ ਸੀ ਪਾਣੀ ਕੌੜੇ ਦਾ ਪਾਣੀ ਤੱਤਾ ਪਿਆ ਸੀਗਾ ਹਾਏ ਨਹੀਂ ਇਹ ਤਾਂ ਚੰਗਾ ਜਾਣ ਮੰਗਾ ਟੈਂਪੂ ਲੈ ਆ ਨਹੀਂ ਉੱਥੇ ਆਥਣ ਹੋ ਜਾਂਦਾ ਆਪਾਂ ਨੂੰ ਤਾਂ ਨਹੀਂ ਚੱਲ ਭਾਣੇ ਪਹੁੰਚ ਗਈਆਂ ਉਹ ਮੈਂ ਤੂੰ ਕਿਹੜੀ ਸਰਾਲੇ ਪਹੁੰਚੀ ਆਪਦੇ ਘਰੇ ਆ ਗਈਆਂ ਚੰਗਾ ਬੀਬੀ ਮੈਂ ਤਾਂ ਚੱਲਦਾ ਘਰੇ ਆ ਜਿਓ ਤੁਸੀਂ ਫਿਰ ਹਾਏ ਨਹੀਂ ਰਾਜਾ ਉਹ ਜਿਹੜੀ ਬਾਹਲੀ ਰੋਂਦੀ ਸੀ ਬੱਗੜ ਜੀ ਉਹ ਲਾਉ ਕੰਮ ਕੀ ਨਹੀਂ ਮੇਰੀ ਭੈਣ ਤੀ ਓਹੋ ਉਹ ਤਾਂ ਇੰਨਾ ਰੋਣ ਲੱਗ ਰਹੀ ਸੀ ਭੈਣੇ ਬੁੜਕ ਬੁੜਕ ਪੈਂਦੀ ਸੀ ਐਂ ਦੱਸ 100 ਸਾਲ ਦੀ ਤਾਂ ਪਹਿਲਾਂ ਹੋ ਕੇ ਮੁੱਕੀ ਤੋਈ ਸੱਸ ਪੁੱਤਾਂ ਪੜੋਤਿਆਂ ਵਾਲੀ ਇੰਨਾ ਰੋਣ ਨੂੰ ਕੀ ਗੱਲ ਸੀ ਨਹੀਂ ਕੋਈ ਨਾ ਫਿਰ ਵੀ ਮਾਵਾਂ ਵਰਗੀ ਹੁੰਦੇ ਸੱਸ ਜੇ ਕੋਈ ਸਮਝੇ ਹੁਣ ਸਾਰੀਆਂ ਆਪਣੇ ਵਰਗੀਆਂ ਹੋ ਗਈਆਂ ਬਗੇੜੀਆਂ ਨਹੀਂ ਚੱਲ ਉਮਰ ਖਾਊ ਹੋ ਕੇ ਮੁੱਕੀ ਤੀ ਫਿਰ ਕੀ ਡਰਤੀ ਹੁਣ ਇੱਥੇ ਹੀ ਪੈਰ ਪਸਾਰ ਕੇ ਬੈਠਣਾ ਮਰਨਾ ਤਾਂ ਇੱਕ ਦਿਨ ਸਭ ਨਹੀਂ ਹੈ ਹੈ ਮੱਗਰ ਤਾਂ ਆਪਿਆ ਉਹ ਬਈ ਮੱਗਰਾ ਆ ਗਿਆ ਦੀ ਤੂੰ ਓਏ ਓਏ ਆ ਤਾਂ ਗਿਆ ਉਹ ਮੈਨੂੰ ਕੱਢ ਪਹਿਲਾਂ ਬਾਹਰ ਕਿਉਂ ਉਰੇ ਕੀ ਕਰਨ ਵੜ ਗਿਆ ਤੂੰ ਓਏ ਤੈਨੂੰ ਫੇਰ ਤੂੰ ਪਹਿਲਾਂ ਮੈਨੂੰ ਕੱਢ ਲੈ ਹੈ ਦੇਖ ਆਇਆ ਉਹ ਮੈਨੂੰ ਨਾ ਖਿੱਚ ਬਾਪ ਗੱਡੀ ਉੱਪਰ ਪਰਾਂ ਕਰ ਮੜਾ ਜਾ ਗੱਡੀ ਕਿਵੇਂ ਕਰਾਂ ਖੜ ਜਾ ਮੈਂ ਦੇਖਦਾ ਹੱਥ ਪਾ ਕੇ ਇਹ ਲੈ ਮੈਂ ਚੱਕਦਾ ਗੱਡੀ ਪਰਾਸਾ ਮੜਾ ਜਾ ਏ ਲੈ ਮਨ ਦੇ ਟਿੱਡੇ ਵਾਲਾ ਵੱਡਾ ਕਰੀ ਫਿਰਦਾ ਤੂੰ ਹੋ ਹੋ ਥੱਲੇ ਕੀ ਡੋਕੇ ਲੈਣ ਪੜਿਆ ਸੀ ਓਏ ਡੋਕੇ ਨਹੀਂ ਓਏ ਮੈਂ ਤਾਂ ਥੱਲੋਂ ਦੇਖਦੀ ਮੈਂ ਕਿਤੇ ਨੁਕਸ ਥੱਲੇ ਪੈ ਗਿਆ ਕਿਤੇ ਕੋਈ ਓਏ ਨੁਕਸ ਥੱਲੇ ਕਿੱਥੇ ਤੈਨੂੰ ਦੱਸ ਕੇ ਤਾਂ ਕਹਿਦੀ ਵੀ ਇਹਦੀ ਬੈਟਰੀ ਸੁੱਤੀ ਹੋਈ ਆ ਥੱਲੇ ਦੱਸ ਕੀ ਕਰਨ ਬੜੇ ਤੂੰ ਵੀ ਤੂੰ ਵੀ ਜਿਆਦਾ ਦੇਖਦਾ ਮੈਂ ਕਿਤੇ ਕੋਈ ਇੰਜਣ ਉਂਜਣ ਚ ਆ ਗਿਆ ਕਿਤੇ ਕੋਈ ਆਹੋ ਚੱਲ ਹਾਏ ਓਹੋ ਜੇ ਮੰਗਿਆ ਨਾ ਆਉਂਦਾ ਮੈਂ ਤਾਂ ਮਰ ਜਾਂਦਾ ਬਈ ਆਹੋ ਤੈ ਤਾਂ ਮਰਨੀ ਸੀ ਇਹਦੇ ਥੱਲੇ ਵੜ ਗਿਆ ਜਿਹੜਾ ਉਹ ਮੈਂ ਤਾਂ ਦੇਖੇ ਨੇ ਮਿਸਤਰੀ ਯਾਰ ਕੰਮ ਜਿਹਾ ਕਰਦੇ ਬੋਰਾ ਵਿਛਾ ਕੇ ਥੱਲੇ ਨੂੰ ਵੜ ਜਾਂਦੇ ਨੇ ਮੇਰੇ ਤੋਂ ਸਿੱਧਾ ਵੜਨੇ ਮੈਂ ਟੇਢਾ ਹੋ ਗਿਆ ਇੱਥੋਂ ਫਿਰ ਹੁਣ ਤੂੰ ਮਿਸਤਰੀ ਬਣੇਗਾ
ਮਿਸਤਰੀ ਦਾ ਨਹੀਂ ਬਣਾ ਜਾਂਦਾ। ਚੱਲ ਥੱਲੇ ਕਰ, ਅੰਦਰ ਕਰਾ ਇਹ ਗੱਡੀ ਮੇਰੀ ਯਾਰ ਪਹਿਲਾਂ ਤੂੰ। ਓਏ ਇਹਦਾ ਧੱਕਾ ਲਾਉਣਾ ਪਊ। ਧੱਕਾ ਲਾ ਕੇ ਕਰਾਏ ਅੰਦਰ। ਨਹੀਂ ਭਣੇ, ਜੇ ਆਪਾਂ ਸੰਦੇਹਾਂ ਜਾਂਦੀਆਂ ਨਾ ਮੇਰੀ ਸ਼ਕੀਰੀ ਤੇ ਪੌਦਰ ਵਗ ਜਾਂਦੀਆਂ। ਓਹੋ ਨਹੀਂ, ਅੱਗ ਲੱਗੇ ਤੇਰੀ ਸ਼ਕੀਰੀ, ਤਾਂ ਹੀ ਤਾਂ ਭਣੇ ਬੰਦੇ ਗੱਲਾਂ ਕਰਦੇ ਨੇ। ਕਹਿੰਦੇ ਤੀਵੀਆਂ ਤਾਂ ਮਕਾਨ 'ਚ ਜਾ ਕੇ ਵੀ ਨਹੀਂ ਖੜਦੀਆਂ, ਘਰ ਘਰ ਫਿਰੀ ਜਾਂਦੀਆਂ ਨੇ। ਮੈਂ ਤਾਂ ਰੋਟੀ ਖਾਣੀ ਜਾ ਕੇ ਮੇਰੇ ਤਾਂ ਕਾਲਜਾਂ ਨਿਕਲਣਾ ਹੋ ਰਿਹਾ। ਲੈ ਪੀ ਲੈ ਪਾਣੀ ਦਾ ਫੜਾਓ ਭਾਂਡੇ। ਮੈਂ ਮੈਨੂੰ ਐਂ ਦੱਸ ਸਿੱਬੋ, ਤੂੰ ਤਾਂ ਰੋਟੀ ਖਾ ਕੇ ਨਹੀਂ ਆਈ, ਉਹ ਤਾਂ ਚੁਲਸ ਕੇ ਨਹੀਂ ਆਈ ਤੂੰ ਰੋਟੀਆਂ। ਨਹੀਂ ਰਾਜਾ, ਭਣੇ ਗੁੱਸਾ ਮੰਨ, ਗਿੱਲਾ ਮੰਨ, ਦਾਲ ਤਾਂ ਜਮੀ ਪੰਗਰ ਪਾਣੀ ਦੀ ਜਮੀ ਪਤਲੀ ਦਾਲ ਪਈ ਤੀ, ਮੈਨੂੰ ਤਾਂ ਰੱਜੇ ਨਹੀਂ ਆਇਆ ਰੋਟੀ। ਨਾ ਬੋਲਦੀ ਤਾਂ ਦੇ ਨਾ, ਮੇਰੀ ਸੌਕਣ ਕਿਵੇਂ ਆ, ਘਰੇ ਤਾਂ ਜਾਣਾ ਰੋਜ਼ ਮਟਰ ਪਨੀਰ ਖਾਂਦੀ ਆ। ਓਹੋ ਨਹੀਂ, ਘਰੇ ਵਾਵਾਂ ਚਟਣੀ ਨਾਲ ਖਾਵਾਂ, ਕਿਵੇਂ ਮਰਜ਼ੀ ਖਾਵਾਂ, ਤੂੰ ਮੇਰੇ ਤੋਂ ਊਈਂ ਦੜਕੇ ਮਾਰੀ ਜਾਂਦੀ ਆ ਬਿਨਾਂ ਗੱਲ ਤੋਂ। ਦੜਕੇ ਮਾਰਦੀ ਨਾਲੇ ਹੋਰ ਬੋਲਦੀ, ਐਂ ਨਾ ਬੋਲਿਆ ਕਰ ਭੈਣੇ, ਮੈਂ ਤਾਂ ਕਦੇ ਨਹੀਂ ਕਿਸੇ ਦੀ ਦਾਲ ਪਾਣੀ 'ਚ ਨਗੋਹ 'ਚ ਕੱਢਿਆ ਕਦੇ। ਬੂ ਮੈਂ ਮਰ ਜਾ, ਆਲਾ ਦੇਖ ਲੈ, ਜੇ ਸੱਚੀ ਗੱਲ ਕਹੀਦੀ ਤਾਂ ਵੀ ਬੁੜਕ ਬੁੜਕ ਪੈਂਦੀ ਆ। ਲੈ ਭਾਂਡੇ ਫੜ, ਚੱਕ। ਉਹ ਲਵਾਉਣਾ ਧੱਕਾ, ਮੈਂ ਪਾਣੀ ਪੀ ਆਵਾਂ। ਛੇਤੀ ਆ ਜੀ ਬਾਈ, ਪਾਣੀ ਪੀ ਕੇ ਫਿਰ। ਹਾਂ ਹਾਂ ਆ ਗਿਆ ਮੈਂ। ਹੋਰ ਹੁਣ ਇਹ ਵਿਚਾਰੀ ਧੁੱਪ 'ਚ ਮੱਚਣ ਲੱਗ ਰਹੀ ਆ ਉਰੇ। ਓਏ ਆ ਗਏ ਮੁੰਡੇ ਓਏ। ਹਾਂ ਤਾਂ ਇਹ ਆ ਗਿਆ। ਉਹ ਬਹੁਤ ਟਾਈਮ ਲਾਇਆ ਭਾਈ ਤੁਸੀਂ। ਉਹ ਤੈਨੂੰ ਪਤਾ ਹੀ ਆ, ਤਾਂ ਮਾੜਾ ਖੱਜਲ ਖਰਾਬ ਜੇ ਹੋ ਕੇ ਪਹੁੰਚੇ ਤੇ। ਅੱਛਾ ਜੀ, ਹੋਰ ਤੇਰੇ ਮਾਂ ਨਹੀਂ ਆਈ ਹੈਗੀ? ਆ ਗਈ ਹਾਂ, ਉਹ ਬਸ ਸਿੱਬੋ ਕੇ ਪਾਣੀ ਧਾਣੀ ਜਿਹਾ ਪੀ ਰਹੀਆਂ ਨੇ। ਅੱਛਾ ਹਾਂ, ਚੱਲ ਚੰਗਾ, ਪੀ ਲਾ ਪਾਣੀ ਪੂਣੀ। ਹਾਂ ਮੈਂ ਵੀ ਪਾਣੀ ਪੀਣਾ। ਚਲੋ ਮੰਮੀ ਚੱਲੀਏ, ਕਿਉਂ ਤੁਸੀਂ ਇੱਥੇ ਬੋਲੀ ਜਾਂਦੇ ਹੋ, ਘਰੇ ਜਾ ਕੇ ਰੋਟੀ ਟੁੱਕ ਵੀ ਬਣਾਉਣਾ ਫਿਰ। ਨਹੀਂ ਚੱਲ ਵੀਰਾ, ਮੈਂ ਤਾਂ ਆਪ ਔਖੀ ਹੋ ਰਹੀ ਹਾਂ। ਲੈ ਤੂੰ ਕਾਹ 'ਚ ਔਖੀ ਹੋਈ ਹੈ, ਔਖੇ ਤਾਂ ਅਸੀਂ ਹੋਏ ਪਏ ਹਾਂ। ਹੈਂ, ਤਾਂ ਸਾਡੇ ਕੰਨਾਂ ਨੂੰ ਹੱਥ ਲਵਾ ਤੇ, ਆਹ ਫੜ ਲਈ ਕੰਨ ਦੀ ਪੇਪੜੀ, ਜੇ ਮੁੜ ਕੇ ਤੇਰੇ ਨਾਲ ਕਿਤੇ ਮਕਾਨ ਮਕਾਨ ਵਗ ਵੀ ਜਾਵਾਂ। ਨਹੀਂ ਨਾ ਜਾਈ, 20 ਵਾਰੀ ਨਾ ਜਾਈ, ਦੱਸ ਤੇਰੇ ਬਿਨਾ ਕੀ ਗੱਡਾ ਖੜਿਆ ਹੈਗਾ, ਕਿਵੇਂ ਬੋਲਦੀ ਆ ਚੜ ਚੜ ਕੇ। ਨਹੀਂ ਚਾਚੀ, ਹੁਣ ਕਾਹਨੂੰ ਜਲੂਸ ਕੱਢਿਆ, ਮਕਾਨ ਜਾ ਕੇ ਆ ਵੀ ਗਈਆਂ, ਹੁਣ ਤਾਂ ਟਿਕ ਜੋ। ਚੱਲ ਮੰਮੀ ਚੱਲੀਏ, ਪਹਿਲੀ ਆਪਣੇ ਨਾਲ ਬਹੁਤ ਬਣ ਗਈ, ਕਿਉਂ ਇੱਥੇ ਖੜੀ ਬੇਇੱਜ਼ਤੀ ਕਰਾਈ ਜਾਂਦੇ ਹੋ? ਨਹੀਂ ਗਈਆਂ ਵੇਚਦੇ ਨੂੰ ਬੜਾ ਜਾਣਦੀ ਹੈ। ਹੈ ਉੱਥੇ ਦੇਖੀ ਜੀ ਕਿਵੇਂ ਫਦਾਏ ਫਦਾਏ ਕਰਦੀ ਫਿਰਦੀ ਸੀ, ਕਦੇ ਕਿਸੇ ਨੂੰ ਜੱਫਾ ਪਾ ਲਿਆ, ਕਦੇ ਕਿਸੇ ਨੂੰ ਪਾ ਲਿਆ, ਉਹ ਟੁੱਟੀ ਜੀ ਗੱਡੀ ਕਰਾ ਲਈ, ਉਹਨੇ ਅੱਧ ਬਜਾਏ ਡੋਬਲੇ, ਤੂੰ ਜੱਜ ਦੀ ਗੱਡੀ ਕਰਾ ਲੈ। ਹੈ ਕੰਜੂਸਣ ਐਡੀ ਹੈ ਨਾ, ਤੂੰ ਨਾ ਜਾਂਦੀ ਉਦੋਂ, ਉਦੋਂ ਤਾਂ ਮੈਨੂੰ ਮਾੜਾ ਜਿਹਾ ਨਹੀਂ ਕਹਿਣ ਦਿੱਤਾ ਹੈਗਾ। ਉਹਦੀ ਆ ਗਈ ਪਾ ਕੇ ਸੂਟ ਨਾਲ ਦੀ ਚੁੰਨੀ ਲੈ ਕੇ ਚੰਗੀ ਤਰ੍ਹਾਂ, ਉੱਥੇ ਜਾ ਕੇ ਕਹਿੰਦੀ ਚਾਹ ਕਰਕੇ ਦੇ ਦਿਓ, ਮੇਰੇ ਤਾਂ ਖੋਹੀ ਪੈਂਦੀ ਆ। ਨਹੀਂ ਜੇ ਤੇਰੇ ਨਾਲ ਜਾਵਾਂਗੇ, ਜਾਂ ਤੂੰ ਹੀ ਵਿਆਵੇਂਗੀ, ਹੋਰ ਕੋਈ ਗਵਾਂਢੀ ਚਾਹ ਪਿਆਉਣਗੇ? ਨਹੀਂ ਬਸ ਕਰ, ਤਾਂ ਕੀ ਰਹੇ ਮੇਰੇ ਤੋਂ, ਹੋਰ ਨਾ ਕਿਤੇ ਪਰਦੇ ਥਲਾ ਲਈ, ਨਾ ਰੋਜ਼ ਜਿਹੀ ਜੀ ਕਰਦੂ ਦੀ ਮਾਲਕ ਨੇ ਛਿੱਤਰ ਖਾਣੀ ਆ ਘਰੇ। ਨਹੀਂ ਮੈਂ ਛਿੱਤਰ ਖਾਣੀ ਆਪਦਿਆਂ ਤੋਂ, ਤੂੰ ਖਾ ਮਖਾ ਛੜੇ ਤੋਂ ਛਿੱਤਰ ਖਾਈ ਜਾਂਦੀ ਹੈ। ਹੈਂ, ਤੇਰੇ ਪਰਦੇ ਚੰਗੇ ਨੇ ਮੇਰੇ ਨਾਲੋਂ। ਨਹੀਂ ਚਾਚੀ, ਚੁੱਪ ਕਰ ਜਾ, ਕਾਹ ਤੋਂ ਖੋਰੂ ਪਾਰਕ ਹੈ, ਜਾ ਅੰਦਰ ਵਗ ਜਾ। ਨਹੀਂ ਇਹਨੂੰ ਤਾਂ ਹਟਾ ਲਾਂਗੀ, ਬਣਾਉ ਨੂੰ ਇਹਦਾ ਟੀਕਾ ਨਹੀਂ ਦਿੰਦੀ ਕਿਸੇ ਨੂੰ। ਮੰਮੀ ਤੁਸੀਂ ਕਿਉਂ ਲੜੀ ਜਾਂਦੇ ਇੱਥੇ ਖੜੇ? ਚਲੋ ਚੱਲੀ ਆਪਾਂ ਘਰੇ, ਆ ਜਾਓ ਨਾ। ਬੋਲ ਜੋ ਦੇਖ, ਉਹ ਬਾਂਦਰੀ ਜੀ ਕਿਵੇਂ ਚੜ ਚੜ ਕੇ ਆਉਂਦੇ, ਚੜ ਚੜ ਕੇ ਆਉਂਦੀ ਆ। ਕੋਈ ਨਾ, ਤੂੰ ਸਾਡੇ ਘਰੇ ਆਈ, ਤੈਨੂੰ ਮੈਂ ਪੁੱਛੂਗੀ, ਤੈਨੂੰ ਜ਼ਿਆਦੇ ਬੋਲਦੀ ਆ। ਆ ਜਾ ਨੀ ਪਾ, ਚੱਲੀਏ, ਉਹੀ ਸਿਰੇ ਸਿਰ ਚੜਦੀ ਜਾਂਦੀ ਹੈਗੀ। ਲੈ ਬੋਲ, ਮੈਂ ਪਤਾ ਨੀ ਕਿਹੜੀ ਗੱਲਾਂ ਚੁੱਪਾਂ, ਫੜ ਕੇ ਗੋਟੇ ਥੱਲੇ ਲੈ ਲੂੰਗੀ। ਨਾ ਜੇ ਮੇਰੇ ਨਾਲ ਮਕਾਨ ਗਈ ਆ ਤਾਂ ਇਹ ਬੋਲਣਾ, ਇਹਦੇ 20 ਵਾਰੀ ਮਰਿਆ, ਕਦੇ ਕੋਈ ਮਰ ਜਾਂਦਾ, ਕਦੇ ਕੋਈ ਮਰ ਜਾਂਦੀ ਆ, ਬਥੇਰਾ ਇਹਦੇ ਨਾਲ। ਨਹੀਂ ਗਈ ਨਹੀਂ ਹੈਗੀ ਹਲੇ ਇਹ। ਹੈ, ਮੈਨੂੰ ਐਂ ਦੱਸ ਕਿਵੇਂ ਮਰ ਗਿਆ, ਨੇ ਮਿਹਣੇ ਦੇਣ ਲੱਗ ਗਈਆਂ। ਹੈ, ਕਹਿੰਦੀ ਗੋਡਿਆਂ ਥੱਲੇ ਲੈ ਲੂੰ, ਆ ਜਾ ਲੈ ਕੇ ਤਾਂ ਦੇਖ, ਤੂੰ ਇੱਕ ਦਿਨ ਤੇਰੇ ਦੋ ਨਾ ਕਰਾਂ, ਮਕਾਨ ਲੈ ਕੇ ਗਈਆਂ ਕਿ ਮੇਰੇ ਮਰ ਗਿਆ ਨੇ ਮਿਹਣੇ ਦੇਣ ਗਈ ਲੱਗੀਆਂ ਤੂੰ ਮੈਨੂੰ। ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਬਸ਼ਰਮ ਦੀ ਵੀ ਨਾ ਹੋਵੇ ਕਿਸੇ ਥਾਂ ਦੀ, ਤੇ ਮੈਂ ਮੇਰੇ ਤੇ ਬੱਦਲ ਵਾਂਗੂ ਚੜ ਚੜ ਕੇ ਆਉਂਦੀ ਹੈ। ਨਹੀਂ ਚਾਚੀ, ਕਾਹਨੂੰ, ਅੱਜ ਤਾਂ ਸਵੇਰ ਦੀ ਮੂਡ ਖਰਾਬ ਹੋ ਰਿਹਾਗਾ। ਕਾਹਨੂੰ ਪ੍ਰੀਤ, ਹਰਾਮਣ ਆ ਇਹ, ਵੱਡਾ ਜੋਗਰੀ ਆ ਤਾਂ, ਇਹਦਾ ਪੱਟੇ ਟੋਆ ਹੋਰ ਨੂੰ, ਪਹਿਲਾਂ ਇਹਨੂੰ ਦੇਵੇ ਵਿੱਚ। ਨਹੀਂ ਤੂੰ ਕੀ ਘੱਟ ਹੈ, ਮੇਰੇ ਵਾਸਤੇ ਟੋਆ ਪੱਟਦੀਆਂ, ਤੂੰ ਭੱਠੀ 'ਚ ਦੇਣ ਜੋਗਰੀ ਆ, ਭੱਠੀ 'ਚ ਚੰਗਾ ਲਾ ਲਈ ਜ਼ੋਰ, ਮੈਂ ਵੀ ਭੋਗ ਦੇਣ ਜਾਂਦੀ। ਨਹੀਂ ਮੈਂ ਤੈਨੂੰ ਉਲਝਾਉਂਦੀ ਹੈ ਨਹੀਂ, 20 ਵਾਰੀ ਨਾ ਜਾਈ। ਨਹੀਂ ਤੇਰੇ ਜਾਂਦਾ ਵੀ ਕੌਣ ਹੈ, ਸੜੀ ਹੋਈ ਦੇ, ਮੈਂ ਤਾਂ ਉਹੀ ਨਹੀਂ ਜਾ ਕੇ ਰਾਜੀ, ਪਤਾ ਨਹੀਂ ਕਿਵੇਂ ਭੁੱਲੀ ਚੁੱਕੀ ਤੇਰੇ ਨਾਲ ਵਗ ਗਈ। ਨਹੀਂ ਚੱਲ ਚਾਚੀ, ਅੱਜ ਤਾਂ ਤੜਕੇ ਦੇ ਬਜੀਨ ਹੋਰ ਹੈ, ਇੱਕ ਤਾਂ ਹੋ ਰਹੀ ਹੈ ਦੇਸਾਂ ਦੀ ਗਰਮੀ, ਇੱਕ ਆ ਨਹੀਂ ਹੜਦੀ ਕੁੱਤੇ ਵਾਂਗੂ ਭੌਂਕਣ। ਨਹੀਂ ਮੈਂ ਤਾਂ ਤਪਾ ਲਈ ਚਿੰਦਰੀ ਲੰਗੜੀ ਜੀ ਨੇ, ਬੋਲਦੀ ਤਾਂ ਦੇ ਲੈ ਕਿਵੇਂ ਆ ਗਈ, ਇੱਕ ਇਹਦੇ ਨਾਲ ਵਾਹ ਪੈ ਗਿਆ ਮੇਰਾ ਤਾਂ। ਵੈਸੇ ਲੈ ਪੂਰੀ ਗੋਰਖੋ ਜੀ ਫਿੱਟੜੀਆਂ ਦਾ ਫੇਟ, ਆਉਣ ਦੇ ਘਰੇ ਮੇਰੇ ਕੋਲ ਚੀਜ਼ ਲੈਣ, ਇਹਨੂੰ ਮੈਂ ਦਊਂ ਸਮਾਰ ਕੇ, ਤੀਜੇ ਦਿਨ ਉਰੇ ਹਿਣਕ ਪੈਂਦੀ ਹੈ, ਦਹੀਂ ਸੀਬੋ ਫਲਾਣੀ ਚੀਜ਼, ਦਹੀਂ ਤੀ ਮੁੱਕੀ ਚੀਜ਼, ਕਦੇ ਬੱਛੜ ਕਦੇ ਬਾਲਟੀ, ਆ ਜੀ ਹੁਣ ਤੈਨੂੰ ਦਊਂ ਸਮਾਰ ਕੇ ਮੈਂ। ਉਹ ਕਿਉਂ ਮਗਰਾ ਓਏ, ਚੱਲ ਪੀ ਗੱਡੀ ਕਿਨਾਂ ਤੇਰੀ ਇਹ। ਹੈਂ, ਨਾ ਤਾਂ ਇਹ ਚੱਲੀ ਨਹੀਂ ਹੈਗੀ, ਨਾਲੇ ਮੁੰਡੇ ਨੂੰ ਭੇਜੀ ਮਾੜਾ ਜਿਹਾ ਪਾਣੀ ਪੀਣ ਗਿਆ ਸੀ, ਕਹਿੰਦਾ ਆਉਣਾ ਮੈਂ। ਚੱਲ ਕੋਈ ਨਾ, ਭੇਜਦਾ ਨੂੰ ਮੈਂ, ਆਉਂਦਾ। ਕਿਉਂ ਮਗਰਾ ਹੋਇਆ ਨੀ ਹਿੱਲਾ? ਨਾ ਬਾਈ, ਹਜੇ ਕਿੱਥੇ ਹੋਈ ਹਿੱਲਾ। ਐ ਕਰ, ਇਹਦੀ ਬੈਟਰੀ ਤੇ ਕਾਰਬਨ ਲੱਗ ਰਿਹਾ ਹੁਣ, ਉਹ ਕਰ ਤੂੰ ਸਾਫ਼, ਮੈਂ ਦੇਖਦਾ ਵਿੱਚੋਂ ਸੈਲਫ ਮਾਰ ਕੇ। ਉਹ ਦੇਖ ਲੈਣੇ ਹੁਣ ਤਾਂ।
ਨੀ ਪੁੱਤ ਖਾਣਾ ਤਾਂ ਪੈਂਦਾ ਅਗਲਾ ਖਵਾਉਂਦੇ ਨੇ ਖਾਣ ਵਾਸਤੇ ਕਰਦਾ ਨੀ ਭੈਣੇ ਖਾਣਾ ਤਾਂ ਪੈਂਦੀ ਹੈਗਾ ਫਿਰ ਤੀਵੀਆਂ ਜੱਫੇ ਬਾਬਾ ਕਹਿਣਗੀਆਂ ਅੱਜ ਆਪਣੇ ਖਾ ਕੇ ਜਾਈ ਨਾ ਭੈਣੇ ਖਾ ਕੇ ਜਾਈ ਦੋ ਭਾਵੇਂ ਦੋ ਭੋਰੇ ਖਾਣੀ ਪਰ ਉਹਨੂੰ ਖਾਇਆ ਤਾਂ ਜਾਂਦੀ ਆ ਭੈਣੇ ਚੰਗਾ ਭੈਣੇ ਮੈਂ ਤਾਂ ਜਾਂਦੀ ਹਾਂ ਘਰੇ ਫਿਰ ਭੋਗ ਤਾਂ ਦੱਸਦੀ ਮੈਨੂੰ ਦੋ ਦਿਨ ਪਹਿਲਾਂ ਨਾ ਕੋਈ ਨਾ ਭੈਣੇ ਦੱਸ ਦੂੰਗੀ ਚੰਗਾ ਭਾਗ ਜਾ ਹੁਣ ਤਾਂ ਤੇਰੀ ਵੀ ਨਹੀਂ ਆਵਾਜ਼ ਨਿਕਲਦੀ ਹੈਗੀ ਹੈ ਨੀ ਚਾਚੀ ਹਾਂ ਆ ਰੁੱਕ ਜਾਣਾ ਮੱਕਰ ਦੇ ਖਾ ਖੜਿਆ ਉਰੇ ਨਹੀਂ ਕਾਹਨੂੰ ਇਹਦੇ ਮੱਥੇ ਲੱਗਦੀਆਂ ਆ ਜਾ ਲੰਘਿਆ ਹੋਰ ਕੁਛ ਬਕੂਗਾ ਇਹ ਲੈ ਆ ਜਾਂਦੀਆਂ ਨੇ ਇਹਨਾਂ ਨੂੰ ਮਾਰਨ ਦੇ ਬੋਲ ਆ ਮੜਾ ਧੱਕਾ ਲਵਾ ਦੋ ਜੀ ਆ ਕੇ ਹਾਂ ਬੇਟਾ ਜਾਣਾ ਤੂੰ ਇਹਦੇ ਆਲੇ ਦਾਲੀ ਖੜਿਆ ਹਜੇ ਬੀਬੀ ਆ ਜਾਓ ਮਾੜਾ ਜਾ ਆ ਗੱਡੀ ਅੰਦਰ ਕਰਾ ਦੋ ਹੋਰ ਧੱਕਾ ਲੱਗਦੇ ਦੀ ਗੱਡੀ ਨੂੰ ਹੋਰ ਨਾ ਲਵਾ ਦਈਏ ਕਿਤੇ ਅਸੀਂ ਕੰਜਰ ਨੇ ਤਾਂ ਆਦੋ ਵਿਚਾਰੇ ਡੋਬਦੀ ਹੁੰਦੀ ਅਸੀਂ ਜੇ ਨਾ ਬੱਸ ਮਿਲਦੀ ਨਾ ਇਹਦੇ ਮੇਰੀ ਬੇਇੱਜ਼ਤੀ ਕਰਾ ਦਿੱਤੀ ਮੂੰਹ ਦਿਖਾਉਣ ਜੋਗੀ ਲੈ ਕੇ ਨਹੀਂ ਰਹੀ ਕਿਤੇ ਨਹੀਂ ਚਾਚੀ ਆ ਮੰਗੇ ਨੂੰ ਕੀ ਕਹਿਣੀ ਆ ਦੇਖ ਲੈ ਮਗਰ ਧੜਕੀ ਡੱਫ ਲੈਂਦਾ ਖਾਂਦਾ ਵੀ ਇੰਨੀ ਰੁੜ ਜਾਣੇ ਨੂੰ ਭਾਰਾ ਨਹੀਂ ਸੁਰਤ ਰਹਿੰਦੀ ਹੈਗੀ ਹਾਂ ਮੈਨੂੰ ਐਂ ਦੱਸੋ ਜੀ ਗੱਲ ਗੱਲ ਤੇ ਕਹਿ ਦੇਣਾ ਭੁੱਕੀ ਖਾਣਾ ਨਾ ਤੁਸੀਂ ਮੈਨੂੰ ਲੈ ਕੇ ਦਿੰਦੇ ਭੁੱਕੀ ਸੋਡੇ ਕਰਕੇ ਮੈਂ ਹਜ਼ਾਰ ਦੇ ਥੱਲੇ ਆ ਗਿਆ ਹਜੇ ਤੁਸੀਂ ਮੈਨੂੰ ਕਹਿੰਦੇ ਸਾਡੀ ਬੇਇੱਜ਼ਤੀ ਕਰਾ ਦੀ ਕਦੇ ਕੁਛ ਪਰਖ ਦਿਓ ਮੈਨੂੰ ਕਦੇ ਕੁਛ ਪਰਖ ਦਿਓ ਗੱਲਾਂ ਦੇਖ ਲੈ ਕੀ ਕਰੀਏ ਕਮਾਲ ਆ ਤੁਹਾਡੀ ਜਮੀ ਅੱਗੇ ਹਜ਼ਾਰ ਦੇ ਥੱਲੇ ਦੇ ਤਾਂ ਮੈਂ ਛੜੀ ਹੋਈ ਟੁੱਟੀ ਹੀ ਘਰ ਦੇਤੀ ਉਹਨੇ ਸਾਨੂੰ ਕਹਾ ਪੂਰ ਲਾਤਾ ਜਾ ਕੇ ਅੱਜ ਮਚਾਇਆ ਤੇਰੀ ਪਣਾ ਫੇਰ ਖੜ ਗਈ ਮਾਰਦਾ ਹਲੇ ਗੱਲਾਂ ਵੱਡੀਆਂ ਵੱਡੀਆਂ ਇਹ ਮੰਮੀ ਮੇਰੀ ਗੱਲ ਸੁਣੋ ਜਾਂ ਤਾਂ ਧੱਕਾ ਲਵਾ ਦਿਓ ਗੱਡੀ ਨੂੰ ਨਹੀਂ ਅੰਦਰ ਚਲੋ ਹਲੇ ਤਾਇਆ ਜੀ ਨੂੰ ਵੀ ਦੇਖਣ ਅੰਦਰ ਜਾ ਕੇ ਆਹੋ ਚੱਲ ਵੇ ਆਪੇ ਲਾ ਲਓ ਅੰਦਰ ਗੱਡੀ ਅਸੀਂ ਤਾਂ ਆਪ ਥੱਕੀਆਂ ਪਈਆਂ ਪਹਿਲੀ ਚੱਲ ਚਾਚੀ ਮੈਂ ਵੀ ਜਾਂਦੀ ਹਾਂ ਘਰੇ ਟਾਈਮ ਬਹੁਤ ਹੋ ਗਿਆ ਚੰਗਾ ਚੱਲ ਪ੍ਰੀਤ ਜਾ ਹੋਰ ਮੈਂ ਦੇਖ ਲਾ ਓਏ ਕੀ ਮਿਹਣੇ ਮਾਰ ਕੇ ਗਈਆਂ ਨੇ ਇਹ ਤਾਂ ਉਹ ਗੱਲ ਹੋ ਗਈ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ ਮੰਗਿਆ ਹੋ ਬਈ ਆਪਾਂ ਨੂੰ ਕਰਨੀ ਪਏ ਤਾਂ ਅੰਦਰ ਹੋਣਾ ਚੱਲ ਫਿਰ ਲਾ ਧੱਕਾ ਹਾਂ ਕੱਢ ਲੈ ਗੇਅਰ ਗੂਰ ਜੇਬ ਦੇ ਸਾਰੇ ਹਾਂ ਕੱਢ ਲੈ ਚੱਲ ਲਾ ਹਾਂ ਚੱਲ ਲਾ ਦੇ ਚੱਲ ਲੈ ਚੱਲ ਸੋਕਰਾ ਘਰੇ ਨਹੀਂ ਹੈਗਾ ਜੇ ਹੁੰਦਾ ਤਾਂ ਉਹਦੇ ਨਾਲ ਮੱਥਾ ਲਾਉਣਾ ਪੈਂਦਾ ਪਹਿਲਾਂ ਉੱਥੇ ਭੌਂਕ ਕੇ ਆਏਗੀ ਵਧੀਆ ਰਾਤ ਕੱਟ ਗਈ ਪਰਾਂ ਨਾ ਆ ਗਏ ਹੁਣ ਬਸ਼ਰਮ ਟੋਲਾ ਹੈ ਹੁਣ ਤਾਂ ਭੈਣ ਦੀ ਸੱਸ ਨੂੰ ਖੜੀ ਕਰੇ ਹੋਵੇਗੀ ਤੂੰ ਦੇਖ ਲਾ ਆਹੋ ਤੂੰ ਤਾਂ ਨਸੇ ਨਸ ਨਹੀਂ ਰੱਖਿਆ ਕਰ ਅਸੀਂ ਦੱਸ ਗਏ ਉੱਥੇ ਚੌ ਨੂੰ ਗਈਆਂ ਤੀਗੀਆਂ ਆਹੋ ਧਮਾਲਾ ਦਾ ਕਿਵੇਂ ਬੰਨੀ ਫਿਰਦੀ ਦੇ ਦੇਖ ਲਾ ਹੈ ਇੱਕ ਨਹੀਂ ਮੰਨ ਕੇ ਦਿੱਤੀ ਮੇਰੀ ਵੀ ਇੱਕ ਮੰਨ ਕੇ ਦਿੱਤੀ ਹੈ ਤਾਂ ਹੀ ਸਿਰੇ ਵਗ ਗਿਆ ਤੁਸੀਂ ਫਿਰ ਬੇ ਤੇਰਾ ਕਲੇਸ਼ ਲੈ ਕੇ ਬਹਿ ਗਿਆ ਉਹ ਤਾਂ ਵਧੀਆ ਹੋਇਆ ਗਰਾਏ ਉੱਤਰ ਗਿਆ ਟਾਇਰ ਪੈਂਚਰ ਹੋ ਗਿਆ ਗੱਡੀ ਦਾ ਜੇ ਇੰਨੀਆਂ ਬੁੜੀਆਂ ਨੂੰ ਕੁਛ ਹੋ ਜਾਂਦਾ ਦੱਸ ਮੈਂ ਕਿੱਥੋਂ ਭਰਦੀ ਨਾ ਤੂੰ ਮੰਨਦੀ ਆ ਕਿਸੇ ਦੀ ਗੱਲ ਆ ਹੈ ਜੇ ਬੰਦਾ ਨਾ ਮੰਨੇ ਕਿ ਨਾ ਉਹਦੇ ਨਾਲ ਐਂ ਬਣਦੀ ਹੁੰਦੀ ਆ ਨਾਲੇ ਮੇਰੀ ਇੱਕ ਗੱਲ ਸੁਣ ਲਾ ਧਿਆਨ ਨਾਲ ਹੈ ਜੇ ਤੂੰ ਐਂ ਕਰੀਗੀ ਮੈਂ ਜ਼ਮੀਨ ਸਾਰੀ ਡੇਰੇ ਨਾਲ ਲਵਾ ਦੂੰਗਾ ਇਹ ਤੂੰ ਗੱਲ ਸੋਚ ਲਈ ਬੇ ਤੂੰ ਅੱਜੇ ਲਵਾ ਦੇ ਡੇਰੇ ਨਾਲ ਜ਼ਮੀਨ ਨਾ ਤੂੰ ਬਈ ਜੀ ਮੁੰਦਰਾ ਪਾ ਕੇ ਪਰ ਸਿਆਪਾ ਮੁੱਕੂਗਾ ਰੋਜ਼ ਰੋਜ਼ ਦਾ ਜਹਿਣਾ ਖਾਣਾ ਰੋਜ਼ ਕਦੂਗਾ ਜ਼ਮੀਨ ਜ਼ਮੀਨ ਸਿਰ ਤਾਂ ਚੱਕਣੀ ਆ ਮੈਂ ਜ਼ਮੀਨ ਦੱਸ ਦੇਖ ਲਾ ਓਏ ਕਿਵੇਂ ਦੋ ਹੱਥੀ ਲੱਗ ਰਹੀ ਆ ਕੱਢਣ ਮੈਨੂੰ ਹੈ ਐ ਨਹੀਂ ਮੈਂ ਜਾਂਦਾ ਜਿਵੇਂ ਤੂੰ ਕੱਢਦੀ ਆ ਇੱਥੇ ਬੈਠੂਗਾ ਹਾਂ ਮੰਮੀ ਮੇਰਾ ਸਿਰ ਦੁਖਣ ਲੱਗ ਰਿਹਾ ਆ ਜਾ ਅੰਦਰ ਚੱਲੀਏ ਨਹੀਂ ਆਉਂਦੀ ਆ ਵੀਰਾ ਜੇ ਹੱਲਣ ਦੇਊਗਾ ਕਿਸੇ ਪਾਸੇ ਫੇਰੇ ਆਉਂਗੀ ਇਹਦਾ ਕਲੇਸ਼ ਪਾ ਕੇ ਪਏ ਇਹਨਾਂ ਦਾ ਪਹਿਲੀ ਰੰਡੀ ਰੋਣਾ ਇਹਦਾ ਨਾ ਨਿਬੜੇ ਨਾ ਮੈਂ ਕਲੇਸ਼ ਕੀ ਕਰਖਿਆ ਕਲੇਸ਼ ਤਾਂ ਤੈਂ ਕਰਖਿਆ ਹੈ ਜਿਹੜੀ ਸਾਰਾ ਦਿਨ ਘਰੇ ਨਹੀਂ ਖੜਦੀ ਹੈਗੀ ਇੱਕ ਨਹੀਂ ਮੰਨ ਕੇ ਦਿੰਦੀ ਜਿੱਧਰ ਕਹਿਣਾ ਹੋਰ ਪਾਸੇ ਜਾਨੀ ਆ ਹੋਰ ਤੇਰੇ ਕਹਿਣੇ 'ਚ ਚੱਲਿਆ ਕਰਾਂ ਮੈਂ ਵੱਡਾ DSP ਆਇਆ ਹਾਂ ਉਹ ਬੀਬੀ ਤੈਂ ਕੁਛ ਖਾਰ ਗਿਆ ਬੇ ਮੈਂ ਕਾਹਨੂੰ ਖਾਰ ਗਿਆ ਤੇਰੇ ਬਾਪ ਨੇ ਖਾਰ ਗਿਆ ਕੁਛ ਉਹ ਦੇਖ ਕੇ ਬੋਲੇ ਮੇਰਾ ਬਾਪਾ ਭਲਾ ਤਾਇਆ ਮੇਰਾ ਇਹ ਓਹੋ ਜਾ ਵੱਡੀ ਦਿਆ ਪਤਾ ਨਹੀਂ ਕੀ ਹੈ ਨਾ ਕੀ ਮੈਨੂੰ ਬੋਲਣਾ ਵੀ ਹੋ ਰਿਹਾਗਾ ਇਹਨੇ ਕਹਾ ਤਾਂ ਹੈ ਵੀ ਮੈਂ ਬਾਪ ਕਹਿਤਾ ਹੋਰ ਓਹੋ ਕਿਉਂ ਮੰਗਿਆ ਫੇਰ ਕੀ ਹੋ ਗਿਆ ਜੇ ਕਹਤਾ ਯਾਰ ਫੇਰ ਕਿਹੜਾ ਕਿਹਾ ਜਾਂਦਾ ਨਾਲ ਲੱਗਦਾ ਉਹ ਤਾਇਆ ਹੋਰ ਹੁਣ ਬੋਲਾ ਹੋਇਆ ਆਏ ਬਾਈ ਵੀ ਚਾਹ ਲੈ ਕੇ ਆ ਜਾ ਕੇ ਹਾਂ ਕਹਿੰਦਾ ਹੋਰ ਫੇਰ ਕੀ ਹੋ ਗਿਆ ਜੇ ਬਾਪ ਕਹਿਤਾ ਚੌੜਾ ਹੋ ਗਿਆ ਧੌਲ ਦਾੜੀ ਆ ਨਾ ਜੇ ਬਾਪ ਹੁੰਦਾ ਜ਼ਮੀਨ ਡੇਰੇ ਦਾ ਨੌਕਰ ਬਾ ਦਿੰਦਾ ਅਰਕੇ ਨਾ ਲੈ ਲੈਂਦੀ ਉਹ ਮੰਗਿਆ ਇਹਨੂੰ ਸਮਝਾ ਮਾੜਾ ਮੋਟਾ ਓਏ ਕਿਉਂ ਤੇਰਾ ਠੱਠਲਾ ਗਾਲੂਗੀ ਬੋਲਿਆ ਹੈ ਮੈਂ ਤੇਰੇ ਪਿੱਛੇ ਫਿਰਦਾ ਜੇ ਇਹਦੇ ਗੈਲ ਲੱਗਦਾ ਅੱਜ ਨੂੰ ਤਾਂ ਮੈਂ ਕਰਦਾ ਲਿਖੜ ਜਾਂਦਾ ਘਰੋਂ ਮੈਂ ਤੈਨੂੰ ਸਾਂ ਗੱਲਾਂ ਉਹ ਤਾਇਆ ਮੈਂ ਕੀ ਸਮਝਾਵਾਂ ਇਹਨੂੰ ਇਹ ਮੰਨਦੀ ਤਾਂ ਹੈ ਨਹੀਂ ਇਹਦਾ ਉੱਪਰ ਦੀ ਹੋ ਕੇ ਚੱਲਦੀ ਆ ਓਏ ਹੋਰ ਹੁਣ ਇਹੀ ਗੱਲ ਤਾਂ ਮੈਂ ਕਹਿਣਾ ਦੱਸ ਇਹੀ ਨਹੀਂ ਮੈਂ ਕਹਿੰਦਾ ਕੱਲਾ ਕੋਈ ਗੱਲ ਹੈ ਇਹ ਤਾਂ ਇਹਦੇ ਨੱਥ ਪਾਉਣੀ ਪਊਦਾ ਆ ਤੂੰ ਕਹਿ ਮਾੜਾ ਮੋਟਾ ਇਹਨੂੰ ਸਮਝਾ ਇਹਨੂੰ ਕਰਾਂਗੇ ਕੋਈ ਹਿੱਲਾ ਆਹੋ ਨਹੀਂ ਕਹਾ ਕੇ ਨਾ ਹਾਂਜੀ ਚਾਹ ਦੀ ਕੁੱਟ ਕਰ ਲਾ ਮੇਰਾ ਤਾਂ ਸਿਰ ਦਰਦ ਬਣਾ ਹੀ ਕਰਨ ਲੱਗ ਰਿਹਾਗਾ ਮੰਮੀ ਚਾਹ ਕਾਦੀ ਬਣਾਵਾਂ ਮੈਂ ਦੁੱਧ ਤਾਂ ਹੈ ਨਹੀਂ ਆਹੋ ਹੋਰ ਉਹ ਦੁੱਧ ਕਿੱਧਰ ਵਗ ਗਿਆ ਹੈ ਨਹੀਂ ਫਰਿੱਜ ਜਾ ਨਾ ਹੈ ਨਹੀਂ ਦੁੱਧ ਤਾਂ ਜਮੀ ਵੀ ਮੈਂ ਉਹਨੂੰ ਪੁੱਛ ਕੇ ਆਉਂਦੀ ਆ ਬਾਗੜੇ ਬਿੱਲੇ ਨੂੰ ਬੇ ਮੰਗੇ ਬੇ ਤੇਰੇ ਤਾਏ ਨੂੰ ਪੁੱਛੀ ਮੈਂ ਫਰਿੱਜ 'ਚ ਦੁੱਧ ਨਹੀਂ ਹੈਗਾ ਦੁੱਧ ਕਿੱਧਰ ਵਗ ਗਿਆ ਨਾ ਦੁੱਧ ਕੀ ਅੜਿਆ ਰਹਿ ਗਿਆ ਹਲੇ ਹੈ ਉਹ ਤਾਂ ਕਹਿੰਦੀ 10 ਜਣੇ ਨੂੰ ਚਾਹ ਪਿਉਣੀ ਆ ਪਤੀਲਾ ਧਰ ਕੇ ਬੈਗੀ ਪੀ ਲਓ ਨਾ ਇਕੜੂ ਹੁਣ ਤੁਸੀਂ ਆ ਦੇਖ ਲਵਾਂਗੇ ਸਾਰਾ ਦੁੱਧ ਲਾਤਾ ਤੇਰੇ ਤਾਏ ਨੇ ਇਹਨੂੰ ਆਏ ਤੀਗਾ ਵੀ ਕਿਤੇ ਆ ਕੇ ਚਾਹ ਦੀ ਘੁੱਟ ਨਾ ਪੀ ਲੈਣ ਬਹੁਤ ਖਰਾਬ ਆ ਗਿਆ ਇਹ ਮੈਨੂੰ ਪਤਾ ਇਹਦੀਆਂ ਜੜਾਂ ਦਾ ਨਹੀਂ
चाहे रहन दे किते होरे ना पंगा पै जे उरे कोई। आहो नी चाची की कर रही है? कुछ नहीं कर दिया, पानी जब पाया कुड़े उंगली लगता जानवर पी लेंदे ने। मैं तो तेनू आए कह दी थी। हाँ। मैं कई दिन हो गए तेनू भी लारा लाउंदी नू, अज आप सुनहरा चल के ही ना। प्रीत माड़ी मोटी शर्म तो मन ना, सड़द बुढ़िया होंदिया ने बैठने वाली भला किते नहीं। पांच मिनटा नाल कुछ होंगे हूं आ जाएंगे अपना, तो जान आने लगूगा। आया भजया नहीं तो मेरे काम पैदी कि कोई मांगरों बुढ़ी ना आ जाए। कोई नहीं हूं आंधी आथन हो रहा, आया उन्हें डिजाइना रख रखे ने कट कट के वधिया वधिया। आया भजया चंगा फिर माड़ा जा मैं पीपी धरना तरे आ जा छेती। ये बुढ़िया तो सारा दिन आखदिया नहीं है, सारा दिन आना जाना। फिर से दिन मुड़े मैं गल्ला लग गई कि मैं कि गल्ला करनी है।